24 ਦਸੰਬਰ ਦੀ ਹਾਲੇ ਹੋਈ ਨਾ ਸਵੇਰ ਸੀ, ਰਿਸ਼ਤੇਦਾਰਾਂ ਦੇ ਮੈਨੂੰ ਫੋਨ ਆਏ ਢੇਰ ਸੀ। ਉਹਨਾਂ ਵਿੱਚੋਂ ਇੱਕ ਕਾਲ ਫੁੱਫੜ ਦੀ ਆਈ ਸੀ, ਸੁਣਨੀ ਤਾਂ ਪੈਣੀ ਸੀ ਜੀ, ਦਾਦੇ ਦਾ ਜਵਾਈ ਸੀ। ਹੈਲੋ ਹਲੇ ਆਖੀ ਸੀ ਕਿ ਕਹਿੰਦਾ ਸੁਣੀ ਵਾਰਤਾ, ਨਿਊਜ਼ੀਲੈਂਡ ਵਾਲਾ ਤੇਰਾ ਯਾਰ ਗੱਡੀ ਚਾੜਤਾ। ਦਿਲ ਵਿੱਚ ਚੀਸ ਉੱਠੀ, ਫਿਰ ਵੀ ਮੈਂ ਹੱਸਿਆ, ਕਦੋਂ ਕਿੰਨਾ ਨਾਲ ਕੀ ਹੋਈ ਦੱਸਿਆ। ਹਾਥੀਆਂ ਲਤਾੜੇ ਤਵੀਆਂ ਤੇ ਪਿੱਠੀ ਛੁਰੇ ਨੇ, ਖੁਦ ਮੁਖਤਿਆਰੀ ਰਾਹ ਤੇ ਜਿਹੜੇ ਤੁਰੇ ਨੇ। ਹਾਥੀਆਂ ਲਤਾੜੇ ਤਵੀਆਂ ਤੇ ਪਿੱਠੀ ਛੁਰੇ ਨੇ, ਖੁਦ ਮੁਖਤਿਆਰੀ ਰਾਹ ਤੇ ਜਿਹੜੇ ਤੁਰੇ ਨੇ। ਵਿਚਾਰ ਜਿਉਂਦੇ ਰਹਿਣਗੇ, ਸਰੀਰ ਮਰ ਜਾਣਗੇ, ਤੁਹਾਨੂੰ ਕਾਹਤੋਂ ਲੱਗਦਾ ਕਬੀਰ ਮਰ ਜਾਣਗੇ। ਪੁਜਾਰੀਆਂ ਤੋਂ ਕਿੱਥੋਂ ਹਰਨੇਕ ਜਰ ਹੋਣਾ ਸੀ, ਗੱਲਾਂ ਦਾ ਜਵਾਬ ਨਹੀਂ ਸੀ ਇਹੋ ਕਰ ਹੋਣਾ ਸੀ। ਸਮਝ ਗਿਆ ਮੈਂ ਉੱਧਰੋਂ ਕੰਨਾਂ 'ਚੋਂ ਸੇਕ ਬੋਲੀ ਜਾਂਦਾ, ਕਹਿੰਦਾ ਤੇਰੇ ਵਿੱਚੋਂ ਵੀ ਤਾਂ ਹਰਨੇਕ ਬੋਲੀ ਜਾਂਦਾ। Are going to watch live talkback show by host Harnake Singh on Radio Virsa. ਜੀ ਸਵਾਗਤ ਹੈ ਜੀ ਤੁਹਾਡਾ। ਅੱਜ ਫਿਰ ਆਪਾਂ ਕੋਸ਼ਿਸ਼ ਕਰ ਲੈਂਦੇ ਹਾਂ ਗੱਲਬਾਤ। ਪਿਛਲੀ ਵੀਕ ਵੀ ਆਪਾਂ ਸਰੋਤਿਆਂ ਦੇ ਨਾਲ ਟਾਈਮ ਬਿਤਾ ਲਿਆ ਸੀਗਾ, ਅਤੇ ਕਿਉਂਕਿ ਜਦੋਂ ਗਿਆਨੀ ਜੀ ਹੋਰਾਂ ਨਾਲ ਗੱਲ ਆਪਾਂ ਸ਼ਨੀਵਾਰ ਕੱਲ੍ਹ ਕੀਤੀ ਆ, ਉਸ ਵੇਲੇ ਟਾਈਮ ਸਰੋਤਿਆਂ ਲਈ ਘੱਟ ਜਾਂਦਾ ਆ, ਤਾਂ ਫਿਰ ਆਪਾਂ ਗੱਲ ਕਰਦੇ ਸੀ ਕਿ ਇੱਕ ਵੱਖਰਾ ਪ੍ਰੋਗਰਾਮ ਜਦੋਂ ਵੀ ਪੋਸੀਬਲ ਹੋਊਗਾ ਆਪਾਂ, ਅੱਜ ਹੈਗਾ ਆ, ਅਤੇ ਤੁਸੀਂ ਜਿਹੜੀ ਵੀ ਕੋ ਆਪਣੀ ਗੱਲਬਾਤ ਕਿਸੇ ਨੇ ਕਰਨੀ ਹੋਈ ਉਹ ਆਪਾਂ ਕਰ ਲਾਂਗੇ। ਠੀਕ ਹੈ ਜੀ। ਇੱਕ ਨਾ ਵੈਸੇ ਤਾਂ ਸਾਡੇ ਕੋਲ ਜਿੱਧਰੋਂ ਮਰਜ਼ੀ ਸ਼ੁਰੂ ਕਰ ਲਈਏ, ਸਾਡੇ ਸਮਾਜ ਵਿੱਚ ਬਹੁਤ ਕੁਛ ਹੈ ਜਿਹੜਾ ਅਸੀਂ ਪਹਿਲਾਂ ਤੋਂ ਇਹ ਡਿਸਕਸ ਕਰਦੇ ਆਏ ਹਾਂ ਇਸ ਇਸ਼ੂ ਦੇ ਉੱਤੇ, ਵੀ ਜਿਹੜਾ ਗਿਆਨ ਆ ਨਾ ਆਪਣੇ ਆਪ ਦੇ ਵਿੱਚ, ਗੁਰਬਾਣੀ 'ਚ ਪੰਕਤੀ ਵੀ ਆਉਂਦੀ ਆ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਗਿਆਨ ਦਾ ਸੁਰਮਾ ਅੱਖਾਂ 'ਚ ਪੈ ਗਿਆ, ਠੀਕ ਆ, ਅਤੇ ਅਗਿਆਨਤਾ ਦਾ ਅੰਧੇਰਾ ਖਤਮ ਹੋ ਗਿਆ। ਉਹ ਖਤਮ ਆਪਣੇ ਆਪ ਨਹੀਂ ਹੁੰਦਾ, ਹਾਂ ਜਦੋਂ ਗਿਆਨ ਆਉਂਦਾ ਤੁਹਾਨੂੰ ਪਰਖ ਹੋਣ ਲੱਗ ਪੈਂਦੀ ਆ, ਤੁਸੀਂ ਠੀਕ ਗਲਤ ਪਰਖਣ ਲੱਗ ਪੈਂਦੇ ਆ, ਅਤੇ ਕਰਦਿਆਂ ਕਰਦਿਆਂ ਜੋ ਜੋ ਗਲਤ ਹੁੰਦਾ ਉਹਨੂੰ ਛੱਡਦੇ ਜਾਂਦੇ ਹਾਂ, ਜਿਹੜਾ ਜਿਹੜਾ ਠੀਕ ਆ ਉਹਨੂੰ ਫੜਦੇ ਜਾਂਦੇ ਹਾਂ। ਜਿਹੜਾ ਪ੍ਰੋਸੈਸਰ ਆ ਸਾਡਾ ਠੀਕ ਗਲਤ ਦਾ ਵਿਸ਼ਲੇਸ਼ਣ ਕਰਨ ਵਾਲਾ, ਉਹ ਨਿਖਰਦਾ ਜਾਂਦਾ ਸੰਵਰਦਾ ਜਾਂਦਾ ਆ। ਪਹਿਲੀ ਵਾਰ ਇੱਕ ਘਟਨਾ ਵਾਪਰਦੀ ਆ, ਉਹਨੂੰ
ਠੀਕ ਗਲਤ ਦੇਖਣ ਲਈ ਜਿਹੜੇ ਤੱਥ ਇਕੱਠੇ ਕਰਦੇ ਹਾਂ ਡੂੰਘਾਈ 'ਚ ਖੋਜ ਕਰਨੀ ਪੈਂਦੀ ਹੈ। ਦੂਜੀ ਘਟਨਾ ਵੱਖਰੀ ਹੁੰਦੀ, ਤੀਜੀ ਵੱਖਰੀ ਹੁੰਦੀ, ਹੋ ਸਕਦਾ ਚੌਥੀ ਘਟਨਾ ਜਿਹੜੀ ਪਹਿਲੀ ਨਾਲ ਮਿਲਦੀ ਹੋਵੇ ਜਾਂ ਉਹਦਾ ਪੱਧਰ ਵੱਡਾ ਹੋਵੇ ਥੋੜ੍ਹਾ ਜਿਹਾ। ਉਹਦਾ ਵਿਸ਼ਲੇਸ਼ਣ ਕਰਨ ਵੇਲੇ ਬਹੁਤ ਸਾਰੇ ਤੱਥ ਪਹਿਲਾਂ ਹੀ ਅਸੀਂ ਦੇਖੇ ਹੁੰਦੇ ਆ, ਅਸੀਂ ਇੱਕ ਮਿੰਟ ਲਾਉਂਦੇ ਹਾਂ ਵੀ ਠੀਕ ਹੈ ਬਸ ਪਹਿਲੇ ਦੀ ਕਾਪੀ ਪੇਸਟ ਕਰ ਦਿੱਤਾ। ਜਿੱਦਾਂ ਪਹਿਲਾਂ ਹੋਇਆ ਸੀ ਰਿਜ਼ਲਟ ਵੀ ਵਧੀਆ ਨਿਕਲੇ ਸੀ, ਠੀਕ ਸੀ। ਉਹ ਕਰਦਿਆਂ ਕਰਦਿਆਂ ਤੁਸੀਂ ਡਿਸਾਈਸਿਵ ਹੁੰਦੇ ਜਾਂਦੇ ਆ, ਪਰ ਅਗਿਆਨਤਾ ਛੱਡਣ ਦਾ ਉਪਰਾਲਾ ਜਿਹੜਾ ਆ ਸਾਨੂੰ ਕਰਨਾ ਪੈਂਦਾ ਨਾਲ ਦੀ ਨਾਲ, ਠੀਕ ਆ। ਹੁਣ ਆਪਾਂ ਸਮਾਜ ਵਿੱਚ ਇੱਕ ਕਾਨੂੰਨ ਦਾ ਪੱਖ ਜਿਹੜਾ ਆ, ਜਦੋਂ ਕੋਰਟਾਂ 'ਚ ਅਦਾਲਤਾਂ 'ਚ ਗੱਲ ਹੁੰਦੀ ਹੈ ਨਾ, ਜਦੋਂ ਵੈਸੇ ਵੀ ਜਿਹੜੀ ਠੀਕ ਚੱਲਣਾ ਹੁੰਦਾ ਨਾ ਉਹਦੇ ਲਈ ਬਹੁਤ ਔਖਾ ਹੁੰਦਾ ਜਿਹਨੇ ਠੀਕ ਕਰਨਾ ਹੈ। ਮੰਨ ਲਓ ਕੋਈ 10 ਜਣੇ ਇਕੱਠੇ ਹੋ ਕੇ ਇੱਕ ਘਰ ਬਣਾਉਣਾ ਚਾਹੁੰਦੇ ਆ, ਉਹਨਾਂ ਦੀ ਕੋਸ਼ਿਸ਼ ਆ ਵੀ ਘੱਟ ਤੋਂ ਘੱਟ ਸਮੇਂ ਵਿੱਚ ਘੱਟ ਤੋਂ ਘੱਟ ਲਾਗਤ ਨਾਲ ਇੱਕ ਮਕਾਨ ਖੜਾ ਕਰੀਏ। ਉਹਨਾਂ 10 ਦੇ ਵਿਰੁੱਧ ਮੈਂ ਇਕੱਲਾ ਹਾਂ, ਮੈਂ ਉਹਨੂੰ ਢਾਉਣਾ ਚਾਹੁੰਦਾ, ਮੈਨੂੰ ਹੈਗਾ ਵੀ ਮੈਂ ਬਣ ਨਹੀਂ ਦੇਣਾ। ਹੁਣ ਉਹਨਾਂ ਨੂੰ ਪਹਿਲਾਂ ਜਗ੍ਹਾ ਲੈਣੀ ਪੈਣੀ ਆ, ਉਹਦੇ ਲਈ ਪੈਸੇ ਲੱਗਣੇ ਆ, ਫਿਰ ਜਗ੍ਹਾ ਲੈਣ ਤੋਂ ਪਹਿਲਾਂ ਉਹਨੂੰ ਦੇਖਣਾ ਪੈਣਾ ਵੀ ਉੱਥੇ ਬਣ ਸਕਦਾ ਘਰ ਠੀਕ ਠਾਕ। ਫਿਰ ਉਹ ਜਦੋਂ ਆਰਕੀਟੈਕਟ ਤੋਂ ਪਲੈਨ ਬਣ ਗਏ, ਸਾਰਾ ਕੁਛ ਹੋ ਗਿਆ, ਫਿਰ ਇੱਦਾਂ ਦਾ ਘਰ, ਫਿਰ ਉਹਨਾਂ ਨੂੰ ਮਨਜ਼ੂਰੀ ਲੈਣੀ ਪੈਣੀ ਆ। ਉਹ ਸਾਰੇ ਨੂੰ ਪਹਿਲਾਂ ਤਾਂ ਪੈਸੇ ਚਾਹੀਦੇ ਉਹਨਾਂ ਨੂੰ, ਫਿਰ ਟਾਈਮ ਹੋ ਸਕਦਾ ਜਿੱਥੇ ਜਿੱਦਾਂ ਦਾ ਬਣਾਉਣਾ ਚਾਹੁੰਦੇ ਆ ਉੱਦਾਂ ਦਾ। ਮੰਨ ਲਓ ਅਗਲਾ ਕਹਿੰਦਾ ਵੀ 3 ਮੰਜ਼ਿਲਾ ਘਰ ਬਣਾਉਣਾ, ਜਿਨ੍ਹਾਂ ਏਰੀਆ ਵਿੱਚ ਜਗ੍ਹਾ ਮਿਲਦੀ ਹੋਵੇ ਉੱਥੇ ਕੌਂਸਲ ਅਲਾਓ ਨਾ ਕਰਦੀ ਹੋਵੇ 3 ਮੰਜ਼ਿਲਾ ਬਣਾਉਣਾ, ਜਿੱਥੇ ਜਗ੍ਹਾ ਮਿਲਦੀ ਉੱਥੇ ਚਾਹੁੰਦੇ ਨਹੀਂ ਰਹਿਣਾ, ਜਿੱਥੇ ਜਗ੍ਹਾ ਵੀ ਮਿਲਦੀ ਆ ਉਹ ਚਾਹੁੰਦਾ ਵੀ ਅਗਲਾ ਰਹਿਣਾ, ਉੱਥੇ ਮਹਿੰਗੀ ਆ ਜਗ੍ਹਾ। ਉਹਨਾਂ ਨੂੰ ਕਿੰਨਾ ਟਾਈਮ ਲੱਗਣਾ ਲੱਭਦਿਆਂ ਨੂੰ, ਡਿਸੀਜ਼ਨ ਲੈਂਦਿਆਂ ਨੂੰ। ਹੁਣ ਜਦੋਂ ਉਹਨੇ ਜਗ੍ਹਾ ਲੱਭ ਲਈ, ਪਲੈਨਿੰਗ ਬਣਵਾ ਲਈ, ਮੰਨ ਲਓ 8 ਮਹੀਨੇ ਸਾਲ ਲੱਗ ਗਿਆ ਉਹਨਾਂ ਨੂੰ, ਹੁਣ ਉਹ ਕੌਂਸਲ ਕੋਲ ਉਹ ਤਿਆਰ ਆ ਅਗਲੇ ਅਪਰੂਵਲ ਲੈਣ ਲਈ, ਅਤੇ ਉਨੇ ਚਿਰ 'ਚ ਮੈਂ ਸ਼ਿਕਾਇਤ ਕਰ ਦਿੱਤੀ ਕੌਂਸਲ ਦੀ। ਮੰਨ ਲਓ ਸ਼ਰਤ ਆ, ਉਹ ਕਹਿਣ ਪਏ ਅਸੀਂ ਮਿੱਟੀ ਟੈਸਟ ਕਰਨੀ ਹੈ ਉੱਥੇ ਆ ਕੇ, ਠੀਕ ਆ। ਮੈਂ ਉੱਥੇ ਜਾ ਕੇ ਕਾਲਾ ਤੇਲ ਡੋਹ ਲਿਆ ਵਾਂ, ਕੁਛ ਹੋਰ ਚੀਜ਼ ਡੋਹ ਲਿਆ ਵੀ ਕੰਟੈਮੀਨੇਸ਼ਨ ਹੋਈ ਉੱਥੇ, ਤਾਂ ਗੁਆਂਢੀਆਂ ਨੂੰ ਭੜਕਾ ਦਿਆਂ। ਹੁਣ ਅਗਲੇ ਦੇ 10 ਮਹੀਨੇ ਲੱਗੇ, ਮੇਰੇ 2 ਮਿੰਟ ਲੱਗਣੇ ਆ ਸ਼ਿਕਾਇਤ ਕਰਨ ਨੂੰ। ਢਾਉਣਾ ਜਿਹੜਾ ਹੈ ਨਾ ਬੜਾ ਸੌਖਾ। ਹੁਣ ਜਦੋਂ ਮਨਜ਼ੂਰੀ ਵੀ ਮਿਲ ਗਈ, ਬਣਾਉਣ ਵੀ ਲੱਗੇ ਆ, ਅਗਲੇ ਨੂੰ ਕੰਧਾਂ ਬਣਾਉਣੀਆਂ ਪੈਣੀਆਂ, ਉਹ ਇਕੱਲੇ ਇਕੱਲੇ ਪੁਆਇੰਟ 'ਤੇ ਕੌਂਸਲ ਨੇ ਚੈੱਕ ਕਰਨਾ, ਹੈ ਨਾ। ਹੁਣ ਮੈਂ ਰਾਤ ਨੂੰ ਸ਼ਾਮ ਨੂੰ 2 ਬੰਦੇ ਲਿਜਾਣੇ ਆ, ਧੱਕਾ ਦੇਣਾ ਸਿੱਟ ਕੇ ਆ ਜਾਣਾ। ਹੁਣ ਇੱਕ ਸਟੇਜ ਦੇ ਉੱਤੇ ਉਹਨੇ ਮੋਇਸਚਰ ਚੈੱਕ ਕਰਨਾ, ਮੈਂ ਜਾ ਕੇ ਪਾਣੀ ਦਾ ਪੈਪ ਖੋਲ੍ਹਾਂ, ਜਾ ਕੇ ਪਾਣੀ ਛਿੜ ਕੇ ਆਜਮਾਨ ਦਾ। ਮਤਲਬ ਉਹ ਜਿਹੜਾ ਸ਼ਰਾਰਤੀ ਸਵਾ ਹੈ, ਮਿਸਚੀਵੀਅਸ ਹੈ ਜਿਹੜਾ, ਜਿਹੜਾ ਢਾਉਣੇ ਵਾਲਾ ਕੰਮ ਆ ਉਹ ਬੜਾ ਈਜ਼ੀ ਆ, ਬਣਾਉਣੇ ਵਾਲਾ ਜਿਹੜਾ ਹੈ, ਕੰਸਟਰਕਟਿਵ ਜਿਹੜਾ ਕੰਮ ਆ ਉਹ ਬੜਾ ਸੌਖਾ ਹੈ। ਆਪਾਂ ਇੱਕ ਸੋਰੀ ਜੀ ਵੇਟ ਕਰਦੇ ਸੀ, ਉਹ ਚਲ ਗਏ। ਬੇਨਤੀ ਹੈ ਸਰੋਤਿਆਂ ਨੂੰ, ਮੈਂ ਵੈਸੇ ਗੱਲਬਾਤ ਕਰਨ ਲੱਗਾ, ਫਿਰ ਅੱਜ ਇੱਦਾਂ ਨਾ ਹੋਵੇ ਵੀ ਮੇਰਾ ਹੀ ਪ੍ਰੋਗਰਾਮ ਹੋ ਕੇ ਰਹਿ ਜਾਏ।
ਤੁਸੀਂ ਬਾਅਦ ਵਿੱਚ ਜਦੋਂ ਪ੍ਰੋਗਰਾਮ ਮੁੱਕਣੇ ਵਾਲਾ ਹੁੰਦਾ ਫਿਰ ਇੰਨੀਆਂ ਜ਼ਿਆਦਾ ਕਾਲਾਂ ਹੁੰਦੀਆਂ ਵੀ ਜੇ ਤੁਹਾਡੇ ਕੋਈ ਗੱਲਬਾਤ ਹੋਊਗੀ ਤੁਸੀਂ ਕਰ ਲਿਓ। ਮੈਂ ਤਾਂ ਵੈਸੇ ਹੀ ਸਰੋਤਾ ਹੈ ਨਹੀਂ ਸੀ ਕੋਈ ਗੱਲ ਕਰਨ ਨੂੰ, ਮੈਂ ਤਾਂ ਵੈਸੇ ਹੀ ਆਪਣੀ ਗੱਲ ਲਾਪਿਆਂ ਕਰਨ, ਮੇਰੇ ਕੋਲ ਕੁਛ ਨਹੀਂ, ਨਹੀਂ ਤਾਂ ਮੈਂ ਟਾਈਟਲ ਕੁਛ ਨਾ ਕੁਛ ਆਪਾਂ ਜੇ ਡਿਸਕਸ ਕਰਨਾ ਹੋਵੇ ਠੀਕ ਹੈ। ਵੈਸੇ ਮੈਂ ਤਾਂ ਮੇਰੇ ਦਿਮਾਗ 'ਚ ਗੱਲ, ਮੈਂ ਰਾਤ ਇੱਕ ਨਾਟਕ ਦੇਖਦਾ ਸੀ ਤਾਂ ਵੈਬ ਸੀਰੀਜ਼ ਸੀ, ਉਹਦੇ ਵਿੱਚ ਸਰਕਾਰੀ ਏਜੰਸੀ ਜਿਹੜੀ ਕੰਮ ਕਰਦੀ ਆ ਅਤੇ ਕੋਈ ਗਰੁੱਪ ਆ ਜਿਹੜਾ ਨੁਕਸਾਨ ਕਰਨਾ ਚਾਹੁੰਦਾ ਸਰਕਾਰ ਦਾ, ਉਹ ਵਾਰ ਵਾਰ ਪਰ ਤੁਸੀਂ ਵੀ ਇਰੀਟੇਟ ਹੁੰਦੇ ਆ ਦੇਖ ਦੇਖ ਕੇ ਇੱਦਾਂ ਵੀ ਇੰਨੀਆਂ ਗਲਤੀਆਂ ਕਰੀ ਜਾਂਦੇ ਆ ਅਤੇ ਉਹ ਕਹੀ ਜਾਂਦੇ ਨਹੀਂ ਨਹੀਂ ਸ਼ੂਟ ਨਹੀਂ ਕਰਨਾ, ਗੋਲੀ ਨਹੀਂ ਮਾਰਨੀ ਕਿਸੇ ਨੇ, ਸਿਵਲੀਅਨ ਦਾ ਕੋਈ ਨੁਕਸਾਨ ਨਾ ਹੋ ਜਾਏ ਇੱਦਾਂ, ਅਤੇ ਅਗਲੇ ਅਗਲੇ ਬੰਬ ਕਾਰ ਵਿੱਚ ਵੱਡਾ ਸਾਰਾ ਬੰਬ ਰੱਖੀ ਬੈਠੇ ਆ ਵੀ ਬਿਲਡਿੰਗ ਦੇ ਵਿੱਚ 2000 ਬੰਦਾ ਸੀ ਜਾ ਕੇ ਕਾਰ ਵਿੱਚ ਮਾਰਨੀ ਤਾੜਾ ਦੇਣਾ ਸਾਰਾ ਠੀਕ ਆ। ਅਗਲੇ ਗੈਸ ਦਾ ਵਿਸਫੋਟ ਕਰਨ ਨੂੰ ਫਿਰਦੇ ਆ ਵੀ 2.5-3 ਲੱਖ ਬੰਦਾ ਮਾਰਾਂਗੇ, ਗੈਸ ਲੀਕ ਕਰ ਦੇਣੀ ਆ ਪਲਾਂਟ ਵਿੱਚੋਂ। ਅਤੇ ਦੂਜੀ ਧਿਰ ਜਿਹੜੀ ਹਾਈਕਮਾਂਡ ਆ ਔਫਿਸਰ ਆ ਜਿਹੜੇ ਉਹ ਕਹੀ ਜਾਂਦੇ ਨਹੀਂ 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 ਕੋਈ ਸਿਵਲੀਅਨ ਤਾਂ ਨੁਕਸਾਨ ਨਾ ਹੋ ਜਾਏ, ਕਿਸੇ ਬੰਦੇ ਦਾ ਗਲਤ ਨਾ ਹੋ ਜਾਏ, ਪਹਿਲਾਂ ਸ਼ੋਰ ਕਰ ਲਓ। ਹੁਣ ਇਹ ਕੰਸੈਪਟ ਆ ਜਿਹੜਾ ਦਿੱਤਾ ਜਾਂਦਾ ਨਾ ਵੀ 100 ਅਪਰਾਧੀ ਬੇਸ਼ੱਕ ਛੁੱਟ ਜਾਣ, ਬਖਸ਼ੇ ਜਾਣ, ਬਚ ਜਾਣ, ਪਰ ਇੱਕ ਵੀ ਨਿਰਦੋਸ਼ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਹੋਣੀ ਚਾਹੀਦੀ। ਇਹ ਨਾ ਹੋਵੇ ਵੀ ਉੱਥੇ ਉਹਨੂੰ ਕਿਸੇ ਅਪਰਾਧੀ ਨੂੰ ਫੜਦੇ ਫੜਦੇ ਤੁਸੀਂ ਸਿਵਲੀਅਨ ਦੇ ਕਿਸੇ ਦੇ ਗੋਲੀ ਮਾਰ ਦਿਓ। ਅਗਲਾ ਬਾਜ਼ਾਰ ਘੁੰਮਣ ਆਇਆ, ਕਿਸੇ ਦੇ ਪਰਿਵਾਰ ਦਾ ਮੈਂਬਰ ਆ, ਬੱਚਾ ਕਿਸੇ ਦਾ, ਗੋਲੀ ਲੱਗੇ ਅਤੇ ਤੁਸੀਂ ਕਹੋ ਵੀ ਅਸੀਂ ਤਾਂ ਦੇਸ਼ ਨੂੰ ਬਚਾਉਂਦੇ ਸੀ। 100 ਅਪਰਾਧੀ ਬੇਸ਼ੱਕ ਛੁੱਟ ਜਾਣ। ਹੁਣ ਇਹ ਜਿਹੜਾ ਨੁਕਤਾ ਹੈ ਨਾ, ਬੜਾ ਕਮਾਲ ਦਾ ਨੁਕਤਾ ਆ ਹਿਊਮਨ ਸਾਈਕੋਲੋਜੀ ਦੇ ਪੱਖੋਂ, ਮਨੋਵਿਗਿਆਨ ਦੇ ਪੱਖੋਂ। ਜਦੋਂ ਉਹਨੂੰ ਆਪਣੇ ਉੱਤੇ ਲਾ ਕੇ ਦੇਖਦੇ ਨਾ ਤੁਸੀਂ, ਜੇ ਕਿਤੇ ਸਾਡੇ ਰਿਸ਼ਤਿਆਂ ਵਿੱਚ ਇਹ ਅਪਲਾਈ ਹੋ ਜਾਏ ਗੱਲ, ਸਾਡੀ ਦੋਸਤੀ ਆ, ਸਾਡਾ ਪਿਆਰ ਆ, ਸਾਡਾ ਪਰਿਵਾਰ ਆ, ਹਸਬੈਂਡ ਵਾਈਫ ਆ, ਬੱਚੇ ਆ, ਇੰਪਲੋਇਰ ਆ, ਇੰਪਲੋਈ ਦਾ ਰਿਸ਼ਤਾ, ਕੰਟਰੈਕਟਰ ਦਾ ਰਿਸ਼ਤਾ, ਤੁਹਾਡੇ ਸਪਲਾਇਰ ਦਾ ਰਿਸ਼ਤਾ, ਕਸਟਮਰ ਦਾ ਰਿਸ਼ਤਾ ਤੁਹਾਡੇ ਨਾਲ, ਕਲਾਇੰਟ ਆ ਤੁਹਾਡੇ, ਕੋਈ ਨੌਕਰ ਆ ਤੁਹਾਡਾ, ਕਿਸੇ ਵੀ ਰਿਸ਼ਤੇ ਵਿੱਚ ਜੇ ਅਗਲੇ ਨਾਲ ਵਿਚਰਦਿਆਂ ਇਹ ਨੁਕਤਾ ਜ਼ਿੰਦਗੀ 'ਚ ਲਾ ਕੇ ਦੇਖਦੇ ਹਾਂ ਨਾ ਅਸੀਂ ਵੀ 100 ਅਪਰਾਧੀ ਬੇਸ਼ੱਕ ਛੁੱਟ ਜਾਣ, ਇੱਕ ਕਿਸੇ ਨਿਰਦੋਸ਼ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਤੁਸੀਂ ਸੋਚ ਕੇ ਦੇਖੋ ਕਿ ਇਸ ਐਂਗਲ ਨਾਲ ਦੇਖਿਆਂ ਸਾਡੇ ਰਿਸ਼ਤਿਆਂ 'ਚ ਥੋੜ੍ਹੇ ਕਿਤੇ ਵਿਗਾੜ ਪੈ ਸਕਦਾ। ਮਤਲਬ ਅਸੀਂ ਜਦੋਂ ਸ਼ੱਕ ਕਰਨੀ ਕਿਸੇ 'ਤੇ, ਜਦੋਂ ਕਿਸੇ ਪ੍ਰਤੀ ਸ਼ਿਕਾਇਤ ਹੋਣੀ ਹੈ ਸਾਨੂੰ, ਇਹ ਹੋ ਸਕੂਗਾ ਵੀ ਸਾਨੂੰ ਕਿਸੇ ਨੇ ਕੋਈ ਚੁਗਲੀ ਕੀਤੀ ਸਾਡੇ ਕੋਲ, ਮੰਨ ਲਓ ਹਸਬੈਂਡ ਨੂੰ ਕਿਹਾ ਕਿਸੇ ਨੇ ਉਹਦੀ ਘਰਵਾਲੀ ਬਾਰੇ ਵੀ ਉਹ ਕੌਫੀ ਸ਼ੋਪ 'ਤੇ ਬੈਠੀ ਸੀ, ਹੁਣ ਸ਼ੱਕ ਪੈ ਗਈ, ਪਰ ਉਹ ਨਿਯਮ ਇਹ ਲਾ ਕੇ ਬੈਠਾ ਵੀ 100 ਅਪਰਾਧੀ ਬੇਸ਼ੱਕ ਛੁੱਟ ਜਾਣ, ਕਿਸੇ ਨਿਰਦੋਸ਼ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਹੁਣ ਖਬਰ ਤਾਂ ਮਿਲ ਗਈ ਆ, ਇੱਕ ਇੰਡੀਆ ਵਿੱਚ ਵੀ ਉਹੀ ਸਿਸਟਮ ਆ
ਜਿੰਨਾ ਚਿਰ ਪ੍ਰੂਵ ਨਹੀਂ ਹੋ ਜਾਂਦਾ, ਸਾਬਤ ਨਹੀਂ ਹੋ ਜਾਂਦਾ, ਉਨਾ ਚਿਰ ਗਿਲਟੀ ਨਹੀਂ ਮੰਨਿਆ ਜਾਊਗਾ। ਅਸੀਂ ਬੜੇ ਦੁਖੀ ਹੁੰਦੇ ਇਸ ਗੱਲੋਂ ਜੇ ਸਾਡੇ ਨਾਲ ਕੋਈ ਘਟਨਾ ਵਾਪਰਦੀ ਆ, ਕੋਈ ਕ੍ਰਿਮੀਨਲ ਸਾਡੇ 'ਤੇ ਸਾਡੇ ਵਿਰੁੱਧ ਕੋਈ ਕਾਰਜ ਇੱਦਾਂ ਦਾ ਕੰਮ ਕਰਦਾ, ਕ੍ਰਿਮੀਨਲ ਐਕਟ ਕਰਦਾ, ਉਹ 'ਤੇ ਪੁਲਿਸ ਫੜਦੀ ਆ, ਚਾਰਜ ਲੱਗਦਾ ਉਹ 'ਤੇ, ਅਗਲਾ ਨੇਮ ਸਪ੍ਰੈਸ਼ਨ ਲੈ ਕੇ ਬਹਿ ਜਾਂਦਾ। ਅਸੀਂ ਬੜੇ ਔਖੇ ਹੁੰਦੇ ਹਾਂ ਵੀ ਸਾਰਿਆਂ ਨੂੰ ਪਤਾ ਸਾਹਮਣੇ ਹੋਇਆ ਆ, ਉਹਨੂੰ ਜੇਲ੍ਹ ਸਿੱਟਣ ਦੀ ਬਜਾਏ, ਉਹ 'ਤੇ ਕੇਸ ਠੋਕਣ ਦੀ ਬਜਾਏ, ਸਖਤੀ ਕਰਨ ਦੀ ਬਜਾਏ ਉਹਨੂੰ ਜ਼ਮਾਨ ਦੇ ਦਿੱਤੀ, ਨੇਮ ਸਪ੍ਰੈਸ਼ਨ ਦੇ ਦਿੱਤਾ, ਉਹਨੂੰ ਪਤਾ ਹੀ ਨਹੀਂ ਕਿਸੇ ਨੂੰ ਪਕਾਉਣੇ ਆ, ਉਹ ਸਾਰਿਆਂ ਨੂੰ ਦੱਸੀ ਬਾਹਰ ਰੌਲਾ ਪਾਉਂਦਾ ਫਿਰਦਾ, ਉਹ ਕਹਿੰਦਾ ਝੂਠਾ ਮੇਰੇ 'ਤੇ, ਦੇਖਿਓ ਬਣਦਾ ਕੀ ਆ, ਮਾੜਾ ਜਿਹਾ ਕੇਸ ਸ਼ੁਰੂ ਹੋਣ ਦਿਓ, ਜਦਕਿ ਹੋਇਆ ਸਾਹਮਣੇ ਆ ਸਾਰਿਆਂ ਦੇ। ਕਾਨੂੰਨ ਕਹਿੰਦਾ ਵੀ ਜਾਂ ਤਾਂ ਉਹ ਗਿਲਟੀ ਹੋ ਜਾਏ ਜਾਂ ਟ੍ਰਾਇਲ ਚੱਲੇ ਅਤੇ ਸਾਬਤ ਹੋ ਜਾਏ, ਸਬੂਤ ਮਿਲ ਜਾਣ। ਜਿੰਨਾ ਚਿਰ ਸਾਬਤ ਨਹੀਂ ਹੁੰਦਾ ਉਨਾ ਚਿਰ ਗਿਲਟੀ ਨਹੀਂ ਹੈਗਾ। ਇਹ ਮੰਨ ਕੇ ਚੱਲਿਆ ਜਾਊਗਾ ਵੀ ਅਕਿਊਜ਼ ਦੋਸ਼ ਲੱਗਾ ਉਹਦੇ 'ਤੇ, ਅਜੇ ਸਾਬਤ ਨਹੀਂ ਹੋਇਆ। ਜੇ ਹੁਣ ਸਾਰੇ ਰੌਲਾ ਪੈ ਗਿਆ ਵੀ ਇਹਨੇ ਕੀਤਾ, ਇਹਨੇ ਕੀਤਾ, ਇਹਨੇ ਕੀਤਾ, ਸਾਲ ਬਾਅਦ ਕੋਰਟ ਕੇਸ ਵਿੱਚ, ਕੋਰਟ ਵਿੱਚ ਕੇਸ ਚੱਲਿਆ, ਟ੍ਰਾਇਲ ਚੱਲਿਆ, ਉੱਥੇ ਸਬੂਤ ਨਾ ਮਿਲਿਆ, ਸਾਬਤ ਨਾ ਹੋਇਆ ਵੀ ਇਹਨੇ ਕੀਤਾ, ਉਹਦੀ ਬੇਇੱਜ਼ਤੀ ਕਿੰਨੀ ਹੋਣੀ, ਬਦਨਾਮੀ ਕਿੰਨੀ ਹੋਣੀ। ਹੁਣ ਜਦੋਂ ਸਾਡੇ ਕੁਛ ਵਿਰੁੱਧ ਵਾਪਰਦਾ ਨਾ, ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰਦੇ, ਅਸੀਂ ਸਿੱਧੇ ਜੱਜ ਬਣ ਜਾਂਦੇ, ਅਸੀਂ ਸਿੱਧੇ ਫੈਸਲਾ ਸੁਣਾ ਦਿੰਦੇ। ਹੁਣ ਅਸੀਂ ਕਾਲਜ ਗਏ, ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਇੱਦਾਂ ਸੁਣਨਾ ਪਏਦਾ, ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ। ਮੈਂ ਕਦੇ ਕਦੇ ਕਨਫਿਊਜ਼ ਹੋਣਾ ਵੀ ਇਹਦੇ ਕੀ ਅਰਥ ਆ, ਤੁਸੀਂ ਗੱਲ ਹੋਈ ਆ, ਦੇਖਣਾ ਹੈ, ਤੁਸੀਂ ਓਪੀਨੀਅਨ ਤਾਂ ਦੇਣਾ ਹੀ ਆ ਤੁਸੀਂ ਆਪਣਾ। ਜਦੋਂ ਹੌਲੀ ਹੌਲੀ ਗੱਲਾਂ ਐਕਸਪੀਰੀਅੰਸ ਕਰਦੇ ਤੁਸੀਂ ਸਾਹਮਣੇ ਆਉਣੀਆਂ ਵੀ ਬੜੇ ਡੂੰਘੇ ਅਰਥ ਆ ਇਹਦੇ। ਕੋਈ ਘਟਨਾ ਵਾਪਰੀ ਆ, ਠੀਕ ਹੈ, ਜਿੰਨਾ ਚਿਰ ਛਾਣਬੀਣ ਚੱਲ ਰਹੀ ਆ, ਤੁਸੀਂ ਜੇ ਇੰਟਰਸਟਡ ਆ ਉਹਦੇ ਵਿੱਚ, ਤੁਸੀਂ ਚਾਹੁੰਦੇ ਆ ਵੀ ਮੈਂ ਇਹਦੇ ਬਾਰੇ ਕੋਈ ਆਪਣਾ ਓਪੀਨੀਅਨ ਦਿਆਂ, ਕਿਸੇ ਠੀਕ ਗਲਤ ਨੂੰ ਚੁਣਾ, ਤੁਸੀਂ ਘੋ ਕਰ ਰਹੇ ਆ। ਪਰ ਜਿੰਨਾ ਚਿਰ ਉਹ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ, ਜਿੰਨਾ ਚਿਰ ਤੁਹਾਨੂੰ ਕਿਸੇ ਦੇ ਵਿਰੁੱਧ ਕੋਈ ਪੱਕਾ ਸਬੂਤ ਨਹੀਂ ਮਿਲਦਾ, ਉਨਾ ਚਿਰ ਤੁਸੀਂ ਜੱਜ ਨਹੀਂ ਕਰ ਸਕਦੇ, ਜੱਜਮੈਂਟ ਨਹੀਂ ਦੇ ਸਕਦੇ। ਤੁਹਾਡਾ ਰਵੱਈਆ ਆ ਜਿਹੜਾ, ਇੱਦਾਂ ਨਹੀਂ ਹੋਵੇ ਵੀ ਫੈਸਲਾ ਕਰਨ ਤੋਂ ਪਹਿਲਾਂ ਤੁਹਾਡਾ ਮਨ ਬਣ ਚੁੱਕਾ ਹੋਵੇ, ਫਿਰ ਜਿਹੜੇ ਦੂਜੀ ਜਿਹਦੇ ਵਿਰੁੱਧ ਤੁਸੀਂ ਪਹਿਲਾਂ ਹੀ ਜੱਜ ਕਰ ਚੁੱਕੇ ਆ, ਉਹਦੇ ਪੱਖ ਵਿੱਚ ਜਿਹੜੇ ਸਬੂਤ ਆ ਰਹੇ ਆ, ਜਿਹੜੇ ਤੱਥ ਉਹਦੇ ਪੱਖ ਦੇ ਆ, ਉਹਨਾਂ ਨੂੰ ਤੁਸੀਂ ਇਗਨੋਰ ਕਰਦੇ ਜਾਣਾ। ਜੇ ਤੁਸੀਂ ਜੱਜ ਨਹੀਂ ਕੀਤਾ, ਜੇ ਤੁਸੀਂ ਮੰਨਦੇ ਆ ਵੀ ਜਿੰਨਾ ਚਿਰ ਪ੍ਰੂਵ ਨਹੀਂ ਹੋ ਜਾਂਦਾ ਉਨਾ ਚਿਰ ਗਿਲਟੀ ਨਹੀਂ ਹੈ ਮੰਨਿਆ ਜਾਣਾ,
ਫਿਰ ਤੁਸੀਂ ਨਿਰਪੱਖ ਹੋ ਕੇ ਸੋਚਦੇ ਜਾਣਾ, ਇਕੱਲੇ ਇਕੱਲੇ ਪੁਆਇੰਟ ਨੂੰ ਸਹਿਜ ਦੇ ਨਾਲ, ਸ਼ਾਂਤੀ ਦੇ ਨਾਲ ਦੇਖਦੇ ਰਹੇ ਜਾਣਾ, ਔਰ ਹਰ ਵੇਲੇ ਅਗਲੇ ਨੂੰ ਜਿਹੜਾ ਬੈਨੀਫਿਟ ਦਾ ਡਾਊਟ ਦਾ ਬੈਨੀਫਿਟ ਆ ਦਿੰਦੇ ਜਾਣਾ ਤੁਸੀਂ। ਹੁਣ ਜਦੋਂ ਸਾਡੇ ਵਿਰੁੱਧ ਵੀ ਕੁਛ ਵਾਪਰਦਾ ਆ ਉਦੋਂ ਵੀ ਅਸੀਂ ਸਿੱਧੀ ਪ੍ਰੋਸੀਕਿਊਸ਼ਨ ਜਾਂ ਜੱਜਮੈਂਟ ਨਹੀਂ ਦੇ ਦੇਣੀ, ਉਦੋਂ ਵੀ ਚੇਤਾ ਰੱਖਣਾ ਵੀ ਜਿੰਨਾ ਚਿਰ ਸਾਬਤ ਨਹੀਂ ਹੁੰਦਾ ਉਨਾ ਚਿਰ ਗਲਤੀ ਨਹੀਂ ਹੈਗਾ। ਹੁਣ ਸੌ ਦੋਸ਼ੀ ਬੇਸ਼ੱਕ ਛੁੱਟ ਜਾਣ ਪਰ ਇੱਕ ਨਿਰਦੋਸ਼ ਨਹੀਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਇਹ ਦੋ ਗੱਲਾਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਆ ਤਾਂ ਜਿਹਦੇ ਬਾਰੇ ਵੀ ਸਾਡੇ ਕੋਲ ਸ਼ਿਕਾਇਤ ਆਉਣੀ ਆ, ਜਿਹਦੇ ਬਾਬਤ ਵੀ ਸਾਨੂੰ ਸ਼ੱਕ ਹੋਣੀ ਆ, ਜਿਹਦੇ ਬਾਬਤ ਵੀ ਸਾਡੇ ਕੋਲ ਕਿਸੇ ਨੇ ਚੁਗਲੀ ਕਰਨੀ ਆ ਕੇ ਸਾਡੇ ਕੋਲ ਕੰਪਲੇਂਟ ਕਰਨੀ ਆ, ਉਹਦੇ ਪ੍ਰਤੀ ਸਾਡਾ ਰਵੱਈਆ ਚੇਂਜ ਨਹੀਂ ਹੋਣਾ ਕਦੇ ਵੀ, ਅਸੀਂ ਕਦੇ ਰੂਢ ਨਹੀਂ ਹੋਣਾ। ਪਹਿਲਾਂ ਤਿਆਰੀ ਨਹੀਂ ਕਰ ਲੈਣੀ ਅਸੀਂ, ਕਦੇ ਉਹਦੀ ਪ੍ਰੋਸੀਕਿਊਸ਼ਨ ਸ਼ੁਰੂ ਨਹੀਂ ਕਰ ਦੇਣੀ ਅਸੀਂ, ਅਸੀਂ ਬਿਲਕੁਲ ਨਿਰਪੱਖ ਹੋ ਕੇ ਸਵਾਰਥ ਤੋਂ ਰਹਿਤ, ਕਿਉਂਕਿ ਜਦੋਂ ਸਵਾਰਥੀ ਹੋਏ ਤੁਸੀਂ, ਜਦੋਂ ਆਪਣੇ ਵਾਲੇ ਪਾਸੇ ਨੂੰ ਝੁਕੇ, ਜਦੋਂ ਤੁਹਾਨੂੰ ਲੱਗਿਆ ਵੀ ਹਾਂ ਇਹਨੇ ਮੇਰਾ ਨੁਕਸਾਨ ਕੀਤਾ ਆ, ਉਦੋਂ ਹੀ ਜਿਉਂ ਹੀ ਪ੍ਰੋਸੀਕਿਊਸ਼ਨ ਦਾ ਖਿਆਲ ਤੁਹਾਡੇ ਦਿਮਾਗ ਵਿੱਚ ਆਇਆ, ਉਦੋਂ ਹੀ ਜਿਹੜੇ ਤੁਹਾਡੇ ਨਿਯਮ ਆ, ਜਿਹੜਾ ਤੁਹਾਡਾ ਬੈਲੈਂਸ ਆ, ਉਹਨੇ ਪੱਖਪਾਤੀ ਹੋ ਜਾਣਾ। ਉਹਨੇ ਤੁਹਾਡੇ ਜਦੋਂ ਕਿਸੇ ਦੀ ਪ੍ਰੋਸੀਕਿਊਸ਼ਨ ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਪੱਖ ਵਿੱਚ ਅਤੇ ਦੂਜੇ ਦੇ ਵਿਰੋਧ ਵਿੱਚ। ਹੁਣ ਐਡਵੋਕੇਸੀ, ਐਡਵੋਕੇਸੀ ਵੀ ਤੁਹਾਡੇ ਪੱਖ ਵਿੱਚ, ਆਪਣੀ ਐਡਵੋਕੇਸੀ ਸ਼ੁਰੂ ਕਰ ਦੇਣੀ ਆ, ਉਹਦੀ ਪ੍ਰੋਸੀਕਿਊਸ਼ਨ ਸ਼ੁਰੂ ਕਰ ਦੇਣੀ ਆ। ਹੁਣ ਤੁਹਾਡਾ ਐਡਵੋਕੇਟ, ਤੁਹਾਡਾ ਵਕੀਲ ਕੀ ਕਰਦਾ? ਉਹ ਕ੍ਰੋਸ ਐਗਜ਼ਾਮਿਨ ਦੂਜੇ ਨੂੰ ਕਰਦਾ, ਜੇ ਤੁਹਾਨੂੰ ਕਟਹਿਰੀ 'ਚ ਖੜਾ ਵੀ ਕਰਦਾ ਕ੍ਰੋਸ ਐਗਜ਼ਾਮਿਨ ਕਰਨ ਲਈ, ਤਾਂ ਵੀ ਇਹ ਸਾਬਤ ਕਰਨ ਲਈ ਉਹ ਗੱਲਾਂ ਜਿਹੜੀਆਂ ਕੁਛ ਰਹਿ ਗਈਆਂ ਹੁੰਦੀਆਂ, ਜਿਹੜੀਆਂ ਗੱਲਾਂ ਉੱਥੇ ਜੱਜ ਦੇ ਸਕੋਰਟ ਦੇ ਸਾਹਮਣੇ ਦੱਸਣੀਆਂ ਚਾਹੀਦੀਆਂ ਸੀ ਰਹਿ ਗਈਆਂ ਹੁੰਦੀਆਂ, ਉਹਨਾਂ ਨੂੰ ਦੁਬਾਰਾ ਤੋਂ ਲੈਬੋਰੇਟ ਕਰਨ ਲਈ ਤੁਹਾਨੂੰ ਖੜਾ ਕਰਦਾ। ਤੁਹਾਡੇ ਪੱਖ ਵਿੱਚ ਹੋ, ਅਤੇ ਜਿਹੜਾ ਪ੍ਰੋਸੀਕਿਊਟ ਕਰ ਰਿਹਾ ਦੂਜੇ ਨੂੰ, ਉਹ ਵੀ ਪੱਖ ਹੋਈ। ਹੁਣ ਅਸੀਂ ਕਿਸੇ ਵੀ ਕੁਛ ਵੀ ਵਾਪਰੇ ਉਹਦੇ ਵਿੱਚ ਫਟਾਫਟ ਅਸੀਂ ਆਪਣੀ ਐਡਵੋਕੇਸੀ ਸ਼ੁਰੂ ਕਰ ਦਿੰਦੇ ਹਾਂ, ਅਤੇ ਜਿਹੜਾ ਸਾਡਾ ਵਿਰੋਧੀ ਆ ਉਹਦੀ ਪ੍ਰੋਸੀਕਿਊਸ਼ਨ ਸ਼ੁਰੂ ਕਰ ਦਿੰਦੇ। ਇਹਦਾ ਮਤਲਬ ਅਸੀਂ ਇਹ ਵੇਟ ਨਹੀਂ ਕੀਤੀ ਵੀ ਜਿੰਨਾ ਚਿਰ ਪ੍ਰੂਵ ਨਹੀਂ ਹੋ ਜਾਂਦਾ ਉਨਾ ਚਿਰ ਗਿਲਟੀ ਨਹੀਂ ਹੈਗਾ। ਇਹਦਾ ਮਤਲਬ ਸਾਨੂੰ ਯਾਦ ਨਹੀਂ ਰਿਹਾ ਵੀ ਸੌ ਦੋਸ਼ੀ ਬੇਸ਼ੱਕ ਛੁੱਟ ਜਾਣ, ਕੋਈ ਨਿਰਦੋਸ਼ ਨਹੀਂ ਫਸਣਾ ਚਾਹੀਦਾ। ਕਦੇ ਕਿਸੇ ਦੀ ਸਿਚੁਏਸ਼ਨ ਨੂੰ ਜੱਜ ਨਹੀਂ ਕਰਨਾ ਚਾਹੀਦਾ। ਔਖਾ ਆ ਪਰ ਕੋਸ਼ਿਸ਼ ਕਰਨੀ ਚਾਹੀਦੀ। ਜਦੋਂ ਕੋਈ ਫੈਸਲਾ ਲੈਂਦਾ ਆ
ਉਹ ਕੁੜੀ ਸੀ ਡਾਂਸ ਕਰਦੀ, ਝਗੜਾ ਹੋ ਗਿਆ। ਥੱਲੀ ਕਹਿੰਦਾ ਜਿਹੜੀਆਂ ਭੈਣਾਂ ਮਜਬੂਰੀ ਦੇ ਵਿੱਚ ਇਹ ਧੰਦਾ ਕਰਦੀਆਂ, ਡਾਂਸ ਦਾ ਕੰਮ ਕਰਦੀਆਂ, ਉਹ ਮੈਨੂੰ ਮਿਲਣ, ਮੈਂ ਮੱਝ ਲੈ ਕੇ ਦਊਂਗਾ ਉਹਨਾਂ ਨੂੰ, ਦੁੱਧ ਵੇਚ ਕੇ ਗੁਜ਼ਾਰਾ ਕਰਨ। ਉਹਨੂੰ ਪੁੱਛੇ ਭਾਟੜਿਆ, ਜੇ ਇੰਨੀ ਔਕਾਤ ਤੇਰੀ ਹੁੰਦੀ ਤੂੰ 20-50 ਮੱਝਾਂ ਰੱਖ ਕੇ ਆਪਣਾ ਵਧੀਆ ਜ਼ਿਮੀਂਦਾਰ ਬਣ ਕੇ ਆਪਣਾ ਕੰਮ ਕਰ, ਡੈਰੀ ਦਾ ਕੰਮ ਕਰ। ਤੂੰ ਥਾਂ ਥਾਂ 'ਤੇ, ਤੇਰੇ ਕੋਲ ਕਿਹੜਾ, ਤੂੰ ਲੈਨਨ ਦਾ ਭਤੀਜਾ ਆ ਅਤੇ ਤੂੰ ਇਨਕਲਾਬ ਲਿਆਉਣਾ, ਕਦੇ ਉਹਦੀ ਚਮਚਾ ਗਿਰੀ, ਕਦੇ ਉਹਦੀ ਚਮਚਾ ਗਿਰੀ, ਪੈਸਿਆਂ ਲਈ ਲੱਗੇ ਹੋਵਾਂ ਤੁਸੀਂ। ਜਿਹੜੇ ਬੰਦੇ ਥਾਂ ਥਾਂ ਚੈਨਲ ਖੁੱਲ੍ਹ, ਪਤਾ ਨਹੀਂ ਲੱਗਾ ਤੁਹਾਨੂੰ ਇੰਡੀਆ ਦੇ ਵਿੱਚ ਨਹੀਂ ਔਕਾਤ ਹੈਗੀ ਤੁਹਾਡੀ ਤਾਂ ਬੋਲਣ ਦੀ, ਤੁਸੀਂ ਬਾਦਲਾਂ ਬਾਰੇ, ਟਕਸਾਲ ਬਾਰੇ, ਬੰਤਾ ਸਿੰਘ ਵਰਗਿਆਂ ਬਾਰੇ ਮਰ ਜਾ ਬੋਲ ਕੇ ਦਿਖਾ ਲਓ ਤਾਂ, ਤੁਹਾਡੇ ਕੈਮਰੇ ਕੁਮਰੇ ਚੱਕ ਕੇ ਬਾਹਰ ਮਾਰਦੇ ਅਗਲੇ। ਜੇ ਇੱਡੇ ਰਜਵਾੜੇ ਹੋਵੋ, ਇੰਨਾ ਰੱਜ ਕੇ ਖਾਣ ਜੋਗੇ ਹੋਣ ਸਾਡੇ ਪੱਤਰਕਾਰ ਜਰਨਲਿਸਟ, ਸਾਡੇ ਪ੍ਰਚਾਰਕਾਂ ਦਾ ਵੀ, ਇਤਿਹਾਸਕਾਰ ਸਾਡੇ ਵਿਦਵਾਨਾਂ ਦਾ ਇਹੀ ਹਾਲ ਆ। ਹੁਣ ਕਥਾਕਾਰ ਆ, ਰਾਗੀ ਆ, ਜਿਹਦੇ ਗੁਰਦੁਆਰੇ ਆਪਣੇ ਕੋਲ ਬੇਸ਼ੱਕ ਇਹਨਾਂ ਦੇ ਕਰੋੜਾਂ ਆ, ਪਰ ਰੂਹ ਦੇ ਪੱਖੋਂ, ਨੀਅਤ ਦੇ ਪੱਖੋਂ ਭਿਖਾਰੀ ਆ। ਜਿਹੜੀ ਥਾਂ 'ਤੇ ਜਿਹੜੀ ਕਮੇਟੀ, ਜਿਹੜੀ ਮੈਨੇਜਮੈਂਟ ਕੋਲ ਜਾਂਦੇ, ਉਹਨਾਂ ਤੋਂ ਪੈਸੇ ਡੀਲ ਲੈ ਕੇ ਕਰਕੇ ਆਉਂਦੇ, ਪੈਸੇ ਲੈ ਕੇ ਆਉਂਦੇ। ਹੁਣ ਜਿਹਨਾਂ ਨੂੰ ਅਸੀਂ ਕਲਾਕਾਰ ਵੀ ਕਹਿੰਦੇ ਹਾਂ, ਇੱਕ ਹੁੰਦਾ ਕਿਸੇ ਕੋਲ ਕੋਈ ਕਲਾ ਆ, ਮੰਨ ਲਓ ਕੋਈ ਨਾਟਕ, ਕੋਈ ਡਰਾਮਾ, ਕੋਈ ਐਕਟਿੰਗ ਇੰਨੀ ਵਧੀਆ ਕਰਦਾ ਨਾ, ਦੁਨੀਆ ਅਸ਼ਸ਼ ਕਰਦੀ ਆ, ਉਹ ਕਹਿੰਦਾ ਵੀ ਨਹੀਂ ਵੀ ਮੈਂ ਹਸਾ ਸਕਦਾ ਲੋਕਾਂ ਨੂੰ, ਮੇਰੇ ਕੋਲ ਕਲਾ, ਮੈਂ ਖੁਸ਼ ਕਰ ਸਕਦਾ ਲੋਕਾਂ ਨੂੰ, ਮੈਂ ਜਾਵਾਂ। ਉਹਨੂੰ ਤਰਸਦੇ ਆ ਲੋਕ ਦੇਖਣ ਲਈ। ਇੱਕ ਬੈਠਾ ਹੈ ਵਿਹਲਾ, ਉਹ ਕਹਿੰਦਾ ਵੀ ਇੱਦਾਂ ਗਾਉਣ ਦੇ ਨਾਲ ਪੈਸੇ ਬਣਦੇ ਆ, ਉਹ ਜਾ ਕੇ ਹਾਰਮੋਨੀਅਮ ਸਿੱਖਦਾ, ਤਬਲਾ ਸਿੱਖਦਾ, ਢੋਲਕੀ ਸਿੱਖਦਾ, ਥਾਂ ਥਾਂ 'ਤੇ ਜਾ ਕੇ ਇੱਦਾਂ ਕਰ, ਕੋਈ ਜਣਾ ਗੀਤ ਕਿਸੇ ਤਰ੍ਹਾਂ ਰੱਖੋ ਵੀ ਮੈਂ ਸ਼ਬਦ ਕੋ, ਕਮੇਟੀ ਕੋ, ਕੀਰਤਨ ਕਰਾ ਲਓ ਮੇਰੇ ਕੋਲੋਂ। ਉਹ ਆਪਣੇ ਆਪ ਨੂੰ ਕਲਾਕਾਰ ਕਹੇ ਤਾਂ ਲਾਣ ਤੇ ਆਵੇ। ਕਲਾ ਕੁਛ ਹੁੰਦਾ ਆ ਤੁਹਾਡੇ ਕੋਲ, ਉਹਨੂੰ ਤੁਸੀਂ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ। ਜਿਨ੍ਹਾਂ ਕੋਲ ਕਲਾ ਹੁੰਦੀ ਨਾ, ਉਹ ਆਪਣੀਆਂ ਸ਼ਰਤਾਂ ਬਣਾ ਕੇ ਜਾਂਦੇ, ਉਹਨਾਂ ਦਾ ਆਪਣਾ ਸਟੈਂਡਰਡ ਹੁੰਦਾ। ਜਿਹੜੇ ਧੱਕੇ ਨਾਲ ਬਣਦੇ ਆ, ਪੈਸਾ ਕਮਾਉਣ ਦੀ ਖਾਤਰ ਬਣਦੇ ਆ, ਪੈਸਾ ਜਿਹੜਾ, ਜਿਹਦੇ ਕੋਲ ਕਲਾ ਆ, ਪੈਸਾ ਉਹ ਵੀ ਕਮਾ ਲੈਂਦਾ, ਉਹ ਵੀ ਅਮੀਰ ਹੁੰਦਾ ਆ। ਫਰਕ ਇਹ ਹੁੰਦਾ ਵੀ ਜਿੱਦਣ ਉਹਦੇ ਕੋਲ ਨਹੀਂ ਵੀ ਕੁਛ ਹੁੰਦਾ, ਉੱਦਣ ਵੀ ਉਹ ਅਸੂਲਾਂ, ਆਪਣੀਆਂ ਸ਼ਰਤਾਂ ਦੇ ਨਾਲ ਜਾਂਦਾ। ਜਿਹੜਾ ਧੱਕੇ ਨਾਲ ਬਣਿਆ, ਜਿਹੜਾ ਪੈਸੇ ਕਮਾਉਣ ਦੇ ਪਰਪਸ ਨਾਲ ਬਣਿਆ ਆ, ਇਹ ਟੀਚੇ ਦੇ ਨਾਲ ਜਿਹੜਾ ਅੱਗੇ 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 ਲੱਭਦਾ ਰਾਹ ਬਣਦਾ ਆ, ਉਹ 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 ਕੰਡੀਸ਼ਨ ਨਹੀਂ ਲਾ ਸਕਦਾ, ਉਹ ਹਮੇਸ਼ਾ ਚਾਪਲੂਸੀ ਦੇ ਰੌਂ ਵਿੱਚ ਹੁੰਦਾ। ਉਹਨੂੰ ਹੁੰਦਾ ਵੀ ਮੈਨੂੰ ਪ੍ਰਵਾਨਗੀ ਮਿਲ ਜਾਏ। ਜੇ ਅਸੀਂ ਬੈਲੈਂਸ ਰਹਾਂਗੇ, ਜੇ ਇਸ ਚੀਜ਼ ਨੂੰ ਸਮਝਾਂਗੇ ਵੀ ਜਿੰਨਾ ਚਿਰ ਦੋਸ਼ ਸਾਬਤ ਨਹੀਂ ਹੁੰਦਾ ਕਿਸੇ ਦੇ ਉੱਤੇ, ਉਨਾ ਚਿਰ ਤਾਂ ਅਸੀਂ ਕਿਸੇ ਦੇ ਉੱਤੇ ਸ਼ੱਕ ਨਹੀਂ ਕਰ ਸਕਣੇ। ਸਾਨੂੰ ਪਤਾ ਲੱਗਣਾ ਹੈ, ਦਿਮਾਗ ਵਿੱਚ ਹੋਣੀ ਆ ਸਾਡੇ
ਕੋਖ ਕਰ ਲਾਂਗੇ ਅਸੀਂ, ਪਰ ਉਹਦੇ ਨਾਲ ਰਵੱਈਆ ਨਹੀਂ ਸਾਡਾ ਬਦਲਣਾ। ਸਾਡੀ ਕਨਵਰਸੇਸ਼ਨ ਜਿਹੜੀ ਆ, ਟੋਨ ਆ ਜਿਹੜੀ ਸਾਡੀ, ਅਸੀਂ ਜੱਜ ਨਹੀਂ ਕਰ ਲੈਣਾ ਉਹਨੂੰ ਵੀ ਚੋਰ ਆ। ਛਾਣਬੀਣ ਹੋਊਗੀ, ਸਬੂਤ ਲੱਭੇ ਜਾਣਗੇ। ਇਹ ਸਾਡੇ ਰਿਸ਼ਤਿਆਂ ਦੇ ਵਿੱਚ ਵੀ ਰਿਸ਼ਤੇ ਬੜੇ ਸਮੂਥ ਹੋ ਜਾਣੇ। ਮੈਂ ਕੋਈ ਡਰਾਮਾ ਦੇਖਦਾ ਸੀ, ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਦੇ ਉੱਤੇ ਸੀਗਾ, ਔਰਤ ਦੀ ਕਿਸੇ ਨਾਲ ਦੋਸਤੀ ਸੀ ਮੁੰਡੇ ਨਾਲ, ਉਹ ਦੋਸਤੀ ਨੂੰ ਬੰਦਾ ਬਰਦਾਸ਼ਤ ਕਰਦਾ ਸੀ। ਹੁਣ ਹਿਊਮਨ ਸਾਈਕੋਲੋਜੀ ਕਹਿੰਦੀ ਆ ਜਦੋਂ ਰਿਸ਼ਤੇ ਵਿੱਚ ਇੱਕ ਧਿਰ, ਜੇ ਔਰਤ ਤਾਂ ਮਰਦ ਵਿੱਚੋਂ, ਮਰਦ ਦੀ ਕਿਸੇ ਹੋਰ ਔਰਤ ਨਾਲ ਦੋਸਤੀ ਆ, ਅਤੇ ਉਹਦੀ ਜਿਹਦੇ ਨਾਲ ਉਹਦੀ ਰਿਲੇਸ਼ਨਸ਼ਿਪ ਆ, ਉਹ ਉਹਨੂੰ ਬਰਦਾਸ਼ਤ ਕਰਦੀ, ਉਹ ਖੁੱਲ੍ਹ ਦਿੰਦੀ ਆ। ਜਾਂ ਮਰਦ ਅਤੇ ਔਰਤ ਦਾ ਰਿਸ਼ਤਾ, ਮੰਨ ਲਓ ਹਸਬੈਂਡ ਵਾਈਫ ਦਾ ਰਿਸ਼ਤਾ ਆ, ਪਤਨੀ ਔਰਤ ਦੀ ਕਿਸੇ ਹੋਰ ਮਰਦ ਨਾਲ ਦੋਸਤੀ ਆ, ਕੰਮ ਦੇ ਉੱਤੇ ਆ, ਬੋਲਬਾਣੀ ਆ ਉਹਦੀ, ਅਤੇ ਬੰਦਾ ਉਹਨੂੰ ਖੁੱਲ੍ਹ ਦਿੰਦਾ ਵੀ ਕੋਈ ਗੱਲ ਨਹੀਂ, ਮੈਂ ਤੰਗ ਦਿਲ ਨਹੀਂ ਹੈ, ਤੂੰ ਜਾ ਆਇਆ ਕਰ, ਮਿਲ ਲਿਆ ਕਰ, ਕੋਈ ਗੱਲ ਨਹੀਂ। ਦੋਹਾਂ ਧਿਰਾਂ ਦੇ ਵਿੱਚੋਂ ਜੇ ਔਰਤ ਪਤਨੀ ਆਪਣੇ ਪਤੀ ਨੂੰ ਖੁੱਲ੍ਹ ਦਿੰਦੀ ਆ, ਉਹਦੇ ਖੁੱਲ੍ਹ ਦਾ ਪਤੀ ਦੇ ਦਿਮਾਗ 'ਤੇ ਕੀ ਅਸਰ ਪੈਂਦਾ, ਉਹ ਹੋਰ ਤਰ੍ਹਾਂ ਆ। ਜੇ ਪਤੀ ਪਤਨੀ ਨੂੰ ਖੁੱਲ੍ਹ ਦਿੰਦਾ ਆ, ਉਸ ਖੁੱਲ੍ਹ ਦਾ ਅਸਰ ਔਰਤ ਦੇ ਦਿਮਾਗ ਦੇ ਉੱਤੇ ਕਿੱਦਾਂ ਪੈਣਾ, ਉਹ ਹੋਰ ਤਰ੍ਹਾਂ ਦਾ, ਵੱਖਰੀ ਤਰ੍ਹਾਂ ਦਾ। ਵੈਸੇ ਤਾਂ ਇੰਡੀਵਿਜੁਅਲ ਦੇ ਉੱਤੇ ਆ, ਹੋ ਸਕਦਾ ਕੋਈ ਧਿਰ ਇਹ ਸੋਚਦੀ ਹੋਵੇ ਵੀ ਜੇ ਪਤਨੀ ਨੇ ਪਤੀ ਦੇ ਬਾਰੇ ਰਵੱਈਆ ਇਹ ਅਪਣਾ ਲਿਆ ਵੀ ਕੋਈ ਗੱਲ ਨਹੀਂ, ਕੰਮ ਤਾਂ ਇਕੱਠੇ ਆ, ਤਾਂ ਕੀ ਹੋ ਗਿਆ, ਜੇ ਫਿਲਮ ਦੇਖਿਆ ਕਿਤੇ ਆਪਣੀ ਕੌਫੀ ਨੂੰ, ਕੰਮ 'ਤੇ ਵੀ ਤਾਂ ਸਾਰਾ ਦਿਨ ਇਕੱਠੇ ਰਹਿੰਦੇ ਹੀ ਆ, ਇੱਦਾਂ ਥੋੜ੍ਹੀ ਹੋਣ ਲੱਗਾ ਮੇਰੇ ਕੋਲੋਂ ਚੱਲਾ। ਜੇ ਹੁਣ ਇਹ ਸੋਚ ਕੇ ਉਹਨੂੰ ਕਹਿ ਦਿੱਤਾ ਵੀ ਕੋਈ ਗੱਲ ਨਹੀਂ, ਹੋ ਸਕਦਾ ਬੰਦਾ ਇਹ ਉਹ ਬੰਦਾ ਇਹ ਸੋਚੇ, ਇੱਕ ਇੰਡੀਵਿਜੁਅਲ ਇਹ ਸੋਚੇ ਵੀ ਮੇਰੀ ਤੀਵੀਂ ਬਹੁਤ ਸਿਆਣੀ ਆ, ਮੇਰੀ ਤੀਵੀਂ ਸ਼ੱਕੀ ਸੁਭਾਅ ਦੀ ਨਹੀਂ ਹੈ, ਮੇਰੀ ਤੀਵੀਂ ਨੂੰ ਸਾੜਾ ਨਹੀਂ, ਮੇਰੀ ਤੀਵੀਂ ਨੂੰ ਮੇਰੇ 'ਤੇ ਭਰੋਸਾ ਆ। ਅਤੇ ਅਗਲਾ ਸੋਚੇ ਮੈਂ ਉਸ ਭਰੋਸੇ ਦੀ ਓਬਵੀਅਸ ਲਾਜ਼ ਰੱਖਾਂ ਮੈਂ, ਠੀਕ ਹੈ। ਹੁਣ ਇੱਕ ਦੂਜਾ, ਜੇ ਇੱਕ ਪਤੀ ਨੇ ਪਤਨੀ ਨੂੰ ਇੱਦਾਂ ਖੁੱਲ੍ਹ ਦੇ ਦਿੱਤੀ ਵੀ ਕੋਈ ਨਹੀਂ ਜਾਇਆ, ਅਤੇ ਉਹ ਸੋਚੇ ਵੀ ਜਦੋਂ ਮੈਨੂੰ ਖੁੱਲ੍ਹ ਮਿਲਦੀ ਆ, ਮੈਨੂੰ ਲੱਗਦਾ ਵੀ ਮੇਰੀ ਪਤਨੀ ਜਿਹੜੀ ਮੈਨੂੰ ਖੁੱਲ੍ਹ ਦੇ ਰਹੀ, ਮੇਰੇ 'ਤੇ ਸ਼ੱਕ ਨਹੀਂ ਕਰ ਰਹੀ, ਵੀ ਉਹਦਾ ਸੁਭਾਅ ਬੜਾ ਚੰਗਾ, ਖੁੱਲ੍ਹ ਦੇ ਲਿਆ, ਉਹਨੂੰ ਮੇਰੇ 'ਤੇ ਭਰੋਸਾ ਹੈ, ਸਾਡਾ ਰਿਸ਼ਤਾ ਬੜਾ ਵਧੀਆ ਹੈ, ਅਤੇ ਇੱਦਾਂ ਮੈਂ ਵੀ ਇਹਨੂੰ ਖੁੱਲ੍ਹ ਦੇ ਦਿੰਦਾ, ਮੈਂ ਵੀ ਤਾਂ ਭਰੋਸਾ ਕਰਦਾ ਹੀ ਇਹਦੇ ਉੱਤੇ। ਜੇ ਆਪਣੇ ਕੁਲੀਗ ਦੀ ਕਿਤੇ ਕੰਮ ਦੀ ਕੋਈ ਕਾਨਫਰੰਸ ਆ, ਉੱਥੇ ਕੰਮ ਦੇ ਆਪਣੇ ਜਿਹੜੇ ਜਿਹਨਾਂ ਨਾਲ ਕੰਮ ਕਰਦੀ ਕਿਸੇ ਮੁੰਡੇ ਨਾਲ ਜਾਏ, ਰਾਤ ਰਹਿਣਾ ਵੀ ਪੈ ਗਿਆ ਇਹਨਾਂ ਨੂੰ, ਕਿਤੇ ਜੋਬ ਤੋਂ ਗਏ, ਕੋਈ ਗੱਲ ਨਹੀਂ, ਮੈਂ ਭਰੋਸਾ ਕਰਾਂ, ਤਾਂ ਕਿ ਉਹਨੂੰ ਮੇਰੇ ਬਾਰੇ ਲੱਗੇ ਮੈਂ ਵੀ ਚੰਗਾ, ਮੈਂ ਸ਼ੱਕ ਨਹੀਂ ਕਰਦਾ, ਮੈਂ ਸੜਦਾ ਨਹੀਂ ਐਵੇਂ, ਮੈਂ ਖਾਮ ਖਾਏ ਨਹੀਂ ਸੋਚਦਾ ਵੀ ਤੈਨੂੰ ਇੱਕੋ ਕੰਮ ਆ।
ਜ਼ਰੂਰੀ ਨਹੀਂ ਹੈ ਉਸ ਔਰਤ ਦੇ ਦਿਮਾਗ ਵਿੱਚ ਵੀ ਇਹੀ ਖਿਆਲ ਆਵੇ। ਹੋ ਸਕਦਾ ਉਹ ਇਹ ਸੋਚੇ ਵੀ ਜਿਹੜਾ ਮੇਰੇ ਕਿਸੇ ਹੋਰ ਮਰਦ ਤੇ ਨਾਲ ਜਾਣ 'ਤੇ ਦੁਖੀ ਨਹੀਂ ਹੋ ਰਿਹਾ, ਸ਼ੱਕ ਨਹੀਂ ਕਰ ਰਿਹਾ, ਜਿਹੜਾ ਮੇਰੇ ਕਿਸੇ ਹੋਰ ਨਾਲ ਜਾਣ ਦੇ ਉੱਤੇ ਬਿਲਕੁਲ ਆਮ ਸ਼ਾਂਤ ਰਹਿ ਰਿਹਾ ਆ, ਇਹ ਕੀ ਗਰੰਟੀ ਆ ਵੀ ਜੇ ਭੜਕੇ ਨੂੰ ਇਹ ਕਿਸੇ ਹੋਰ ਔਰਤ ਦੇ ਨਾਲ ਜਾਊਗਾ ਤਾਂ ਮੇਰੀਆਂ ਭਾਵਨਾਵਾਂ ਦੀ ਕਦਰ ਕਰੂਗਾ। ਹੁਣ ਇੱਕ ਨੇ ਇਹ ਸੋਚਿਆ ਸੀ ਵੀ ਜੇ ਉਹਨੂੰ ਮੈਨੂੰ ਖੁੱਲ੍ਹ ਦਿੱਤੀ ਆ ਇਹਦਾ ਮਤਲਬ ਉਹ ਬੜੀ ਖੁੱਲ੍ਹ ਦਿੱਲੀ ਆ, ਖੁੱਲ੍ਹੇ ਵਿਚਾਰਾਂ ਦੀ ਆ, ਅਤੇ ਇਹ ਸੋਚ ਕੇ ਉਹਨਾਂ ਨੂੰ ਵੀ ਕਹਿ ਦਿੱਤਾ। ਪਰ ਉਹਦੇ ਦਿਮਾਗ ਵਿੱਚ ਇਹ ਆ ਗਿਆ ਵੀ ਅਜੀਬ ਬੰਦਾ ਆ ਇਹ, ਇਹਨੂੰ ਫਰਕ ਹੀ ਨਹੀਂ ਇਸ ਗੱਲ ਦਾ, ਮੈਂ ਇਹਦੀ ਹਾਂ, ਮੈਂ ਇਹਦੀ ਪਤਨੀ ਹਾਂ, ਇਹ ਤਾਂ ਅੱਗ ਬਣਨੀ ਚਾਹੀਦੀ ਸੀ, ਇਹਨੇ ਬੁਰਾ ਨਹੀਂ ਮਨਾਇਆ ਇਸ ਗੱਲ ਦਾ। ਮੈਂ ਕਿਸੇ ਹੋਰ ਦੇ ਨਾਲ ਕੌਫੀ ਪੀਣ ਚੱਲ ਗਈ, ਇਹ ਕਹਿੰਦਾ ਕੋਈ ਨਹੀਂ ਜਾਇਆ, ਇਹਦਾ ਮਤਲਬ ਉਹਨੂੰ ਫਰਕ ਹੀ ਨਹੀਂ ਇਸ ਗੱਲ ਦਾ, ਇਹਦਾ ਮਤਲਬ ਰਿਸ਼ਤੇ ਦੀ ਅਹਿਮੀਅਤ ਨਹੀਂ ਸਮਝਦਾ ਹੈ, ਇਹਦਾ ਮਤਲਬ ਇੰਨਾ ਖੁੱਲ੍ਹਾ ਰਿਸ਼ਤੇ ਨੂੰ ਇੰਨਾ ਖੁੱਲ੍ਹਾ ਸਮਝਦਾ ਵੀ ਤੂੰ ਵੀ ਕੋਈ ਨਹੀਂ, ਜੇ ਕੋਈ ਹੋਰ ਕਿਸੇ ਨੇ ਜਾ ਵੀ ਆਈ ਕੋਈ ਨਹੀਂ, ਜੇ ਇਹਦਾ ਮਤਲਬ ਜਿੱਦਣ ਆਪ ਕਿਸੇ ਨਾਲ ਜਾਊਗਾ। ਹੋ ਸਕਦਾ ਉਹ ਇਹ ਸੋਚਦੀ ਹੋਵੇ ਵੀ ਜੇ ਉਹ ਕਿਸੇ ਹੋਰ ਨਾਲ ਜਾਵੇ, ਜੇ ਇਹਦੇ ਦਿਮਾਗ 'ਚ ਹੋਰ ਕਿਸੇ ਦਾ ਖਿਆਲ ਆਵੇ, ਜੇ ਇਹਨੂੰ ਹੋਰ ਕੋਈ ਭਰਮਾਉਣ ਦੀ ਕੋਸ਼ਿਸ਼ ਕਰੇ, ਜੇ ਇਹਦੇ ਨਾਲ ਹੋਰ ਕੋਈ ਤਿੰਮੀ ਫਲਰਟਿੰਗ ਕਰੇ, ਜੇ ਇਹਦੇ 'ਤੇ ਹੋਰ ਕੋਈ ਮੈਲੀ ਅੱਖ ਰੱਖੇ, ਤਾਂ ਇੱਕਦਮ ਇਹਨੂੰ ਖਿਆਲ ਆਵੇ ਵੀ ਨਹੀਂ, ਇਹ ਹੱਕ ਮੇਰੀ ਪਤਨੀ ਦਾ ਹੈ। ਇਹ ਉਹਨੂੰ ਜਵਾਬ ਦੇਵੇ, ਉਹਨੂੰ ਪੁਸ਼ ਕਰੇ, ਉਹਨੂੰ ਪਰੇ ਕਰੇ, ਇਹ ਕੋਈ ਰਿਮਾਰਕਸ ਨਾ ਦੇਵੇ ਉਹਨੂੰ ਇੱਦਾਂ ਦਾ। ਪਰ ਕਿਉਂਕਿ ਮੈਨੂੰ ਖੁੱਲ੍ਹ ਦੇ ਰਿਹਾ ਆ, ਉਹ ਹਰ ਇੰਡੀਵਿਜੁਅਲ ਦੇ ਉੱਤੇ ਡਿਪੈਂਡ ਕਰਦਾ। ਪਰ ਜਿਹੜੀ ਦਿਮਾਗ ਦੇ ਰਿਐਕਸ਼ਨ ਆ ਸਾਡੇ ਔਰਤ ਦੇ ਮਰਦ ਦੇ, ਵੈਸੇ ਕਿੱਦਾਂ ਦੀ ਪਰਵਰਿਸ਼ ਹੋਈ, ਕਿੱਥੋਂ ਆਏ ਆ, ਬਹੁਤ ਸਾਰੇ ਫੈਕਟਰ ਹੋਣਗੇ ਜਿਹੜੇ ਇਹਨੂੰ ਨਿਰਧਾਰਿਤ ਕਰਦੇ ਹੋਣਗੇ। ਅਸੀਂ ਜੇ ਖਿਆਲ ਰੱਖਣ, ਜੇ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖਣਾ ਸ਼ੁਰੂ ਕਰਾਂਗੇ ਤਾਂ ਵੱਡੀਆਂ ਵੱਡੀਆਂ ਮੁਸ਼ਕਲਾਂ ਜਦੋਂ ਆਉਣੀਆਂ ਸਾਡੇ ਤਾਈਂ, ਵੱਡੇ ਵੱਡੇ ਜਦੋਂ ਫੈਸਲੇ ਕਰਨੇ ਪੈਣੇ ਆ, ਤਾਂ ਸੌਖਾ ਹੋ ਜਾਣਾ ਸਾਨੂੰ। ਠੀਕ ਹੈ ਜੀ, ਸਾਨੂੰ ਸੋਰੀ, ਮੇਰੀ ਗੱਲ ਦੇ ਵਿੱਚ 2-3 ਕੌਲਾਂ ਮੇਰੇ ਤੋਂ ਮਿਸ ਹੋ ਗਈਆਂ। ਠੀਕ ਹੈ ਜੀ, ਤੁਸੀਂ ਇੱਕ ਵਾਰੀ ਫਿਰ ਸੋਰੀ ਕਰਨਾ ਤਾਂ ਆਪਾਂ ਇਹੀ ਚਾਹੁੰਦੇ ਸੀ ਵੀ ਕੌਲ ਲੈ ਲਈਏ ਅਸੀਂ, ਪਰ ਹੁਣ ਜਦੋਂ ਕੌਲ ਨਹੀਂ ਆਈ ਹੁੰਦੀ ਫਿਰ ਮੈਨੂੰ ਵੀ ਇੱਦਾਂ ਲੱਗਦਾ ਵੀ ਜੇ ਅਸੀਂ ਇੱਥੇ ਬੈਠੇ ਰਹੀਏ ਵੀ ਹਾਂਜੀ ਹੁਣ ਆ ਸਾਡੇ 3 ਨੰਬਰ ਆ, ਤੁਸੀਂ ਇਹਦੇ ਉੱਤੇ ਕੌਲ ਕਰੋ, ਅਸੀਂ ਵੇਟ ਕਰ ਰਹੇ ਹਾਂ ਜੀ, ਅਸੀਂ ਤੁਹਾਡਾ ਇੰਤਜ਼ਾਰ ਕਰਦੇ ਹਾਂ, ਇੱਦਾਂ ਬੈਠ ਕੇ ਜਿੱਦਾਂ ਸਬਜ਼ੀ ਵੇਚਣ ਵਾਲੇ ਬੈਠੇ ਹੁੰਦੇ ਵੀ ਆ ਜਾਓ ਬਈ, ਆ ਜਾਓ ਬਈ, ਟਿੰਡੇ 2 ਰੁਪਈਏ ਹੈ ਨਾ ਤੋਰੀਆਂ, ਹੁਣ ਤੁਸੀਂ ਕੌਲ ਕਰੋ, ਹੁਣ ਆਉਣ ਵਾਲੇ 10-20 ਸੈਕਟਾਂ ਜਿਹੜਾ ਕੌਲ ਕਰੂਗਾ ਉਹਨੂੰ ਆਹ ਪ੍ਰਾਈਜ਼ ਦੇਵਾਂਗੇ ਅਸੀਂ, ਇੱਦਾਂ ਬੈਠਣਾ ਜਿਹੜਾ ਸਾਡੇ ਲਈ ਵੀ ਔਖਾ ਆ, ਜਿਸ ਕਰਕੇ ਸਾਨੂੰ ਹੁੰਦਾ ਵੀ ਕੋਈ ਨਾ ਕੋਈ ਗੱਲ ਕਰ ਲਈਏ। ਪਰ ਸਰੋਤਿਆਂ ਨੂੰ ਕਈ ਵਾਰ ਇੱਦਾਂ ਹੁੰਦੀ ਵੀ ਕੌਲ ਆਉਂਦੀ ਆ ਅਤੇ ਉਹਨਾਂ ਨੂੰ ਲੱਗ ਜਾਂਦਾ ਵੀ ਨਹੀਂ ਕੋਈ ਗੱਲ ਚੱਲ ਰਹੀ ਆ, ਜਿਸ ਕਰਕੇ ਉਹ ਆਪ ਹੋ ਸਕਦਾ ਵੇਟ ਨਾ ਕਰਦੇ ਹੋਣ, ਕੰਨੀ ਕਤਰਾ ਜਾਂਦੇ ਹੋਣ, ਪਰ ਜ਼ਰੂਰੀ ਹੈਗੀ ਆ ਸਾਡੇ ਲਈ।
ਅਸੀਂ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਆ ਉਹ ਰੱਖਿਆ ਹੀ ਵੈਸੇ ਅਸੀਂ ਇਸ ਕਰਕੇ ਆ ਵੀ ਸਰੋਤਿਆਂ ਨੇ ਜੇ ਆਪਣੀ ਗੱਲਬਾਤ ਕਰਨੀ ਹੋਵੇ, ਜਿਹੜੇ ਬਾਕੀ ਪ੍ਰੋਗਰਾਮ ਆ ਉਹਦੇ ਵਿੱਚ ਕਈ ਵਾਰ ਨਹੀਂ ਗੱਲ ਹੁੰਦੀ, ਤਾਂ ਠੀਕ ਆ ਆਪਾਂ ਕੋਸ਼ਿਸ਼ ਕਰਦੇ ਹਾਂ। ਹਾਂਜੀ ਤੁਸੀਂ ਆਉਂਦੇ ਰਹਿਣ ਜੀ, ਤੁਸੀਂ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਅੰਕਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਦੀਪ ਨਾਮ ਆ ਜੀ ਮੇਰਾ, ਮਾਨਸਾ ਜ਼ਿਲ੍ਹੇ ਤੋਂ ਗੱਲ ਕਰ ਰਿਹਾ ਜੀ। ਹਾਂਜੀ ਹਾਂਜੀ ਕਿੱਦਾਂ ਜੀ? ਹਾਂਜੀ ਬਹੁਤ ਵਧੀਆ ਬਹੁਤ ਵਧੀਆ ਭਾਅ ਜੀ, ਤੁਹਾਡੇ ਨਾਲ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਜੀ ਸਾਨੂੰ। ਹਾਂਜੀ ਇੱਕ ਨਾ ਮੇਰਾ ਕੁਐਸਚਨ ਸੀ ਜੀ ਅੰਕਲ ਜੀ, ਆਹ ਪੁੱਛਣਾ ਸੀ ਜਿਵੇਂ ਹੁਣ ਆਪਾਂ ਗੁਰਬਾਣੀ ਬਾਰੇ ਪੜ੍ਹਨਾ ਹਨਾ ਜੀ, ਆਪਾਂ ਨੂੰ ਅਰਥ ਚਾਹੀਏ ਤੇ ਕਿੱਥੋਂ ਮਿਲਣਗੇ ਜੀ? ਮੈਂ ਮੇਰੇ ਪਾਪਾ ਨੂੰ ਪੁੱਛਦਾ ਹਨਾ, ਸਾਨੂੰ ਅੰਦਰ ਐਕਸਾਈਟਮੈਂਟ ਇੱਕ ਤਰ੍ਹਾਂ ਦੀ ਹਨਾ, ਵੀ ਆਪਾਂ ਦੇਖੀਏ ਆਪਣੇ ਪੁਰਖੇ ਬਾਬਾ ਜੀ ਕੀ ਲਿਖ ਕੇ ਗਏ ਨੇ ਹਨਾ, ਕੋਈ ਹਰੇਕ ਨੇ ਆਪਦੇ ਆਪਦੇ ਹਿਸਾਬ ਨਾਲ ਅਰਥ ਲਿਖੇ ਪਏ ਨੇ ਜੀ, ਟਿੱਕੇ ਨੇ ਹੋਰ ਨੇ ਹਨਾ ਗ੍ਰੰਥ। ਪਾਪਾ ਮੇਰੇ ਕਹਿੰਦੇ ਵੀ ਇਹ ਤਾਂ ਪੁੱਤ ਉਹਨਾਂ ਦੀ ਲੈਂਗੁਏਜ 'ਚ ਲਿਖੇ ਹੋਏ ਨੇ, ਤੁਸੀਂ ਬਸ ਐਂ ਸੋਚ ਲਿਆ ਕਰੋ ਵੀ ਉਹ ਤਾਂ ਇੱਕ ਤਰ੍ਹਾਂ ਦੇ ਗਾਣੇ ਨੇ, ਉਹ ਲੈਂਗੁਏਜ ਦੇ ਉਹਨੂੰ ਲੈ ਗਏ ਸਾਖੀਆਂ ਵਗੈਰਾ, ਜਿਹੜੇ ਰੀਅਲ ਅਰਥ ਬਾਬਾ ਜੀ ਉਹ ਕਿੱਥੋਂ ਕਿੱਥੋਂ ਸਿੱਖੀਏ ਜੀ ਅਸੀਂ? ਤੁਸੀਂ ਕਦੇ ਪਾਠ ਕੀਤਾ ਵੀ ਆ? ਹਾਂਜੀ ਹਾਂਜੀ ਪਾਠ ਕੀਤਾ ਜੀ, ਪੰਜ ਪੌੜੀਆਂ ਆਉਂਦੀਆਂ ਨੇ ਮੈਨੂੰ। ਕੋਈ ਉੱਦਾਂ ਵੀ ਆਉਂਦੀ ਜਵਾਨੀ ਕੰਠ ਵੀ ਹੈਗੀ ਤੁਹਾਨੂੰ ਕੋਈ ਕੋਈ ਲਾਈਨ? ਪਹਿਲੇ ਪੰਜ ਪੌੜੀਆਂ ਹੀ ਉਹ ਕੰਠ ਨੇ ਜੀ। ਕੋਈ ਕੁਛ ਪੜੂੰਗੇ ਕੁਛ? ਕੋਈ ਵੀ ਲਾਈਨ, ਇੱਕ ਲਾਈਨ ਕੋਈ ਵੀ ਕਿਤਿਓ ਵੀ ਤੁਹਾਨੂੰ ਜੇ ਕੁਛ ਹੈਗਾ ਇੱਦਾਂ ਚੇਤੇ ਕੁਛ ਪੜੋ। ਪੜਦੇ ਜੀ, ਠੀਕ ਗਲਤੀ ਦੀ ਪਰਵਾਹ ਨਾ ਕਰਿਓ, ਇੱਦਾਂ ਠੀਕ ਗਲਤੀ ਪਰਵਾਹ ਨਾ ਕਰਿਓ। ਹਾਂਜੀ ਹਾਂਜੀ ਹੈਲੋ। ਹਾਂਜੀ ਹਾਂਜੀ ਹਾਂਜੀ, ਜਿਵੇਂ ਮੈਂ ਅਰਥ ਪੜ੍ਹਦਾ ਹੀ ਲੈਣ ਜੀ, ਹੁਕਮੇ ਹੁਕਮਕਾਰ ਹੁਕਮਣਾ ਕਿਹਾ ਜਾਈ ਜੀ। ਬਸ ਇੱਦਾਂ ਹੀ ਨਾ, ਤੁਸੀਂ ਪਾਠ ਕਰੀ ਜਾਓ। ਠੀਕ ਆ ਜੀ, ਅੱਧੀਆਂ ਪੰਕਤੀਆਂ ਲਗਭਗ ਅੱਧੀਆਂ ਪੰਕਤੀਆਂ ਇੱਦਾਂ ਦੀਆਂ ਆਉਣੀਆਂ ਜਿਹਦੇ ਬਿਲਕੁਲ ਸਿੱਧੇ ਸਿੱਧੇ ਅਰਥ ਹੋਣੇ। ਠੀਕ ਆ ਜੀ, ਠੀਕ ਆ, ਬਿਲਕੁਲ ਸਿੱਧੇ। ਠੀਕ ਆ ਜੀ, ਇੱਕ ਜਿਵੇਂ ਆਪਣੇ ਬਾਬਾ ਜੀ ਜੀ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਕਹਿੰਦੇ ਨੇ ਹਨਾ, ਵੀ ਇਹ ਸਾਰਾ ਕੁਛ ਆਪਣੇ ਮਨ ਦੇ ਅਕੋਰਡਿੰਗ ਲਿਖਿਆ ਹੋਇਆ ਜੀ, ਮਨ 'ਤੇ ਸਾਰਾ ਕੁਛ ਲਿਖਿਆ ਹੋਇਆ ਵੀ ਆਪਣਾ ਮਨ ਕੀ ਕਹਿੰਦਾ ਜੀ ਅੰਦਰੋਂ, ਜਿਵੇਂ ਆਪਾਂ ਹਿਊਮਨ ਜੀ ਆਪਣੇ ਸੈਂਸਿਸ ਨੇ ਅੰਦਰ ਆਪਾਂ ਦੇਖਦੇ ਹਾਂ, ਟੇਸਟ ਆਪਣਾ ਹਨਾ, ਆਪਾਂ ਫੀਲਿੰਗ ਕਰਦੇ ਹਾਂ, ਆਪਣੇ ਮਨ ਬਾਰੇ ਵੀ ਲਿਖ ਕੇ ਗਏ ਨੇ ਗੁਰੂ ਜੀ, ਜਿਵੇਂ ਉਹ ਸਾਈਕੋਲੋਜਿਸਟ ਕਰਦੇ ਨੇ ਨਾ ਗੱਲਾਂ, ਵੀ ਉਹ ਬਾਹਰਲੇ ਬੰਦੇ ਵਾਸਤੇ ਨਹੀਂ ਕੁਛ, ਵੀ ਇਹ ਆਪਾਂ ਆਪਦੇ ਆਪ ਨੂੰ ਹੀ ਸਮਝਾਉਣਾ ਗਾ ਪੜ੍ਹ ਕੇ, ਉਹ ਆਪਾਂ ਨੂੰ ਦੱਸ ਕੇ ਗਏ ਨੇ ਜੀ, ਬਸ ਉਹਦੀ ਐਕਸਾਈਟਮੈਂਟ ਜੀ ਹੁੰਦੀ ਹੈ ਜੀ। ਮੈਂ ਫਿਰ ਆਪਦੇ ਹਿਸਾਬ ਨਾਲ ਦੇਖ ਲੈਣਾ, ਸੋਚ ਲੈਣਾ ਜਿਹੜੀ ਗੱਲ ਕਿੱਥੇ ਫਿੱਟ ਹੁੰਦੀ ਹੈ ਮੇਰੀ ਜ਼ਿੰਦਗੀ 'ਚ ਜੀ। ਨਹੀਂ ਇੱਦਾਂ ਨਹੀਂ ਹੁੰਦੀ, ਇੱਦਾਂ ਨਹੀਂ ਕਰ ਹੋਣਾ। ਜੇ ਢੱਡਰੀਆਂ ਵਾਲਿਆਂ ਨੇ ਕੋਈ ਗੱਲ ਕਹੀ ਆ ਤਾਂ ਉਹਨਾਂ ਨੂੰ ਹੋ ਸਕਦਾ 30 ਸਾਲ ਹੋ ਗਏ ਹੁਣ ਪਾਠ ਕਰਦਿਆਂ ਨੂੰ। ਹਾਂਜੀ ਠੀਕ ਆ। ਹਾਂਜੀ ਜੇ ਤਾਂ ਤੁਸੀਂ ਸਿਰਫ ਇਹ ਦੇਖਣਾ ਵੀ ਮੇਰੇ ਕੰਮ ਦੀ ਗੱਲ ਕਿਹੜੀ ਆ, ਹਾਂਜੀ, ਫਿਰ ਤਾਂ ਇੱਦਾਂ ਆ ਵੀ ਤੁਹਾਡੇ ਕੋਲ ਕਾਰ ਮੋਟਰਸਾਈਕਲ ਸਕੂਟਰ ਕੁਛ ਹੈ? ਹਾਂਜੀ ਹੈਗੀ ਹੈ, ਆਪਣੇ ਕੋਲ ਗੱਡੀ ਵੀ ਹੈ ਜੀ, ਮੋਟਰਸਾਈਕਲ ਆ ਮੇਰੇ ਕੋਲ ਜੀ। ਕਾਰ ਦਾ ਇੰਜਣ ਆਪੇ ਬੰਨ ਲੈਂਦੇ ਤੁਸੀਂ? ਹਾਂਜੀ, ਇੰਜਣ ਜੇ ਇੰਜਣ ਫੇਲ ਹੋ ਜਾਵੇ ਉਹਦਾ ਆਪੇ ਬੰਨ ਲਉਂਗੇ ਦੁਬਾਰਾ?
ਨਹੀਂ ਗੇਅਰ ਬਾਕਸ ਠੀਕ ਕਰ ਲੈਂਦੇ ਹਾਂ। ਗੇਅਰ ਬਾਕਸ ਜੀ ਨਹੀਂ ਹੁੰਦਾ ਊਂ, ਬਾਕੀ ਅੱਜ ਕੱਲ੍ਹ ਯੂਟਿਊਬ ਤੋਂ ਦੇਖ ਕੇ ਜੀ ਥੋੜ੍ਹਾ ਬਹੁਤ ਮੱਥਾ ਮਾਰ ਲੈਂਦੇ ਜੀ, ਰਿਪੇਅਰਿੰਗ ਦਾ ਦੇਖ ਲੈਂਦੇ ਊਂ, ਜ਼ਿਆਦਾ ਜੇ ਵੱਡਾ ਕੰਮ ਅੜ ਜੇ ਫਿਰ ਤਾਂ ਮਿਸਤਰੀ ਕੋਲ ਹੀ ਜਾਣਾ ਪੈਂਦਾ ਜੀ। ਓਕੇ, ਹੁਣ ਤੁਹਾਡਾ ਸਰੀਰ ਆ, ਜੇ ਘਰ 'ਚ ਕਿਸੇ ਦੀ ਕਿਡਨੀ ਫੇਲ ਹੋ ਜਾਵੇ ਬਦਲ ਲੈਂਦੇ ਤੁਸੀਂ? ਨਹੀਂ ਬਦਲ ਹੁੰਦੀ ਜੀ, ਇਹ ਤਾਂ ਕੋਸ਼ਿਸ਼ ਹੀ ਦੇਖਣਗੇ ਸਰ। ਕੋਸ਼ਿਸ਼ ਕੀਤੀ ਕਦੇ ਸਿੱਖਣੇ ਦੀ ਇੱਦਾਂ, ਅਤੇ ਤਾਂ ਕੀ ਆ, ਦੋ ਟੱਕੇ ਹੀ ਆ, ਲਾ ਕੇ ਟੰਕੇ ਮਾਰਨੇ ਸਿੱਖ ਲਓ, ਬਦਲ ਇਹਦੀ ਕੱਢੀ ਉਹਦੇ ਪਾ ਤੀ। ਮੈਂ ਕਦੇ ਇੱਦਾਂ ਦਾ ਖਿਆਲ ਆਇਆ ਵੀ ਜੇ ਅੱਖ ਦਾ ਆਪਰੇਸ਼ਨ ਕਰਨਾ ਪੈ ਜਾਏ, ਹਾਂਜੀ, ਅੱਖਾਂ ਦੀ ਡਾਕਟਰੀ ਕਰ ਲਵਾਂ ਮੈਂ, ਇਦਾਂ ਦਾ ਨਹੀਂ ਹੋਇਆ ਅੰਕਲ ਜੀ ਕਦੇ ਵੀ। ਫਿਰ ਇਹ ਆ ਵੀ ਸਾਡੇ ਰਿਸ਼ਤੇਦਾਰਾਂ ਦਾ ਹਾਰਟ ਫੇਲ ਹੋ ਗਿਆ ਸੀ, ਹਾਰਟ ਦਾ ਸਰਜਨ ਵੀ ਬਣ ਜਾਵਾਂ ਮੈਂ? ਨਹੀਂ ਆਇਆ ਅੰਕਲ ਜੀ। ਹੱਡੀ ਟੁੱਟ ਜਾਵੇ, ਹੱਡੀਆਂ ਦੀ ਡਾਕਟਰੀ ਕਰ ਲਵਾਂ, ਕਿਡਨੀਆਂ, ਲਿਵਰ ਆ, ਗਲੇ ਦਾ ਸਪੈਸ਼ਲਿਸਟ, ਨੱਕ ਦਾ ਸਪੈਸ਼ਲਿਸਟ, ਦੰਦਾਂ ਦਾ, ਹੈ ਨਾ, ਉਂਗਲਾਂ ਦੇ ਸਪੈਸ਼ਲਿਸਟ ਹੋਰ ਹੁੰਦੇ, ਨਾੜਾਂ ਦੇ ਹੋਰ ਹੁੰਦੇ, ਗੋਡਾ ਬਦਲਣਾ ਹੋਵੇ, ਹਿੱਪ ਲੱਕ ਟੁੱਟ ਜਾਏ, ਬੈਕ ਦੀ ਪ੍ਰੋਬਲਮ ਹੋ ਜਾਏ, ਮਤਲਬ ਮੈਂ ਕਹਿਣਾ ਇਹ ਚਾਹੁੰਦਾ ਵੀਰਾ ਵੀ ਜੇ ਜ਼ਿੰਦਗੀ ਨੂੰ ਨਾ ਅਸੀਂ ਇੱਦਾਂ ਦੇਖਣ ਲੱਗਾਂਗੇ ਆਪ, ਠੀਕ ਆ, ਤਾਂ ਸਾਡੇ ਕੋਲ ਟਾਈਮ ਨਹੀਂ ਇੰਨਾ, ਠੀਕ ਆ ਜੀ। ਅਸੀਂ ਕੀ ਕਰਦੇ ਹਾਂ, ਜਿਹੜਾ ਕੰਮ ਕਰਨਾ ਉਹਦੇ ਸਪੈਸ਼ਲਿਸਟ ਕੋ, ਉਹਦੇ ਮਾਹਰ ਕੋ ਚੱਲ ਜਾਂਦੇ ਅਸੀਂ। ਹਾਂਜੀ, ਹੋ ਸਕਦਾ ਪਰਿਵਾਰ ਦੇ ਵਿੱਚ ਕਈ ਵਾਰ ਤਿੰਨ ਤਿੰਨ ਪੀੜ੍ਹੀਆਂ ਲੰਘ ਜਾਂਦੀਆਂ ਆ, ਮੰਨ ਲਓ ਵੀ ਦਾਦਾ ਵੀ ਠੀਕ ਆ, ਸਾਡਾ ਦਾਦੀ ਮਾਂ ਪੇ ਵੀ ਠੀਕ ਆ, ਆਪਣੇ ਭੈਣ ਭਰਾ ਵੀ ਠੀਕ ਆ, ਨਿਆਣੇ ਵੀ ਠੀਕ ਆ, ਹਾਂਜੀ, ਮਤਲਬ ਕਿਸੇ ਦੀ ਕਿਡਨੀ ਫੇਲ ਹੋਈ ਨਹੀਂ ਸਾਡੇ ਟੱਬਰ 'ਚ, ਬੰਦਾ ਕਹਿੰਦਾ। ਹਾਂਜੀ, ਤਾਂ ਫਿਰ ਜੇ ਡਾਕਟਰੀ ਕੀਤੀ ਹੁੰਦੀ ਕਿਡਨੀ ਬਦਲਣ ਲਈ, ਉਹ ਕੰਮ ਆਉਣੀ ਸੀ ਕਿਸੇ? ਹਾਂ, ਫਰਕ ਪੈਣਾ ਸੀ ਜੀ ਪੂਰਾ ਜੀ। ਫਿਰ ਹੁਣ ਇੱਦਾਂ ਹੀ ਜਿਹੜੇ ਕੰਮ ਨਾ ਅਸੀਂ ਕਿਸੇ ਤੋਂ, ਕਿਸੇ ਮਾਹਰ ਤੋਂ ਕਰਵਾ ਸਕਦੇ ਹਾਂ, ਹਾਂਜੀ, ਉਹ ਕਰਵਾ ਲੈਣੇ ਚਾਹੀਦੇ ਆ। ਓਕੇ, ਜੇ ਕਾਰ ਆ, ਕਾਰ ਦਾ ਗੇਅਰ ਬਾਕਸ ਠੀਕ ਕਰਨਾ ਸਿੱਖਣ ਦੀ ਬਜਾਏ ਜਾ ਕੇ ਖੜਾ ਕਰ ਦਈਏ, 5,000 ਲਊਗਾ ਅਗਲਾ, ਬਦਲ ਦੂਗਾ, ਗੱਲ ਮੁੱਕ ਗਈ। ਹਾਂ, ਉਹ ਇੰਨਾ ਟਾਈਮ ਖਰਾਬ ਹੁੰਦਾ ਜੀ ਆਪਣਾ, ਹੈ ਨਾ, ਹੱਡੀਆਂ ਦਾ ਕੰਮ ਆ, ਡਾਕਟਰ ਕੋਲ ਜਾਈਏ, ਆਪਣੇ ਹੋਰ ਕੰਮ ਕਰਨੇ ਵਾਲੇ, ਨਾਲੇ ਮੇਰੇ ਕੋਲ ਲਿਆਕਤ ਨਹੀਂ, ਮੈਂ ਪੜ੍ਹਿਆ ਲਿਖਿਆ ਨਹੀਂ ਇੰਨਾ। ਹਾਂਜੀ, ਹੁਣ ਇੱਦਾਂ ਹੀ ਜਦੋਂ ਗੁਰਬਾਣੀ ਨੂੰ ਦੇਖਣਾ ਨਾ ਅਸੀਂ, ਹਾਂਜੀ, ਪਰ ਸਾਡੀ ਮੁਸ਼ਕਲ ਇਹ ਆ ਵੀ ਜਦੋਂ ਤਾਂ ਹੁਣ ਜਿੱਦਾਂ ਡਾਕਟਰੀ ਦੀ ਗੱਲ ਹੋਈ, ਤੁਸੀਂ ਕਿਹਾ ਵੀ ਥੋੜ੍ਹੀ ਬਹੁਤੀ ਐਮਰਜੈਂਸੀ ਵੇਲੇ ਲੋੜ ਪਵੇ ਉਹਦੇ ਲਈ ਘਰੇ ਸਮਾਨ ਰੱਖ ਲਿਆ ਆ। ਹਾਂਜੀ, ਗੱਡੀ ਦੀ ਗੱਲ ਹੋਈ, ਅਸੀਂ ਕਹਿੰਦੇ ਵੀ ਥੋੜ੍ਹਾ ਬਹੁਤਾ ਇੱਦਾਂ ਕਰ ਲਈਦਾ ਆਪ, ਉੱਦਾਂ ਮਕੈਨਿਕ ਚੱਲ ਜਾਈਦਾ। ਹਾਂਜੀ, ਪਰ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ, ਫਿਰ ਅਸੀਂ ਕਹਿੰਦੇ ਵੀ ਜਿੱਦਾਂ ਢੱਡਰੀਆਂ ਵਾਲੇ ਕਹਿੰਦੇ ਆ, 19 ਸਮਝ ਮੈਨੂੰ, ਸਿੱਧਾ ਮੈਨੂੰ ਦੱਸੋ ਵੀ ਉਹ ਸਟੀਕ ਕਿਹੜਾ ਆ ਜਿਹਨੂੰ ਪੜ੍ਹ ਕੇ ਉਹ ਗੱਲ ਮੈਨੂੰ ਪਤਾ ਲੱਗ ਜਾਵੇ। ਗੇਅਰ ਬਾਕਸ ਮੈਂ ਗੱਡੀ ਮੈਂ ਠੀਕ ਕਰਨੀ ਸਿੱਖ ਜਾਵਾਂ, ਇੱਦਾਂ ਦੀ ਕਿਤਾਬ ਥੋੜ੍ਹਾ ਹੋਣੀ ਉੱਥੇ ਕੋ ਪਈ, ਠੀਕ ਆ ਜੀ। ਹੁਣ ਗੁਰਬਾਣੀ ਬਾਰੇ ਵੀ ਇੱਦਾਂ ਦਾ ਕੋਈ ਸਟੀਕ ਨਹੀਂ ਹੋਣਾ, ਜਿਹਨੂੰ ਦੇਖ ਕੇ, ਜਿਹਦੇ ਅਰਥ ਪੜ੍ਹ ਕੇ ਤੁਹਾਨੂੰ ਸਾਰੀ ਅੰਡਰਸਟੈਂਡਿੰਗ ਮਿਲ ਜਾਣੀ ਆ।
ਉਹ ਅੰਡਰਸਟੈਂਡਿੰਗ ਤੁਹਾਨੂੰ ਬਣਾਉਣੀ ਪੈਣੀ, ਉਹ ਸਮਝ ਜਿਹੜੀ ਆ ਨਾ ਹੌਲੀ ਹੌਲੀ ਡਿਵੈਲਪ ਹੋਣੀ ਆ। ਉਹਦੇ ਲਈ ਪਹਿਲਾ ਕੰਮ ਕੀ ਕਰੋ, ਬਿਨਾਂ ਅਰਥਾਂ ਦੀ ਫਿਕਰ ਕੀਤੀਆਂ, ਹਾਂਜੀ ਜੇ ਟਾਈਮ ਆ, ਜੇ ਤੁਹਾਨੂੰ ਪਿਆਰ ਆ ਇਸ ਗੱਲ ਦਾ, ਬਿਨਾਂ ਅਰਥਾਂ ਦੀ ਫਿਕਰ ਕੀਤੀਆਂ ਇੱਕ ਪਾਸਿਓਂ ਲੈ ਕੇ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦਿਓ। ਠੀਕ ਹੈ ਜੀ। ਜਦੋਂ ਪੜ੍ਹੋਗੇ ਨਾ ਤੁਸੀਂ, ਹਾਂਜੀ, ਪੜ੍ਹਦਿਆਂ 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 ਤੁਹਾਡੇ ਅੱਧੀਆਂ ਕੁ ਪੰਕਤੀਆਂ ਉਹ ਆਉਣੀਆਂ ਜਿਹਦੇ ਸਿੱਧੇ ਸਿੱਧੇ ਅਰਥ ਤੁਹਾਨੂੰ ਸਮਝ ਆ ਜਾਣੇ। ਠੀਕ ਹੈ ਜੀ। ਠੀਕ ਹੈ। ਕੁਛ ਗੱਲਾਂ ਇੱਦਾਂ ਦੀਆਂ ਹੋਣੀਆਂ ਆ ਜਿਹਦੇ ਅਰਥ ਤਾਂ ਨਹੀਂ ਤੁਹਾਨੂੰ ਪਤਾ ਲੱਗਣੇ। ਹਾਂਜੀ। ਹੁਣ ਕਈ ਵਾਰ ਫਿਲਮ ਦੇਖਦੇ ਤੁਸੀਂ, ਹਾਂਜੀ, ਫਿਲਮ ਦੇਖ ਰਹੇ ਹੁੰਦੇ ਆ, ਜਦੋਂ ਕਹਾਣੀ ਸਮਝ ਆ ਜਾਂਦੀ ਨਾ ਤੁਹਾਨੂੰ, ਹਾਂਜੀ, ਹੁਣ ਇੱਕ ਨੂੰਹ ਆ ਉਹਦੀ ਸੱਸ ਨਾਲ ਬਣਦੀ ਨਹੀਂ, ਹਾਂਜੀ, ਤੇ ਇੱਕ ਥਾਂ ਦੇ ਉੱਤੇ ਤੁਹਾਡਾ ਫੋਨ ਆ ਗਿਆ, ਤੁਸੀਂ ਫੋਨ ਕਰਨ ਲੱਗ ਪਏ, ਗੱਲ ਕਰਨ ਲੱਗ ਪਏ, 30-40 ਸੈਕਿੰਡ ਦੇ ਵਿੱਚ ਉਹਨਾਂ ਦੀ ਗੱਲਬਾਤ ਲੰਘ ਗਈ, ਹਾਂਜੀ, ਤੁਹਾਨੂੰ ਪਤਾ ਨਹੀਂ ਲੱਗਾ ਵੀ ਕੀ ਗੱਲ ਕਹੀ ਆ ਉਹਨੇ, ਪਰ ਕਿਉਂ ਪਿੱਛਿਓਂ ਕਹਾਣੀ ਦੇਖਦੇ ਆ ਜਾਂ ਗਾਹਾਂ ਦੀ ਦੇਖ ਲਈ, ਤੁਸੀਂ ਤੁਹਾਨੂੰ ਇੰਨੀ ਸਮਝ ਆ ਗਈ ਵੀ ਉੱਥੇ ਕੋਈ ਨਾ ਕੋਈ ਗੱਲ ਕਹੀ ਆ ਸੱਸ ਨੇ, ਜਿਹਦਾ ਨੂੰਹ ਨੇ ਜਵਾਬ ਦੇ ਦਿੱਤਾ ਵੀ ਮੈਂ ਨਹੀਂ ਕਰਨੀ ਤਾਂ। ਹਾਂ, ਉਹ ਐਕਸ਼ਨ ਦਾ ਪਤਾ ਲੱਗ ਜਾਂਦਾ ਬਾਅਦ 'ਚ। ਇੱਦਾਂ ਕੁਛ ਗੱਲਾਂ ਇੱਦਾਂ ਤੁਹਾਨੂੰ ਸਮਝ ਆ ਜਾਣੀਆਂ ਉਹਦੇ ਵਿੱਚੋਂ, ਇੱਥੇ ਆਹ ਆਹ ਟੋਪਿਕ ਚੱਲ ਰਿਹਾ ਆ, ਆਹ ਗੱਲ ਕੁਛ ਗੱਲ ਨਾ ਕੀਤੀ ਗਈ ਆ ਇੱਥੇ, ਬਸ ਠੀਕ ਹੈ ਜੀ। ਫਿਰ ਕੁਛ ਗੱਲਾਂ ਜਾਂਦਿਆਂ ਜਾਂਦਿਆਂ ਤੇ ਜਦੋਂ ਰਿਪੀਟ ਹੋਣੀਆਂ ਮੁੜ ਮੁੜ ਕੇ ਮੁੜ ਮੁੜ ਕੇ ਮੁੜ ਮੁੜ ਕੇ, ਫਿਰ ਤੁਹਾਨੂੰ ਉਹ ਡਿਕਸ਼ਨਰੀ ਉੱਥੋਂ ਲੱਭਣ ਲੱਗ ਪੈਣੀ ਹੈ। ਜੇ ਇੱਕ ਵਾਰੀ ਪਹਿਲਾਂ ਬਿਨਾਂ ਅਰਥਾਂ ਦੀ ਪਰਵਾਹ ਕੀਤੀਆਂ, ਬਿਨਾਂ ਇਹ ਸੋਚਿਆਂ ਵੀ ਇਹਦੇ ਵਿੱਚੋਂ ਮੈਂ ਸਾਰਾ ਕੁਛ ਲੱਭਣਾ ਆ, ਜਸਟ ਉਹਨੂੰ ਜਦੋਂ ਕਿਤਾਬ ਵੀ ਪੜ੍ਹੀ ਦੀ ਨਾ, ਕਦੇ ਵੀ ਉਹਨੂੰ ਇੱਦਾਂ ਇੰਨੀ ਡੂੰਘਾਈ ਨਾ ਵਿੱਚੋਂ ਲੱਭਣ ਦੀ ਕੋਸ਼ਿਸ਼ ਨਹੀਂ ਕਰੀ ਵੀ ਉਹ ਕਹਿ ਕੀ ਰਿਹਾ ਆ। ਸਿਰਫ ਆਰਾਮ ਨਾਲ ਰਿਲੈਕਸ ਹੋ ਕੇ ਉਹਨੂੰ ਪੜ੍ਹਦੇ ਜਾਓ। ਹਾਂ ਵੀ ਉਹ ਵੀ ਪੜ੍ਹ ਲਿਆ ਕਰਾਂ ਫਿਰ, ਜਿਵੇਂ ਤੁਸੀਂ ਕਿਹਾ ਜੀ। ਬਸ ਪਹਿਲਾਂ ਹੋ ਸਕਦਾ ਸਾਲ ਲੱਗੇ ਤੁਹਾਨੂੰ ਇੱਕ ਵਾਰੀ, ਉੱਥੇ ਬਹੁਤ ਸਾਰੀਆਂ ਸਾਈਟਾਂ ਪਈਆਂ, ਜੇ ਹੋਇਆ ਮੈਂ ਤੁਹਾਨੂੰ ਕੋਈ ਲਿੰਕ ਭੇਜ ਦਊਂਗਾ, ਜਿਹਨੀ ਜਿੱਥੇ ਬਹੁਤ ਸੋਹਣਾ ਪਾਠ ਕੀਤਾ ਹੋਇਆ ਪਿਆ ਹੈ। ਠੀਕ ਹੈ ਜੀ। ਉਹ ਤੁਸੀਂ ਵੈਬਸਾਈਟ ਦੀ ਵੀ ਹੈਗਾ ਜੀ, ਮੈਂ ਚੈੱਕ ਕੀਤਾ ਸੀ ਅੰਕਲ ਜੀ, ਜਿਹੜੀ ਵੈਬਸਾਈਟ ਬਣੀ ਹੋਈ ਹੈ ਤੁਹਾਡੀ ਉਹਦੇ ਉੱਪਰ ਵੀ ਬਹੁਤ ਪਿਆ ਜੀ, ਫਿਰ ਆਡੀਓ ਪਏ ਨੇ। ਬਸ ਫਿਰ ਦੋ ਦੋ ਚਾਰ ਪੰਨੇ, ਮੰਨ ਲਓ ਅੱਧਾ ਕੁ ਘੰਟਾ ਰੋਜ਼ ਉਹਨੂੰ ਲਾ ਕੇ ਸਾਹਮਣੇ ਗੁਟਕਾ ਪਾ ਪੁੱਥੀ ਰੱਖ ਲਈ, ਉਹਦੇ ਵੱਲ ਦੇਖੀ ਗਏ, ਇੱਧਰੋਂ ਸੁਣੀ ਗਏ ਉਹਨੂੰ। ਠੀਕ ਹੈ ਜੀ। ਠੀਕ ਹੈ। ਹੁਣ ਜਦੋਂ ਇੱਕ ਵਾਰੀ ਉਹ ਹੋਇਆ ਨਾ, ਫਿਰ ਅਗਲੀ ਸਟੇਜ ਦੇ ਵਿੱਚ ਟਾਈਮ, ਯਾਨੀ ਜ਼ਰੂਰੀ ਨਹੀਂ ਤੁਸੀਂ ਆਪਣੇ ਆਪ ਨੂੰ ਇੱਦਾਂ ਨਾ ਸੋਚੋ ਵੀ ਮੈਂ ਮਾਰ ਬਣਨਾ ਇਹਦਾ। ਹਾਂਜੀ। ਜਿਹੜੀ ਜਿੰਨੀ ਕੁ ਜ਼ਿੰਦਗੀ ਜੀਣ ਲਈ ਸਾਨੂੰ ਚਾਹੀਦਾ ਹੁੰਦਾ ਨਾ, ਉਹ ਸਾਰਾ ਹੁੰਦਾ। ਬਾਕੀ ਜਿਹੜਾ ਹਾਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪੇ ਸਮਝਣ ਲਈ ਕਰਨ ਲਈ ਉਹਨੂੰ ਜਿੱਦਾਂ ਪਹਿਲਾਂ ਪਾਠ ਕਰਨਾ ਸ਼ੁਰੂ ਕਰ ਲਓ। ਠੀਕ ਹੈ ਜੀ। ਜੇ ਤੁਸੀਂ ਸਟੀਕ ਪਹਿਲਾਂ ਹੀ ਸਟੀਕ ਸ਼ੁਰੂ ਕਰੋਗੇ ਨਾ, ਹਾਂਜੀ, ਉਹਦੇ 'ਚੋਂ ਕੁਛ ਗੱਲਾਂ, ਕਿਉਂਕਿ ਹਰੇਕ ਜਿਹੜਾ ਬੰਦਾ ਅਰਥ ਕਰਨ ਵਾਲਾ ਦੱਸਣ ਵਾਲਾ ਹੈ, ਉਹਦੀ ਆਪਣੀ ਸਮਝ ਵਿੱਚ ਨਾਲ ਗਈ ਹੁੰਦੀ ਉਹਦੀ। ਠੀਕ ਹੈ। ਜਿੰਨਾ ਕੁ ਪਹਿਲਾਂ ਬੇਸਿਕ ਤੁਹਾਨੂੰ ਗੱਲਾਂ ਪਤਾ ਹੋਣੀਆਂ ਚਾਹੀਦੀਆਂ, ਉਹ ਤੋਂ ਬਾਅਦ ਤੁਸੀਂ ਸਟੀਕ ਨੂੰ ਵੋਕੈਬਲਰੀ ਪਹਿਲਾਂ ਪਤਾ ਹੋਵੇ ਸਾਰੀ, ਹਾਂਜੀ, ਫਿਰ ਦੂਜੀ ਵਾਰ ਸਟੀਕ ਲਉਂਗੇ ਤੁਸੀਂ, ਫਿਰ ਸੌਖਾ ਰਹੂਗਾ ਤੁਹਾਨੂੰ। ਹਾਂ
ਠੀਕ ਆ ਜੀ, ਉਹ ਪਹਿਲਾਂ ਨਾ ਫਿਰ ਸਾਡੇ ਜੋ ਬਚਪਨ ਤੋਂ ਹੁਣ ਰਹੇ ਹਾਂ ਜੀ, ਤਾਂ ਥੋੜ੍ਹਾ ਟਾਈਮ ਹੀ ਹੋਇਆ ਭਾਅ ਜੀ ਤੁਹਾਡੇ ਨਾਲ ਜੁੜਿਆ ਨੂੰ ਜੀ, ਸਾਡੇ ਤਾਂ ਪਰ ਪਹਿਲਾਂ ਡਾਟਾ ਹੀ, ਫਿਰ ਦੂਜਾ ਪਿਆ ਹੋਈ ਮਸਕੀਨ ਬਾਬੇ ਜੀ ਦਾ ਜੀ, ਹੋਰ ਕਿੰਨੇ ਹੋਏ ਨਹੀਂ ਨੇ, ਬਸ ਉਹ ਡਾਟਾ ਹੀ ਘੁੰਮੀ ਗਿਆ, ਉਹ ਹੌਲੀ ਹੌਲੀ ਡਿਲੀਟ ਕੀਤਾ ਜੀ ਡਾਟਾ ਦਿਮਾਗ 'ਚੋਂ। ਇਹ ਇਹ ਗਰੰਟੀ ਆ ਵੀ ਜੇ ਤੁਸੀਂ ਪਿਆਰ ਨਾਲ ਨਾ ਇੱਕ ਵਾਰੀ ਉਦਾਂ ਪਾਠ ਕਰ ਲਓਗੇ, ਠੀਕ ਆ, ਬਹੁਤ ਬਹੁਤ ਸਾਰੀਆਂ ਗੱਲਾਂ ਸਵਾਲ ਜਿਹੜੇ ਆ ਤੁਹਾਡੇ ਉਦਾਂ ਹੀ ਤੁਹਾਨੂੰ ਵੈਸੇ ਹੀ ਜਵਾਬ ਮਿਲ ਜਾਣੇ ਆ ਬਈ, ਠੀਕ ਹੈ ਜੀ, ਠੀਕ ਹੈ। ਜਿੱਦਾਂ ਜਿੱਦਾਂ ਹੁਣ ਅਸੀਂ ਕਹਿੰਦੇ ਪਈ ਜਿੰਨੀ ਕੁ ਉੱਦਾਂ ਲੋੜ ਪੈਂਦੀ ਆ, ਮਾੜੀ ਮੋਟੀ ਡਾਕਟਰੀ ਬੰਦੇ ਨੇ ਪੈਰਾਂ ਡੋਲ ਘਰ ਰੱਖੀ ਹੋ ਆ, ਹੈ ਨਾ, ਕੋਈ ਜਲ ਗਿਆ ਉਹਦੇ ਟਿਊਬ ਲਾਉਣ ਲਈ, ਅੱਖ ਦੇ ਵਿੱਚ ਕੁਛ ਹੋ ਗਿਆ ਉਹ 'ਚ ਦਵਾਈ ਪਾਉਣ ਲਈ, ਹੈ ਨਾ, ਬਈ ਸੱਟ ਸੁੱਟ ਲੱਗਦੀ ਆ ਉੱਤੇ ਪੱਟੀ ਕਰਨੇ ਨੂੰ, ਕੋਈ ਇੱਦਾਂ ਦੀ ਮੱਲਮ ਲਾਉਣ ਨੂੰ ਰੱਖਿਆ, ਜੇ ਹੁਣ ਕਿਤੇ ਹੋ ਗਿਆ ਮੋਚ ਆ ਗਈ ਕਿਤੇ ਉਹਦੇ 'ਤੇ ਥੋੜ੍ਹੀ ਬਹੁਤੀ ਆਇਓਡੈਕਸ ਵਗੈਰਾ ਰੱਖ ਲਈ ਘਰੇ, ਤੇ ਇੰਨੀ ਕੁ ਸਮਝ ਸਾਨੂੰ ਵੈਸੇ ਹੀ ਪਾਠ ਇੱਦਾਂ ਹੀ ਪਾਠ ਕਰਨੇ ਨਾਲ ਸਾਨੂੰ ਪਤਾ ਲੱਗ ਜਾਣਾ, ਠੀਕ ਆ, ਕੋਈ ਗੱਲ ਨਹੀਂ, ਫਿਰ ਠੀਕ ਹੈ, ਐਂ ਕਰਾਂਗੇ, ਹੌਲੀ ਹੌਲੀ ਸੌਖਾ ਕਰਾਂਗੇ ਜੀ, ਆਪ ਦੇ ਹਿਸਾਬ ਨਾਲ ਜਿੰਨਾ ਸਮਝ ਆਈ ਜਾਊ ਜੀ ਕਰੀ ਜਾਵਾਂਗੇ। ਨਹੀਂ ਬਸ ਉਹ ਜਦੋਂ ਅਗਲਾ ਫੇਜ਼ ਜਿਹੜਾ ਹੋਊਗਾ ਉਹਦੇ ਵਿੱਚ ਫਿਰ ਸੌਖਾ ਹੋਊ ਤੁਹਾਨੂੰ ਕਰਨਾ, ਠੀਕ ਆ ਜੀ, ਠੀਕ ਆ, ਹਾਂ, ਧੰਨਵਾਦ ਅੰਕਲ ਜੀ ਥੈਂਕ ਯੂ ਟਾਈਮ ਦੇਣ ਲਈ, ਹੈ ਨਾ, ਥੈਂਕ ਯੂ, ਨੋ ਬਹੁਤ ਧੰਨਵਾਦ, ਥੈਂਕ ਯੂ, ਕੋਈ ਪ੍ਰੋਬਲਮ, ਗੋਡ ਬਲੈਸ ਯੂ, ਥੈਂਕ ਯੂ। ਨਹੀਂ ਸੌਖਾ ਜਿਹੜਾ ਹੈਗਾ ਸਾਡੇ ਲਈ, ਕਿਉਂਕਿ ਕਦੇ ਵੀ ਨਾ ਸਾਨੂੰ ਜਦੋਂ ਜਿਹੜਾ ਚਾਅ ਆ ਇੱਕਦਮ, ਠੀਕ ਹੈ, ਜਿਹੜਾ ਉਲਾਰ ਸਾਡੇ ਅੰਦਰ ਆਉਂਦਾ ਇੱਕਦਮ ਬਈ ਬਿਲਕੁਲ ਡੂੰਘਾਈ ਤੱਕ ਜਾਈਏ, ਐਨ ਤਹਿ ਤੱਕ ਜਾਈਏ, ਉਹ ਜ਼ਰੂਰੀ ਨਹੀਂ ਹੈ ਹਰੇਕ ਦੇ ਕੋਲ। ਜੇ ਕਿਸੇ ਨੇ ਸਮਝਿਆ ਆ, ਕੋਈ ਦੱਸ ਰਿਹਾ ਆ, ਉਹਦੀ ਕੋਈ ਗਰੰਟੀ ਨਹੀਂ ਹੈ ਵੀ ਉਹਨੇ ਬਿਲਕੁਲ ਕਿਸੇ ਖਾਸ ਤਰ੍ਹਾਂ ਦੇ ਸਟੀਕ ਨੂੰ ਪੜ੍ਹ ਕੇ ਕਿਸੇ ਨੂੰ, ਕਿਉਂਕਿ ਜੇ ਕਿਸੇ ਦਾ ਸਟੀਕ ਪੜ੍ਹ ਕੇ ਤੁਸੀਂ ਜੇ ਮੰਨ ਲਓ ਮਸਕੀਨ ਦੇ ਅਰਥਾਂ ਨੂੰ ਪੜ੍ਹ ਕੇ ਕੋਈ ਕਹੂਗਾ ਮੈਂ ਗੁਰਬਾਣੀ ਸਮਝਣੀ, ਤਾਂ ਉਹ ਮਸਕੀਨ ਹੀ ਬਣ ਸਕੂਗਾ ਬਸ। ਜੇ ਕੋਈ ਭਾਈ ਵੀਰ ਸਿੰਘ ਨੂੰ ਪੜ੍ਹ ਕੇ ਕਰੂਗਾ ਤਾਂ ਭਾਈ ਵੀਰ ਸਿੰਘ ਦਾ ਨਜ਼ਰੀਆ ਲੈ ਲਊਗਾ, ਉਸ ਐਂਗਲ ਤੋਂ ਦੇਖ ਲਊਗਾ, ਸਾਹਿਬ ਸਿੰਘ ਨੂੰ ਪੜ੍ਹੂਗਾ ਉਹਦੇ ਐਂਗਲ ਤੋਂ ਲੈ ਲਊਗਾ। ਜੇ ਤੁਸੀਂ ਉਹ ਸਮਝ ਗੁਰੂ ਸਾਹਿਬ ਵਾਲੀ ਚਾਹੁੰਦੇ ਹੋ ਆਪਣੇ ਆਪ ਪੜ੍ਹੋ, ਠੀਕ ਹੈ, ਹਾਂ, ਡਿਕਸ਼ਨਰੀ ਵਜੋਂ ਕੋਈ ਰੈਫਰੈਂਸ ਲੈਣੀ ਆ ਗੱਲ ਵੱਖਰੀ ਆ, ਨਹੀਂ ਤਾਂ। ਹੈਲੋ ਜੀ, ਤੁਸੀਂ ਆਉਂਦੇ ਰਾਂ ਜੀ? ਹਾਂਜੀ ਭਾਅ ਜੀ, ਆਵਾਜ਼ ਆ ਰਹੀ ਮੇਰੀ? ਹਾਂਜੀ ਹਾਂਜੀ ਆ ਰਹੀ ਹੈ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ, ਆਵਾਜ਼ ਨਹੀਂ ਕਲੀਅਰ ਆ ਰਹੀ ਤੁਹਾਡੀ? ਨਹੀਂ ਵੀਰੇ, ਮੈਨੂੰ ਇੱਧਰ ਤਾਂ ਸੁਣ ਰਹੀ ਤੁਹਾਡੀ ਆਵਾਜ਼ ਬਹੁਤ ਵਧੀਆ। ਹੈਲੋ, ਹੈਲੋ ਜੀ, ਤੁਸੀਂ ਆਉਂਦੇ ਰਾਂ ਜੀ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਪਟਿਆਲੇ ਤੋਂ ਬੋਲ ਰਿਹਾ ਜੀ, ਦਲਬੀਰ ਸਿੰਘ। ਹਾਂਜੀ, ਮੈਂ ਐਕਸਰ ਸੁਭੈਣਾ। ਇੱਕ ਵਾਰੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰੀ ਸੀ, ਪਰ ਸਿਰਫ ਗੱਲ ਹੀ ਨਹੀਂ ਸੀ ਕਰੀ, ਉੱਦਾਂ ਹੀ ਤੁਹਾਡਾ ਥੈਂਕਫੁਲ ਹੀ ਕੀਤਾ ਸੀ। ਅੱਜ ਵੀ ਤੁਹਾਡਾ ਥੈਂਕਫੁਲ ਹੀ ਕਰਨਾ ਮੈਂ। ਅੱਜ ਜਿਹੜਾ ਮੁੰਡਾ ਹੁਣੀ ਗੱਲ ਕਰਕੇ ਗਿਆ ਨਾ ਤੁਹਾਡੀ ਜੀ, ਇਹਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਉਹ ਲੱਗਿਆ, ਮੇਰੀ ਜੋ ਸਲਾਹ ਨਹੀਂ ਕਹਿ ਸਕਦਾ ਮੈਂ, ਬਈ ਮੈਨੂੰ ਜੋ ਲੱਗਿਆ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੀ ਇਹਦਾ ਪਤਾ ਨਹੀਂ ਹੈਗਾ ਵੀ ਮਈ ਗੁਰਬਾਣੀ ਦੇ ਵਿੱਚ ਵੀ ਸਟਿੱਕ ਨਹੀਂ ਹੈਗੀ, ਜਿਵੇਂ ਨਾ ਗੁਰਬਾਣੀ ਦੀ ਮੈਂ ਇੱਕ ਵਾਰੀ ਮੈਂ ਗੁਰੂ ਗ੍ਰੰਥ ਸਾਹਿਬ ਦੋ ਵਾਰੀ ਪੜ੍ਹਿਆ ਪੂਰਾ, ਪਰ ਪੜ੍ਹਿਆ ਵੀ ਕਈ ਮਤਲਬ ਸਾਲ ਸਾਲ ਡੇਢ ਡੇਢ ਸਾਲ ਚ ਕੀਤਾ ਮੈਂ, ਤੇ ਇਹਦੇ ਚ ਇੱਕ ਪੰਕਤੀ ਆਉਂਦੀ ਸੀ
ਵੀ ਜਿਵੇਂ ਜਿਵੇਂ ਅਰਥ ਗਲਤ ਨੇ, ਮੈਨੂੰ ਐਂ ਲੱਗੇ ਵੀ ਅਰਥ ਗਲਤ ਕਰੇ ਹੋਏ ਨੇ ਉਹਦੇ 'ਚ। ਉਹਦੇ 'ਚ ਮਤਲਬ ਪੰਕਤੀ ਹੈਗੀ ਹੈ ਜਿਵੇਂ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਦੇ ਸੱਚ ਨਹੀਂ ਲੱਗੇ ਉਹ ਰੰਗ। ਪਰ ਪੰਕਤੀ ਦੇ ਵਿੱਚ ਤਾਂ ਸਹੀ ਲਿਖ ਰੱਖਿਆ, ਸਿੱਧਾ ਸਿੱਧਾ ਅਰਥ ਹੈ ਇਹਦਾ, ਜਿਵੇਂ ਤੁਸੀਂ ਦੱਸ ਰਹੇ ਸੀ ਵੀ ਸਿੱਧਾ ਸਿੱਧਾ ਅਰਥ ਸਹੀ ਨੇ। ਅਰਥ ਇਹਦਾ ਇਹੀ ਹੈ ਵੀ ਸਹੀ ਹੈ ਵੀ ਤੁਸੀਂ ਜੇ ਤੁਹਾਡੇ ਕੋਲ ਸੱਚਾਈ ਨਹੀਂ ਹੈਗੀ ਤਾਂ ਤੁਹਾਡੇ ਕੋਲ ਕੁਛ ਨਹੀਂ ਹੈ। ਤੇ ਉਹਨਾਂ ਨੇ ਇਹ ਲਿਖ ਰੱਖਿਆ ਇਹਦੇ 'ਚ ਵੀ ਕਹਿੰਦੇ ਵੀ ਸੱਚ ਦੀ ਜਗ੍ਹਾ ਤੇ ਇਹਨਾਂ ਨੇ ਨਾਮ ਨੂੰ ਲਿਖਤਾ ਵੀ ਨਾਮ ਜਪੋ, ਬਸ ਕਹਿੰਦੇ ਨਾਮ ਜਪੋ ਨਾਮ ਜਪੋ। ਇਹ ਕਹਾਣੀ ਹੈ ਵੀ ਇਹ ਦੱਸੋ ਇਹਦਾ ਮਤਲਬ ਕੀ ਹੈ ਜੀ। ਨਹੀਂ ਨਹੀਂ ਉਹ ਉਹ ਜਦੋਂ ਦੇਖੋ ਮੈਨੂੰ, ਮੈਂ ਵੀ ਅਜੇ ਇੱਦਾਂ ਨਹੀਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਦੇਖਿਆ ਵੀ ਉਹਦੇ 'ਚੋਂ ਸਾਰੀ ਚੀਜ਼ ਸਮਝੀਏ। ਹਾਂਜੀ, ਕਿਉਂਕਿ ਇੱਕ ਗੱਲ ਤਾਂ ਸਾਨੂੰ ਮੰਨਣੀ ਪੈਣੀ ਆ ਵੀ ਜਿਹੜੀਆਂ ਗੱਲਾਂ 300-500 ਸਾਲ ਪਹਿਲਾਂ ਕਹੀਆਂ ਗਈਆਂ ਆ, ਹਾਂਜੀ, ਉਹਨਾਂ ਨੂੰ ਨਿਸ਼ਚਿਤ ਤੌਰ 'ਤੇ ਨਹੀਂ ਤੁਸੀਂ ਕਹਿ ਸਕਦੇ ਵੀ ਗੱਲ ਕੀ ਹੋ ਰਹੀ ਸੀ, ਕਿਹਦੇ ਨਾਲ ਹੋ ਰਹੀ ਸੀ, ਕਿਹੜਾ ਸਬਜੈਕਟ ਸੀ, ਉਹਦੇ 'ਚ ਕਿਹੜੇ ਸਬਜੈਕਟ 'ਤੇ ਕਿਹੜੇ ਕਿਹਨੇ ਕਿਹਨੇ ਇਹ ਓਪੀਨੀਅਨ ਦਿੱਤਾ ਆ। ਠੀਕ ਹੈ, ਇੱਕੋ ਹੀ ਮਸਲੇ ਦੇ ਉੱਤੇ ਕਿਸੇ ਨੂੰ ਹੋਰ ਤਰ੍ਹਾਂ ਦੀ ਗੱਲ ਤੁਹਾਨੂੰ, ਤੁਸੀਂ ਵੀ ਜੇ ਤੁਹਾਨੂੰ ਕੋਈ ਪੁੱਛੇ ਘਰ 'ਚ ਕੋ ਕਿਸੇ ਗੱਲ ਵਿਆਹ ਬਾਰੇ ਕੋਈ ਗੱਲ ਪੁੱਛੇ, ਹਾਂਜੀ, ਹੈ ਨਾ, ਹੁਣ ਤੁਹਾਡੇ ਘਰ 'ਚ ਰਿਸ਼ਤੇਦਾਰਾਂ ਦੇ ਵਿਆਹ ਆ, ਤੁਸੀਂ ਚੱਲੇ ਆ, ਹਾਂਜੀ, ਹੈ ਨਾ, ਮਤਲਬ ਤੁਹਾਡਾ ਦੋਸਤ ਆ ਕੋਈ, ਉਹਦੇ ਵਿਆਹ 'ਤੇ ਚੱਲੇ, ਤੁਹਾਡੀ ਵਾਈਫ ਪੁੱਛਦੀ ਆ ਵੀ ਉੱਥੇ ਆਪਾਂ 2 ਦਿਨ ਜਾਣਾ ਵੀ ਉੱਥੇ ਕਰਨੀ ਕਿੱਦਾਂ ਆਪਾਂ, ਹਾਂਜੀ, ਉਹਨੂੰ ਹੋਰ ਤਰ੍ਹਾਂ ਦੱਸੋਗੇ ਤੁਸੀਂ, ਤੁਹਾਡਾ 15-16 ਸਾਲ ਦਾ ਮੁੰਡਾ ਆ, ਉਹਨੇ ਪੁੱਛਿਆ ਵੀ ਪਾਪਾ ਉੱਥੇ ਕੀ ਪ੍ਰੋਗਰਾਮ ਆ। ਹਾਂਜੀ, ਹੁਣ ਵਾਈਫ ਨੂੰ ਤੁਸੀਂ ਹੋ ਸਕਦਾ ਕਿਹਾ ਹੋਵੇ ਵੀ ਜਾ ਕੇ, ਪਹਿਲਾਂ ਤਾਂ ਤੂੰ ਮਾਈਆਂ ਵਿੱਚ ਜਾ ਕੇ ਉਹਨਾਂ ਦਾ ਸਾਥ ਦੇ, ਹਾਂਜੀ, ਹੈ ਨਾ, ਫਿਰ ਉੱਥੇ ਮਠਿਆਈ ਸ਼ੱਕਰਪਾਰੇ ਨੂੰ ਜੋ ਬਣਾਉਂਦੇ ਹੋਣੇ ਉੱਥੇ ਰਹਿ ਤੂੰ ਦਿਹਾੜੀ, ਇੱਕ ਦਿਨ ਉੱਥੇ ਲਾਈ ਆਪਾਂ 3 ਦਿਨ ਆਵਾਂਗੇ, ਹਾਂਜੀ, ਹੈ ਨਾ, ਵੀ ਜਦੋਂ ਬਾਅਦ ਵਿੱਚ ਕੱਪੜੇ ਸਾਰੇ ਸੰਭਾਲ ਕੇ ਆਈ। ਹੁਣ ਜੇ ਮੁੰਡੇ ਨੇ ਪੁੱਛਿਆ ਵੀ ਪਾਪਾ ਉੱਥੇ ਵਿਆਹ 'ਤੇ ਜਾਣਾ ਕਿੱਦਾਂ ਕਰਨੀ, ਉਹਨੂੰ ਥੋੜ੍ਹਾ ਤੁਸੀਂ ਕਹਿਣਾ ਵੀ ਗੋਗਲੇ ਬਣਵਾਈ ਨਾਲ ਉਹਨਾਂ ਦੇ, ਤੂੰ ਮਾਈਆਂ ਲਵਾਈ, ਹਾਂਜੀ ਹਾਂਜੀ, ਉਹਨੂੰ ਹੋਰ ਤਰ੍ਹਾਂ ਕਹਿ ਹੋਣਾ ਆ, ਹਾਂਜੀ ਹਾਂਜੀ, ਹੈ ਨਾ। ਹੁਣ ਇਹ ਗੱਲ ਵੀ ਨਿਸ਼ਚਿਤ ਨਹੀਂ ਹੈ ਸਾਡੇ ਕੋਲ ਵੀ ਜਿੱਦਾਂ ਗੁਰਬਾਣੀ ਜਿਹੜੀ ਆ ਜਦੋਂ ਜਿਹੜੀ ਸਾਡੇ 'ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਆਈ ਆ, ਹਾਂਜੀ, ਇਹ ਨਿਰੋਲ ਕਿਸੇ ਸਿਧਾਂਤ ਦੇ ਰੂਪ ਵਿੱਚ ਲਿਖ ਕੇ ਗੁਰੂ ਸਾਹਿਬ ਨੇ ਇੱਦਾਂ ਦਿੱਤੀ ਆ ਸਾਨੂੰ। ਅੱਛਾ, ਮੈਂ ਨਹੀਂ, ਸਾਡਾ ਤਾਂ ਮਤਲਬ ਇਹ ਸੀ ਵੀ ਕੋਈ ਇੱਦਾਂ ਦੀ ਸਟੀਕ, ਕਈ ਬੰਦਿਆਂ ਜੇ ਸਟੀਕ, ਕਈਆਂ ਦਾ ਹੀ ਪ੍ਰੈਕਟੀਕਲੀ ਸਟੀਕ ਹੁੰਦੀ ਹੈ, ਕਈਆਂ ਦੀ ਬਣਾਈ ਹੋਈ ਵੀ, ਕਿਹੜਾ ਬੰਦਾ ਕੋਈ ਜਿਹਦੀ ਸਟੀਕ ਵੀ ਸਿੱਧੇ ਸਿੱਧੇ ਅਰਥ ਵੀ ਨਾਲ ਦੱਸ ਰਿਹਾ ਵੀ ਸਿੱਧੇ, ਕਿਉਂਕਿ ਬਾਣੀ ਪੜ੍ਹਨ ਨਾਲ ਅਰਥ ਤਾਂ ਪਤਾ ਨਹੀਂ ਲੱਗਦਾ ਹੈਗਾ, ਸਿੱਧੇ ਹੋ ਹੀ ਨਹੀਂ ਸਕਣੇ ਸਿੱਧੇ। ਮੈਂ ਉਹੀ ਤਾਂ ਗੱਲ ਕਹਿੰਦਾ ਜਿਹੜੀ ਗੁਰਬਾਣੀ ਆ ਨਾ, ਹਾਂਜੀ ਹਾਂਜੀ, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀ ਕਨਵਰਸੇਸ਼ਨ ਜਿਹੜੀ ਵੱਖਰੇ ਵੱਖਰੇ ਬੰਦਿਆਂ ਨਾਲ ਹੋਈ ਹੋ ਆ, ਹਾਂਜੀ ਹਾਂਜੀ, ਉਹਦਾ ਕਾਵਰੂ ਪਿਆ, ਹਾਂਜੀ, ਕਿਤੇ ਸਿੱਧਾ ਨਾਲ ਗੱਲਬਾਤ ਹੋਈ ਆ, ਹਾਂਜੀ, ਉਹ ਗੱਲਬਾਤ ਜਿਹੜੀ ਆ, ਹੁਣ ਉੱਥੇ ਤਾਂ ਇਹ ਵੀ ਨਹੀਂ ਲਿਖਿਆ ਵੀ ਇਹ ਗੱਲ ਉਹਨੇ ਕਹੀ ਆ ਤੇ ਇਹਦੇ ਜਵਾਬ ਵਿੱਚ ਮੈਂ ਆਹ ਕਿਹਾ, ਕਿਉਂਕਿ ਵਾਰਤਕ ਥੋੜ੍ਹੀ ਆ ਉਹ, ਹਾਂਜੀ ਹਾਂਜੀ, ਜੇ ਵਾਰਤਕ ਹੁੰਦੀ ਤਾਂ ਇੱਦਾਂ ਲਿਖਦੇ ਗੁਰੂ ਨਾਨਕ ਦੇਵ ਜੀ ਵੀ ਜਦੋਂ ਮੈਂ ਉੱਥੇ ਗਿਆ, ਜਾਂਦਿਆਂ ਸਾਰ ਮੈਨੂੰ ਉਹਨਾਂ ਦੇ ਪਹਿਲਾਂ ਜਿਹੜਾ ਪਹਿਲਾ ਮੂਹਰੇ ਚੇਲਾ ਮਿਲਿਆ ਉਹਨੇ ਮੈਨੂੰ ਆਹ ਸਵਾਲ ਪੁੱਛਿਆ, ਹਾਂਜੀ ਹਾਂਜੀ, ਮੈਂ ਆਹ ਜਵਾਬ ਦਿੱਤਾ ਫਿਰ। ਹੁਣ ਉਹਦੇ ਤੋਂ ਅੰਦਾਜ਼ੇ ਲਾਏ ਜਾ ਰਹੇ ਆ ਵੀ ਆਹ ਗੱਲ ਉਹਨਾਂ ਦੀ ਪੁੱਛੀਓ ਲੱਗਦੀ ਆ, ਆਹ ਗੁਰੂ ਸਾਹਿਬ ਦੀ ਕਹੀਓ ਲੱਗਦੀ ਹੈ, ਹਾਂਜੀ ਹਾਂਜੀ ਹਾਂਜੀ, ਉਹਦੇ ਤੇ ਵੱਖਰੇ ਵੱਖਰੇ ਬੰਦਿਆਂ ਦੀ ਵੱਖਰੀ ਵੱਖਰੀ ਰਾਏ ਆ, ਹਾਂਜੀ ਹਾਂਜੀ ਹਾਂਜੀ, ਕਿਉਂਕਿ ਇਹ ਇੱਕ ਇੱਕ ਜੇ ਜਿਹੜੀ ਇਹ ਚੀਜ਼ ਤਾਂ ਹੋ ਸਕਦੀ ਆ ਜੇ ਵਿਕਸਿਤ ਕੌਮ ਹੋਵੇ,
ਸਾਰੇ ਵਿਦਵਾਨ ਇੱਕ ਥਾਂ ਸਹਿਮਤ ਹੋਣ, ਇੱਕੋ ਹੀ ਮਰਿਆਦਾ ਹੋਵੇ, ਫਿਰ ਉਹ ਇਹ ਤੈਅ ਕਰ ਲੈਣ ਵੀ ਗੱਲ ਸੁਣੋ ਭਾਈ, ਪਿਛਲੇ ਟਾਈਮ ਦੇ ਵਿੱਚ ਵੱਖਰੇ ਵੱਖਰੇ ਸਟੀਕ ਰਹੇ, ਹੁਣ ਤੋਂ ਲੈ ਕੇ ਆਪਾਂ ਸਾਰਿਆਂ ਨੇ ਇਸ ਸਟੀਕ ਨੂੰ ਫੋਲੋ ਕਰਨਾ, ਆਰਥ ਬੰਨਣੇ ਆ। ਠੀਕ, ਜੇ ਕਿਸੇ ਨੂੰ ਲੱਗੇ ਵੀ ਇਹਨਾਂ ਅਰਥਾਂ 'ਚ ਕੋਈ ਕਮਜ਼ੋਰੀ ਆ, ਅਤੇ ਆਹ ਆਹ ਸੰਸਥਾ ਆ, ਇਸ ਸੈਕਟਰੀ ਨੂੰ ਈਮੇਲ ਕਰੋ, ਇੱਥੇ ਚਿੱਠੀ ਪਾਓ, ਆਪਣਾ ਸੁਝਾਅ ਦਿਓ, ਮੀਟਿੰਗ ਹੋਊਗੀ, ਉਹਦੇ 'ਤੇ ਵਿਦਵਾਨ ਬੈਠਣਗੇ, ਡਿਸਕਸ਼ਨ ਹੋਊਗੀ, ਜੇ ਉਹ ਗੱਲ ਠੀਕ ਲੱਗੂਗੀ ਉਹ ਸਟੀਕ ਬਦਲ ਦਿੱਤਾ ਜਾਊਗਾ। ਠੀਕ ਹੈ, ਹੁਣ ਇੱਦਾਂ ਦਾ ਤਾਂ ਵਿਧਾਨ ਹੈ ਨਹੀਂ ਨਾ, ਅਸੀਂ ਤੁਸੀਂ ਜਿੰਨਾ ਸੀਰੀਅਸ ਗੁਰੂ ਗ੍ਰੰਥ ਸਾਹਿਬ ਨੂੰ ਲੈਂਦੇ ਹਾਂ, ਹਾਂਜੀ, ਸ਼੍ਰੋਮਣੀ ਕਮੇਟੀ ਥੋੜ੍ਹਾ ਲੈਂਦੀ ਆ ਇੱਦਾਂ, ਹਾਂਜੀ ਹਾਂਜੀ ਹਾਂਜੀ, ਨਾ ਜਥੇਦਾਰ ਲੈਂਦੇ ਆ, ਨਹੀਂ ਲੈਂਦੇ। ਹੁਣ ਜੇ ਟਕਸਾਲ ਇੰਨਾ ਸੀਰੀਅਸ ਲੈਂਦੀ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਵੇਂ ਗ੍ਰੰਥ ਨੂੰ ਕਿਉਂ ਰੱਖ ਦਿੰਦੇ ਉਹ? ਸਹੀ ਹੈ ਜੀ, ਸਹੀ ਹੈ, ਤਾਂ ਥਾਂ ਥਾਂ ਦੇ ਉੱਤੇ ਭੇਜ ਦਿੰਦੇ ਕਿਤੇ ਉੱਦਾਂ ਹੀ। ਠੀਕ, ਕੋਈ ਵੀ ਦੋ ਬੰਦੇ ਜਾ ਕੇ ਜਾਂ ਪੰਜ ਬੰਦੇ ਜਾ ਕੇ ਉਹਨੂੰ ਕਹਿੰਦੇ ਸਰੂਪ ਚਾਹੀਦਾ, ਪੈਸੇ ਦੇ ਕੇ ਸਰੂਪ ਲੈ ਕੇ ਆ ਜਾਂਦੇ ਆ। ਹਾਂਜੀ ਹਾਂਜੀ, ਜਿਹੜੀ ਕੀਮਤੀ ਵਧੀਆ ਚੀਜ਼ ਹੋਵੇ ਤੁਹਾਡੀ, ਹਾਂਜੀ, ਉਹ ਇੱਦਾਂ ਦੇ ਦਿੰਦਾ ਕੋਈ? ਠੀਕ, ਜਾਣੀ ਪ੍ਰਗਟ ਗੁਰਾਂ ਕੀ ਦੇ ਆ। ਹਾਂਜੀ ਹਾਂਜੀ, ਜਾ ਕੇ ਪ੍ਰਕਾਸ਼ ਹੋਣਾ ਦਸਾਂ ਪਾਤਸ਼ਾਹੀਆਂ ਦੀ ਜੋਤ ਆ ਇਹ। ਹਾਂਜੀ, ਜਿਹੜਾ ਲੈਣ ਗਿਆ ਬੰਦਾ ਕੌਣ ਆ? ਠੀਕ, ਹੈਗਾ ਕਿਸੇ ਕੋਲ ਸਰਟੀਫਿਕੇਟ ਉਹਦਾ? ਠੀਕ ਹੈ ਜੀ, ਬਾਕੀ ਦੁਨੀਆਂ ਦਾ ਮੈਨੂੰ ਪਤਾ ਨਹੀਂ, ਨਿਊਜ਼ੀਲੈਂਡ ਦੇ ਗੁਰਦੁਆਰੇ ਜਿੰਨੇ ਆ, ਗੁਰਦੁਆਰਿਆਂ ਦੀਆਂ ਕਮੇਟੀਆਂ ਆ, ਜੇ ਜਥੇਦਾਰ ਕਿਤੇ ਆ ਕੇ ਇੱਦਾਂ ਕਟਹਿਰੇ 'ਤੇ ਖੜ ਜਾਵੇ, ਸਟੇਜ 'ਤੇ ਖੜ ਜਾਵੇ, ਇਕੱਲੀ ਇਕੱਲੀ ਕਮੇਟੀ ਦੇ ਬੰਦਿਆਂ ਨੂੰ ਪੁੱਛੇ ਵੀ ਦੇਖੋ ਇਹ ਬੰਦੇ ਆਏ ਸੀ ਸਾਡੇ ਕੋਲ ਸਰੂਪ ਲੈਣ, ਇਹਨਾਂ ਦੀ ਆਹ ਛਾਣਬੀਣ ਕੀਤੀ, ਆਹ ਸਵਾਲ ਪੁੱਛੇ ਅਸੀਂ ਇਹਨਾਂ ਨੂੰ, ਇਸ ਗੱਲ ਕਰਕੇ ਸਾਨੂੰ ਲੱਗਿਆ ਵੀ ਸਿੱਖ ਆ ਗੁਰੂ ਦੇ, ਤਾਂ ਸਰੂਪ ਦਿੱਤਾ ਅਸੀਂ। ਜੇ ਪੰਜਾਹ ਗੁਰਦੁਆਰੇ ਹੋਏ ਨਿਊਜ਼ੀਲੈਂਡ ਦੇ, ਤੇ 40 ਗੁਰਦੁਆਰਿਆਂ ਦੇ ਬਾਰੇ ਜਥੇਦਾਰ ਨੂੰ ਸਿਰਨੀਮਾ ਕਰਨਾ ਪੈ ਜਾਊਗਾ। ਸਾਨੂੰ 5 ਮਿੰਟ ਨਹੀਂ ਲੱਗਣੇ, ਉਹਨਾਂ ਨੂੰ ਸ਼ਰਮ ਆਊਗੀ ਇਸ ਗੱਲ ਦੇ ਉੱਤੇ ਵੀ ਇਹੋ ਜਿਹੇ ਕਮੇਟੀ ਨੂੰ ਸਰੂਪ ਕਿਉਂ ਦਿੱਤਾ ਗਿਆ। ਬਾਕੀ ਥਾਵਾਂ 'ਤੇ ਜਾ ਕੇ ਦੇਖ ਲਓ, ਕੋਈ ਜ਼ਿੰਦਗੀ ਦਾ ਅਸੂਲ ਨਹੀਂ, ਕੋਈ ਧਰਮ ਦੇ ਬਾਰੇ ਇੰਟਰਸਟ ਨਹੀਂ ਹੈ, ਸਿਰਫ ਇੱਕ ਦੁਕਾਨ ਖੋਲ੍ਹਣੀ ਹੈ, ਵਪਾਰ ਆ, ਬੰਦੇ ਸੱਦਣੇ ਇੰਡੀਆ ਤੋਂ, ਪੱਕੇ ਕਰਾਉਣੇ ਆ, ਪੋਲੀਟੀਕਲੀ ਮੋਟੀਵੇਸ਼ਨ ਆ, ਵੋਟਾਂ ਲੈਣੀਆਂ, ਸਰਕਾਰ ਨੂੰ ਦੱਸਣਾ ਵੀ ਸਾਡੇ ਕੋਲ ਇੰਨੇ ਬੰਦੇ ਆ, ਉਹਦੇ ਲਈ ਗੁਰਦੁਆਰਾ ਖੋਲ੍ਹਣਾ, ਕਬਜ਼ਾ ਚਾਹੀਦਾ। ਮਤਲਬ ਜੇ ਇੰਨਾ ਇੰਨਾ ਫਿਕਰ ਹੋਵੇ ਵੀ ਇੰਨੇ ਮਹਾਨ ਆ ਗੁਰੂ ਗ੍ਰੰਥ ਸਾਹਿਬ, ਤਾਂ ਕਦੇ ਕਦੇ ਇੰਨੇ ਸਸਤੇ ਵਿੱਚ, ਇੰਨੇ ਸੌਖੇ ਵਿੱਚ ਸਰੂਪ ਨਾ ਦਿੱਤੇ ਜਾਣ। ਸ਼੍ਰੋਮਣੀ ਕਮੇਟੀ ਕੋਲ ਇੰਨੇ ਕਰੋੜਾਂ ਦਾ ਬਜਟ ਆ, ਘੱਟੋ ਘੱਟ 5 ਬੰਦੇ, 5 ਸਕਾਲਰ ਫੁੱਲ ਟਾਈਮ ਇੰਪਲੋਏ ਕਰਕੇ ਰੱਖਣ ਉਹ। ਦੁਨੀਆ 'ਚ ਜਿੱਥੇ ਕੋਈ ਸਿੱਖ ਧਰਮ ਦਾ ਗੁਰਦੁਆਰਾ ਖੋਲ੍ਹਣਾ, ਸਾਡੇ ਲਈ ਬੜਾ ਖਤਰਨਾਕ ਹੋਣਾ ਉਹ, ਪਰ ਇਹਨਾਂ ਲਈ ਤਾਂ ਫਾਇਦਾ ਹੋ ਜਾਵੇ ਨਾ, ਘੱਟੋ ਘੱਟ ਇਹ ਤਾਂ ਕਹਿਣ ਜੋਗੇ ਹੋਣਗੇ ਨਾ ਇਹ ਭਈ ਸਤਿਕਾਰ ਕਰਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਦਾ। ਜਿੱਥੇ ਪ੍ਰਕਾਸ਼ ਹੋਣਾ ਆ, ਜਾ ਕੇ ਇੱਥੇ ਇਹਨਾਂ ਮੁਲਕਾਂ ਵਿੱਚ ਜਦੋਂ
ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਕੰਮ ਕਰਦੀਆਂ, ਜਦੋਂ ਕਿਸੇ ਨੇ ਉਹਨਾਂ ਨੂੰ ਜੌਬ ਦੇਣੀ ਹੁੰਦੀ ਆ, ਕਿਸੇ ਨੂੰ ਪਤਾ ਪਈ ਮੈਂ ਆਪਣਾ ਕੋਈ ਬੰਦਾ ਕਹਿੰਦਾ ਮੈਂ ਘਰ ਬਣਾਉਣਾ ਜੀ, ਇਹਦੇ ਲਈ ਤੁਸੀਂ ਸਮਾਨ ਸਪਲਾਈ ਕਰਿਓ। ਕੋਈ ਕਹਿੰਦਾ ਮੈਂ ਫੈਕਟਰੀ ਲਾਉਣ ਲੱਗਾ, ਉਹਦੇ ਵਿੱਚ ਮੈਨੂੰ 20 ਮਸ਼ੀਨਾਂ ਚਾਹੀਦੀਆਂ। ਹੁਣ 5 ਕੰਪਨੀਆਂ ਤੋਂ ਕੋਟੇਸ਼ਨਾਂ ਲਈਆਂ, ਇੱਕ ਕੰਪਨੀ ਨੇ ਸਭ ਤੋਂ ਸਸਤੀ ਕੋਟੇਸ਼ਨ ਦੇ, ਇਹਨੂੰ ਲੱਗਿਆ ਵੀ ਮੈਂ ਇਹਨਾਂ ਤੋਂ ਲੈ ਲਵਾਂ, ਰਿਕਾਰਡ ਵੀ ਇਹਨੂੰ ਠੀਕ ਲੱਗਿਆ, ਪਰ ਉਹ ਕਹਿੰਦਾ ਨਹੀਂ ਠਹਿਰੋ, ਮੈਂ ਡਿਪੋਜ਼ਿਟ ਦੇਣ ਤੋਂ ਪਹਿਲਾਂ ਆ ਕੇ ਚੈੱਕ ਕਰਨਾ ਚਾਹੁੰਦਾ ਮੈਂ ਵੀ ਜਿਹੜੀ ਜਗ੍ਹਾ 'ਤੇ, ਜਿਹੜੀ ਫੈਕਟਰੀ ਦੇ ਵਿੱਚ, ਜਿਹੜੇ ਪਲਾਂਟ ਦੇ ਵਿੱਚ ਤੁਸੀਂ ਉਹ ਮਸ਼ੀਨਾਂ ਤਿਆਰ ਕਰਦੇ ਆ, ਮੈਨੂੰ ਪਹਿਲਾਂ ਤਾਂ ਸਾਰਾ ਡਾਟਾ ਭੇਜੋ ਆਪਣੇ ਸਟਾਫ ਦਾ। ਤੁਹਾਡੀ ਮੈਨੇਜਮੈਂਟ ਦੇ ਵਿੱਚ ਕੌਣ ਬੰਦੇ ਆ, ਤੁਹਾਡੇ ਆਫਿਸ ਦੇ ਵਿੱਚ ਕੌਣ ਬੰਦੇ ਆ, ਫਿਰ ਮੈਨੂੰ ਰਿਕਾਰਡ, ਮੈਂ ਆਡਿਟ ਕਰਨਾ ਚਾਹੁੰਦਾ, ਮੈਂ ਕਿ ਚੈੱਕ ਕਰਨਾ ਚਾਹੁੰਦਾ ਵੀ ਜਿਹੜੀਆਂ ਮਸ਼ੀਨਾਂ ਤੁਹਾਡੇ ਤਿਆਰ ਕਰਨ ਵਾਲਾ ਸਟਾਫ ਆ, ਜਿਹੜੀ ਜਗ੍ਹਾ ਆ, ਉਹ ਪਿਛਲੇ ਕੰਮ ਮੈਨੂੰ ਦਿਖਾਲੋ, 2-4 ਪਲਾਂਟ ਦੱਸੋ ਕਿੱਥੇ ਲਾਏ ਤੁਸੀਂ, ਸਾਡੇ ਵਾਲਿਆਂ ਨੂੰ ਨਹੀਂ ਚਾਹੀਦੇ, ਗੁਰੂ ਪਾਤਸ਼ਾਹ ਚੱਲੇ ਆ ਸਾਡੇ। ਅਸੀਂ ਕਹਿੰਦੇ ਪਾਤਸ਼ਾਹ ਆ ਸਾਡੇ, ਸ਼ਾਹਾਂ ਦੇ ਸ਼ਹਿਨਸ਼ਾਹ ਆ, ਉਹਨੇ ਬਿਰਾਜਮਾਨ ਹੋਣਾ ਕਿਤੇ ਜਾ ਕੇ, ਬਸ ਜਿਹੜਾ ਮਰਜ਼ੀ ਜਾਵੇ, ਜਾਂ ਕੰਟੇਨਰ ਭਰ ਭਰ ਕੇ 300-300 ਸਰੂਪ ਸਲਾਬ ਗਏ ਜੀ ਉੱਥੇ, ਜਿਹੜਾ ਮਰਜ਼ੀ ਪ੍ਰਕਾਸ਼ ਕਰ ਲਵੇ, ਫਿਰ ਜਦੋਂ ਪ੍ਰਕਾਸ਼ ਹੋ ਗਿਆ, ਫਿਰ ਇਹ ਜੀ ਪੰਥ ਦੇ ਵਿਰੁੱਧ ਹੋਇਆ, ਇਹ ਹੁਕਮਨਾਮਾ ਜਾਰੀ, ਪੰਥ 'ਚੋਂ ਛੇਕਾਂਗੇ ਅਸੀਂ, ਪਹਿਲਾਂ ਕੋਈ ਫਿਕਰ ਨਹੀਂ ਕਿਸੇ ਨੂੰ। ਇੰਨਾ ਸੌਖਾ ਨਹੀਂ ਹੈ, ਠੀਕ ਹੈ। ਸਾਨੂੰ ਸਤਿਕਾਰ ਆ, ਪਿਆਰ ਆ ਸਾਨੂੰ ਗੁਰੂ ਸਾਹਿਬ ਦੇ ਨਾਲ, ਅਤੇ ਸਤਿਕਾਰ ਵਜੋਂ ਪੜ੍ਹ ਗਏ ਅਸੀਂ, ਪਰ ਇਹ ਜੱਜ ਇਹ ਫੈਸਲਾ, ਅੰਤਿਮ ਫੈਸਲਾ ਨਾ ਕਦੇ ਵੀ ਦੇਈਏ ਉਹਦੇ ਸਟੀਕ ਦਾ। ਸਾਨੂੰ ਜਿਹੜੀ ਸਮਝ ਆਈ ਆਪ ਪੜ੍ਹ ਲਈਏ, ਜਿਹੜੀ ਸਾਨੂੰ ਸਮਝ ਆਈ ਆ ਉਹਦੇ ਬਾਰੇ ਕਿਸੇ ਨੂੰ ਦੱਸ ਵੀ ਮੈਨੂੰ ਇੱਦਾਂ ਲੱਗਿਆ। ਪੜ੍ਹਦਿਆਂ ਜਿਹਨੂੰ ਜ਼ਿਆਦਾ ਸਪੈਸ਼ਲਿਸਟ ਬਣਨਾ, ਜਿਹਨੇ ਮਾਹਰ ਬਣਨਾ, ਉਹ ਪੜ੍ਹਦਿਆਂ ਹੋ ਸਕਦਾ ਉਹਨੂੰ ਲੰਬੇ ਟਾਈਮ ਦੇ ਵਿੱਚ ਕੁਛ ਆ ਜਾਏ, ਜ਼ਿਆਦਾ ਖੋਜ ਹੋ ਜਾਏ ਉਹਦੀ, ਠੀਕ ਹੈ। ਹਾਂਜੀ, ਤੁਸੀਂ ਆਉਂਦੇ ਰਹਿਣ ਜੀ। ਨੀਕ ਜੀ, ਪਹਿਲੀ ਵਾਰ ਹੈ ਮੈਂ ਫੋਨ ਕਰ ਰਿਹਾ ਤੁਹਾਨੂੰ, ਪਰ ਮੈਂ ਕਾਫੀ ਦੇਰ ਹੋ ਗਏ ਤੁਹਾਨੂੰ ਸੁਣਦੇ। ਅਸੀਂ ਨਿਊਯਾਰਕ ਰਹਿੰਦੇ ਹਾਂ, ਛੋਟੇ ਹੁੰਦੇ ਇੱਥੇ ਆ ਗਏ ਸੀਗੇ, ਤੇ ਮੈਨੂੰ ਤੁਹਾਨੂੰ ਥੋੜੀ ਬੈਕਗ੍ਰਾਉਂਡ ਦੇਣਾ ਚਾਹੁੰਦਾ ਆ। ਅਸੀਂ ਇੱਥੇ ਗਰੋਅ ਅਪ ਹੋਏ ਹਾਂ, ਸਾਰਾ ਕੁਛ ਮਤਲਬ ਅਮੈਰੀਕਨ ਹੀ ਸਿੱਖਿਆ ਆ। ਛੋਟੇ ਹੁੰਦੇ ਪੇਰੈਂਟਸ ਨੇ ਕੈਥਲਿਕ ਸਕੂਲ ਵਿੱਚ ਪਾ ਦਿੱਤਾ ਸੀਗਾ ਕਿ ਵਧੀਆ ਪੜ੍ਹਾਈ ਹੋਊਗੀ, ਤੇ ਮੇਰਾ ਹਮੇਸ਼ਾ ਥੋੜਾ ਇੰਟਰਸਟ ਰਿਹਾ ਰਿਲੀਜਨ ਦੇ ਅੰਦਰ, ਤੇ ਛੋਟੇ ਹੁੰਦੇ ਜਿੱਦਾਂ ਸਿਖਾਇਆ ਗਿਆ ਸੀਗਾ, ਮੇਰੇ ਦਾਦਾ ਜੀ ਦੱਸਦੇ ਸੀਗੇ ਆਪਣਾ ਦੱਸ ਕੁਛ ਕਰਦੇ ਸਿਖਾਉਣ ਦੀ ਸਿੱਖੀ ਦੇ ਬਾਰੇ ਚ, ਤੇ ਸਰ ਮੈਂ ਆਪਣੇ ਕੇਸ ਰੱਖੇ ਹੋਏ ਸੀਗੇ ਕਾਲਜ ਤਾਂ ਹੀ, ਪਰ ਮੇਰੇ ਦਿਲ ਚ ਹੁੰਦਾ ਸੀਗਾ ਕਿ ਜੋ ਜਿੱਦਾਂ ਮੈਨੂੰ ਸਿਖਾਇਆ ਜਾ ਰਿਹਾ ਸੀਗਾ ਸਿੱਖੀ ਬਾਰੇ ਚ, ਮੈਨੂੰ ਸਹੀ ਨਹੀਂ ਲੱਗਦਾ ਸੀਗਾ, ਤੇ ਮੈਂ ਜਿੱਦਾਂ ਇੱਕ ਟਾਈਮ ਆਇਆ ਜਿੱਥੇ ਮੈਂ ਬਿਲਕੁਲ ਹੀ ਜਿੱਦਾਂ ਨਾ ਗੋਡ ਵਿੱਚ ਬਿਲੀਵ ਕਰਨਾ ਬੰਦ ਕਰਤਾ, ਮੈਨੂੰ ਪਤਾ ਨਹੀਂ ਹੈਗਾ ਕਿ ਭਗਵਾਨ ਹੈਗਾ ਜਾਂ ਨਹੀਂ ਹੈਗਾ, ਪਰ ਮੈਂ ਮੇਰੀ ਅੱਖਾਂ ਦੇ ਨਾਲ ਜੋ ਮੈਂ ਦੇਖਿਆ ਹੁਣ ਤਾਂ ਹੀ ਤਜਰਬਾ ਕੀਤਾ ਆ ਕਿ ਮੇਰੇ ਹਿਸਾਬ ਨਾਲ ਕੋਈ ਭਗਵਾਨ ਨਹੀਂ, ਕੋਈ ਕੁਛ ਨਹੀਂ ਹੈਗਾ, ਰਾਈਟ। ਤੇ ਉਹਦੇ ਬਾਅਦ ਫਿਰ ਥੋੜਾ ਟਾਈਮ ਆਇਆ ਤੇ ਅੱਗੇ ਜਿੱਦਾਂ ਬੁੱਧੀ ਵੱਧਦੀ ਆ ਉਸ ਹਿਸਾਬ ਨਾਲ ਚੱਲਦੇ ਚੱਲਦੇ ਮੈਂ ਫਿਰ ਤੁਹਾਡਾ
ਚੈਨਲ ਥੋੜਾ ਬਹੁਤ ਸੁਣਨ ਲੱਗਾ ਤੇ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਸਿੱਖੀ ਦੇ ਬਾਰੇ ਚ ਤੇ ਗੁਰੂ ਨਾਨਕ ਜੀ ਤੇ ਉਹਨਾਂ ਦੀ ਟੀਚਿੰਗਸ ਦੇ ਬਾਰੇ ਚ, ਉਹਦੇ ਚ ਬਹੁਤ ਫਰਕ ਆ ਕਿ ਜਿੱਦਾਂ ਆਪਣੀ ਟ੍ਰੈਡੀਸ਼ਨਲ ਸਿੱਖਿਜ਼ਮ ਸਿਖਾਇਆ ਜਾਂਦਾ ਹੈ, ਜਿੱਦਾਂ ਕਰਮਾਤਾਂ ਹੋ ਗਈਆਂ, ਚੋਟਿਆਂ ਦੇ ਨਾਲ ਹੱਥੀ ਲੜਾਏ ਜਾਂਦੇ ਆ, ਏਦਾਂ ਦੀ ਗੱਲਾਂ, ਉਹ ਮੈਂ ਕਦੇ ਬਿਲੀਵ ਨਹੀਂ ਕੀਤਾ ਸੀਗਾ, ਤਾਂ ਹੀ ਮੈਨੂੰ ਲੱਗਦਾ ਸੀਗਾ ਕਿ ਝੂਠੀ ਆ ਸਾਰਾ, ਰਾਈਟ। ਤੇ ਤੁਹਾਨੂੰ ਸੁਣ ਕੇ ਮੈਨੂੰ ਕਾਫੀ ਮਤਲਬ ਮੋੜ ਆਇਆ, ਰਾਈਟ, ਕਿ ਥੋੜਾ ਬਹੁਤ ਹੋਰ ਰਿਸਰਚ ਕਰਨੀ ਚਾਹੀਦੀ ਹੈ ਰਿਲੀਜਨ, ਆਪਣੇ ਰਿਲੀਜਨ ਦੇ ਬਾਰੇ ਚ। ਤੇ ਮੈਂ ਕਰਨ ਲੱਗਾ, ਤੇ ਮੈਂ ਹੁਣ ਇਸ ਪੁਆਇੰਟ ਤੇ ਤੁਹਾਨੂੰ ਕੁਐਸਚਨ ਜਿਹੜਾ ਮੇਰਾ ਹੈਗਾ ਆ, ਕਿ ਪਿੱਛੇ ਇੱਕ ਬੰਦੇ ਪੁੱਛਿਆ ਤੁਹਾਨੂੰ, ਜਿੱਦਾਂ ਪੰਜਾਬੀ ਮੈਂ ਅਮੈਰੀਕਾ ਜਾ ਕੇ ਬੋਲਣ ਲੱਗਿਆ, ਕਿ ਅਸੀਂ ਦਿੱਲੀ ਰਹਿੰਦੇ ਸੀਗੇ, ਹਿੰਦੀ ਬੋਲੀ ਦੀ ਸੀਗੀ, ਥੋੜੀ ਬਹੁਤ ਹਿੰਦੀ ਸਿੱਖੀ ਸੀਗੀ, 9 ਸਾਲ ਦੇ ਸੀ ਇੱਥੇ ਆ ਗਏ ਸੀਗੇ, ਤੇ ਪੰਜਾਬੀ ਮੈਂ ਇੱਥੇ ਹੀ ਬੋਲਣੀ ਸਿੱਖੀ ਅਮੈਰੀਕਾ ਜਾ ਕੇ, ਪੜ੍ਹਨੀ ਲਿਖਣੀ ਆਉਂਦੀ ਨਹੀਂ। ਤੇ ਜਦ ਗੁਰੂ ਗ੍ਰੰਥ ਸਾਹਿਬ ਹੈਗਾ ਸਾਰਾ ਪੰਜਾਬੀ ਚ, ਤੁਹਾਡੇ ਹਿਸਾਬ ਨਾਲ ਕਿਹੜੀ ਕਿਹੜਾ ਟੂਲ ਯੂਜ ਕਰ ਸਕਦੇ ਹਾਂ ਜਿਹਦੇ ਚ ਜਿਹੜਾ ਜਦ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ, ਤੇ ਜਿਹੜਾ ਨਿਚੋੜ ਹੈਗਾ ਆ, ਅਗਰ ਟ੍ਰਾਂਸਲੇਟ ਕਰੀਦਾ ਇੰਗਲਿਸ਼ ਦੇ ਅੰਦਰ, ਕਿ ਮੋਸਟ ਕਲੋਸ ਹੋਊਗਾ ਕਿ ਤੁਹਾਨੂੰ ਸਮਝ ਲੱਗੇ ਕਿ ਤੁਸੀਂ ਪੜ੍ਹ ਕੀ ਰਹੇ ਹੋ, ਕਿ ਜਿੱਦਾਂ ਨਾ ਇੰਗਲਿਸ਼ ਤੇ ਪੰਜਾਬੀ ਚ ਟ੍ਰਾਂਸਲੇਸ਼ਨ ਹੁੰਦੀ ਹੈ ਤਾਂ ਮਤਲਬ ਉਹਦਾ ਨਿਕਲ ਜਾਂਦਾ ਆ, ਉਹਦੇ ਬਾਰੇ ਪੁੱਛਣਾ ਸੀ। ਉਹ ਪਹਿਲਾਂ ਵੀ ਇਹੀ ਗੱਲ ਕਰਦਾ ਸੀਗਾ ਵੀਰੇ, ਪਹਿਲੀ ਗੱਲ ਤਾਂ ਜਿਹੜੀ ਨਾ, ਜੇ ਤੁਸੀਂ ਇੰਗਲਿਸ਼ ਵਿੱਚ ਉਹਨੂੰ ਕਰਨਾ ਚਾਹੁੰਦੇ ਆ, ਉਹ ਤਾਂ ਉਹਦੀਆਂ ਤਾਂ ਅੰਦਰਾਂ ਹੀ ਮਰ ਜਾਂਦੀਆਂ ਉਹਦੀਆਂ, ਤਾਂ ਜਿਨ ਵਰਲਡ ਟੂ ਵਰਲਡ ਕਰਨੀ ਆ, ਹਾਂਜੀ, ਕਿਉਂਕਿ ਈਡੀਅਮ ਆ। ਹੁਣ ਇੰਗਲਿਸ਼ ਦੇ ਵਿੱਚ ਜਿਹੜੇ ਈਡੀਅਮ ਆ ਨਾ ਕਈ, ਜੇ ਉਹਦੀ ਤੁਸੀਂ ਵਰਲਡ ਟੂ ਵਰਲਡ ਪੰਜਾਬੀ ਕਰੋਗੇ, ਹਾਂਜੀ, ਤੇ ਉਹ ਕਈ ਗੱਲਾਂ ਤਾਂ ਇੰਨੀਆਂ ਰੂਟ ਲੱਗਣੀਆਂ ਨਾ, ਤੇ ਕਈ ਗੱਲਾਂ ਦੀ ਸੈਂਸ ਕੋਈ ਨਹੀਂ ਬਣਨੀ। ਹਾਂਜੀ, ਇੱਦਾਂ ਹੀ ਹੁਣ ਜੇ ਜਿਹੜੀ ਵੈਸੇ ਜਨਰਲ ਆ ਉਹਦੇ ਅਰਥਾਂ ਦੀ ਦੇਖੋ, ਜਿੱਦਾਂ ਪਹਿਲੀ ਗੱਲ ਜਿਹੜੀ ਜ਼ਿਆਦਾ ਸਮਝਣ ਵਾਲੀ ਆ ਨਾ, ਉਹ ਇਹ ਆ ਵੀ ਹੁਣ ਇੰਗਲਿਸ਼ ਵਿੱਚ ਮੈਨੂੰ ਪਤਾ ਨਹੀਂ ਤੁਸੀਂ ਕੀ ਕਹਿੰਦੇ, ਜੇ ਹੁਣ ਤੁਸੀਂ ਤੁਸੀਂ ਸਟੱਡੀ ਕਾਹਦੀ ਕੀਤੀ ਹੋ ਵਾ? ਕੰਪਿਊਟਰ ਦੀ। ਕੰਪਿਊਟਰ ਦੀ। ਹੁਣ ਕੰਪਿਊਟਰ ਦੇ ਵਿੱਚ ਤੁਹਾਡੇ ਕੰਮ ਕਰਦਿਆਂ ਤੇ ਬਹੁਤ ਸਾਰੀ ਵੋਕੈਬਲਰੀ ਇਦਾਂ ਦੀ ਆਉਂਦੀ ਆ ਜਿਹੜੀ ਜੇ ਤੁਸੀਂ ਉਹਨੂੰ ਉਸੇ ਵੋਕੈਬਲਰੀ ਨੂੰ ਕਿਸੇ ਹੋਰ ਫੀਲਡ ਵਿੱਚ ਜਾ ਕੇ ਵਰਤੋਂਗੇ ਤੇ ਉਹਦੇ ਮੀਨਿੰਗ ਹੋਰ ਆ। ਬਿਲਕੁਲ ਸਮਝਦੇ? ਮੈਂ ਜਿੱਦਾਂ ਜੇ ਤੁਸੀਂ ਹੁਣ ਕਹੋ ਵਿੰਡੋ, ਹੈਲੋ, ਹਾਂਜੀ, ਹੁਣ ਕੰਪਿਊਟਰ ਦੇ ਵਿੱਚ ਵਿੰਡੋ ਦੇ ਅਰਥ ਹੋਰ ਹੋਣੇ ਆ, ਜੇ ਕੋਈ ਬਿਲਡਿੰਗ ਇੰਡਸਟਰੀ 'ਚ ਬੰਦਾ ਕੰਮ ਕਰਦਾ ਉਹਦੇ ਲਈ ਵਿੰਡੋ ਦੇ ਅਰਥ ਹੋਰ ਹੋਣੇ। ਹਾਂਜੀ, ਠੀਕ ਹੈ। ਇੱਦਾਂ ਜਿਹੜੀ ਨਾ ਉਹ ਵੋਕੈਬਲਰੀ ਆ, ਪਹਿਲਾਂ ਉਹਦੀ ਅੰਡਰਸਟੈਂਡਿੰਗ ਬਣਨੀ ਚਾਹੀਦੀ ਹੈ, ਉਹ 'ਤੇ ਕੰਮ ਹੋਇਆ ਨਹੀਂ ਹੈਗਾ। ਜਿਹੜੇ ਸਟੀਕ ਆ ਨਾ ਸਾਡੇ ਇਸ ਵੇਲੇ ਹੋਇਓ, ਉਹਨਾਂ 'ਤੇ ਪਹਿਲਾਂ ਤਾਂ ਪੰਗਾ ਸਾਡੇ ਇਹ ਪੈ ਗਿਆ ਆ ਵੀ ਜਦੋਂ ਮੂਲ ਮੰਤਰ ਦੇ ਅਰਥ ਇੱਕ ਓਂਕਾਰ ਦੇ ਅਰਥ ਹੋਏ ਆ, ਉਹਦੇ ਉਹਦੇ ਨਾਲ ਅਨਰਥ ਕਰ ਦਿੱਤਾ ਗਿਆ ਆ, ਉਹ ਜਦੋਂ
ਉੱਥੇ ਤੁਸੀਂ ਇੱਕ ਲਈ ਕੰਸਿਡਰ ਕਰ ਲਿਆ ਵੀ ਜਿਹੜਾ ਇੱਕ ਓਂਕਾਰ ਆ ਉਹਦੇ ਅਰਥ ਆ ਆ, ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਜਿੱਥੇ ਗੱਲ ਹੋਣੀ ਆ ਉਹਦੇ ਦੁਆਲੇ ਹੀ ਘੁੰਮਣੀ ਆ। ਇੱਕ ਮਿੰਟ, ਜਿਹੜਾ ਜਿਹੜਾ ਇੱਕ ਓਂਕਾਰ ਦਾ, ਮੈਨੂੰ ਪਹਿਲੇ ਮੈਂ ਤੁਹਾਡਾ ਕੁਛ ਸ਼ੋ ਤੁਹਾਡੇ ਪ੍ਰੋਗਰਾਮ ਮੈਂ ਸੁਣਿਆ ਸੀਗਾ ਤੇ ਇੱਕ ਓਂਕਾਰ ਦਾ ਕਹਿ ਰਹੇ ਸੀ, ਪਰ ਮੈਨੂੰ ਕੋਈ ਪ੍ਰੋਪਰ ਮੈਨੂੰ ਲੱਭਿਆ ਨਹੀਂ ਕਿ ਉਹਦੇ ਚ ਜਿੱਦਾਂ ਸਾਨੂੰ ਇੱਕ ਓਂਕਾਰ ਦੱਸਿਆ ਗਿਆ ਵਨ ਗੋਡ, ਰਾਈਟ, ਔਰ ਟ੍ਰਾਂਸਲੇਸ਼ਨ ਜਿੱਦਾਂ ਦੱਸਿਆ ਗਿਆ ਇੱਕ ਓਂਕਾਰ ਵਨ ਗੋਡ ਹੋ ਗਿਆ, ਜਾਂ ਉਹਦੀ ਕਲੋਜ਼ ਟ੍ਰਾਂਸਲੇਸ਼ਨ ਇਹ ਹੋ ਗਈ, ਪਰ ਤੁਹਾਡਾ ਮਤਲਬ ਹੈ ਕਿ ਉਹ ਨਹੀਂ ਹੈਗਾ, ਰਾਈਟ? ਪਰ ਮੈਨੂੰ ਮੈਂ ਲੱਭ ਨਹੀਂ ਹੋਇਆ, ਮੈਨੂੰ ਇੰਟਰਨੈਟ ਤੇ ਤੁਹਾਡੇ ਵੀਡੀਓ ਜੇ ਤੁਸੀਂ ਐਕਸਪਲੇਨ ਕੀਤਾ ਇੱਕ ਓਂਕਾਰ ਦਾ ਤੁਹਾਡੇ ਹਿਸਾਬ ਨਾਲ ਮਤਲਬ ਕੀ ਨਹੀਂ। ਅਸੀਂ ਇਸ ਪੋਜੀਸ਼ਨ 'ਚ ਵੀ ਨਹੀਂ ਹੈਗੇ ਵੀ ਅਸੀਂ ਇੱਦਾਂ ਕਹਿ ਕੇ ਅਜੇ ਸਟੀਕ ਬਣਾ ਦਈਏ ਉਹਦਾ, ਪਰ ਮੰਨਣਾ ਸਾਡਾ ਇਹ ਆ ਵੀ ਜਦੋਂ ਉੱਥੇ ਇੱਕ ਓ ਲਿਖਿਆ ਹੋਇਆ ਆ ਉਹਦਾ ਓਂਕਾਰ ਕਿੱਦਾਂ ਬਣਿਆ, ਉਹ ਕਿਹਨੇ ਡਿਸਾਈਡ ਕੀਤਾ ਵੀ ਉਹ ਓਂਕਾਰ ਆ? ਅੱਛਾ, ਹੁਣ ਜਦੋਂ ਓਂਕਾਰ ਬਣਿਆ ਫਿਰ ਓਂਕਾਰ ਦਾ ਐਨਾਲਿਸਿਸ ਕਰਨ ਲੱਗਿਆਂ ਨੇ, ਉਹਦਾ ਵਿਸ਼ਲੇਸ਼ਣ ਕਰਨ ਲੱਗਿਆਂ ਨੇ, ਲੰਬੀ ਚੌੜੀ ਵਿਆਖਿਆ ਦੇ ਦਿੱਤੀ ਵੀ ਇਹ ਤਿੰਨਾਂ ਸ਼ਬਦਾਂ ਦਾ ਸੁਮੇਲ ਆ, ਓਕਾਰ ਅਕਾਰ ਮਕਾਰ, ਵੀ ਓਕਾਰ ਦੇ ਅਰਥ ਆਇਆ, ਅਕਾਰ ਦੇ ਆਇਆ, ਮਕਾਰ ਦੇ ਆਇਆ। ਹੁਣ ਜਦੋਂ ਵੀ ਉਹ ਇੱਕ ਦੀ ਜਿਹੜੀ ਐਕਸਪਲਾਨੇਸ਼ਨ ਦੇ ਦਿੱਤੀ ਗਈ ਆ ਨਾ, ਉਹ ਤੋਂ ਅੱਗੇ ਜਾ ਕੇ ਜਿੰਨੀ ਵਾਰ ਵੀ ਰੈਫਰੈਂਸ ਆਉਣੀ ਆ ਉਹ ਉਹੀ ਅਰਥ ਲਏ ਜਾਣੇ ਆ। ਜੇ ਉਹ ਗਲਤ ਹੋ ਗਿਆ ਜਿਹੜਾ ਗੁਰੂ ਨਾਨਕ ਦੇਵ ਜੀ ਕਹਿਣਾ ਚਾਹੁੰਦੇ ਆ, ਜੇ ਉਹ ਨਹੀਂ ਹੈਗਾ ਤਾਂ ਸਾਰੀ ਗੁਰਬਾਣੀ ਨੂੰ ਸਮਝਣ 'ਚ ਹੋਰ ਕੁਛ ਹੋ ਜਾਣਾ। ਹਾਂਜੀ, ਜੇ ਹੁਣ ਤੁਸੀਂ ਮੰਨ ਲਓ ਕੌਂਸਲ ਦੇ ਦਫ਼ਤਰ ਜਾਂਦੇ ਆ, ਹੁਣ ਉੱਥੇ ਜਾਂਦਿਆਂ ਨੂੰ ਵੜਦਿਆਂ ਨੂੰ ਤੁਹਾਨੂੰ ਜਾਂ ਜਿਹੜਾ ਬੰਦਾ ਲੈ ਕੇ ਗਿਆ ਤੁਹਾਨੂੰ, ਉਹ ਬੰਦਾ ਤੁਹਾਨੂੰ ਇਹ ਕਹਿ ਦਿੰਦਾ ਵੀ ਇਹ ਇੱਕ ਡਿਵੈਲਪਰ ਦਾ ਦਫ਼ਤਰ ਆ, ਵੀ ਉਹ ਇੱਥੇ ਬਹੁਤ ਸਾਰੀ ਪ੍ਰੋਪਰਟੀ। ਤੁਹਾਡੀ ਆਵਾਜ਼ ਕੁਛ ਹੋਰ ਹੋ ਰਿਹਾ ਮੈਨੂੰ, ਤੁਹਾਡਾ ਹੰਗਾਰਾ ਨਹੀਂ ਮਿਲ ਰਿਹਾ ਜਿੱਦਾਂ ਨਾ। ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ? ਨਹੀਂ, ਆਵਾਜ਼ ਇੱਦਾਂ ਤਾਂ ਆ ਰਹੀ ਆ ਪਰ ਮੈਨੂੰ ਹੰਗਾਰਾ, ਜਦੋਂ ਮੈਂ ਗੱਲ ਕਰਦਾ ਨਾ ਤੁਹਾਡਾ ਹੰਗਾਰਾ ਨਹੀਂ ਆਉਂਦਾ ਅੱਜ ਦਾ। ਤੁਸੀਂ ਕੁਛ ਹੋਰ ਕਰਦੇ ਆ, ਫੋਨ ਕਿਤੇ ਬਿਜ਼ੀ ਆ, ਕੁਛ ਹੋਰ ਹੋਇਆ ਆ? ਨਹੀਂ ਨਹੀਂ, ਮੈਂ ਸੁਣ ਰਿਹਾ, ਮੈਂ ਵਟਸਐਪ ਦੇ ਥਰੂ ਸੁਣ ਰਿਹਾ ਤਾਂ ਮੈਨੂੰ ਕੰਨ ਦੇ ਨਾਲ ਫੋਨ ਲਾਉਣਾ ਪੈ ਰਿਹਾ, ਕਿਉਂਕਿ ਮੈਂ ਚਾਹੁੰਦਾ ਨਹੀਂ ਕਿ ਹੋਰ ਆਵਾਜ਼ ਆਵੇ, ਜਾਂ ਤਾਂ ਸਪੀਕਰ 'ਤੇ ਸਪੀਕਰ। ਨਹੀਂ, ਤੁਸੀਂ ਪਹਿਲਾਂ ਤਾਂ ਰੇਡੀਓ ਬੰਦ ਕਰ ਲਓ। ਹਾਂਜੀ, ਜਿੱਦਾਂ ਨੋਰਮਲ ਤਾਂ ਬੰਦ ਹੀ ਆ, ਪਰ ਮੈਂ ਉਹ ਜਿੱਦਾਂ ਨੋਰਮਲ ਫੋਨ 'ਤੇ ਗੱਲ ਕਰਦੇ ਹਾਂ ਇੱਦਾਂ ਫੋਨ 'ਤੇ ਤੁਸੀਂ ਮੇਰੇ ਨਾਲ ਗੱਲ ਕਰੋ। ਹੁਣ ਬੈਟਰ ਹੈ? ਹਾਂਜੀ ਹਾਂਜੀ, ਠੀਕ ਹੈ। ਹੁਣ ਤੁਹਾਡਾ ਹੰਗਾਰਾ ਸਹੀ ਆਇਆ, ਪਹਿਲਾਂ ਤੁਹਾਡਾ ਹੰਗਾਰਾ ਬਹੁਤ ਚਿਰ ਬਾਅਦ ਆਉਂਦਾ ਸੀ, ਮੈਂ ਕਨਫਿਊਜ਼ ਹੋ ਜਾਂਦਾ ਸੀ ਨਾ। ਹੁਣ ਮੈਂ ਤੁਹਾਨੂੰ ਕਹਿਣ ਲੱਗਾ ਸੀ ਵੀ ਜਿੱਦਾਂ ਤੁਸੀਂ ਜਾਮੋ ਕੌਂਸਲ ਦੇ ਦਫ਼ਤਰ, ਸਿਟੀ ਕੌਂਸਲ ਦੇ, ਤੁਹਾਡੇ ਕੋਈ ਉੱਥੇ ਸਰਕਾਰੀ ਅਦਾਰਾ ਇਮੀਗ੍ਰੇਸ਼ਨ ਦੇ ਆਫਿਸ ਗਏ ਮੰਨ ਲਓ, ਹਾਂਜੀ, ਤੁਹਾਨੂੰ ਵੜਨ ਲੱਗਿਆਂ ਨੇ ਅਗਲੇ ਨੇ ਇਹ ਕਹਿ ਦਿੱਤਾ ਵੀ ਇਹ ਇੱਕ ਡਿਵੈਲਪਰ ਦਾ ਆਫਿਸ ਆ, ਠੀਕ ਹੈ, ਵੀ ਇਹ ਬਹੁਤ ਸਾਰੀਆਂ ਪ੍ਰੋਪਰਟੀਆਂ ਲੈ ਕੇ ਡਿਵੈਲਪ ਕਰਦਾ ਆ, ਵੈਸੇ ਇੰਡੀਆ ਤੋਂ ਸਮਾਨ ਵੀ ਮੰਗਾਉਂਦਾ ਆ, ਉਹਦਾ ਸਮਗਲਿੰਗ ਵੀ ਕਰਦਾ ਆ। ਹੁਣ
ਤੁਸੀਂ ਜਿੱਦਾਂ ਜਿੱਦਾਂ ਜਾਈ ਜਾਂਦੇ ਆ, ਜਿਹੜੇ ਜਿਹੜੇ ਬੰਦੇ ਨੂੰ ਮਿਲਦੇ ਆ, ਕਰਦੇ ਆ, ਉਹਦੇ ਬਾਰੇ ਉਹ ਕੁਛ ਨਾ ਕੁਛ ਤੁਹਾਡੇ ਦਿਮਾਗ 'ਚ ਖਿਆਲ ਵੀ ਇਦਾਂ ਦੇ ਹੀ ਆਉਣੇ ਆ। ਹਾਂਜੀ, ਜੇ ਉਹ ਅੱਗੇ ਜਾ ਕੇ ਕਿਸੇ ਦਫ਼ਤਰ ਕਿਸੇ ਆਫਿਸ ਦੇ ਵੱਖਰੇ ਆਫਿਸ ਦੇ ਵਿੱਚ ਬਹਿ ਕੇ ਬੈਠ ਕੇ ਉਹ ਕਹੂਗਾ ਵੀ ਚੰਗਾ ਕੋਈ ਨਹੀਂ ਮੈਂ ਇੱਕ ਦੋ ਦਿਨਾਂ ਦੇ ਵਿੱਚ ਫਾਈਲ ਭੇਜ ਦੇਣਾ ਤੁਹਾਨੂੰ, ਤੁਸੀਂ ਫਿਰ ਦੱਸ ਦਿਓ, ਤੁਹਾਡੇ ਦਿਮਾਗ 'ਚ ਇਹੀ ਆਉਣਾ ਵੀ ਇਹ ਕੋਈ ਪ੍ਰੋਪਰਟੀ ਲੈਣ ਲੱਗਾ ਹੋਣਾ ਜਾਂ ਘਰ ਬਣਾਉਣ ਲੱਗਾ ਹੋਣਾ। ਹਾਂਜੀ, ਕਿਉਂਕਿ ਅੱਗੇ ਜਾ ਕੇ ਜਿੰਨਾ ਵੀ ਕੰਮ ਹੋਣਾ ਆ ਉਹ ਰੈਫਰੈਂਸ ਨਹੀਂ ਭੁੱਲਣੀ ਤੁਹਾਨੂੰ। ਹੁਣ ਜੇ ਜਿਹੜਾ ਸਾਡੇ ਸਕਾਲਰਾਂ ਦੇ ਕਰਨੇ ਵਾਲਾ ਕੰਮ ਆ ਉਹ ਪਹਿਲੀ ਤਾਂ ਇੱਕ ਦੀ ਗੱਲ ਆ, ਉਹਦੇ 'ਤੇ ਕਲੀਅਰ ਹੋਵੇ, ਉਹ ਤੋਂ ਬਾਅਦ ਜਿੰਨੀ ਵੋਕੈਬਲਰੀ ਆ ਉਹਦੇ ਵਿੱਚ ਆਈਓ, ਹਾਂਜੀ, ਉਹਦੇ ਉਹਦੇ ਮੀਨਿੰਗ ਕੀ ਆ ਇਸ ਇਸ ਸਬਜੈਕਟ, ਇਹ ਇੱਕ ਵੱਖਰਾ ਸਬਜੈਕਟ ਆ। ਜੇ ਉਹਦੇ 'ਤੇ ਉਸ ਵੋਕੈਬਲਰੀ ਦੇ ਉਹਦੇ ਅਰਥ ਕੀਤੇ ਜਾਣ ਫਿਰ ਕਿਸੇ ਨੂੰ ਵੀ ਪੜ੍ਹਨਾ ਸੌਖਾ ਹੋ ਜਾਏ। ਹਾਂਜੀ, ਹੁਣ ਜਦੋਂ ਤੁਸੀਂ ਜਿਨ੍ਹਾਂ ਨੇ ਸਟੀਕ ਕੀਤੇ ਹੋ ਵਾ, ਜੇ ਤੁਸੀਂ ਮੰਨ ਲਓ ਕਿਸੇ ਨਾਨਕਸਰ ਆਈਡੀਓਲੋਜੀ ਨਾਲ ਸੰਬੰਧਿਤ ਬੰਦੇ ਦਾ ਸਟੀਕ ਪੜ੍ਹੂੰਗੇ ਤੇ ਤੁਹਾਨੂੰ ਨਜ਼ਰੀਆ ਵੀ ਸਾਰਾ ਉਹਦੇ ਵਾਲਾ ਮਿਲਣਾ। ਜੇ ਟਕਸਾਲ ਨਾਲ ਸੰਬੰਧਿਤ ਬੰਦੇ ਦਾ ਸਟੀਕ ਪੜ੍ਹੂੰਗੇ ਤੁਹਾਡੀ ਆਈਡੀਓਲੋਜੀ ਉੱਦਾਂ ਦੀ ਬਣ ਜਾਣੀ ਆ। ਹਾਂਜੀ, ਜਦਕਿ ਚਾਹੀਦਾ ਇਹ ਆ ਵੀ ਜਿਹੜਾ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਚਾਹੁੰਦਾ ਉਹ ਆਪਣੇ ਐਂਗਲ ਤੋਂ ਦੇਖੇ ਉਹਨੂੰ, ਬਿਲਕੁਲ ਆਪਣੀ ਉਹਦੀ ਅੰਡਰਸਟੈਂਡਿੰਗ ਹੋਵੇ, ਫਿਰ ਉਹ ਕਹੇ ਵੀ ਨਹੀਂ ਮੈਂ ਇਸ ਗੱਲ ਤੋਂ ਸਹਿਮਤ ਨਹੀਂ ਹੈ। ਹਾਂਜੀ, ਠੀਕ ਹੈ, ਉਹ ਉਹ ਹੈ ਔਖਾ ਨਹੀਂ ਹੈ, ਪਰ ਕਿਉਂਕਿ ਅਸੀਂ ਉਹਨਾਂ ਗੱਲਾਂ 'ਤੇ ਸਹਿਮਤੀ ਨਹੀਂ ਸਾਡੀ ਹੈਗੀ, ਇਸ ਕਰਕੇ ਮੈਨੂੰ ਲੱਗਦਾ ਵੀ ਆਪਾਂ ਅਜੇ ਜਿਹਨੂੰ ਵੀ ਪੜ੍ਹਨਾ ਆ ਜੇ ਬਸ ਉਹਨੂੰ ਇੱਦਾਂ ਇੱਕ ਸਤਿਕਾਰ ਵਜੋਂ ਪਿਆਰ ਵਜੋਂ ਪੜ੍ਹੇ, ਉਹ ਆਪਣੇ ਆਪ ਨੂੰ ਸਮਝ ਲੱਗੇ ਜਿਹੜੀ ਗੱਲ ਉਹਨੂੰ ਕਨਵਿੰਸ ਕਰਦੀ ਆ। ਜੇ ਉਹਨੂੰ ਕਿਸੇ ਨੂੰ ਇਹ ਲੱਗਦਾ ਵੀ ਨਹੀਂ ਨਹੀਂ ਜੀ ਇੱਦਾਂ ਰੱਬ ਹੁੰਦਾ ਆ, ਸ਼ਕਤੀ ਹੈਗੀ ਆ, ਪਹਿਲਾਂ ਤਾਂ ਹੁੰਦੀ ਆਈ ਆ, ਅੱਗੇ ਵੀ ਹੈਗੀ, ਫਿਰ ਉਹਨੂੰ ਗੁਰਬਾਣੀ ਜਿਹੜੀ ਆਪਣੇ ਆਪ ਹੀ ਉਸ ਪਾਸੇ ਨੂੰ ਲੈ ਕੇ ਜਾਊਗੀ ਵੀ ਮੈਂ ਉਸ ਇੱਕ ਨੂੰ ਖੁਸ਼ ਕਰਨਾ ਆ, ਮਰਨ ਤੋਂ ਬਾਅਦ ਉਸ ਇੱਕ ਦੇ ਕੋਲ ਜਾਣਾ ਆ, ਮੈਨੂੰ ਉਹਨੇ ਹੀ ਭੇਜਿਆ ਆ, ਮਰਨ ਤੋਂ ਬਾਅਦ ਫਿਰ ਮੈਨੂੰ ਦੁਬਾਰਾ ਬੰਦਾ ਮੈਨੂੰ ਕਿਤੇ ਚੂਹਾ ਘੋੜਾ ਨਾ ਬਣਾ ਦੇ, ਇਸ ਕਰਕੇ ਮੈਂ ਇਹ ਕੰਮ ਕਰਾਂ, ਫਿਰ ਉਹ ਲੱਭੂਗਾ ਗੁਰਬਾਣੀ 'ਚੋਂ, ਫਿਰ ਉਹ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਵੀ ਉਸ ਹਿਸਾਬ ਨਾਲ ਕਰੂਗਾ ਵੀ ਕਿਹੜਾ ਕੰਮ ਕਰਨ ਨਾਲ ਉਹ ਖੁਸ਼ ਹੁੰਦਾ ਆ। ਠੀਕ ਹੈ, ਜੇ ਉਹਨੂੰ ਇੱਕ ਇੱਕ ਨਿਯਮ ਸਮਝ ਕੇ ਅਰਥ ਕਰਕੇ ਉਹਦੇ ਉਹਦੇ ਇੱਕ ਦੇ ਇੱਕੋ ਦੇ ਉਹਨੂੰ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਨੂੰ, ਫਿਰ ਉਹਨੂੰ ਇਹ ਇਹ ਸਮਝ ਆਈ ਜਾਣੀ ਜਿੱਥੇ ਜਿੱਥੇ ਉਹਨੂੰ ਖੁਸ਼ ਕਰਨ ਦੀ ਇੱਕ ਨੂੰ ਗੱਲ ਆਉਣੀ ਆ, ਉਹਨੂੰ ਲੱਗਣਾ ਵੀ ਮੈਂ ਨਿਯਮ ਨੂੰ ਮੰਨਾਂ, ਨਿਯਮ ਨੂੰ ਸਮਝ ਲਵਾਂ। ਹੁਣ ਬੋਡੀ ਆ ਮੇਰੀ, ਮੈਂ ਆਪਣੇ ਸਰੀਰ ਦਾ ਭਾਰ ਵਧਾਉਣਾ ਚਾਹੁੰਦਾ, ਹੁਣ ਨਿਯਮ ਇਹ ਆ ਵੀ ਉਹਦੇ 'ਚ ਪ੍ਰੋਟੀਨ ਮੇਰੀ ਘਟੇ ਨਾ, ਫਾਈਬਰ ਜ਼ਰੂਰੀ ਆ, ਕਾਰਬਜ਼ ਵਧਾ ਲਵਾਂ ਮੈਂ ਆਪਣੇ ਨਾਲ, ਜਿੰਨੀਆਂ ਕੈਲਰੀ ਬੋਡੀ ਨੂੰ ਚਾਹੀਦੀਆਂ ਉਹਦੇ ਨਾਲ ਥੋੜ੍ਹੀਆਂ ਵੱਧ ਲੈਣ ਲੱਗ ਪਵਾਂ ਮੈਂ। ਨਹੀਂ, ਉਹਦਾ ਤਾਂ ਮੈਂ ਸਮਝ ਲੱਗ ਗਈ ਤੁਸੀਂ ਕਹਿ ਰਹੇ ਹੋ ਜੋ, ਪਰ ਉਹ ਹੀ ਗੱਲ ਫਿਰ ਉੱਥੇ ਆ ਜਾਂਦੀ ਨਾ ਕਿ ਜਿੱਦਾਂ ਜਿਹਦੀ ਪੰਜਾਬੀ ਫਸਟ ਲੈਂਗੁਏਜ ਨਹੀਂ ਹੈਗੀ, ਕਿਉਂਕਿ ਬਾਹਰ ਰਹਿੰਦੇ ਆ ਮੇਰੇ ਜਿੱਦਾਂ ਦੇ ਕਿੰਨੇ ਹੋਣੇ ਆ, ਆਪਣੀ ਸਿੱਖ ਕੌਮ ਤਾਂ ਬਹੁਤ ਹਰ ਕੰਟਰੀ 'ਚ ਬੈਠੇ ਆ, ਅਜੇ ਬੱਚੇ ਹੈਗੇ ਆ, ਅਜੇ ਹੋਊਗਾ ਕੰਮ ਉਹਦੇ 'ਤੇ, ਪਰ ਅਜੇ ਇਸ ਵੇਲੇ ਤੱਕ ਜਿੰਨਾ ਅੰਗਰੇਜ਼ੀ ਵਾਲਾ ਕੰਮ ਹੋਇਆ ਆ ਉਹ 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 ਇੰਨਾ ਉਹਦੇ ਨਾਲ ਤਾਂ ਨਾ ਪੜ੍ਹੋ ਤਾਂ ਵਧੀਆ ਆ। ਬਿਲਕੁਲ, ਉਹ ਮੈਂ ਕਹਿਣ ਲੱਗਾ ਸੀਗਾ
ਕਿਉਂਕਿ ਮੈਂ ਟ੍ਰਾਂਸਲੇਸ਼ਨਾਂ ਦੇਖੀਆਂ ਆ, ਮੈਨੂੰ ਪੰਜਾਬੀ ਦਾ ਮਤਲਬ ਜਿੱਦਾਂ ਹੁਣ ਬੋਲੀ ਦੀ ਹੈ ਪੰਜਾਬੀ, ਉਹਦਾ ਮੈਨੂੰ ਮਤਲਬ ਪਤਾ ਕਿ ਛੋਟੇ ਹੁੰਦੇ ਤੋਂ, ਹੁਣ ਜਦ ਮੈਂ ਪੰਜਾਬੀ ਇੱਥੇ ਆ ਕੇ ਸਿੱਖੀ ਆ, ਅਸੀਂ ਠੇਠ ਪੰਜਾਬੀ ਬੋਲਦੇ ਸੀਗੇ, ਤੇ ਮੈਨੂੰ ਮਤਲਬ ਪਤਾ ਪੰਜਾਬੀ ਦੇ ਆਪਣੇ, ਅਸੀਂ ਮੈਂ ਅਸੀਂ ਜਾਂਦੇ ਰਹਿੰਦੇ ਹਾਂ ਪੰਜਾਬ, ਮੈਂ ਇੱਦਾਂ ਫਲੂਐਂਟਲੀ ਗੱਲ ਕਰ ਸਕਦਾ ਹਾਂ ਕਿਸੇ ਨਾਲ, ਰਾਈਟ, ਪੰਜਾਬੀ 'ਚ, ਤੇ ਮੈਨੂੰ ਉਹਦਾ ਪੰਜਾਬੀ ਦੇ ਵਰਡ ਜਿਹੜੇ ਆ ਉਹਨਾਂ ਦੇ ਡਬਲ ਮੀਨਿੰਗ ਵੀ ਪਤਾ ਆ, ਸਾਰਾ ਪਤਾ ਆ, ਪਰ ਜਦ ਮੈਂ ਟ੍ਰਾਂਸਲੇਸ਼ਨ ਪੜ੍ਹਦਾ ਆ ਤੇ ਮੈਨੂੰ ਸਹੀ ਨਹੀਂ ਲੱਗਦੀ ਨਹੀਂ। ਤੁਸੀਂ ਪੰਜਾਬੀ ਇੰਗਲਿਸ਼ 'ਚ, ਤੁਸੀਂ ਜਿੱਦਾਂ ਨਾ ਪਤਾ ਨਹੀਂ ਹੁਣ ਮੈਨੂੰ ਕਿਸੇ ਵੇਲੇ, ਜਾਂ ਤਾਂ ਫਿਰ ਫੋਨ ਕਰਿਓ ਤੁਸੀਂ ਨਾ, ਜੇ ਕੋਈ ਕਿਸੇ ਵੇਲੇ ਕੋਈ ਗੁਰਬਾਣੀ ਦੀਆਂ 5-6 ਪੰਕਤੀਆਂ, ਕੋਈ ਸ਼ਬਦ ਜਿੰਨਾ ਤੁਸੀਂ ਪੜ੍ਹ ਲੈਂਦੇ ਆ, ਹਾਂਜੀ, ਉਹ ਲੈ ਕੇ ਫੋਨ ਕਰਿਓ ਤੁਸੀਂ, ਫਿਰ ਮੈਂ ਤੁਹਾਨੂੰ ਬੜਾ ਸੌਖਾ ਆ। ਤੁਸੀਂ ਜਦੋਂ ਇੱਕ ਇੱਕ ਚੀਜ਼ ਪਹਿਲੇ ਪਹਿਲਾਂ ਕੰਸਿਡਰ, ਇੱਕ ਦੇ ਬਾਰੇ ਕੰਸਿਡਰ ਹੋ ਗਿਆ ਨਾ, ਹਾਂਜੀ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸਮਝਣਾ ਕੋਈ ਔਖਾ ਨਹੀਂ, ਤੁਹਾਨੂੰ ਸ਼ਬਦਾਂ ਦੇ ਵਿੱਚ ਵੀ ਨਹੀਂ ਜਾਣਾ ਪੈਣਾ, ਤੁਹਾਨੂੰ ਸੈਂਸ ਪਤਾ ਲੱਗੀ ਜਾਣੀ ਹੈ। ਹਾਂਜੀ, ਕਿਉਂਕਿ ਹੁਣ ਜਿੱਦਾਂ ਪਹਿਲਾਂ ਵੀਰ ਨੇ ਪੰਕਤੀ ਪੜ੍ਹੀ ਸੀ ਨਾ, ਵੀ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਣ ਇਹਦੇ ਵਿੱਚੋਂ ਤੁਹਾਨੂੰ ਹੁਕਮ ਦੇ ਅਰਥ ਪਤਾ ਕੀ ਹੈ? ਹੁਕਮ, ਹੁਕਮ ਦਾ ਮਤਲਬ ਹੋਇਆ ਕਮਾਂਡ, ਕਮਾਂਡ ਹੈ ਨਾ, ਹਾਂਜੀ, ਅੰਦਰ ਸਭ ਕੋ, ਹਾਂਜੀ, ਬਈ ਸਾਰਾ ਐਵਰੀਥਿੰਗ ਜੋ ਕੁਛ ਹੈਗਾ ਹੈ ਨਾ ਉਹ ਕਮਾਂਡ ਦੇ ਵਿੱਚ ਆ, ਹਾਂਜੀ, ਤੇ ਬਾਹਰ ਹੁਕਮ ਨਾ ਕੋਈ, ਕਮਾਂਡ ਤੋਂ ਬਾਹਰ ਕੁਛ ਵੀ ਨਹੀਂ ਹੋ ਸਕਦਾ। ਹੁਣ ਸਵਾਲ ਇਹ ਆ ਵੀ ਕਮਾਂਡ ਕਿਹਦੀ, ਸਮਝਦੇ ਨਾ, ਹਾਂਜੀ, ਹੁਣ ਕਮਾਂਡ ਹੋਵੇ ਕੁਦਰਤ ਦੀ, ਹੁਣ ਹੁਣ ਇੱਕ ਦੇ ਉੱਤੇ ਆਉਣਾ ਪੈਣਾ ਸਾਨੂੰ ਵੀ ਅਸੀਂ ਇੱਕ ਕਿਹਨੂੰ ਮੰਨਿਆ, ਹੁਣ ਜੇ ਤਾਂ ਅਸੀਂ ਅਸੀਂ ਕਹਿੰਦੇ ਹਾਂ ਵੀ ਇੱਕ ਓਂਕਾਰ ਪੇ ਵਾਹਿਗੁਰੂ ਸਾਡਾ, ਜਿੱਦਾਂ ਈਸਾਈਆਂ ਦਾ ਉਹਨਾਂ ਦਾ ਮੁਹੰਮਦ ਹੋ ਗਿਆ, ਇਹਨਾਂ ਦਾ ਗੋਡ ਜੀਸਸ ਹੋ ਗਿਆ, ਸਾਡਾ ਵਾਹਿਗੁਰੂ ਆ, ਠੀਕ ਆ, ਫਿਰ 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 ਅਸੀਂ ਉਹ ਅਰਥ ਕਰਾਂਗੇ, ਉਹਦੇ ਲਈ ਸਾਡੇ 'ਤੇ ਸਵਾਲ ਕਿੰਨੇ ਉੱਠਣੇ ਆ ਵੀ ਗੁਰੂ ਸਾਹਿਬ ਤਾਂ ਕਹਿ ਗਿਆ ਬਾਹਰ ਹੁਕਮ ਨਾ ਕੋਈ, ਅਤੇ ਸਾਨੂੰ ਕਿਹਾ ਆ ਦਾੜੀ ਕੇਸ ਰੱਖਣੀ ਆ, ਅਤੇ ਸਿੱਖ ਹੀ ਸਭ ਤੋਂ ਵਧੀਆ ਬੰਦਾ ਹੈ ਰੱਬ ਦਾ, ਅਤੇ ਦੁਨੀਆਂ ਦੇ ਉੱਤੇ ਰਾਜ ਉਹ ਲੋਕ ਕਰੀ ਜਾਂਦੇ ਜਿਹੜੇ ਰੱਖਦੇ ਨਹੀਂ ਦਾੜੀ ਕੇਸ। ਸਾਨੂੰ ਕਿਹਾ ਸਿਗਰਟ ਨਹੀਂ ਪੀਣੀ, ਸ਼ਰਾਬ ਨਹੀਂ ਪੀਣੀ, ਇਹ ਸਿਗਰਟਾਂ ਸ਼ਰਾਬ ਪੀਣ ਵਾਲੇ ਐਡੇ ਐਡੇ ਮੁਲਕ ਬਣਾਈ ਬੈਠੇ ਆ, ਜੇ ਬਾਹਰ ਹੁਕਮ ਨਾ ਕੋਈ ਤਾਂ ਕਾਮਯਾਬ ਕਿੱਦਾਂ ਹੋਇਓ ਵਾ ਇਹ, ਬਿਲਕੁਲ, ਜੇ ਬਾਹਰ ਹੁਕਮ ਨਾ ਕੋਈ ਆ, ਜੇ ਇਹਨਾਂ ਸਾਰਿਆਂ ਨੂੰ ਸਜਾਈ ਮਿਲਣੀ ਆ, ਤੇ ਉਹ ਇੱਕ ਓਂਕਾਰ ਹੈ ਕਿੱਦਾਂ ਦਾ ਵੀ ਜ਼ਿਆਦੇ ਜਣੇ ਇਹ ਬਣਾ ਦਿੱਤੇ, ਇਹਨਾਂ ਨੂੰ ਜ਼ਿਆਦਿਆਂ ਨੂੰ ਸਜ਼ਾ ਦੇ, ਕੋਈ ਦੇਸ਼ ਇੱਦਾਂ ਦਾ ਚੰਗਾ ਲੱਗੂਗਾ ਜਿਹਦੇ ਵਿੱਚ ਬਹੁਤੇ ਲੋਕ ਉਹ ਹੋਣ ਜਿਹੜੇ ਜੇਲ੍ਹ 'ਚ ਸਿੱਟਣੇ ਪੈਣ ਉਹਨਾਂ ਨੂੰ, ਰਾਈਟ, ਉਹ ਵੀ ਉਦੋਂ ਜੇ ਮੰਨ ਲਓ ਤੁਸੀਂ ਇੱਕ ਆਈਲੈਂਡ ਬਣਾ ਕੇ, ਤੁਹਾਨੂੰ ਸਰਕਾਰ ਅਮੈਰੀਕਾ ਦੀ ਕਹਿ ਦਿਆ ਵੀ ਆਹ ਆਈਲੈਂਡ ਆ ਜਿਹੜਾ ਨਾ, ਇਹਦੇ 'ਤੇ ਤੂੰ ਆਪਣਾ ਦੇਸ਼ ਬਣਾ ਲਾ ਸਿੱਖਾਂ ਦਾ, ਹੁਣ ਉਹਦੇ ਲਈ ਤੈਨੂੰ ਪੈਸਾ ਮਿਲ ਜਾਏ, ਰਿਸੋਰਸਿਸ ਹੋ ਜਾਣ, ਸਾਰਾ ਕੁਛ ਤੇਰੇ ਕੋਲ ਹੋਵੇ, ਇੱਕ ਸਿਰਫ ਤਾਂ ਲੋਕ ਲਿਜਾ ਕੇ ਉੱਥੇ ਭਰਤੀ ਕਰਨੇ ਵਸਾਉਣੇ ਆ ਉੱਥੇ। ਹੁਣ ਹੈਲੋ, ਹਾਂਜੀ,
ਨਹੀਂ ਮੈਨੂੰ ਤੁਹਾਡਾ ਹੰਗਾਰਾ ਨਹੀਂ ਆਉਂਦਾ, ਫਿਰ ਮੈਨੂੰ ਲੱਗਦਾ ਮੈਂ ਇਕੱਲਾ ਹੀ ਗੱਲ ਕਰਦਾ, ਜਾਂ ਤਾਂ ਮੈਂ ਫੋਨ ਕੱਟ ਦਿਆਂ ਜਾਂ ਤੁਸੀਂ ਨਹੀਂ ਫਿਰ ਨਹੀਂ ਮੈਂ ਸੁਣਨਾ, ਮੈਂ ਨਹੀਂ ਚਾਹੁੰਦਾ ਕਿ ਮੈਂ ਵਿੱਚ ਕੱਟਾਂ, ਤਾਂ ਤਾਂ ਹੀ ਮੈਂ ਸੁਣ ਰਿਹਾ ਮੈਨੂੰ ਫਿਰ ਜਾਂ ਤਾਂ ਫੋਨ ਮੈਂ ਕੱਟ ਕੇ ਕਰ ਲੈਣਾ ਗੱਲ। ਹੁਣ ਤੁਸੀਂ ਐਗਜ਼ਾਮਪਲ ਸਮਝ ਗਿਆ ਨਾ ਮੇਰੀ, ਮੰਨ ਲਓ ਇੱਕ ਰੈਸਟੋਰੈਂਟ ਖੋਲਿਆ ਤੁਸੀਂ, ਇੱਕ ਫੈਕਟਰੀ, ਇੱਕ ਸਟਰੀਟ ਦੇ ਉੱਤੇ ਤੁਹਾਨੂੰ 50 ਘਰ ਬਣਾ ਕੇ ਇੱਦਾਂ ਮੌਕਾ ਮਿਲ ਗਿਆ ਵੀ ਆਪਣੀ ਮਰਜ਼ੀ ਦੇ ਲੋਕਾਂ ਨੂੰ ਲਿਆ ਕੇ ਇੱਥੇ ਰੱਖ ਲਓ, ਤੁਸੀਂ ਉਹਦੇ ਹੁਣ ਗੱਲ ਕੀਤੀ ਰਾਈਟ, ਹਾਂ ਤੁਸੀਂ ਜਿਹੜਾ ਅਮਰੀਕਾ ਨੇ ਤੁਹਾਨੂੰ ਦੇਤਾ, ਮਤਲਬ ਮਿਸ਼ਨ ਦੇਤਾ, ਇੱਕ ਆਈਲੈਂਡ ਦੇਤਾ ਤੁਹਾਨੂੰ, ਹਾਂ ਹਾਂਜੀ ਆਈਲੈਂਡ ਦੇਤਾ, ਹੁਣ ਤੁਸੀਂ ਤੁਸੀਂ ਗੁਲਾਮ ਤਾਂ ਅਮਰੀਕਾ ਦੇ ਬਣ ਗਏ ਨਾ। ਨਹੀਂ 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 ਨਹੀਂ, ਮਤਲਬ ਮੈਂ ਉਹ ਨਹੀਂ ਗੱਲ ਕਰਦਾ, ਮੈਂ ਕਹਿੰਦਾ ਵੀ ਤੁਹਾਨੂੰ UN ਉਹਨੇ ਕਹਿ ਦਿੱਤਾ ਵੀ ਦੇਖੋ ਅਮਰੀਕਾ, ਅਮਰੀਕਾ ਵਾਲਿਆਂ ਨੇ ਤੁਹਾਨੂੰ ਇਹ ਆਈਲੈਂਡ ਦੇਤਾ, ਇਹ ਤੇਰਾ ਆਪਣਾ ਦੇਸ਼ ਆ ਹੁਣ, ਵੀ ਜਿੱਦਾਂ ਦੇ ਤੈਨੂੰ ਲੋਕ, ਤੂੰ ਤੇਰੀ ਆਈਡੀਓਲੋਜੀ ਨਾ ਜਿਹੜੀ ਤੂੰ ਜਿੱਦਾਂ ਦੇ ਲੋਕ ਚਾਹੁੰਦਾ ਤੂੰ ਕਰਤਾ ਧਰਤਾ ਆ ਇੱਥੇ, ਤੂੰ ਹੀ ਜੱਜ ਆ, ਜਿਹਨੂੰ ਮਰਜ਼ੀ ਜੱਜ ਬਣਾ ਦੇ, ਜਿੱਦਾਂ ਦੀ ਮਰਜ਼ੀ ਸਰਕਾਰ ਬਣਾ ਦੇ, ਤੇਰਾ ਹੁਕਮ ਚੱਲਣਾ ਬਸ। ਹਾਂਜੀ ਹੁਣ ਤੂੰ ਉੱਥੇ ਲਿਆ ਕੇ ਬੰਦੇ ਵਸਾਉਣ ਲੱਗਾ, ਓਬਵੀਅਸ ਆ ਵੀ ਤੂੰ ਸੋਚੇਗਾ ਵੀ ਸਕੂਲ ਖੋਲ੍ਹਣੇ, ਟੀਚਰ ਚਾਹੀਦੇ ਆ, ਹਾਂਜੀ ਡਾਕਟਰ ਚਾਹੀਦੇ ਆ, ਠੀਕ ਮਕੈਨਿਕ ਹੋਣ, ਇੱਦਾਂ ਦੇ ਲੋਕ ਹੋਣ, ਕੀ ਇੱਦਾਂ ਹੋਊਗਾ ਵੀ ਤੂੰ ਜ਼ਿਆਦਾ ਉਹ ਲੋਕ ਲੈ ਆਵੇਂ ਜਿਹਨਾਂ ਨੂੰ ਜੇਲ੍ਹ 'ਚ ਪਰਸਿੱਟਣਾ ਪਵੇ ਤੈਨੂੰ ਬਾਅਦ ਵਿੱਚ? ਨਹੀਂ ਉਹ ਨਹੀਂ ਨਾ ਜਿੱਦਾਂ, ਹਾਂਜੀ ਫਿਰ ਜੇ ਉਹ ਬਣਾਉਣੇ ਵਾਲਾ ਹੀ ਆਪ ਆ, ਉਹਨੇ ਜ਼ਿਆਦਾ ਉਹ ਕਾਹਤੇ ਬਣਾ ਦਿੱਤੇ ਜਿਹਨਾਂ ਨੂੰ ਜਾ ਕੇ ਸਜ਼ਾ ਦੇਣੀ ਆ? ਇਹ ਸਵਾਲ ਹੋਊਗਾ ਸਾਡੇ ਤੇ ਕਿ ਨਹੀਂ? ਹਾਂਜੀ ਜੇ ਅਸੀਂ ਇਹ ਮੰਨਾਂਗੇ ਵੀ ਏਕ ਓਂਕਾਰ ਦੇ ਅਰਥ ਇਹ ਆ ਸਾਡੇ ਵਾਲਾ ਵਾਹਿਗੁਰੂ ਜਿਹੜਾ, ਜੇ ਅਸੀਂ ਕਹਿੰਦੇ ਹਾਂ ਯੂਨੀਵਰਸ ਤਾਂ ਸਾਰਿਆਂ ਦਾ ਇੱਕ ਆ, ਫਿਰ ਵੱਖਰੇ ਵੱਖਰੇ ਕਿਉਂ ਆ? ਹੈਗਾ ਸਾਰੀ, ਹੈਗਾ ਸਾਰੀ ਸ੍ਰਿਸ਼ਟੀ ਦਾ ਉਹ ਅਸੀਂ ਕਹਿੰਦੇ ਹਾਂ, ਪਰ ਸਮਝ ਸਾਨੂੰ ਆਈ ਆ, ਅਸੀਂ ਉਹਨੂੰ ਫੋਲੋ ਕਰਦੇ, ਬਾਕੀ ਦੁਨੀਆ ਫੋਲੋ ਹੀ ਨਹੀਂ ਕਰਦੀ। ਹਾਂਜੀ ਤੇ ਸਾਨੂੰ ਕਿਸੇ ਨੇ ਇਹ ਕਹਿ ਦਿੱਤਾ ਵੀ ਇੱਕ ਦਿਨ ਆਉਣਾ ਜਦੋਂ ਸਾਰੀ ਧਰਤੀ ਤੇ ਤੁਹਾਡਾ ਰਾਜ ਹੋਣਾ, ਸਾਰੇ ਲੋਕ ਇਹੀ ਬਸਨੇ ਬਸ। ਹਾਂਜੀ ਇਹ ਲੋਕ ਮੁਸਲਮਾਨ ਸਾਹਿਬ ਤੋਂ 2000 ਸਾਲ ਪਹਿਲਾਂ ਦੇ ਕਹਿਣ ਲੱਗੇ ਹੋਊਗਾ ਰਾਈਟ, ਜੇ ਅਸੀਂ ਉਹ ਮੰਨਣੇ ਜੇ। ਅੱਛਾ ਜੇ ਅਸੀਂ ਹੁਣ ਇੱਕ ਨੂੰ ਕੁਦਰਤ ਜਿਹੜਾ ਨਿਯਮ ਆ ਕੁਦਰਤ ਦਾ ਉਹਦੇ ਨਾਲ ਜੋੜਦੇ ਹਾਂ ਵੀ ਸਾਰਾ ਕੁਛ ਉਹਦੇ ਅੰਡਰ ਆ ਰਾਈਟ, ਉਹ ਤੋਂ ਬਾਹਰ ਕੁਛ ਨਹੀਂ ਹੈਗਾ। ਹਾਂਜੀ ਫਿਰ ਗੁਰਬਾਣੀ ਨੂੰ ਸਮਝਣਾ ਕਿੰਨਾ ਔਖਾ ਹੈ। ਪਰ ਜਿਹੜਾ ਮੈਨੂੰ ਸਮੀ ਥੋੜੀ ਕੰਫਿਊਜ਼ਨ ਹੈ, ਜਿੱਦਾਂ ਮੈਨੂੰ ਤਾਂ ਲੱਗਦਾ ਕਿ ਜਿਹੜੇ ਮੋਸਟ ਸਿੱਖ ਹੈਗੇ ਆ ਜਾਂ ਜੋ ਵੀ ਇੰਟਰਪ੍ਰੀਟੇਸ਼ਨ ਹੈਗੀ ਹੈ ਇੱਕ ਓਂਕਾਰ ਦੀ, ਇਹ ਨਹੀਂ ਹੈਗੀ ਕਿ ਇੱਕ ਸੁਪਰੀਮ ਪਾਵਰ ਹੈਗੀ ਹੈ ਜਿਹੜੀ ਕੰਟਰੋਲ ਕਰਦੀ ਹੈ ਸਾਰੀ ਕੁਦਰਤ ਨੂੰ, ਉਸ ਯੂਨੀਵਰਸ ਨੂੰ ਜਾਂ ਜੋ ਵੀ ਤੁਸੀਂ ਕਹਿ ਲਓ। ਨਹੀਂ ਨਹੀਂ ਉਹ 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 ਅਰਥ ਕਰਦੇ ਆ, ਅਸੀਂ ਮੈਂ ਕਹਿੰਦਾ ਵੀ ਉਹ ਜੇ ਉਹ ਅਰਥ ਕਰਾਂਗੇ ਤਾਂ ਬਹੁਤ ਸਾਰੀਆਂ ਪ੍ਰੋਬਲਮ ਆਉਣੀਆਂ ਸਾਨੂੰ। ਹਾਂਜੀ ਫਿਰ ਫਿਰ ਗੁਰਬਾਣੀ ਦੇ ਬਹੁਤ ਸਾਰੇ ਸ਼ਫੇ, ਅਸੀਂ ਜਦੋਂ ਸਰਬੱਤ ਦਾ ਭਲਾ ਜਦੋਂ ਯੂਨੀਵਰਸ ਦੀ ਗੱਲ ਕਰਨੀ ਕਰੇ ਨਹੀਂ ਸਕਣੀ ਅਸੀਂ, ਜਿਹੜੇ ਸਾਡੇ ਜੋ ਅਸੀਂ ਜੀਦੇ ਹਾਂ ਜਿਹੜੀ ਸਾਡੀ ਪ੍ਰੈਕਟੀਕਲ ਲਾਈਫ ਆ ਉਹ ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਪਹਿਲਾਂ ਫਰਕ ਆ ਸਾਡਾ, ਕਿਉਂਕਿ ਗੁਰਬਾਣੀ ਦੇ ਵਿੱਚ ਇੱਦਾਂ ਦੀਆਂ ਪੰਕਤੀਆਂ ਵੀ ਆਉਂਦੀਆਂ ਵੀ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮਨਾਏ। ਅੱਛਾ ਗੁਰਬਾਣੀ ਦੇ ਵਿੱਚ ਇੱਦਾਂ ਦੀਆਂ ਪੰਕਤੀਆਂ ਵੀ, ਗੁਰੂ ਸਾਹਿਬ ਨੇ ਇੱਦਾਂ ਦੇ ਸਵਾਲ ਵੀ ਦੂਜੇ ਧਰਮਾਂ ਦੇ ਉੱਤੇ ਖੜੇ ਕੀਤੇ ਆ ਵੀ ਜਦੋਂ ਜੰਮਦਾ ਆ ਬੱਚਾ ਉਹਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਹਾਂਜੀ
ਠੀਕ ਹੈ, ਜੇ ਮੁਸਲਮਾਨ ਸੁਨਤ ਕਰਦੇ ਆ, ਜੇ ਕੋਈ ਜਨੇਊ ਦੀ ਗੱਲ ਕਰਦਾ ਆ, ਉਹਨੂੰ ਤਾਂ ਸਵਾਲ ਉਠਾਏ ਆ ਵੀ ਠੱਪੇ ਤਾਂ ਤੁਸੀਂ ਲਾਏ ਆ ਇਹ, ਹਾਂਜੀ, ਪਰ ਦਾਵਾ ਜਿੱਦਾਂ ਦਾ ਦਾਵਾ ਅਸੀਂ ਜਿੱਦਾਂ ਦਾ ਕਲੇਮ ਅਸੀਂ ਕਰਦੇ ਓਂਕਾਰ ਦੇ ਬਾਰੇ, ਉੱਦਾਂ ਦਾ ਈਸਾਈ ਵੀ ਕਰਦੇ ਆ, ਉਹ ਵੀ ਤਾਂ ਇੱਕ ਨੂੰ ਮੰਨਦੇ ਆ ਨਾ, ਇੱਕੋ ਹੀ ਆ ਉਹਨਾਂ ਦਾ ਵੀ, ਹਾਂਜੀ, ਮੁਸਲਮਾਨਾਂ ਦਾ ਵੀ ਇੱਕੋ ਹੀ, ਹਾਂਜੀ, ਨਹੀਂ ਬਿਲਕੁਲ ਇਹੀ ਤੁਸੀਂ ਜੋ ਕਹਿ ਰਹੇ ਹੋ ਉਹਦਾ ਹੀ ਮੈਂ ਪਹਿਲੇ ਕਿਹਾ ਨਾ ਕਿ ਜਿੱਦਾਂ ਹੁਣ ਸਿੱਖਿਜ਼ਮ ਜਿਹੜਾ ਹੈਗਾ ਆ ਉਹਦਾ ਮੈਨੂੰ ਕੋਈ ਫਰਕ ਨਹੀਂ ਲੱਗਿਆ ਮੁਸਲਮਾਨਾਂ ਤੋਂ ਜਾਂ ਕ੍ਰਿਸਚਨ ਤੋਂ, ਕਿਉਂਕਿ ਮੈਂ ਕ੍ਰਿਸਚਨ ਸਕੂਲ ਵੀ ਆਇਆ ਤੇ ਮੈਂ ਬਾਈਬਲ ਵੀ ਪੜ੍ਹੀ ਆ, ਰਾਈਟ, ਹਰ ਬੰਦੇ ਦਾ ਆਪਣਾ ਕੈਂਪ ਆ ਤੇ ਉਹਦੇ ਵਿੱਚ ਉੱਥੇ ਨਾਰੇ ਲਾਉਂਦੇ ਆ, ਰਾਈਟ, ਜਿੱਦਾਂ ਹੋ ਗਿਆ ਕਿ ਸਾਡਾ ਵਧੀਆ ਹੈਗਾ ਜੋ ਵੀ, ਤੇ ਮੈਂ ਕਿਹਾ ਫਿਰ ਸਿੱਖੀ ਚ ਕੀ ਫਰਕ ਆ ਜੇ ਅਸੀਂ ਕੇਸ ਰੱਖ ਲਏ, ਮਤਲਬ ਉਸ ਟਾਈਮ ਵਿੱਚ ਜਦ ਲੋੜ ਸੀਗੀ ਠੀਕ ਆ, ਰਾਈਟ, ਮਲੇਸ਼ੀਆ ਬਣ ਗਿਆ ਜੋ ਵੀ ਆ, ਬਟ ਅਗਰ ਉਹਨੂੰ ਅਸੀਂ ਇੰਨੀ ਇੰਪੋਰਟੈਂਸ ਦੇ ਰਹੇ ਹਾਂ ਜਿਹੜਾ ਆਊਟਸਾਈਡ ਤੁਹਾਡੀ ਐਕਸਪੀਰੀਅੰਸ ਆ, ਉਹਨੂੰ ਅਸੀਂ ਜ਼ਿਆਦਾ ਇੰਪੋਰਟੈਂਸ ਦੇ ਰਹੇ ਹਾਂ, ਪਰ ਜਿਹੜਾ ਐਕਚੁਅਲ ਤੁਹਾਡੀ ਸਕ੍ਰਿਪਚਰ ਜਿਹੜੇ ਤੁਹਾਨੂੰ ਕਹਿ ਦੇ ਤੁਹਾਡੀ ਗੁਰੂ ਗ੍ਰੰਥ ਸਾਹਿਬ ਆ ਉਹਨੂੰ ਪੜ੍ਹ ਕੇ ਜਿਹੜਾ ਤੁਸੀਂ ਅਮਲ ਨਹੀਂ ਕਰ ਰਹੇ, ਪਰ ਤੁਸੀਂ ਦਾੜੀਆਂ ਰੱਖ ਲਈਆਂ, ਪੱਗਾਂ ਬੰਨ ਲਈਆਂ, ਉਹ ਤੁਹਾਨੂੰ ਜ਼ਿਆਦਾ ਇੰਪੋਰਟੈਂਟ ਲੱਗਦਾ ਆ, ਉਹਦੇ ਵਿੱਚ ਮੈਨੂੰ ਉਹ ਬਿਲਕੁਲ ਉਹਦੇ 'ਚ ਤਾਂ ਕੋਈ ਕਨਫਿਊਜ਼ਨ ਹੀ ਨਹੀਂ ਨਾ ਹੈਗੀ, ਉਹ ਤਾਂ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਉਹ ਤਾਂ ਹੋਇਆ ਕਿਉਂਕਿ ਕਿਸੇ ਨੇ ਪਹਿਲਾਂ ਸਟਰਕਚਰ ਖੜਾ ਕੀਤਾ, ਉਹ ਤੋਂ ਬਾਅਦ ਵਿੱਚ ਜਿਹੜਾ ਸਟਰਕਚਰ ਸੀ ਨਾ ਸਾਡਾ ਉਹਦੇ ਅਕੋਰਡਿੰਗ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰ ਲਏ, ਰਾਈਟ, ਹਾਂਜੀ, ਹੁਣ ਮੈਨੂੰ ਸਮਝ ਲੱਗੀ ਤੁਸੀਂ ਮਤਲਬ ਤੁਹਾਡਾ ਕੀ ਹੈ, ਚਾਹੀਦਾ ਦੱਸ ਰਹੇ ਸੀ ਕਿ ਚਾਹੀਦਾ ਇਹ ਸੀ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਫਿਰ ਗੁਰੂ ਸਾਹਿਬ ਦੇ ਜੀਵਨ ਨੂੰ ਦੇਖਦੇ ਵੀ ਉਹ ਜਿੰਨਾ ਚਿਰ ਗੁਰੂ ਸਾਹਿਬ ਰਹੇ ਆ, ਜਿਹੜੇ ਵੀ ਧਰਮ ਦਾ ਬੰਦਾ ਕੋਈ ਆਪਣੇ ਫਿਜ਼ਿਕ ਦੇ ਨਾਲ ਸਰੀਰ ਦੇ ਨਾਲ ਕੁਛ ਕਰਦਾ ਨਾ, ਹਾਂਜੀ, ਜਿਹਨੂੰ ਰਿਚੁਅਲ ਕਹਿੰਦੇ ਆ, ਉਹਨੂੰ ਕੰਡੈਮ ਕਰਦੇ ਆ, ਬਿਲਕੁਲ ਠੀਕ ਆ, ਜੇ ਜੇ ਕੁਛ ਕੋਮਨ ਮਿਲਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿੱਥੇ ਕਿਹਾ ਵੀ ਸਾਰੇ ਧਰਮਾਂ ਲਈ ਆ, ਸਾਰੇ ਕੁਦਰਤ ਦੇ ਸਾਰੇ ਇੱਕੋ ਜਿਹਾ ਬੰਦੇ ਆ, ਅਤੇ ਉਸ ਹਿਊਮਨ ਸਾਈਕੀ ਦੇ ਸੰਬੰਧ ਵਿੱਚ ਆ ਬਸ, ਹਾਂਜੀ, ਹੁਣ ਜਦੋਂ ਉਹ ਕਿਸੇ ਹੋਰ ਨੂੰ ਕਹਿੰਦੇ ਆ ਵੀ ਜੇ ਹੁਣ ਇਹ ਸਵਾਲ ਆਉਂਦਾ ਵੀ ਅੱਲਾ ਏਕ ਮਸੀਤ ਵਸਤਾ ਹੈ ਅਵਰ ਮੁਲਕ ਕਿਸ ਕੀਰਾ, ਵੀ ਭਾਈ ਤੂੰ ਕਹਿੰਦਾ ਅੱਲਾ ਸਾਰੀ ਸਾਰਿਆਂ ਨੂੰ ਬਣਾਉਣੇ ਵਾਲਾ ਆ, ਮਹਾਨ ਆ, ਪਰ ਤੂੰ ਕਹਿੰਦਾ ਵਸਦਾ ਮਸੀਤ ਵਿੱਚ ਆ, ਫਿਰ ਬਾਕੀ ਸੰਸਾਰ ਕਿੱਦਾਂ ਚੱਲਦਾ, ਇੱਦਾਂ ਹੀ ਰਾਮ ਦੇ ਉੱਤੇ ਆ, ਸ਼ਿਵ ਜੀ ਦੇ ਉੱਤੇ, ਸਾਰਿਆਂ 'ਤੇ ਸਵਾਲ ਉਠਾਏ ਗੁਰੂ ਸਾਹਿਬ ਨੇ, ਤਾਂ ਫਿਰ ਉਹ ਇਹ ਕਿੱਦਾਂ ਕਹਿ ਸਕਦੇ ਵੀ ਨਹੀਂ ਅੱਲਾ ਨਹੀਂ ਹੈਗਾ, ਰਾਮ ਨਹੀਂ ਹੈਗਾ, ਵਾਹਿਗੁਰੂ ਹੈਗਾ, ਇੱਦਾਂ ਸੈਂਸ ਨਹੀਂ ਨਾ ਬਣਦੀ, ਜੇ ਜੇ ਪਹਿਲਾਂ ਗੁਰਬਾਣੀ ਨੂੰ ਸਮਝਦੇ ਫਿਰ ਗੁਰੂ ਸਾਹਿਬ ਦੇ ਜੀਵਨ ਨੂੰ ਦੇਖਦੇ ਵੀ ਉੱਥੇ ਕਰਮ ਕਾਂਡ ਦੀ ਤਾਂ ਗੱਲ ਹੀ ਨਹੀਂ ਹੈਗੀ, ਹਾਂਜੀ, ਉੱਥੇ ਜੋਗੀ ਨੂੰ ਵੀ ਕਿਹਾ ਗਿਆ ਆ ਵੀ ਭਾਈ ਇੱਦਾਂ ਇੱਦਾਂ ਰੱਬ ਖੁਸ਼ ਨਹੀਂ ਹੋਣਾ ਜੇ ਤੂੰ ਕਹਿੰਦਾ ਮੈਂ ਮੁੰਦਰਾਂ ਪਾ ਲਈਆਂ, ਮੈਂ ਉਹ ਚਾਹੁੰਦਾ ਸੀ ਮੈਂ ਇੱਦਾਂ ਵੀ ਭੂਤ ਲਾ ਲਵਾਂ ਸਰੀਰ 'ਤੇ ਸਵਾਹ ਮਿਲਾਂ, ਜੇ ਉਹ ਚਾਹੁੰਦਾ ਵੀ ਮੈਂ ਖਿੰਥਾ ਪਾਵਾਂ, ਇਹ ਗੱਲ ਨਹੀਂ ਹੈਗੀ, ਜੇ ਬ੍ਰਾਹਮਣ ਨੂੰ ਕਹਿੰਦੇ ਆ ਵੀ ਭਾਈ ਤੂੰ ਮੈਨੂੰ ਕਹੀ ਜਾਣਾ ਜਨੇਊ ਪਾ ਜਨੇਊ ਪਾ, ਜਨੇਊ ਤਾਂ ਜਦੋਂ ਸਿਵਿਆਂ 'ਚ ਜਾਣਾ ਅੱਗ ਲੱਗਣੀ ਤਾਂ ਜਲ ਜਾਣਾ, ਹਾਂਜੀ, ਮੈਨੂੰ ਉਹ ਜਨੇਊ ਦੇ ਜਿਹੜਾ ਨਾ ਜਲੇ ਨਾ ਟੁੱਟੇ ਨਾ ਅੱਗ ਲੱਗੇ, ਤਾਂ ਫਿਰ ਗਾਤਰੇ ਬਾਰੇ ਕੀ ਸਵਾਲ ਆ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਪੜ੍ਹਦੇ ਫਿਰ ਜਿਹੜੇ ਸਰੀਰ ਦੇ ਰਿਚੁਅਲ ਕਰਨ ਲੱਗੇ ਉਹ ਨਹੀਂ ਸੀ ਕਰ ਹੋਣੇ ਸਾਤੋਂ, ਹਾਂਜੀ, ਪਰ ਅਸੀਂ ਸਾਡੇ ਨਾਲ ਕੀ ਹੋਇਆ, ਸਾਡੇ ਨਾਲ ਕਰਨੇ ਵਾਲੇ ਨੇ ਪਹਿਲਾਂ ਜਿੱਦਾਂ ਇੱਕ
ਮੁਸਲਮਾਨ ਇੱਕ ਖਾਸ ਤਰ੍ਹਾਂ ਦਾ ਪਹਿਰਾਵਾ, ਇੱਕ ਖਾਸ ਤਰ੍ਹਾਂ ਦੀ ਬਿਲਡਿੰਗ, ਇੱਕ ਖਾਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਹੈਗੀ ਆ ਕੁਰਾਨ, ਖਾਸ ਤਰ੍ਹਾਂ ਦੇ ਉਹਨਾਂ ਦੀ ਉਹਨਾਂ ਦੇ ਜਿਹੜੇ ਆ ਜਿਹਨੂੰ ਰਹਿ ਆਪਣੀ ਮਰਿਆਦਾ ਕਹਿੰਦੇ ਅਸੀਂ, ਉਹਨਾਂ ਦੇ ਪ੍ਰੋਟੋਕੋਲ ਆ, ਕੋਡ ਆਫ ਕੰਡਕਟ ਆ, ਹੈ ਨਾ ਵੀ ਇੱਕ ਖਾਸ ਤਰ੍ਹਾਂ ਦਾ ਉਹਨਾਂ ਦਾ ਪਹਿਰਾਵੇ ਦਾ ਰੰਗ ਆ, ਇੱਕ ਫਲੈਗ ਆ ਉਹਨਾਂ ਦਾ, ਸਵੇਰੇ ਕਿੱਦਾਂ ਕਰਨਾ, ਸ਼ਾਮ ਨੂੰ ਕਿੱਦਾਂ ਕਰਨਾ, ਕੀ ਖਾਣਾ ਕੀ ਨਹੀਂ ਖਾਣਾ, ਕਿੱਦਾਂ ਵਿਆਹ ਹੋਣਾ, ਉੱਦਾਂ ਦਾ ਪਹਿਲਾਂ ਸਿੱਖਾਂ ਦਾ ਇੱਕ ਬਣਾ ਲਿਆ ਵੀ ਉਹਨਾਂ ਨਾਲੋਂ ਵੱਖਰਾ, ਹਿੰਦੂਆਂ ਨਾਲੋਂ ਵੱਖਰਾ, ਵੀ ਉਹ ਵਿਆਹ ਇੱਦਾਂ ਕਰਦੇ ਆ, ਹਿੰਦੂ ਇੱਦਾਂ ਕਰਦੇ ਆ, ਅਸੀਂ ਇੱਦਾਂ ਕਰਾਂਗੇ, ਉਹ ਮਰਨ ਵੇਲੇ ਆਹ ਕਰਦੇ ਆ, ਹਿੰਦੂ ਆਹ ਕਰਦੇ, ਅਸੀਂ ਇੱਦਾਂ ਕਰਾਂਗੇ, ਬੱਚਾ ਜੰਮਣ ਵੇਲੇ ਉਹ ਇੱਦਾਂ ਕਰਦੇ ਆ, ਇਹ ਇੱਦਾਂ ਕਰਦੇ, ਅਸੀਂ ਵੱਖਰਾ ਕਰਾਂਗੇ। ਧਰਮ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਦੇ ਸੁੰਨਤ ਹੁੰਦੀ ਆ, ਇਹਨਾਂ ਦੇ ਜਨੇਊ ਪੈਂਦਾ, ਅਸੀਂ ਕਿਰਪਾਨ ਪਾਵਾਂਗੇ, ਉਹਨਾਂ ਦਾ ਰੰਗ ਹਰਾ ਆ, ਇਹਨਾਂ ਦਾ ਭਗਵਾ ਆ, ਅਸੀਂ ਕੇਸਰੀ ਰੱਖਾਂ, ਨੀਲਾ ਰੱਖਾਂਗੇ। ਪਹਿਲਾਂ ਹਾਂ, ਪਹਿਲਾਂ ਪ੍ਰੋਟੋਕੋਲ ਬਣਾ ਕੇ ਸਾਰਾ ਕਰ ਲਿਆ ਗਿਆ ਆ, ਉਹ ਤੋਂ ਬਾਅਦ ਜਿੱਦਾਂ ਉਹ ਕਹਿੰਦੇ ਸੀ ਇੱਦਾਂ ਹੀ ਇੱਕ ਓਂਕਾਰ ਕਹਿ ਕੇ ਇੱਕ ਸੰਕਲਪ, ਇੱਕ ਫਲੋਸਫੀ ਅਸੀਂ ਸਾਡਿਆਂ ਨੇ ਦੇ ਦਿੱਤੀ ਆ ਵੀ ਸਾਡੇ ਵਾਲਾ ਕਹਿੰਦਾ ਆ। ਫਿਰ ਕੀ ਹੋਇਆ, ਕਿਉਂਕਿ ਉਹ ਜਿੱਦਾਂ ਦੇ ਕੰਮ ਕਰਦੇ ਸੀ ਉਹਦੇ ਅਕੋਰਡਿੰਗ ਹੀ ਗੁਰਬਾਣੀ ਦੇ ਅਰਥ ਕੀਤੇ ਗਏ ਆ। ਰਾਈਟ, ਜਦੋਂ ਇਹਦਾ ਸੋਲੂਸ਼ਨ ਕੀ ਹੈ, ਉਹ ਜਿੱਦਾਂ ਹੁਣ ਮੈਂ ਤੁਹਾਡੇ ਸ਼ੋਅ ਨਾ ਕਾਫੀ ਵਾਰ ਸੁਣਿਆ ਨਾ, ਤੇ ਮੈਨੂੰ ਸਮਝ ਲੱਗਦੀ ਤੁਹਾਡੀ ਜਿਹੜੀ ਸੋਚ ਹੈਗੀ ਆ ਬਿਲਕੁਲ ਮੈਨੂੰ ਸਹੀ ਲੱਗਦੀ ਹੈ। ਦੈਟਸ ਵਾਈ ਮੈਂ ਜਿੱਦਾਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਹਾਡੀ ਵਜ੍ਹਾ ਤੋਂ ਮੈਂ ਵਾਪਸ ਥੋੜਾ ਬਹੁਤ ਵਾਪਸ ਆਇਆ ਜਿੱਦਾਂ ਨਾ ਆਪਣੇ ਸਿੱਖਿਜ਼ਮ ਦੇ ਅੰਦਰ, ਤੇ ਇੱਕ ਹੋਰ ਜਿੱਦਾਂ ਦੇਖ ਕੇ ਜਿੱਦਾਂ ਤੁਸੀਂ ਸਮਝਾ ਰਹੇ ਹੋ ਉਸ ਹਿਸਾਬ ਨਾਲ ਜੇ ਮੈਂ ਦੇਖਦਾ ਤੇ ਮੈਨੂੰ ਬਹੁਤ ਸਹੀ ਲੱਗਦਾ। ਰਾਈਟ, ਜਿੱਦਾਂ ਸਿਖਾਇਆ ਗਿਆ ਉਹ ਮੈਨੂੰ ਸਹੀ ਨਹੀਂ ਬਿਲਕੁਲ ਲੱਗਦਾ ਸੀਗਾ ਉਹ, ਤਾਂ ਉਹ ਫਿਰ ਮੈਂ ਤੁਹਾਨੂੰ ਉਹੀ ਮੇਰਾ ਕੁਸ਼ਚਨ ਹੈਗਾ ਕਿ ਅੱਗੇ ਵਧਣ ਨੂੰ ਕੀ ਸੋਲੂਸ਼ਨ ਹੈਗਾ, ਕਿੱਥੋਂ ਸ਼ੁਰੂ ਕਰੀਏ, ਕੀ ਮਤਲਬ ਜਿੱਦਾਂ ਅਗਲੀ ਜਿਹੜੀ ਜਨਰੇਸ਼ਨ ਆ ਉਹਨੂੰ ਜਿਹੜਾ ਸੱਚ ਆ ਜਿੱਦਾਂ ਐਕਚੁਅਲ ਹੋਣਾ ਚਾਹੀਦਾ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ, ਕਿਉਂਕਿ ਉਹਨਾਂ ਨੂੰ ਸੇਮ ਪ੍ਰੋਬਲਮ ਹੋਣੀ ਮੇਰੀ ਜਿੱਦਾਂ ਕਿ ਪੰਜਾਬੀ ਉਹਨਾਂ ਦੀ ਫਸਟ ਲੈਂਗੁਏਜ ਨਹੀਂ ਹੋਵੇ, ਜਿੱਥੇ ਰਹਿੰਦੇ ਉੱਥੇ ਉਹ ਵਾਲੀ ਲੈਂਗੁਏਜ ਫਸਟ ਆ, ਪੰਜਾਬੀ ਘਰ ਬੋਲਦੇ ਤਾਂ ਸਿੱਖ ਤੁਹਾਨੂੰ ਪਤਾ ਲੱਗਦੀ ਆ ਉਹਨਾਂ ਕੀ ਪਤਾ ਹੈ, ਤੇ ਅੱਗੇ ਫਿਰ ਕਿੱਦਾਂ ਉਹਦਾ ਨਿਚੋੜ ਕੱਢਣਗੇ ਕਿ ਗੁਰਮੁਖੀ ਜਿੱਦਾਂ ਗੁਰੂ ਗ੍ਰੰਥ ਸਾਹਿਬ ਲਿਖੀ ਗਈ ਆ ਉਹ ਕਿੱਦਾਂ ਹੁਣ ਪਤਾ ਲੱਗੂਗਾ ਕਿ ਐਕਚੁਅਲ ਮੀਨਿੰਗ ਕੀ ਹੈਗਾ ਆ। ਜਿਹੜਾ ਜਿੱਦਾਂ ਤੁਸੀਂ ਅਮਰੀਕਾ ਵਿੱਚ ਆ ਨਾ, ਹਾਂਜੀ, KFC ਤੁਹਾਡੇ ਹੈਗਾ ਨਾ ਕੰਟੱਕੀ, ਹੈਲੋ, ਹਾਂਜੀ ਹਾਂਜੀ, ਕੰਟੱਕੀ ਫਰਾਈਡ ਚਿਕਨ ਹੈਗਾ ਨਾ ਤੁਹਾਡੇ ਕੰਟੱਕੀ, ਹਾਂਜੀ, ਸਟੇਟ ਹੈਗੀ ਆ, ਨਹੀਂ ਸਟੇਟ ਨਹੀਂ, KFC ਰੈਸਟੋਰੈਂਟ, KFC, ਅੱਛਾ, ਹਾਂਜੀ ਹਾਂਜੀ, KFC, ਹਾਂਜੀ ਹੈਗਾ ਰੈਸਟੋਰੈਂਟ, ਫੋਨ ਬਸ ਕੰਨ ਨੂੰ ਲਾ ਕੇ ਗੱਲ ਕਰੋ, ਸਿੱਧੀ ਫੋਨ ਤੇ ਕਰ ਰਿਹਾ, ਵਿੱਚ ਇੱਕੋ ਜਿਹੀ ਆ ਰਹੀ ਹੈ, ਮੈਂ ਵਟਸਐਪ ਦੇ ਥਰੂ ਕਰ ਰਿਹਾ ਨਾ, ਫਿਰ ਵੀ ਨਹੀਂ ਇੱਕੋ ਨਹੀਂ ਆਉਣੀ ਚਾਹੀਦੀ, ਇਦਾਂ ਕਿਉਂ, ਸਪੀਕਰ ਫੋਨ ਚੱਲਦਾ ਕੁਛ ਹੋ ਰਿਹਾ, ਮੈਂ ਵਟਸਐਪ ਦੂਜੇ ਦਾ ਬੰਦ ਕਰਤਾ ਹੈ ਯੂਟਿਊਬ, ਅੱਛਾ ਨਹੀਂ ਹੁਣੀ ਨੋਰਮਲ ਜਾਣੀ ਜੈਨ ਇੱਦਾਂ ਵੈਸੇ ਨੋਰਮਲ ਗੱਲ ਜਿੱਦਾਂ ਫੋਨ 'ਤੇ ਤੁਸੀਂ ਗੱਲ ਕਰਦੇ ਹੁੰਦੇ ਇੱਦਾਂ ਹੀ ਗੱਲ ਹੋਣੀ ਚਾਹੀਦੀ, ਜੇ ਕੁਛ ਹੋਰ ਹੋ ਰਿਹਾ ਤਾਂ ਇਹਦਾ ਮਤਲਬ ਕੋਈ ਗੜਬੜੀ ਆ ਤੁਹਾਡੇ ਉੱਧਰੋਂ। ਹਾਂਜੀ ਹੁਣ ਬੋਲੋ, ਮੈਂ ਵਟਸਐਪ ਤਾਂ ਫਿਰ ਵੀ ਇੱਕੋ ਆਉਂਦੀ ਹੈ, ਮੇਰਾ ਫੋਨ ਹੀ ਹੈ ਸ਼ਾਇਦ, ਚਲੋ ਕਿਵੇਂ ਕਰਕੇ ਦੇਖਾਂ, ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ, ਹੁਣ ਤੁਹਾਡੇ KFC ਆ ਨਾ,
ਹਾਂਜੀ KFC ਆ, ਜਦੋਂ ਉਹ ਸਵਾਦ ਬਹੁਤ ਆ ਖਾਣ ਨੂੰ, ਹਾਂਜੀ ਮੰਨ ਲਓ ਸਾਰੇ ਖਾਂਦੇ ਆ, ਹਾਂਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਖਾਣ ਦੇ ਨਾਲ ਫੈਟ ਬਹੁਤ ਹੁੰਦੀ ਆ, ਫੈਟ ਹੁੰਦੀ ਆ ਹਾਂਜੀ, ਅਤੇ ਕੋਲੈਸਟ੍ਰੋਲ ਬਹੁਤ ਜ਼ਿਆਦਾ ਆ, ਹਾਂਜੀ ਪਰ ਉਹ ਖੁੱਲ੍ਹਿਓ ਥਾਂ ਥਾਂ 'ਤੇ ਆ, ਹਰੇਕ ਸ਼ਹਿਰ ਦੇ ਵਿੱਚ 10-10 ਰੈਸਟੋਰੈਂਟ ਆ ਉਹਨਾਂ ਦੇ, ਹੈ ਨਾ, ਹਾਂਜੀ ਕਿਉਂਕਿ ਸਵਾਦ ਜ਼ਿਆਦਾ ਸੀ, ਵਿਕਦਾ ਜ਼ਿਆਦਾ ਸੀ, ਉਹਦੀ ਕਾਪੀ ਕਰਕੇ ਬਹੁਤ ਸਾਰੇ ਟੇਕਵੇ ਖੁੱਲ੍ਹ ਗਏ, ਲੰਚ ਬਾਰ ਖੁੱਲ੍ਹ ਗਏ, ਹਾਂਜੀ ਉਹ ਵੀ ਇੱਦਾਂ ਚਿਕਨ ਨੂੰ ਫਰਾਈ ਕਰ ਕਰਕੇ ਇੱਦਾਂ ਕ੍ਰਮ ਲਾ ਕੇ ਅਤੇ ਵੇਚ ਰਹੇ, ਲੋਕ ਖਾਂਦੇ ਆ ਰੱਜ ਕੇ। ਹੁਣ ਤੁਹਾਨੂੰ ਪਤਾ ਲੱਗਿਆ, ਡਾਕਟਰ ਨੇ ਕਿਹਾ ਵੀ ਇਹਦੇ ਨਾਲ ਕੋਲੈਸਟ੍ਰੋਲ ਵੱਧਦੀ ਆ, ਫੈਟ ਵੱਧਦੀ ਆ ਤੁਹਾਡੀ, ਜਿਹਦਾ ਪਤਾ ਤੁਹਾਨੂੰ 10 ਸਾਲ ਬਾਅਦ ਲੱਗਣਾ। ਹਾਂਜੀ ਅਤੇ ਤੁਸੀਂ ਉਹਨੂੰ ਕਹਿੰਦੇ ਵੀ ਹੁਣ ਮੈਂ ਕੀ ਕਰਾਂ, ਉਹ ਕਹਿੰਦਾ ਵੀ ਤੁਸੀਂ ਸਲਾਦ ਵਧਾ, ਆਪਣਾ ਸੈਲਡ ਵਧਾ, ਸੈਲਡ ਖਾਓ, ਹਾਂਜੀ ਜੇ ਪ੍ਰੋਟੀਨ ਲੈਣੀ ਆ ਤੂੰ ਜਾ ਕੇ ਫਰੈਸ਼ ਬ੍ਰੈਸਟ ਲੈ ਕੇ ਆ, ਚਿਕਨ ਲਿਆ ਫਰੈਸ਼ ਉਹਨੂੰ ਕੁੱਕ ਕਰ ਲਾ, ਆਂਡੇ ਖਾ ਲਾ, ਆਪ ਓਵਨ ਵਿੱਚ ਕੁੱਕ ਕਰ, ਏਅਰ ਫਰਾਇਰ ਦੇ ਵਿੱਚ ਕੁੱਕ ਕਰ, ਇਹਨੂੰ ਨਾ ਖਾ ਤੂੰ। ਹੁਣ ਤੁਹਾਨੂੰ ਸਮਝ ਆ ਗਈ ਉਸ ਗੱਲ ਦੀ, ਹੁਣ ਤੁਸੀਂ ਦੱਸੋ ਹੁਣ ਕੀ ਕਰਨਾ ਹੈ। ਹੁਣ ਫਿਰ ਮੈਂ ਆਪਣਾ ਜਿਹੜਾ ਖਾਣ ਦਾ ਹਿਸਾਬ ਬਦਲੂੰਗਾ, ਜਿਹੜੇ ਰੈਸਟੋਰੈਂਟ ਆ ਪਹਿਲਾਂ ਚੱਲਦੇ ਉਹ ਬੰਦ ਕਰਵਾਉਣੇ ਕਿ ਨਹੀਂ? ਨਹੀਂ ਬੰਦ ਤਾਂ ਨਹੀਂ ਹੋਣਗੇ, ਬਹੁਤ ਲੋਕ ਆ ਜਿਹੜੇ ਫਿਰ ਵੀ ਖਾਣਗੇ। ਹਾਂ ਜਿਹੜੇ ਉੱਥੇ ਲੋਕ ਜਾਂਦੇ ਉਹਨਾਂ ਨੂੰ ਉਠਾਉਣਾ ਖੜਨਾ ਡੰਡਾ ਲੈ ਕੇ ਮੋਰੇ? ਨਹੀਂ ਨਹੀਂ ਨਾ, ਉਹਨਾਂ ਦੀ ਮਰਜ਼ੀ ਆ। ਬਸ ਹੁਣ ਬਸ ਇੱਦਾਂ ਹੀ ਆਇਆ, ਸਾਨੂੰ ਸਮਝ ਆ ਗਈ, ਅਸੀਂ ਛੱਡ ਦਈਏ ਉਹਨੂੰ, ਦਫਾ ਕਰੀਏ ਕੀ ਅਸੀਂ। ਹਾਂਜੀ ਠੀਕ ਆ, ਅਸੀਂ ਹੁਣ ਜੇ ਅਸੀਂ ਦੇਖੋ ਜੇ ਅਸੀਂ ਇਹ ਚਾਹੁੰਦੇ ਹਾਂ ਵੀ ਨਹੀਂ ਇੱਦਾਂ ਨਹੀਂ, ਜਿੰਨੇ KFC ਦੇ ਰੈਸਟੋਰੈਂਟ ਆ ਨਾ ਉਹਦੇ ਬਰਾਬਰ ਹਰੇਕ ਥਾਂ ਦੇ ਉੱਤੇ ਮੈਂ ਫੈਟ ਫਰੀ ਜਿਹੜਾ ਰੈਸਟੋਰੈਂਟ ਆ ਉਹ ਖੋਲ੍ਹਣਾ ਬਰਾਬਰ ਉਹਦੇ। ਹਾਂਜੀ ਬਿਲਕੁਲ। ਫਿਰ ਇਹ ਆ ਵੀ ਸਾਨੂੰ 15-20 ਬਿਲੀਅਨ ਡਾਲਰ ਚਾਹੀਦਾ, ਠੀਕ ਹੈ, ਸਰਕਾਰ ਨਾਲ ਗੱਲ ਕਰੀਏ, ਵੱਡੇ ਪੱਧਰ 'ਤੇ ਇੰਡਸਟਰੀ ਖੜ੍ਹੀ ਕਰਨੀ ਪੈਣੀ ਆ, ਉਹ ਬਹੁਤ ਵੱਡਾ ਕੰਮ। ਜੇ ਤਾਂ ਇੰਨੀ ਹਿੰਮਤ ਹੈਗੀ ਆ ਫਿਰ ਅਸੀਂ ਇਹ ਸੋਚੀਏ, ਨਹੀਂ ਤਾਂ ਠੀਕ ਹੈ ਸਾਨੂੰ ਸਮਝ ਆ ਗਈ, ਆਪ ਨਾਲ ਫਾਈਬਰ ਬਰਾਬਰ ਲੈਣਾ ਸ਼ੁਰੂ ਕਰ ਦਿਓ, ਸੈਲਡ ਜ਼ਿਆਦਾ ਖਾਓ, ਠੀਕ ਆ, ਫਰੈਸ਼ ਲਿਆ ਕੇ ਜੋ ਪ੍ਰੋਟੀਨ ਦਾ ਸੋਰਸ ਆ, ਠੀਕ ਆ, ਜੇ ਲੱਗਦਾ ਨਹੀਂ ਮੈਂ ਵੈਜ ਨੋਨ ਵੈਜ ਖਾਣਾ ਹੀ ਨਹੀਂ ਹੈਗਾ, ਪਨੀਰ ਆ ਬਹੁਤ ਕੁਛ ਆ ਉਹ ਖਾ ਲਓ, ਠੀਕ ਹੈ ਨਾ। ਬਸ ਇਹੀ ਆ, ਇੱਥੇ ਅਸੀਂ ਉਹਨਾਂ ਨੂੰ ਨਾ ਉਹਨਾਂ ਨੂੰ ਸਾਰਿਆਂ ਨੂੰ ਰੋਕ ਸਕਦੇ ਹਾਂ ਨਾ ਉੱਥੇ ਜਾ ਕੇ। ਹੁਣ KFC ਨੂੰ ਕਿੱਦਾਂ ਕਹਿ ਦਿਆਂਗੇ ਵੀ ਸਲਾਦ ਵਰਤਾਉਣਾ ਸ਼ੁਰੂ ਕਰ ਤੂੰ? ਨਹੀਂ ਕਨਵਰਜਨ ਦਾ ਮਤਲਬ ਹੀ ਨਹੀਂ ਹੋਇਆ ਨਾ, ਉਹਦੀ ਤਾਂ ਰੈਸਪੀ ਮੈਂ ਗੱਲ ਕਰਦਾ ਕਿ ਜਿੱਦਾਂ ਹੁਣ ਮੈਂ ਆਪਣੇ ਲਈ ਕੀ ਕਰ ਸਕਦਾ ਹਾਂ ਕਿ ਨਹੀਂ, ਬਸ ਕੋਈ ਰਿਸੋਰਸ ਹੋਵੇ, ਕੁਛ ਨਹੀਂ, ਰਿਸੋਰਸ ਬਣੇ। ਸੱਚਾਈ ਸੱਚਾਈ ਇਹ ਆ ਵੀ ਤੁਹਾਨੂੰ ਉਹ ਗੱਡੀ ਚਲਾ ਲੈਂਦੇ ਆ, ਹਾਂਜੀ ਕਿੰਨਾ ਚਿਰ ਹੋ ਗਿਆ ਚਲਾਉਂਦਿਆਂ ਨੂੰ? ਛੋਟੇ ਹੁੰਦੇ ਚਲਾ ਰਹੇ ਹਾਂ, 14-15 ਸਾਲ ਦੇ। 15 ਸਾਲ ਤੇ? ਹਾਂਜੀ। ਲਾਇਸੈਂਸ ਕਦੋਂ ਲਿਆ ਸੀ? 18 ਤੇ। ਕਿੰਨੇ ਸਾਲ ਹੋ ਗਏ ਲਈ ਨੂੰ? ਹੋ ਗਏ ਹੁਣੇ 20 ਸਾਲ। ਤੇ ਕੋਡ ਆਫ ਜਿਹੜਾ ਤੁਹਾਡਾ ਇਹਦਾ ਹੈਗਾ, ਇਹਦਾ ਟਰਾਂਸਪੋਰਟ ਦੇ ਕੋਡਸ ਆ ਕੋਈ ਤੁਹਾਡੇ ਇੱਥੇ ਜੋ ਲਾਇਸੈਂਸ ਲੈਣ ਲਈ ਕੋਡ ਬੁੱਕ ਆ ਤੁਹਾਡੀ? ਹਾਂਜੀ। ਉਹ ਕਿੰਨੀ ਵਾਰ ਪੜ੍ਹੀ ਆ?
ਟੈਸਟ ਤੋਂ ਪਹਿਲੇ ਥੋੜ੍ਹੀ ਵਾਰ ਪੜ੍ਹ ਲਈ, ਟੈਸਟ ਪਾਸ ਹੋ ਜਾਵੇ ਨਹੀਂ ਨਹੀਂ 20 ਸਾਲਾਂ 'ਚ ਕਿੰਨੀ ਵਾਰ ਪੜ੍ਹੀ ਹੈ ਉਸ ਟਾਈਮ ਜਾਂ ਹੁਣ? ਮਤਲਬ ਬਾਅਦ ਵਿੱਚ ਤੁਸੀਂ ਕਹਿ ਰਹੇ ਹੋ ਕਿ ਉਹਦੇ ਬਾਅਦ ਕਿੰਨੀ ਵਾਰ ਪੜ੍ਹੀ? ਬਾਅਦ ਵਿੱਚ ਕਦੀ ਵੀ ਨਹੀਂ। ਮਤਲਬ ਫਿਰ ਤੁਹਾਨੂੰ ਚੇਤਾ ਵੀ ਸੱਜੇ ਪਾਸੇ ਗੱਡੀ ਚਲਾਉਣੀ ਹੈ? ਹਾਂਜੀ ਹਾਂਜੀ, ਮੈਂ ਸਮਝ ਲੱਗ ਗਿਆ ਮਤਲਬ ਤੁਹਾਡਾ। ਤੁਸੀਂ ਰੋਜ਼ ਰੋਜ਼ ਉੱਠ ਕੇ ਗੱਡੀ ਸਟਾਰਟ ਕਰ ਲੈਂਦੇ ਉਦਾਂ ਹੀ? ਹਾਂਜੀ ਚੇਤਾ ਆਇਆ? ਹਾਂਜੀ ਚੇਤਾ ਆਇਆ ਇੱਦਾਂ? ਹਾਂਜੀ ਚੇਤਾ ਹੈ ਉਹ, ਪਰ ਸਟਾਰਟਿੰਗ ਦੀ ਪ੍ਰੋਬਲਮ ਹੈ ਨਾ, ਗੱਲ ਉੱਥੇ ਆ ਜਾਂਦੀ ਸਟਾਰਟਿੰਗ ਦੀ ਪ੍ਰੋਬਲਮ, ਕਿ ਜਿਹੜੇ ਬੇਸਿਕ ਪੰਜਾਬੀ ਦੇ ਵਰਡਿੰਗ ਹੈ ਜੇ ਕਨਵਰਜ਼ਨ ਹੁੰਦੇ, ਮਤਲਬ ਇਹ ਹੋ ਗਿਆ ਪੰਜਾਬੀ ਪਹਿਲੇ ਸਿੱਖੋ ਫੇਰ। ਕੋਈ ਕੋਈ ਇਸ ਐਂਗਲ ਤੋਂ ਤਾਂ ਕੋਈ ਲੋੜ ਹੀ ਨਹੀਂ ਹੈਗੀ ਨਾ, ਜੇ ਅਸੀਂ ਇੱਦਾਂ ਕਹੀਏ ਵੀ ਇੱਦਾਂ ਮੈਨੂੰ ਜ਼ਿੰਦਗੀ ਜੀਣ ਲਈ। ਦੇਖੋ ਤੁਸੀਂ ਗੱਡੀ ਚਲਾਉਂਦਿਆਂ ਨੇ ਹਾਈਪਰ ਨਹੀਂ ਹੋਣਾ, ਨੋਰਮਲ ਆ ਨਾ ਇਹ ਗੱਲ। ਵਿਆਹ ਹੋਇਆ ਤੁਹਾਡਾ? ਹਾਂਜੀ ਵਿਆਹ ਹਾਂਜੀ ਹੋਇਆ। ਤੁਹਾਡੀ ਵਾਈਫ ਇੱਕੋ ਹੀ ਆ ਨਾ? ਹਾਂਜੀ। ਜਿਹੜੀਆਂ ਬਾਕੀ ਕੁੜੀਆਂ ਘੁੰਮਦੀਆਂ ਉਹਨਾਂ ਨੂੰ ਕਦੇ ਕੋਸ਼ਿਸ਼ ਕੀਤੀ ਪਈ ਵੀ ਮੇਰੀ ਵਾਈਫ ਬਣੇ, ਇਹ ਵੀ ਵਾਈਫ ਬਣੇ, ਇਹ ਵੀ ਵਾਈਫ ਬਣੇ, ਮੇਰੀ ਵਿਆਹ ਕਰਾਵਾਂ ਮੈਂ? ਨਹੀਂ। ਨੋਰਮਲ ਆ ਨਾ, ਸਮਝਿਆ ਇਸ ਗੱਲ ਦੀ? ਹਾਂਜੀ। ਕਦੇ ਕਦੇ ਇੱਦਾਂ ਵੀ ਹੋਇਆ ਵੀ ਬਾਜ਼ਾਰ ਜਾ ਕੇ ਕਿਸੇ ਹੋਰ ਦੀ ਗੱਡੀ ਚਾਬੀ ਲਾਤੀ ਹੋਵੇ ਵੀ ਇਹ ਗੱਡੀ ਮੇਰੀ ਹੈ, ਇੱਦਾਂ ਹੋਇਆ ਕਦੇ? ਨਹੀਂ। ਗੱਡੀ ਕੰਮ ਤੋਂ ਆ ਕੇ ਬਾਜ਼ਾਰੋਂ ਆ ਕੇ ਗੱਡੀ ਕਿਸੇ ਹੋਰ ਦੀ ਗਰਾਜ 'ਚ ਜਾ ਕੇ ਖੜੀ ਕਰਤੀ ਹੋਵੇ ਵੀ ਮੈਂ ਘਰ ਆ ਗਿਆ ਆਪਣੇ? ਨਹੀਂ। ਬਿੱਲ ਦੇਣ ਗਏ, ਕੁਛ ਪੇਮੈਂਟ ਕਰਨ ਲੱਗੇ, ਕਿਸੇ ਹੋਰ ਦੀ ਪੇਮੈਂਟ ਕਰੇ ਆਏ ਹੋਣ? ਨਹੀਂ। ਕਿਸੇ ਹੋਰ ਦੇ ਬੈਂਕ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਤੇ ਹੋਣ? ਨਹੀਂ। ਕੌਫੀ ਸ਼ੌਪ 'ਤੇ ਗਿਆ ਨੇ, ਕਿਸੇ ਹੋਰ ਦੀ ਪੇਮੈਂਟ ਕਰ ਦਿੱਤੀ ਹੋਵੇ ਨਾਲ? ਨਹੀਂ। ਨੋਰਮਲ ਆ ਨਾ? ਹਾਂਜੀ। ਬਸ ਜਿਹੜਾ ਜਿਹੜਾ ਨਾ ਸਾਡੀ ਜ਼ਿੰਦਗੀ ਜੀਣ ਲਈ ਸਾਨੂੰ ਸਲੀਕਾ ਬੇਸਿਕ ਚਾਹੀਦਾ, ਉਹ ਗੁਰੂ ਗ੍ਰੰਥ ਸਾਹਿਬ ਸਿਖਾ ਰਹੇ ਆ। ਹਾਂਜੀ। ਤੇ ਉਹ ਜੇ ਹੈਗਾ ਆ ਤੇ ਬਸ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਵਜੋਂ ਪੜ੍ਹ ਲਓ, ਮੈਂ ਗਰੰਟੀ 100% ਮੈਂ ਗਰੰਟੀ ਦਿੰਦਾ ਤੁਹਾਨੂੰ ਬਿਨਾਂ ਕਿਸੇ ਸਟੀਕ ਦੇ ਆਪਣੇ ਆਪੇ ਸਮਝ ਆਉਣ ਲੱਗ ਪੈਣੀ। ਹਾਂਜੀ ਠੀਕ ਹੈ। ਸਿਰਫ ਪੰਜਾਬੀ, ਸਿਰਫ ਪੰਜਾਬੀ ਲਈ, ਸਿਰਫ ਪੰਜਾਬੀ, ਪੰਜਾਬੀ ਪੜ੍ਹਨੀ ਆਉਂਦੀ ਹੋਵੇ ਠੀਕ ਹੈ, ਨਹੀਂ ਤਾਂ ਪਤਾ ਨਹੀਂ ਵੀਰੇ ਇੱਦਾਂ ਸ਼ਾਇਦ ਜਾਣੀ ਕੌੜਾ ਵੀ ਲੱਗੇ। ਪਰ ਗੱਲ ਇਹ ਆ ਵੀ ਜਿੰਨੀ ਕੁ ਜ਼ਿੰਦਗੀ ਅਸੀਂ ਜੀਣੀ ਆ ਨਾ, ਉਹ ਜੀਣ ਦੀ ਸਮਝ ਜਿਹੜੀ ਆ ਕੁਦਰਤ ਨੇ ਹਰੇਕ ਜੀਵ ਨੂੰ ਦਿੱਤੀ ਆ। ਬਿਲਕੁਲ। ਮੈਂ ਕੱਲ੍ਹ ਗਿਆਨੀ ਜੀ ਨਾਲ ਗੱਲ ਕਰਦਾ ਸੀ, ਸਾਡੇ ਪੱਪੀ ਆ 2 ਸਾਲ ਦਾ ਡੌਗ ਆ ਠੀਕ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਇਹ ਇਹਨਾਂ ਐਕਸ਼ਨਾਂ ਦੇ ਨਾਲ ਖੁਸ਼ ਹੁੰਦੇ ਆ। ਸਾਡੇ ਹਰੇਕ ਤਰ੍ਹਾਂ ਦੇ ਕੱਪੜੇ ਦੀ ਮਤਲਬ ਧੋ ਕੇ ਵੀ ਪਾ ਲਈਏ ਅਸੀਂ, ਉਹਨੂੰ ਫਿਰ ਵੀ ਇੱਕ ਵਾਰੀ ਉਹਨੂੰ ਸਨਿਫ ਕਰਨਾ, ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਕੰਮ 'ਤੇ ਚੱਲਾ ਹੈ। ਮੇਰੇ ਕੰਮ 'ਤੇ ਜਾਣ ਲੱਗਿਆਂ ਕਦੇ ਹਾਈਪਰ ਨਹੀਂ ਹੋਣਾ ਉਹਨੇ, ਰਿਲੈਕਸ, ਉਹਨੂੰ ਪਤਾ ਹੈ ਵੀ ਹੁਣ ਤਾਂ ਜਾਣਾ ਇਨ ਕੰਮ 'ਤੇ ਬਸ। ਹਾਂਜੀ। ਕੰਮ ਤੋਂ ਬਿਨਾਂ ਮੈਂ ਕੱਪੜੇ ਬਦਲਵਾਂ ਕਿਤੇ ਜਾਣ ਲਈ? ਸ਼ਾਮ ਨੂੰ ਵਾਕ ਤੇ ਜਾਣ ਲਈ ਕੱਪੜੇ ਪਾ ਲਏ, ਫਿਰ ਐਕਸਾਈਟਡ, ਫਿਰ ਉਹਨੂੰ ਪਤਾ ਵੀ ਹੁਣ ਘੁੰਮਣ ਚੱਲੇ ਹਾਂ, ਹੁਣ ਜਾਣੀ ਉੱਦਾਂ ਕਿਤੇ ਜਾਣ ਲਈ ਤਿਆਰ ਹੋਣ ਲੱਗੀਏ। ਫਿਰ ਹੁਣ ਬੈਡਰੂਮ ਦੇ ਵਿੱਚ ਵੀ ਛਾਲ ਮਾਰ ਕੇ ਨਾਲ
ਕੱਪੜੇ ਬਦਲਦੇ ਹਾਂ ਅਤੇ ਬਹੁਤ ਜਾਣੀ ਜੰਪ ਕਰ ਕਰਕੇ ਬੁਰਾ ਹਾਲ ਕੇ ਜਾਣੀ ਉਹ ਜਿੱਦਾਂ ਕਹਿ ਰਹੀ ਹੁੰਦੀ ਵੀ ਆਪਾਂ ਇਕੱਠਿਆਂ ਨੇ ਜਾਣਾ ਹੁਣ ਇੰਨੀ ਸਮਝ ਉਹਨੂੰ ਵੀ ਆ ਅਤੇ ਹਿਊਮਨ ਬੀਇੰਗ ਨੂੰ ਇਹ ਥੋੜ੍ਹੀ ਵੀ ਪਤਾ ਨਹੀਂ ਹੈਗਾ ਇਹਨਾਂ ਗੱਲਾਂ ਦਾ ਤੁਸੀਂ ਪਛਾੜਤਾ ਦਊਗੇ ਤੁਸੀਂ ਤੁਸੀਂ ਆਪਣੇ ਬਿਜ਼ਨਸ ਵਿੱਚ ਆ ਆਪਣੇ ਰਾਈਵਲ ਆ ਤੁਹਾਡਾ ਤੁਸੀਂ ਤੁਸੀਂ ਕੰਪੀਟ ਕਰਕੇ ਅੱਗੇ ਲੰਘ ਜਾਓਗੇ ਪਰ ਜੇ ਮੋਰਲਟੀ ਨਾ ਰੱਖੀ ਤੁਸੀਂ ਅਪਸੈਟ ਦੁਖੀ ਵੀ ਹੋਊਗੇ ਤੁਸੀਂ ਤੁਹਾਡਾ ਚੈਨ ਖੋ ਜਾਣਾ ਤੁਹਾਡਾ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਬਾਰ ਬਾਰ ਚੀਜ਼ ਸਾਹਮਣੇ ਆਉਣੀ ਆ ਵੀ ਨਹੀਂ ਯਾਰ ਇੱਦਾਂ ਕਰਨਾ ਨਹੀਂ ਸੀ ਚਾਹੀਦਾ ਮੈਨੂੰ ਹਾਂਜੀ ਉਹ ਹੋਵੇ ਜਾਂ ਨਾ ਹੋਵੇ ਜੇ ਕਿਸੇ ਨੂੰ ਬਿਲਕੁਲ ਇਹ ਕਹਿ ਰਹੇ ਹੋ ਕਿ ਅਗਰ ਜਿਹੜਾ ਹਿਊਮਨ ਬੀਇੰਗ ਹੈਗਾ ਉਹਦੇ ਵਿੱਚ ਜਿਹੜਾ ਬਿਲਟ ਇਨ ਮੋਰਲਸ ਜਾਂ ਜੇ ਹਾਂ ਵਿਦਾਊਟ ਅਗਰ ਉਹਨਾਂ ਨੇ ਪੜ੍ਹਿਆ ਹੋਏ ਗੁਰੂ ਗ੍ਰੰਥ ਸਾਹਿਬ ਜਾਂ ਕੋਈ ਹੋਰ ਹੋਲੀ ਬੁੱਕ ਪੜ੍ਹੀ ਹੋਏ ਨਾ ਮੋਰਲਸ ਕਿਤੇ ਨਾ ਕਿਤੇ ਹੁੰਦੇ ਆ ਬੰਦੇ ਦੇ ਅੰਦਰ ਨਹੀਂ ਉਹ ਕੁਦਰਤ ਤੋਂ ਤੁਸੀਂ ਵੈਸੇ ਵੀ ਦੇਖੋ ਤੁਸੀਂ ਬਚਪਨ 'ਚ ਰਹੇ ਆ ਹੁਣ ਤੁਹਾਡੇ ਬੱਚਾ ਵੀ ਹੋਊਗਾ ਮੰਨ ਲਓ ਤੁਸੀਂ ਜੋਬ ਕਰਦੇ ਆ ਜੇ ਤੁਹਾਡਾ ਸੀਨੀਅਰ ਜਿਹੜਾ ਨਾ ਕਿਸੇ ਕੰਮ ਦੇ ਉੱਤੇ ਜੇ ਤੁਸੀਂ ਮਿਸਟੇਕ ਕਰਦੇ ਆ ਜੇ ਉਹ ਪ੍ਰੋਪਰ ਤਰੀਕੇ ਨਾਲ ਤੁਹਾਡੇ ਨਾਲ ਡੀਲ ਕਰਦਾ ਤੇ ਹਰ ਵਾਰ ਤੁਹਾਡੇ ਅੰਦਰ ਆਊਗਾ ਵੀ ਨਹੀਂ ਮੈਂ ਅੱਗੇ ਤੋਂ ਵਧੀਆ ਕਰਾਂ ਜੇ ਉਹ ਪਹਿਲੀ ਗਲਤੀ ਤੇ ਸਾਰੀਆਂ ਲਿਮਿਟ ਕ੍ਰੋਸ ਕਰਕੇ ਤੁਹਾਨੂੰ ਐਂਬੈਰਸ ਕਰ ਗਿਆ ਸਾਰਿਆਂ ਦੇ ਸਾਹਮਣੇ ਤੇ ਉਦੋਂ ਨੈਕਸਟ ਟਾਈਮ ਉਹਨੂੰ ਉਹ ਤੋਂ ਵੱਧ ਕੁਛ ਕਰਨਾ ਪੈਣਾ ਤਾਂ ਤੁਹਾਡੇ ਦਿਮਾਗ 'ਤੇ ਅਸਰ ਹੋਣਾ ਹਾਂਜੀ ਨਹੀਂ ਤਾਂ ਬ੍ਰੇਨ ਨੇ ਕਹਿਣਾ ਕੋਈ ਗੱਲ ਨਹੀਂ ਇੰਨਾ ਤਾਂ ਆਮ ਆ ਇਹਦਾ ਕੰਮ ਹੀ ਆ ਇੱਦਾਂ ਤਾਂ ਹਾਂਜੀ ਵੀ ਜੇ ਤੋਂ ਵੱਧ ਕੁਛ ਕਹੂਗਾ ਫਿਰ ਸੀਰੀਅਸ ਸੋਚ ਲਵਾਂਗੇ ਕੋਈ ਜਿੰਨਾ ਜਿੰਨਾ ਇੱਕ ਵਾਰੀ ਕਰ ਦਿੱਤਾ ਜਾਂਦਾ ਆ ਉਹ ਮਿਨੀਮਮ ਸਟੈਂਡਰਡ ਮੰਨ ਲਿਆ ਜਾਂਦਾ ਹਾਂਜੀ ਤੇ ਇੱਦਾਂ ਕੌਨਸ਼ੀਅਸ ਆ ਸਾਡੀ ਜ਼ਮੀਰ ਆ ਠੀਕ ਹੈ ਜੇ ਜੇ ਮੰਨ ਲਓ ਕਿਸੇ ਤੁਸੀਂ ਗਰੀਡ ਕਰਦੇ ਆ ਕਿਸੇ ਨੂੰ ਚੀਟ ਕਰਦੇ ਆ ਹੈ ਨਾ ਤੇ ਜਿੰਨਾ ਕਰ ਲੈਂਦੇ ਤੁਸੀਂ ਉਹ ਸਟੈਂਡਰਡ ਬਣ ਜਾਂਦਾ ਜੇ ਤੁਸੀਂ ਉਹਨੂੰ ਵਧਾਉ ਉਹ ਬਾਹਰ ਆ ਨਾ ਉਹਦੀ ਜੇ ਉਹਨੂੰ ਚੱਕਦੇ ਜਾਂਦੇ ਲਿਮਿਟ ਉਹਦੀ ਵਧਾਉਂਦੇ ਜਾਂਦੇ ਆ ਇੱਕ ਵਾਰੀ ਬਿਲਕੁਲ ਇਮਿਊਨ ਸਿਸਟਮ ਵਾਂਗ ਡੈਡ ਹੋ ਜਾਂਦੇ ਤੁਸੀਂ ਪਤਾ ਹੀ ਨਹੀਂ ਲੱਗਦਾ ਫਿਰ ਇਹੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਇੰਪੋਰਟੈਂਟ ਸਮਝਾਈ ਆ ਸਾਨੂੰ ਵੀ ਤੇਰਾ ਤੇਰਾ ਜੇ ਹੰਕਾਰ ਕਰੇਗਾ ਜੇ ਈਗੋ ਆਊਗੀ ਤੇਰੀ ਸੈਲਫ ਰਿਸਪੈਕਟ ਵੀ ਗੁਆਚ ਜਾਣੀ ਆ ਅਤੇ ਜਿਹੜੀ ਦੂਜਿਆਂ ਕੋਲ ਤੇਰੀ ਰਿਸਪੈਕਟ ਆ ਉਹ ਵੀ ਗੁਆਚ ਜਾਣੀ ਠੀਕ ਆ ਨਿਮਰ ਜੇ ਤੁਸੀਂ ਹੰਬਲ ਰਹੋਗੇ ਤਾਂ ਬਹੁਤ ਸਾਰੀਆਂ ਪੋਸੀਬਿਲਟੀਜ਼ ਦੇਖ ਕੇ ਚੱਲੂਗੇ ਜੇ ਹੁਣ ਇੱਕ ਵਾਰ ਤੁਹਾਡੀ ਵਾਈਫ ਲੇਟ ਹੋ ਗਈ ਕੰਮ ਤੋਂ ਤੁਸੀਂ ਹੰਬਲ ਓਪੀਨੀਅਨ ਰੱਖਦੇ ਆ ਤੁਸੀਂ ਬਹੁਤ ਸਾਰੀਆਂ ਪੋਸੀਬਿਲਟੀਜ਼ ਦੇਖ ਲਈਆਂ ਵੀ ਹੋ ਸਕਦਾ ਗੱਡੀ ਪੰਚਰ ਹੋ ਗਈ ਹੋਵੇ ਹੋ ਸਕਦਾ ਟ੍ਰੈਫਿਕ ਜ਼ਿਆਦਾ ਹੀ ਹੋਵੇ ਹੋ ਸਕਦਾ ਪੁਲਿਸ ਨੇ ਨਾਕਾ ਲਾਇਆ ਹੋਵੇ ਹੋ ਸਕਦਾ ਕਿਸੇ ਸਹੇਲੀ ਨੂੰ ਛੱਡਣ 'ਚ ਚੱਲ ਗਈ ਹੋਵੇ
ਹੋ ਸਕਦਾ ਕੰਮ ਤੋਂ ਲੇਟ ਹੋ ਗਈ ਹੋਵੇ, ਹੋ ਸਕਦਾ ਜੈਨੂਅਲੀ ਐਕਸੀਡੈਂਟ ਹੋ ਗਿਆ ਹੋਵੇ, ਇਹ ਵੀ ਹੋ ਸਕਦਾ ਵੀ ਜ਼ਿਆਦਾ ਵੱਡਾ ਐਕਸੀਡੈਂਟ ਹੋਇਆ ਆ, ਹੋਸਪਿਟਲ ਚਲ ਗਈ। ਹੁਣ ਇੱਦਾਂ ਜਦੋਂ ਦੇਖੋਗੇ ਤੁਸੀਂ 10 ਮਿੰਟ ਵੇਟ ਕਰੋਗੇ, ਹੌਲੀ 10 ਮਿੰਟ ਬਾਅਦ ਕੰਮ 'ਤੇ ਫੋਨ ਕਰਕੇ ਦੇਖੋਗੇ, ਉਹ ਕਹਿੰਦੇ ਵੀ ਨਹੀਂ ਇੱਥੋਂ ਨਿਕਲ ਗਏ ਟਾਈਮ ਨਾਲ, ਉਹਦੀ ਸਹੇਲੀ ਨੂੰ ਫੋਨ ਕਰੋਗੇ, ਉਹ ਕਹੂਗੀ ਨਹੀਂ ਨਹੀਂ ਮੈਨੂੰ ਤਾਂ ਪਤਾ ਨਹੀਂ ਉਹ ਆ ਰਹੀ ਆ, 15-20 ਮਿੰਟ ਅੱਧੇ ਘੰਟੇ ਬਾਅਦ ਉਹ ਆ ਜਾਊਗੀ, ਆ ਕੇ ਨੋਰਮਲ ਬਿਹੇਵੀਅਰ ਹੋਊਗਾ ਤੁਹਾਡਾ। ਹਾਂਜੀ, ਜੇ ਤੁਸੀਂ ਹਾਈਪਰ ਹੋਏ, ਪੋਸੀਬਿਲਟੀਜ਼ ਨਾ ਦੇਖੀਆਂ, ਫਿਰ ਬ੍ਰੇਨ ਦੀ ਜਿਹੜੀ ਜੋਬ ਆ ਉਹ ਵਰਸਟ ਕੇਸ ਸਿਨੈਰੀਓ ਚੱਕ ਲੈਂਦਾ। ਹਾਂਜੀ, ਸਟ੍ਰੈਸ ਦੇ ਨਾਲ, ਰਾਈਟ, ਠੀਕ ਆ। ਹਾਂਜੀ, ਬਸ ਇਹ ਇਹ ਬੇਸਿਕ ਗੱਲ ਗੁਰਬਾਣੀ ਨੇ ਕਹੀ ਆ ਵੀ ਹੰਕਾਰ ਨਾ ਕਰ। ਰਾਈਟ, ਜੇ 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 ਹੰਬਲ ਰਹੇਗਾ ਤੇ ਬਹੁਤ ਬਿਲਕੁਲ ਸ਼ਾਂਤ ਰਹੇਗਾ, ਜਿੱਦਾਂ ਸਮੁੰਦਰ ਦਾ ਪਾਣੀ ਹੁੰਦਾ ਸ਼ਾਂਤ, ਬੱਟਾ ਜੇ ਪਾਣੀ ਬਿਲਕੁਲ ਲੈਵਲ ਤੇ ਹੋਵੇ, ਉਹਦੇ 'ਚ ਤੁਸੀਂ 5 ਮਿਲੀਗ੍ਰਾਮ ਦਾ ਕੋਈ ਬੱਟਾ ਵੀ ਇੱਦਾਂ ਪੱਥਰ ਕੋਈ ਚੀਜ਼ ਸਿੱਟ ਦਵੋ, ਉਹ ਤੋਂ ਵੀ ਤੁਹਾਨੂੰ ਪਤਾ ਲੱਗ ਜਾਣਾ ਵੀ ਕੁਛ ਡਿੱਗਿਆ ਇਹਦੇ ਵਿੱਚ। ਜੇ ਜੇ ਪਹਿਲਾਂ ਹੀ ਛੱਲਾਂ ਆ ਰਹੀਆਂ ਵੱਡੀਆਂ ਵੱਡੀਆਂ, ਠੀਕ ਹੈ। ਹੁਣ ਗਰੀਡ ਆ, ਤੁਸੀਂ ਉਹ ਉਹ ਕਰੋਗੇ, ਤੁਸੀਂ ਐਂਗਰੀ ਹੋਵੋਗੇ ਲੋਡ ਤੋਂ ਬਿਨਾਂ, ਅੰਬੈਰਸ ਹੋਵੋਗੇ ਥਾਂ ਥਾਂ 'ਤੇ, ਤੁਹਾਡਾ ਪਾਰਟਨਰ ਆ, ਤੁਹਾਡਾ ਸੀਨੀਅਰ ਆ, ਬਿਨਾਂ ਲੋਡ ਤੋਂ ਗੁੱਸੇ ਹੋਈ ਜਾਵੇ, ਤੁਹਾਨੂੰ ਤੁਹਾਡੇ ਕੋਲ ਰਿਸਪੈਕਟ ਰਹਿੰਦੀ ਆ ਉਹਦੀ, ਅਸੀਂ ਕਹਿੰਦੇ ਤੂੰ ਉੱਚੀ ਕਿਉਂ ਬੋਲਦਾ, ਹਾਂਜੀ ਰਾਈਟ, ਫਿਰ ਸਾਨੂੰ ਵੀ ਅਗਲਾ ਉਹਦੇ ਨਾਲ ਰਿਸ਼ਤਾ ਰੱਖਣਾ ਚਾਹੋਗੇ। ਜਿਹੜਾ ਜਿਹੜਾ ਕੁਲੀਗ ਤੁਹਾਡੇ ਨਾਲ ਬਹੁਤ ਗੁੱਸੇ ਹੋ ਕੇ ਬੋਲਦਾ, ਜੇ ਲੰਚ ਟਾਈਮ ਕਹੇ ਵੀ 15 ਮਿੰਟ ਵਿਹਲੇ ਆ ਜਾ ਯਾਰ ਕੌਫੀ ਪੀਣ ਚੱਲੀਏ, ਜਾਓਗੇ ਤੁਸੀਂ ਉਹਦੇ ਨਾਲ? ਨਹੀਂ। ਫਿਰ ਜੇ ਤੁਸੀਂ ਇੱਦਾਂ ਕਰੋਗੇ ਤੁਹਾਡਾ ਕੋਈ ਦੋਸਤ ਬਣੂਗਾ, ਤੁਹਾਡੀ ਵਾਈਫ ਨਹੀਂ ਬਹਿਣਾ ਚਾਹੂਗੀ ਤੁਹਾਡੇ ਨਾਲ, ਬੱਚੀ ਵੱਡੀ ਹੋਈ ਆ ਉਹਨੂੰ ਕਿਹੜਾ ਦਫਾ ਕਰੋ, ਇਹਨੂੰ ਖਿਜਾਇਆ ਰਹਿੰਦਾ ਹਰ ਵੇਲੇ, ਇਕੱਲੇ ਹੋ ਜਾਓਗੇ ਤੁਸੀਂ, ਲੋਨਲੀ ਫੀਲ ਕਰੋਗੇ, ਫਰਸਟ੍ਰੇਟ ਹੋਊਗੇ। ਹੁਣ ਜੇ ਤੁਹਾਡੀ ਵਾਈਫ ਕੌਫੀ ਸ਼ੋਪ 'ਤੇ ਜਾ ਕੇ ਤੁਹਾਡੇ ਨਾਲ ਕੌਫੀ ਨਹੀਂ ਪੀਣੀ ਚਾਹੂਗੀ, ਸ਼ੱਕ ਆਊਗੀ ਦਿਮਾਗ ਦੇ ਵਿੱਚ ਕਿ ਨਹੀਂ? ਨਹੀਂ, ਔਖੇ ਹੋ ਗਏ ਤਾਂ ਫਿਰ ਨਹੀਂ ਜਾਊਗੀ। ਨਹੀਂ, ਉਹ ਵੀ ਸ਼ੱਕ ਵੀ ਤੁਹਾਨੂੰ ਡਾਊਟ ਵੀ ਹੋਣਾ ਨਾ ਵੀ ਚੱਕਰ ਆ ਕੋਈ, ਇਹਦਾ ਮੇਰੇ ਨਾਲ ਕਦ ਨਹੀਂ ਜਾਂਦੀ ਇਹ, ਹਾਂਜੀ ਰਾਈਟ, ਕਿੰਨੀਆਂ ਨਿਆਮਤ ਆਉਣੀਆਂ, ਮਤਲਬ ਬੇਸਿਕ ਗੱਲਾਂ ਆ ਉਹ, ਜੇ ਜੇ ਅਸੀਂ ਆਪ ਕੰਟਰੋਲ ਕਰਕੇ ਬੈਠੇ ਹਾਂ, ਜੇ ਉਹ ਨਹੀਂ ਸਿੱਖਦੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਅਸੀਂ ਸ਼ਬਦਾਂ ਦੇ ਉਹਦੇ ਰਿਚੁਅਲਸ ਦੇ ਵਿੱਚ ਜਾਂਦੇ ਹਾਂ ਤਾਂ ਕੁਛ ਮੇਲੇ ਨਹੀਂ ਖਾਣਾ ਉਹਦੇ ਨਾਲ, ਕਿਉਂ ਅਸੀਂ ਸਾਡੇ ਧਰਮ ਵਿੱਚ ਕੇਸ ਰੱਖਣੇ ਜ਼ਰੂਰੀ ਆ, ਗੁਰੂ ਗ੍ਰੰਥ ਸਾਹਿਬ 'ਚ ਕਿਤੇ ਵੀ ਨਹੀਂ ਕਿਹਾ ਆ। ਗੁਰਦੁਆਰਾ ਸਾਹਿਬ ਕਿੱਦਾਂ ਬਣਨਾ ਆ, ਮਤਲਬ ਜੇ ਇੱਕ ਨਵੇਂ ਘਰ ਦੇ ਨਵੀਂ ਬਿਲਡਿੰਗ ਦੇ ਵਿੱਚ ਗੁਰਦੁਆਰਾ ਸਾਹਿਬ ਸ਼ੁਰੂ ਕਰਨਾ, ਤੁਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਲੱਭਣਾ ਹੋਵੇ ਤੁਹਾਨੂੰ ਕਿਤਿਓਂ ਵੀ ਨਹੀਂ ਲੱਭਣਾ। ਹਾਂਜੀ, ਵੀ ਇੱਦਾਂ ਪੀੜਾ ਚਾਹੀਦਾ, ਚੰਦੋਆ ਚਾਹੀਦਾ, ਰਮਾਲਾ ਚਾਹੀਦਾ ਆ, ਇੱਦਾਂ ਪ੍ਰਕਾਸ਼ ਕਰਨਾ, ਆਹ ਗੁਰੂ ਗ੍ਰੰਥ ਸਾਹਿਬ, ਆਹ ਅਸਲੀ ਗੁਰੂ ਗ੍ਰੰਥ ਸਾਹਿਬ ਆ, ਰਾਗਮਾਲਾ ਉੱਚ ਗਲਤ, ਗੁਰੂ ਗ੍ਰੰਥ ਸਾਹਿਬ 'ਚ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗਮਾਲਾ ਪਾ ਦਿੱਤੀ ਗਈ ਹੈ, ਮਤਲਬ ਕੀਰਤਨ ਕਿਵੇਂ ਕਰਨਾ, ਗ੍ਰੰਥੀ ਕਿਵੇਂ ਹੋਣਾ, ਕਿੱਦਾਂ ਬਣਨਾ ਗ੍ਰੰਥੀ, ਕੀ ਉਹਦੀ ਲਿਆਕਤ ਆ, ਕੀ ਕਰਨਾ ਉਹਨੇ, ਕਿੰਨੇ ਵਜੇ ਉੱਠਣਾ ਸਵੇਰੇ, ਨਿਤਨੇਮ ਦੇ ਵਿੱਚ ਕੀ ਕੀ ਕਰਨਾ, ਵਿਆਹ ਕਿੱਦਾਂ ਹੋਣਾ, ਬੱਚੇ ਦੇ ਜਨਮ ਵੇਲੇ ਕੀ ਕਰਨਾ,
ਸਿਰ ਢੱਕਣਾ ਕਿਉਂ ਢੱਕਣਾ, ਰੁਮਾਲ ਨਾ ਪਰਨੇ ਨਾ ਕਿੱਡਾ ਪਰਨਾ ਚਾਹੀਦਾ, ਪੱਗ ਦੀ ਮਿਣਤੀ ਕਿੰਨੀ ਚਾਹੀਦੀ ਆ, ਗਾਤਰਾ ਚੌੜਾ ਕਿੰਨਾ ਚਾਹੀਦਾ, ਸੀਣਾ ਕਿੰਨੀਆਂ ਲੱਗਣੀਆਂ ਉਹਨੂੰ, ਕਿਰਪਾਨ ਕਿੰਨੀ ਲੰਬੀ ਚਾਹੀਦੀ, ਕਿਹੜੀ ਧਾਤ ਦੀ ਚਾਹੀਦੀ ਆ, ਕੰਘਾ ਕਿੱਡਾ ਹੋਵੇ, ਉਹਦੇ ਦੰਦੇ ਕਿੰਨੇ ਹੋਣ, ਲੱਕੜੀ ਦਾ ਹੋਵੇ ਚਾਂਦੀ ਦਾ ਹੋਵੇ, ਕਿੰਨੀ ਵਾਰ ਨਹਾਉਣਾ, ਕਿੰਨੀ ਵਾਰ ਵਾਲ ਵਾਹੁਣੇ ਆ, ਸਾਬਣ ਕਿਹੜਾ ਲਾਉਣਾ, ਮੁੱਛਾਂ ਨੂੰ ਲਾਉਣਾ ਕਿ ਨਹੀਂ ਲਾਉਣਾ, ਉੱਥੇ ਇੰਸਟੀਟਿਊਸ਼ਨ ਜਾਂ ਸਿੱਖਿਜ਼ਮ ਦੀ ਉਹਨੇ ਫਿਰ ਡਿਕਟੇਟ ਕੀਤਾ ਨਾ ਕਿ ਨਹੀਂ, ਮਤਲਬ ਹੋਣੀ ਚਾਹੀਦੀ ਹੈ, ਮਤਲਬ ਕਿ ਜੇ ਅਸੀਂ ਉਹ ਕੁਝ ਲੱਭਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਲੱਭਣਾ ਹੀ ਨਹੀਂ। ਜੇ ਹੁਣ ਤੁਸੀਂ ਉਹ ਜਿਹਨੂੰ ਇੰਸਟੀਟਿਊਸ਼ਨ ਕਹਿੰਦੇ ਆ ਤੁਸੀਂ, ਜਿਹੜੀ ਇੰਡਸਟਰੀ ਆ, ਜੇ ਇੰਡਸਟਰੀ ਦੇ ਵਿੱਚ ਤੁਸੀਂ ਫਰੈਂਚਾਈਜ਼ ਕੁਝ ਲੈਣੀ ਆ, ਫਿਰ ਤੁਸੀਂ ਇੰਡਸਟਰੀ ਨਾਲ ਗੱਲ ਕਰੋ, ਉਹਨਾਂ ਨਾਲ ਇੰਸਟੀਟਿਊਸ਼ਨ ਨਾਲ। ਹੁਣ ਜਦੋਂ ਤੁਸੀਂ ਉਸ ਇੰਸਟੀਟਿਊਸ਼ਨ ਨਾਲ ਗੱਲ ਕਰੋਗੇ, ਫਿਰ ਤੁਹਾਨੂੰ ਜਿਹੜਾ ਪ੍ਰੋਟੋਕੋਲ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅੰਡਰਸਟੈਂਡ ਕਰਨਾ ਆ, ਉਹਨਾਂ ਦੇ ਸਟੈਂਡਰਡ ਨਾਲ ਦੇਖਣਾ ਪੈਣਾ। ਬਿਲਕੁਲ, ਤੁਸੀਂ ਤੁਸੀਂ ਇਹ ਨਹੀਂ ਉਹਨਾਂ ਨੂੰ ਕਹਿ ਸਕੋਗੇ ਵੀ ਮੈਂ ਤੁਹਾਡੇ ਨਾਲ ਤੁਹਾਡੇ ਵਿੱਚ ਰਹਿਣਾ ਚਾਹੁੰਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਅਰਥ ਆ ਕਰੋ ਤੁਸੀਂ। ਉਹ ਫਿਰ ਡਿਕਟੇਟ ਕਰਨਗੇ ਤੁਹਾਨੂੰ ਕਿ ਗੁਰੂ ਗ੍ਰੰਥ ਸਾਹਿਬ ਇਹ ਕਹਿੰਦਾ ਆ। ਨਹੀਂ ਫਿਰ ਬਸ ਸੌਖਾ, ਜਿੱਦਾਂ ਮੈਂ ਤੁਹਾਨੂੰ ਗੱਲ ਕਰਦਾ ਵੀ ਤੁਹਾਨੂੰ ਪਤਾ ਲੱਗ ਗਿਆ ਵੀ KFC ਖਾਣੀ ਠੀਕ ਨਹੀਂ, ਆਹ ਮੀਲ ਵਧੀਆ ਆ, ਉਹ ਆਪਣਾ ਖਾਓ ਮਜ਼ੇ ਨਾਲ, ਠੀਕ ਆ। ਗੁਰੂ ਗ੍ਰੰਥ ਸਾਹਿਬ ਇੰਟਰਨੈਟ 'ਤੇ ਵੀ ਹੈਗੇ ਆ, ਪੋਥੀ ਕੋਲ ਲਿਆ ਕੇ ਰੱਖ ਲਓ, ਉਹਨੂੰ ਵੈਸੇ ਹੀ ਪੜ੍ਹਨਾ ਸ਼ੁਰੂ ਕਰੋ। ਤੁਸੀਂ ਕੋਈ ਵੀ ਪੰਕਤੀ ਪੜ੍ਹੋਗੇ ਨਾ, ਜਦੋਂ ਇੱਕ ਦੇ ਅਰਥ ਸਹੀ ਕੀਤੀ ਹੋ ਤੁਸੀਂ, ਜੇ ਤੁਸੀਂ ਇੱਕੋ ਦੇ ਅਰਥ ਉਹ ਕੁਦਰਤ ਦਾ ਨਿਯਮ ਕਰ ਲਿਆ, ਫਿਰ ਹਾਂ ਉਹ ਕੁਛ ਪੰਕਤੀਆਂ ਹੈਗੀਆਂ ਜਿਹੜੀਆਂ ਹਿਸਟਰੀ ਨਾਲ ਸੰਬੰਧਿਤ ਆ, ਠੀਕ ਹੈ। ਜਦੋਂ ਖੱਤਰੀ ਬਾਰੇ ਗੱਲ ਕਿਸੇ ਨੇ, ਮੁਗਲ ਬਾਦਸ਼ਾਹ ਬਾਰੇ ਗੱਲ, ਬਾਬਰ ਬਾਰੇ ਗੱਲ ਹੋਈ ਹੋ ਆ, ਯੋਗੀਆਂ ਬਾਰੇ ਗੱਲ ਹੋਈ, ਜੈਨੀਆਂ ਬਾਰੇ, ਉਹਦੀ ਅੰਡਰਸਟੈਂਡਿੰਗ ਤੁਹਾਨੂੰ ਉਸ ਵੇਲੇ ਦੇ ਹਿਸਟਰੀ ਆ ਜਿਹੜੀ ਉਦੋਂ ਦੀ ਉਹਦੇ 'ਚੋਂ ਜਾ ਕੇ ਮਿਲਣੀ ਆ। ਉਹਨੂੰ ਜੇ ਅਸੀਂ ਇਹ ਕਹਿ ਕੇ ਛੱਡ ਦਈਏ ਵੀ ਇਹ ਕਿਸੇ ਹਿਸਟਰੀ ਦੇ ਚੈਪਟਰ ਦੀ ਗੱਲ ਹੋਈ ਆ, ਹੁਣ ਪੰਕਤੀ ਆਉਂਦੀ ਵੀ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਪਾਖਿਆ ਗਈ, ਉਹਦੇ ਅਰਥ ਲੱਭਣ ਦੀ ਬਜਾਏ ਅਸੀਂ ਇਹ ਕਹਿ ਦਈਏ ਵੀ ਇਹ ਕਿਸੇ ਖਾਸ ਫਿਰਕੇ ਦੀ, ਖਾਸ ਕਿਸੇ ਕਮਿਊਨਿਟੀ ਦੀ ਗੱਲ ਹੋ ਰਹੀ ਆ, ਮੇਰਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਮੈਂ ਅਗਲੀ ਪੰਕਤੀ ਦੇਖਾਂ, ਠੀਕ ਹੈ। ਬਿਲਕੁਲ ਸੌਖਾ ਹੋ ਜਾਊਗਾ ਬੇਸਿਕਲੀ, ਜਾਣੀ ਮੈਨੂੰ 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 ਇੱਦਾਂ ਲੱਗਦਾ ਵੀਰੇ ਭਾਈ, ਅਸੀਂ ਜੇ ਇੰਨਾ ਕੁ ਸੌਖਾ ਕਰਕੇ ਦੇਖ ਲਈਏ ਤਾਂ ਜ਼ਿਆਦਾ ਵਧੀਆ ਆ। ਬਿਲਕੁਲ ਹਾਂਜੀ, ਠੀਕ ਆ। ਜਿਹੜਾ ਜਿੱਦਾਂ ਹਾਂਜੀ, ਇੱਕ ਹੋਰ ਸੀ ਬਸ, ਜਿੱਦਾਂ ਹੁਣ ਜੇ ਤੁਸੀਂ, ਜੇ ਮੈਨੂੰ ਪੜ੍ਹਨੀ ਨਹੀਂ ਆਉਂਦੀ ਪਰ ਮੈਂ ਸੁਣਦਾ ਹੁੰਦਾ ਹਾਂ, ਅਤੇ ਪੰਜਾਬੀ 'ਚ ਕਈ ਵਰਡਸ ਤਾਂ ਫਿਰ ਵੀ ਜਿੱਦਾਂ ਮਿਲਦੇ ਆ ਜੁਲਦੇ, ਰਾਈਟ, ਤਾਂ ਉਹਦੇ ਨਾਲ ਥੋੜ੍ਹੀ ਸਮਝ ਲੱਗਦੀ ਆ, ਬਟ ਜਿਹੜਾ ਮੀਨਿੰਗ ਮੈਂ ਕੱਢਦਾ ਹਾਂ ਉਹ ਮੈਂ ਆਪਣੀ ਲਾਈਫ ਵਿੱਚ ਕੱਢ ਰਿਹਾ ਹੁੰਦਾ, ਉਹਦਾ ਐਕਚੁਅਲ ਮੀਨਿੰਗ ਹੋਵੇ ਨਾ ਹੋਵੇ, ਜਿੱਦਾਂ ਜਿੱਦਾਂ ਹੋ ਗਿਆ ਸੋਚਿਆ ਸੋਚ ਨਾ ਹੋਵੀ ਜੇ ਸੋਚੇ ਲਖਵਾਰ, ਰਾਈਟ। ਅਤੇ ਮੇਰੇ ਦਿਮਾਗ 'ਚ ਆਉਂਦਾ ਕਿ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਕਿੰਨਾ ਵੀ ਸੋਚੀ ਜਾਓ ਤੁਹਾਨੂੰ ਉਹਦਾ ਸਲਿਊਸ਼ਨ ਨਹੀਂ ਮਿਲਦਾ, ਨਹੀਂ ਰਾਈਟ। ਤੁਸੀਂ ਨਹੀਂ ਇੱਦਾਂ, ਜਦੋਂ ਨਾ ਤੁਸੀਂ ਕਿਸੇ ਰਾਈਟਰ ਨੂੰ ਪੜ੍ਹਨਾ ਆ, ਹਾਂਜੀ, ਤੁਹਾਨੂੰ ਇਹ ਦੇਖਣਾ ਪੈਣਾ ਕਿ ਰਾਈਟਰ ਸੀਗਾ ਕਿੱਥੋਂ, ਠੀਕ ਹੈ। ਹੁਣ ਜਦੋਂ ਅਮਰੀਕਾ ਦੇ ਕਿਸੇ ਰਾਈਟਰ ਨੂੰ ਪੜ੍ਹੀਦਾ ਅਸੀਂ, ਤੇ ਸਾਨੂੰ ਦੇਖਣਾ ਪੈਂਦਾ ਕਿ ਇਹ ਤਾਂ ਈਡੀਅਮ ਹੈ ਉੱਥੇ ਦਾ,
ਠੀਕ ਹੈ, ਜੇ ਹੁਣ ਉੱਥੇ ਤੇ ਕਾਲਿਆਂ ਬਾਰੇ ਕੋਈ ਗੱਲ ਕੀਤੀ ਹੋ, ਸਲੇਵਸ ਦੇ ਬਾਰੇ ਗੱਲ ਕੋਈ ਹੋਈ ਹੋਆ, ਸਾਨੂੰ ਪਤਾ ਲੱਗ ਜਾਣਾ ਵੀ ਉਹਨਾਂ ਬਾਰੇ ਗੱਲ ਹੋਈ ਹੋਆ। ਅੱਛਾ ਜੀ, ਕੰਟੈਕਸਟ, ਕੰਟੈਕਸਟ ਦੇਖਣਾ ਪੈਣਾ ਤੁਹਾਨੂੰ। ਹੁਣ ਜਿਹੜਾ ਸੋਚਿਆ ਸ਼ਬਦ, ਜਦੋਂ ਇੱਦਾਂ ਗੁਰਬਾਣੀ ਨੂੰ ਪੜ੍ਹਨਾ ਤੁਸੀਂ, ਤੁਸੀਂ ਉਹ ਉੱਥੇ ਪਿੱਛੇ ਜਾ ਕੇ ਦੇਖੋ, ਉੱਥੇ ਵੀ ਜਾ ਕੇ ਜਦੋਂ ਮੈਂ ਕਹਿੰਦਾ ਵੀ ਤੁਸੀਂ ਇੱਕ ਥਾਂ 'ਤੇ ਅਰਥ ਕਰ ਵੀ ਲਏ ਭਈ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਤੁਸੀਂ ਇਹਦੇ ਅਰਥ ਇਹ ਕਰ ਲਿਆ ਵੀ ਥਿੰਕਿੰਗ ਜਿਹੜੀ ਆ ਇੱਦਾਂ ਨਹੀਂ ਸੋਚਿਆ ਕੁਛ ਨਹੀਂ ਹੋਣਾ। ਹੁਣ ਤੁਸੀਂ ਨਾ ਪੜ੍ਹਦਿਆਂ ਪੜ੍ਹਦਿਆਂ ਜਦੋਂ ਅੱਗੇ ਜਾਣਾ, ਅੱਗੇ ਪੰਕਤੀ ਆਉਣੀ ਆ, ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਹਾਂਜੀ, ਹੁਣ ਇੱਥੇ ਤਾਂ ਤੁਸੀਂ ਕਰ ਲਿਆ ਵੀ ਸੋਚਿਆ ਸੋਚਣਾ ਹੋਵੇ ਜੇ ਸੋਚੀ, ਇਸ ਕਰਕੇ ਮੈਂ ਸੋਚਣਾ ਨਹੀਂ। ਅੱਗੇ ਜਾ ਕੇ ਆ ਗਿਆ ਵੀ ਡੇ ਐਂਡ ਨਾਈਟ ਐਵਰੀ ਟਾਈਮ ਇਹ ਸੋਚ, ਕਈ ਕਈ ਵਾਰ ਇਹ ਸੋਚ ਕਰਦਾ ਆ, ਪਰ ਫਿਰ ਵੀ ਇਹਦੇ ਜਿਹੜੀ ਮਨ ਦੀ ਮੈਲ ਆ ਨਾ, ਉਹ ਸਰੀਰ ਤੋਂ ਧੋਤੀ ਨਹੀਂ ਜਾ ਰਹੀ। ਓਕੇ, ਠੀਕ ਹੈ। ਹੁਣ ਤੁਸੀਂ ਦੱਸੋ, ਤੁਹਾਨੂੰ ਕਿਸੇ ਨੇ ਕਿਹਾ ਤੇ ਸੋਚ ਦੇ ਅਰਥ ਆ ਨਾਉਣਾ, ਸੋਚ ਦੇ ਅਰਥ ਆ ਸੁਚਮਤਾ, ਇਹ ਹਿੰਦੀ ਸੰਸਕ੍ਰਿਤ ਦਾ ਸ਼ਬਦ ਆ। ਉੱਥੇ ਸ਼ੌਚਾਲਿਆ, ਇੰਡੀਆ ਤੁਸੀਂ ਜਾਓ ਪੰਜਾਬ ਤੋਂ ਬਾਹਰ, ਜਿੱਥੇ ਬਾਥਰੂਮ ਉਹਨਾਂ 'ਤੇ ਲਿਖਿਆ ਹੁੰਦਾ ਸ਼ੌਚਾਲਿਆ, ਠੀਕ ਹੈ, ਉਹ ਸ਼ਬਦ ਉਹ ਆ ਸ਼ੌਚ, ਪੰਜਾਬੀ 'ਚ ਸੋਚ ਲਿਖਿਆ ਗਿਆ ਉਹਨੂੰ। ਹਾਂਜੀ, ਠੀਕ ਹੈ, ਉਹਦੇ ਅਰਥ ਆ ਸਾਫ਼ ਕਰਨਾ, ਧੋਣਾ, ਇਸ਼ਨਾਨ ਕਰਨਾ, ਸੋਚਦਾ ਸੋਚਿਆ ਸੋਚਿਆ ਸੋਚ ਨਾ ਹੋਵੇ ਭਈ ਸ਼ੌਚਾਲਿਆ, ਮਤਲਬ ਨਹਾਉਣੇ ਦੇ ਨਾਲ ਸਫਾਈ ਇੱਦਾਂ ਕਰਨੇ ਨਾਲ ਸੁਚਮਤਾ ਨਹੀਂ ਹੋ ਸਕਦੀ ਜੇ ਲੱਖ ਵਾਰ ਵੀ ਕਰ ਲਓ। ਓਕੇ, ਦੇਖਿਆ ਇਹ ਫਰਕ ਹੈ ਨਾ। ਨਹੀਂ ਉਹ ਨਹੀਂ, ਉਹ ਮੈਂ ਕਹਿੰਦਾ ਜੇ ਤੁਸੀਂ ਇੱਕ ਜਗ੍ਹਾ ਤੇ ਕਿਤੇ ਟਪਲਾ ਖਾ ਵੀ ਗਿਆ, ਜਦੋਂ ਤੁਸੀਂ ਅੱਗੇ ਜਾਓਗੇ ਹੋਰ ਕਿਸੇ ਥਾਂ ਦੇ ਉੱਤੇ ਉਹੀ ਸ਼ਬਦ ਵੱਖਰੇ ਅਰਥਾਂ 'ਚ ਆ ਜਾਣਾ, ਤੁਹਾਨੂੰ ਪਤਾ ਲੱਗ ਜਾਣਾ। ਠੀਕ ਹੈ, ਨਹੀਂ ਤਾਂ ਤੁਸੀਂ ਸੁਣ ਲਓ, ਪੜ੍ਹਨੇ ਨਾਲੋਂ ਸੁਣ ਲਓਗੇ ਤੁਸੀਂ ਜ਼ਿਆਦਾ ਵਧੀਆ। ਠੀਕ ਆ, ਹਾਂਜੀ ਹਾਂਜੀ, ਚਲੋ ਠੀਕ ਆ ਵੀਰੇ, ਹਾਂਜੀ, ਓਕੇ ਜੀ, ਥੈਂਕ ਯੂ, ਟਾਈਮ। ਹਾਂਜੀ, ਸਤਨਾਮ ਸਿੰਘ ਜੀ ਆਉਂਦੇ ਰਹੋ ਤੁਸੀਂ। ਹਾਂ ਹਾਂਜੀ ਭਾਅ ਜੀ, ਕਿੱਦਾਂ ਹਾਲ ਜੀ? ਠੀਕ ਹੈ ਠੀਕ ਹੈ ਠੀਕ ਹੈ। ਤੁਸੀਂ ਵਿੱਚ ਆਵਾਜ਼ ਤਾਂ ਨਹੀਂ, ਮੈਂ ਉਹ ਯੂਟਿਊਬ ਲਾਈ ਸੀ ਵਿੱਚ ਉਹਦੇ। ਅੱਛਾ, ਨਹੀਂ, ਠੀਕ ਹੈ ਠੀਕ ਹੈ। ਦੀ ਸੁਣੀ ਤੁਹਾਡੀ ਡਿਸਕਸ਼ਨ ਬਹੁਤ ਵਧੀਆ ਸੀਗੀ, ਇੱਦਾਂ ਉਹ ਜਿਹੜੀ ਇੱਕ ਦੇ ਬਾਰੇ। ਉਹ ਅਸਲ 'ਚ ਨਾ ਗੁਰਬਾਣੀ ਦੇ ਅਰਥ ਬਹੁਤ ਵੀਰ, ਪਰਸੋਂ ਜਾਏ ਵੀ ਇੱਕ ਦਿਨ ਸ਼ਾਇਦ ਬੁੱਧਵਾਰ ਦੀ ਗੱਲ ਆ, ਵੀਰ ਦਾ ਫੋਨ ਆ ਗਿਆ ਵੀ ਕੋਈ ਇੱਦਾਂ ਦੱਸੋ ਜੀ, ਸਟੀਕ ਦੱਸੋ ਕੋਈ ਨਾ, ਕਿਉਂ ਮੈਨੂੰ ਲੱਗਦਾ ਆ ਵੀ ਤੁਸੀਂ ਜਦੋਂ ਵੀ ਜੇ ਹੁਣ ਸਾਹਿਬ ਸਿੰਘ ਵਾਲਾ ਪੜੋਂਗੇ ਤੁਸੀਂ, ਪੰਗਾ ਤਾਂ ਇੱਕੋ ਘਰ ਤੋਂ ਪੈ ਗਿਆ, ਮੋੜ ਪਹਿਲਾਂ ਹੀ ਗਲਤ ਹੈ, ਬਸ ਗਲਤ ਹੈ। ਹੁਣ ਸਵਾਲ ਇਹ ਨਹੀਂ ਹੈਗਾ, ਬੰਦਾ ਕਹਿੰਦਾ ਚਲੋ ਜੀ ਮੈਂ ਉਹਦੇ ਅਰਥੋਂ ਨਹੀਂ ਕਰਦਾ, ਪਰ ਹੁਣ ਫਿਰ ਸਾਰਾ ਸਟੀਕ ਆ ਜਿਹੜਾ ਨਾ, ਉਹ ਇੱਕ ਨੂੰ ਓਅੰਕਾਰ ਕਹਿ ਕੇ ਹੀ ਕੀਤਾ ਆ ਸਟੀਕ। ਉਹ ਭਾਜੀ ਜਦੋਂ ਦੇਖੋ ਨਾ, ਜਦੋਂ ਹੁਣ ਜਦੋਂ ਇੱਕ ਜਿੱਦਾਂ ਹੁਣ ਧੰਨੇ ਦੇ ਪੱਥਰ ਚੋਂ ਰੱਬ ਕੱਢਿਆ ਹੀ ਨਹੀਂ, ਕੱਢ ਕੇ ਇੱਕ ਨੇ ਉਹਦੀਆਂ ਗੂੰਗਾਂ ਚਾਰੀਆਂ ਇੱਕ ਬੰਦੇ ਨੇ, ਹੈ ਨਾ, ਕਿਸੇ ਨੇ। ਹੁਣ ਚਾਹੋ ਇੱਕ ਚਾਰੇ ਚਾਹੋ ਤਿੰਨ ਜਾਣੇ ਚਾਰ ਲੈਣ, ਗਲਤ ਹੈ ਚਾਰਨ ਦੀ ਹੋ ਗਈ ਨਾ, ਉਹ ਗਲਤ ਸੇਮ ਹੀ ਹੈ ਨਾ। ਇੱਦਾਂ ਜਦੋਂ ਤੁਸੀਂ ਜਿਹੜੇ ਜਦੋਂ ਜੇ ਇੱਕ
ਕੋਈ ਤਿੰਨਾਂ ਬੰਦਿਆਂ ਦੇ ਕੰਮ ਕਰਾਉਂਦਾ, ਤੁਸੀਂ ਕਹਿੰਦੇ ਨੇ ਤਿੰਨਾਂ ਤੇ ਨੀ, ਮੈਂ ਇੱਕ ਨੇ ਕਰਾਉਣਾ, ਗੱਲ ਤਾਂ ਸੇਮ ਹੀ ਆ ਗਈ ਨਾ, ਮੰਨਦੇ ਤੁਸੀਂ ਚਾਹੋ ਤਿੰਨਾਂ ਨੂੰ ਆ ਚਾਹੋ ਇੱਕ ਨੂੰ, ਸੇਮ ਤਰੀਕਾ ਆ ਉਹ, ਮੁੜ ਕੇ ਤੁਸੀਂ ਉਸੇ ਖੂਹ ਖਾਤੇ ਚ ਡਿੱਗ ਪਏ ਜਿਹਦੇ ਚੋਂ ਗੁਰੂ ਪਾਤਸ਼ਾਹ ਕੱਢਣਾ ਚਾਹੁੰਦਾ ਸੀ ਜੇ ਤੁਸੀਂ ਇੱਕ ਨੂੰ ਓਂਕਾਰ ਮੰਨ ਲਿਆ ਵੱਖਰਾ। ਬਸ ਇੱਥੇ ਗੱਲ ਕਰ, ਮੈਂ ਤਾਂ ਉਹ ਛੋਟੀ ਜਿਹੀ ਇੱਕ, ਮੈਂ ਇਹਦੇ ਬਾਰੇ ਛੋਟੀ, ਇਹਦੇ ਬਾਰੇ ਕਰਨੀ ਸੀਗੀ, ਆਪਾਂ ਗਾਹਾਂ ਕਰਾਂਗੇ, ਮੈਂ ਤਾਂ ਥੋੜੀਆਂ ਗੱਲਾਂ ਕਰਨੀਆਂ ਇੱਦਾਂ। ਵੈਸੇ ਇੱਕ ਤਾਂ ਛੋਟਾ ਜਿਹਾ ਨੁਕਤਾ ਮੇਰੇ ਦਿਮਾਗ 'ਚ ਆਉਂਦਾ ਸੀ ਜਦੋਂ ਮੈਂ ਸੁਣਦਾ ਸੀਗਾ, ਵੀ ਜਿਹੜਾ ਇੱਕ ਲਾ ਕੇ ਨਾ, ਇੱਕ ਦੇ ਵਿੱਚ ਨਾਨਕੇ ਕੀ ਬਾਹਰਾ ਦੂਸਰਾ ਨਹੀਂ ਕੋਈ, ਏਦਾਂ ਸ਼ਬਦ ਇੱਕ ਦੇ ਉੱਤੇ ਨਾ ਤੁਸੀਂ ਹਜ਼ਾਰਾਂ ਵਾਰ ਇੱਕ ਦੀ ਗੱਲ ਕੀਤੀ ਹੋ ਗੁਰਬਾਣੀ, ਹਜ਼ਾਰਾਂ ਵਾਰ ਘੱਟੋ ਘੱਟ, ਸੈਕੜੇ ਵਾਰ ਤੋਂ ਵੱਧ ਹੈ ਨਾ। ਮੈਂ ਇਹ ਸਮਝਦਾ ਵੀ ਇੱਕ ਦਾ ਮਤਲਬ ਸਭ ਕੁਛ ਜਦੋਂ ਆ ਜਾਂਦਾ ਨਾ, ਜੋ ਮੰਡੇ ਸੋਚ ਜੋ ਜੋ ਤੁਸੀਂ ਆ ਉਹੀ ਬਾਹਰ ਹੈ ਸਾਰਾ ਕੁਛ, ਜੋ ਤੁਸੀਂ ਆ ਉਹੀ ਬਾਹਰ ਹੈ, ਜਦੋਂ ਹੈ ਜਿੱਦਾਂ ਦੇ ਤੁਸੀਂ ਆ ਉੱਦਾਂ ਦਾ ਹੀ ਆਲ ਦੁਆਲਾ ਸਾਰਾ ਠੀਕ ਆ ਹੈ ਨਾ। ਹੁਣ ਉਹਦਾ ਇੱਕ ਸਿੰਪਲ ਜਿਹਾ ਇੱਕ ਨੁਕਤਾ ਆ ਵੀ ਇੱਕ ਦਾ ਮਤਲਬ ਇਹ ਹੈ ਵੀ ਦੇਖੋ ਤੁਹਾਨੂੰ ਜੋ ਜੋ ਤੁਹਾਨੂੰ ਤੁਸੀਂ ਹੈ ਨਾ ਉਹੀ ਦੂਜਾ ਬੰਦਾ। ਹੁਣ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਕੋਈ ਕਮੀਨਗਰੀ ਕਰੇ ਤੁਹਾਨੂੰ ਖੁਸ਼ ਹੋਊਗਾ ਤੁਸੀਂ? ਨਹੀਂ ਨਾ, ਉਹ ਦੂਜਾ ਵੀ ਇੱਕ ਹੈ ਵੀ ਤੁਸੀਂ ਵੀ ਨਾ ਕਰੋ ਉਹਦੇ ਨਾਲ, ਗੱਲ ਇੰਨੀ ਹੈ ਸਿੰਪਲ ਹੈ ਨਾ। ਬਸ ਅੱਛਾ, ਤੁਸੀਂ ਤੁਹਾਡੇ ਨਾਲ ਕੋਈ ਬੇਈਮਾਨੇ ਕਰੇ ਤੁਹਾਨੂੰ ਚੰਗਾ ਲੱਗੂ? ਨਹੀਂ ਲੱਗੂਗਾ ਨਾ। ਉੱਦਾਂ ਦਾ ਬਾਹਰ ਲਾਇਆ ਤੁਸੀਂ ਵੀ ਨਾ ਕਰੋ ਕਿਸੇ ਨਾਲ, ਗੱਲ ਖਤਮ। ਸਾਰਾ ਕੁਛ ਇਹਦੇ ਵਿੱਚ ਸਾਰਾ ਜੋੜੇ ਨਾ ਤੁਸੀਂ ਆ ਗੱਲ, ਉਹਨੂੰ ਉਦਾਹਰਣਾਂ ਦਿੱਤੀਆਂ ਸੀਗੀਆਂ ਤੇ ਬੈਂਕ ਦੇ ਅਕਾਊਂਟ ਚ ਨੀ ਤੁਸੀਂ ਕਿਸੇ ਦੇ ਪੈਸਾ ਪਾਉਂਦੇ, ਕਾਫੀ ਪੀਣ ਗਏ ਤੁਸੀਂ ਵਰਤਦੇ ਆਪਣੇ ਲਈ, ਹੈ ਨਾ, ਇਹ ਸਾਰੀਆਂ ਉਦਾਹਰਣਾਂ ਦਿੱਤੀਆਂ ਹੈ ਨਾ। ਬਸ ਇਹੀ ਸਾਸ ਗ੍ਰਾਸ ਵਿਸਰਨੇ ਦੀ ਇਹੀ ਗੱਲ ਹੈ, ਸੁਰਤ ਵਿੱਚ ਜਿਹੜੀ ਗੱਲ ਬਹਿ ਗਈ ਵੀ ਇਹ ਕੰਮ ਨਹੀਂ ਕਰਨੇ, ਬਸ ਨਹੀਂ ਕਰਨੇ ਤੁਸੀਂ। ਤੁਹਾਨੂੰ ਰੋਜ਼ ਕੀ ਮਤਲਬ, ਤੁਸੀਂ ਜਦੋਂ ਇੱਕ ਵਾਰੀ ਅਹਿਸਾਸ ਕਰ ਲਿਆ ਕਿ ਦੂਜਾ ਵੀ ਮੇਰੇ ਵਰਗਾ, ਉਹਦਾ ਉਹਦੀ ਖੁਸ਼ੀ ਵੀ ਮੇਰੇ ਵਰਗੀ ਆ, ਉਹਦਾ ਹੱਸਣਾ ਵੀ ਮੇਰੇ ਵਰਗਾ, ਉਹਨੂੰ ਹਰ ਸ਼ੈ ਵੀ ਮੇਰੇ ਵਾਂਗ ਚਾਹੀਦੀ, ਫਿਰ ਤੁਸੀਂ ਆਪਣੇ ਫਰਜ਼ ਨਿਭਾਓ, ਅਗਲਾ ਆਪਣਾ ਨਿਭਾਵੇ। ਨਹੀਂ ਨਹੀਂ, ਤੁਹਾਨੂੰ ਕਾਣ ਤੋਣ ਲੱਗ ਪੈਂਦੀ ਆ ਜਦੋਂ ਤੁਹਾਡੇ ਸਾਹਮਣੇ ਨਾ ਕੋਈ ਹੋਰ ਵੀ, ਜਾਣੀ ਮੋਰਲੀ ਵੀ ਕੁਛ ਇੱਦਾਂ ਦਾ ਕਰ ਰਿਹਾ ਹੁੰਦਾ ਨਾ, ਵੀ ਜੇ ਕਿਸੇ ਨੇ ਖਾ ਕੇ ਕੁਛ ਇੱਦਾਂ ਸਿੱਟ ਦਿੱਤਾ, ਹਾਂ 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 ਬਾਜੀ ਹੁੰਦਾ ਆ, ਤੁਹਾਨੂੰ ਤੁਹਾਨੂੰ ਇਰੀਟੇਸ਼ਨ ਹੋਣ ਲੱਗ ਪੈਂਦੀ ਆ ਵੀ ਯਾਰ ਇੱਦਾਂ 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 ਥੋੜ੍ਹੀ ਚਾਹੀਦੀ ਆ। ਕੋਈ ਬੰਦਾ ਕਿਸੇ ਨੂੰ ਨਫ਼ਰਤ ਨਾਲ ਦੇਖ ਰਿਹਾ, ਹਾਂ ਤੁਹਾਨੂੰ ਇੱਥੋਂ ਵੀ ਲੱਗਦਾ ਵੀ ਨਹੀਂ ਵੀ ਕੋਈ ਗੱਲ ਨਹੀਂ ਤਾਂ ਕੀ ਹੋ ਗਿਆ? ਬਿਲਕੁਲ ਭਾਜੀ, ਜੇ ਤੁਸੀਂ ਤੁਹਾਨੂੰ ਦੂਜਾ ਬੰਦੇ ਤੋਂ ਇੱਕ ਆ, ਤੁਸੀਂ ਆਪਣੇ ਵਿਚਾਰ ਰੱਖਣ ਦੇ ਹੱਕਦਾਰ ਆ, ਮੰਨਦੇ ਆ ਮੈਨੂੰ, ਅਸੀਂ ਹਰੇਕ ਤਰ੍ਹਾਂ ਭਰਕਣ ਵਿੱਚ ਸਾਡੇ ਵਿਚਾਰ ਆ, ਦੂਜੇ ਨੂੰ ਵੀ ਦੇਦਾ ਉਹ ਵੀ ਤੁਹਾਡੇ ਵਰਗਾ। ਬਟ ਸਿੰਪਲ ਇੱਕ ਦਿਨ ਨੁਕਤਾ ਆ ਭਾਜੀ, ਇਹਦੇ ਉੱਤੇ ਬਹੁਤ ਮੈਂ ਗੱਲ ਉਹ ਕਬੀਰ ਜੀ ਦੇ ਜਿਹੜਾ ਦੋਹਰਾਇਆ ਭਾਵੇਂ ਲਾਂਬੇ, ਮੈਂ ਉਹਦੇ ਉੱਤੇ ਗੱਲ ਕਰਨੀ ਸੀਗੀ ਪਰ ਅੱਜ ਨਹੀਂ ਕਰਨੀ, ਪਰ ਇਹ ਇਹ ਮੇਰਾ ਦਿਲ ਕਰਦਾ ਸੀਗਾ। ਹੁਣ ਹੋਰ ਵੀ ਵਧੀਆ ਗੱਲ ਜਿੱਦਾਂ ਜਿੱਦਾਂ ਗੱਲ ਵੱਧ ਅੱਗੇ ਵੱਧ ਜਾਂਦੀਆਂ, ਤੁਸੀਂ ਪਹਿਲੀ ਗੱਲ ਕਰਤੀ ਸੀਗੀ ਅੱਜ ਵੀ ਜੇ ਇੱਕ ਦੀ ਸਮਝ ਲੱਗ ਗਈ ਨਾ ਭਾਜੀ, ਸਾਰੀ ਗੁਰਬਾਣੀ ਚ ਇੱਕ ਵੀ ਸ਼ਬਦ ਇੱਦਾਂ ਦਾ ਨਹੀਂ ਜਿਹਦੀ ਸਮਝ ਨਾ ਲੱਗਦੀ ਹੋਵੇ, ਹਲੇ ਕਿ ਨਾ ਮੈਂ ਕੋਈ ਸੰਥਿਆ ਲਈ ਹੋ, ਨਾ ਮੈਂ ਕਿਤੋਂ ਸਿੱਖਿਆ ਵਾਂ, ਨਾ ਨੁਕਤਾ ਸਮਝ ਆ ਗਿਆ ਭਾਜੀ, ਇੱਕ ਨੁਕਤਾ ਸਮਝ, ਇੱਕ ਲੜੀ, ਤੁਸੀਂ ਪੈਂਦੇ ਨੇ ਵੀ ਲੜੀ ਸਮਝ ਆ ਗਈ, ਉੱਧੜਦਾ ਜਾਂਦਾ ਸਾਰਾ ਕੁਛ, ਬਸ ਸਿਰਾ ਫੜ ਲਿਆ ਤੁਸੀਂ। ਆਪਾਂ ਖਾ ਸਿਰ ਆਪਾਂ ਖਾਦ ਨੀ ਪਾਉਂਦੇ ਹੁੰਦੇ ਸੀਗੇ ਉਹਦੇ ਖੇਤਾਂ ਦੇ ਵਿੱਚ, ਤੁਸੀਂ ਵੀ ਕਦੇ ਪਾਈ ਹੋਣੀ, ਉਹ ਯੂਰੀਆ ਦੇ ਥੈਲੇ ਨਾ ਉਹਨੂੰ ਉਹ ਢੇੜ ਨੇ, ਜੇ ਤਾਂ ਦੂਜੇ ਪੁੱਠੇ ਪਾਸੇ ਦੇ ਢੇੜ ਲਿਆ ਤੁਸੀਂ, ਤੁਹਾਨੂੰ ਕੱਲਾ ਕੱਲਾ ਟੰਕ ਉਹ ਵੱਢਣੇ ਪੈਣੇ, ਛੱਤ ਖੋਲਦਾ ਹੀ ਨੀ ਸੀਗਾ, ਉਹ ਵੱਢਣਾ ਪੈਂਦਾ ਸੀ ਥੈਲਾ, ਜੇ ਲੜੀ ਸਹੀ ਪਾਸੇ ਫੜ ਲਈ ਤੁਣਕਾ ਇੱਕ ਪੈਂਦਾ ਸੀ, ਉਹ ਸਾਰੇ ਦਾ ਸਾਰਾ ਥੈਲਾ ਉੱਧਰ ਜਾਂਦਾ ਸੀ। ਬਸ ਇਹੀ ਨੁਕਤਾ ਆ, ਕੁਛ ਨੀ ਹੈਗਾ, ਬਹੁਤ ਸਿੰਪਲ ਨੁਕ, ਇੰਨਾ ਕੁ ਜ਼ਿਆਦਾ ਸੌਖਾ ਹੈ ਨਾ, ਇੰਨਾ ਕੁ ਜ਼ਿਆਦਾ ਮਤਲਬ ਹਰ ਗੱਲ ਕਲੀਅਰ ਹੁੰਦੀ ਜਾਂਦੀ ਆ, ਤੁਹਾਨੂੰ ਤੁਹਾਨੂੰ ਕੋਈ ਵੀ ਮਤਲਬ ਰੁਕਾਵਟ ਨਹੀਂ ਆਉਂਦੀ ਵੀ ਸਮਝਣ ਦੇ ਵਿੱਚ ਇੱਥੇ ਮੇਰੇ ਤੇ ਕੁਤਾਹੀ ਹੋ ਰਹੀ ਹੈ, ਨਹੀਂ ਹੁੰਦੀ ਹੀ ਨਹੀਂ ਕੋਈ।
ਜੇ ਕੋਈ ਹੋ ਵੀ ਮਤਲਬ ਤੁਹਾਨੂੰ ਕੋਈ ਗੱਲ ਨਹੀਂ, ਜਾਂ ਤਾਂ ਪਹਿਲਾਂ ਗੱਲ ਜਿਹੜਾ ਵੀ ਸ਼ਬਦ ਆ ਜਿਹੜੇ 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 ਸ਼ਬਦ ਮੇਨ ਮੇਨ ਜਿੱਥੇ ਗੁਰੂ ਪਾਤਸ਼ਾਹ ਨੇ ਕੁਛ ਖਾਸ ਮੋੜ ਕੱਟੇ ਕਹਿ ਸਕਦੇ ਉਹਨੂੰ, ਜੋ ਖਾਸ ਕੁਛ ਨੁਕਤਾ ਬਦਲਿਆ ਜਾਂ ਕੁਛ ਕੁਛ ਹੋਰ ਵਿਸ਼ਾ ਬਦਲਿਆ, ਉਹ ਤੋਂ ਪਹਿਲਾਂ ਆਪਣਾ ਇੱਕ ਰੱਖ ਦਿੱਤਾ ਵੀ ਇਹ ਤੇ ਵੱਖ ਨਾ ਹਿੱਲੀ, ਫਿਰ ਇਹ ਤੈਨੂੰ ਤੁਰ ਹੋਣਾ ਅੱਗੇ, ਬਸ ਉਹ ਜੇ ਨਹੀਂ ਸਮਝਦਾ ਉਹਦੀ ਮੁੜ ਕੇ ਉੱਥੇ ਆ ਜਾ ਪਰ ਗੱਲ ਇੱਥੇ ਇਹਦੇ ਦੁਆਲੇ ਘੁੰਮਦੀ ਆ। ਖੈਰ ਚਲੋ ਕੋਈ ਨੀ, ਆਪਾਂ ਛੋਟੀ ਜਿਹੀ ਗੱਲ ਕਰਨੀ ਹੋਰ। ਹਾਂਜੀ, ਆਪਾਂ ਕੱਲ ਹੀ ਗੱਲ ਕਰਦੇ ਸੀਗੇ ਉਹ, ਮੈਂ ਤੁਹਾਨੂੰ ਕਿਹਾ ਆਪਾਂ ਗੱਲ ਕਰਦੇ ਹਾਂ ਦੇ ਦੂਜੇ ਦੀ, ਇੱਕ ਇਹਨਾਂ ਤਰਸੇਮ ਸਿੰਘ ਜਿਹੜਾ ਉਹ ਮਾਰਿਆ ਦੂਜੇ ਹਾਂਜੀ ਉੱਤਰਾਖੰਡ ਚ, ਉੱਤਰਾਖੰਡ ਦੇ ਯੂਕੇ ਵਿੱਚ। ਹਾਂਜੀ, ਹੁਣ ਇਹ ਨਾ ਦੇਖੋ ਤੁਸੀਂ, ਇੱਥੇ ਸਾਡੇ ਸਹੋਤਾ ਵੀ ਹੈਗਾ ਆ, ਉਹ ਵੀ ਲੱਗਿਆ ਵਾ ਸੀਗਾ ਮਾੜਾ ਜਿਹਾ ਕਰਨ ਉਹਦੇ ਬਾਰੇ ਪਹਿਲਾਂ ਤਾਂ, ਕਿਉਂਕਿ ਉਹ ਅੰਮ੍ਰਿਤਪਾਲ ਦੇ ਬੰਦੇ ਨਾਲ ਉਹ ਰਹਿਣ ਵਾਲੇ ਸੀਗੇ ਜਿਹਨੇ ਉਹਨੂੰ ਮਾਰਿਆ ਜਾ, ਅੰਮ੍ਰਿਤਪਾਲ ਨੇ ਉਹਦੇ ਖਿਲਾਫ਼ ਬੋਲਿਆ। ਹੁਣ ਇਹ ਫਸ ਗਏ, ਬੁਰੇ ਕਿੱਦਾਂ ਫਸ ਗਏ, ਇੱਕ ਪਾਸੇ ਤਾਂ ਅੰਮ੍ਰਿਤਪਾਲ ਉਹ ਤਾਂ ਮਾਰਤਾ ਜਾ ਕੇ ਪਹਿਲਾਂ ਤਾਂ ਇਹ ਨੀ ਚੱਕ ਲਏ ਵੱਡੇ, ਇਹ ਨੀ ਜਿਹੜੇ ਆਪਣੇ ਆਪ ਨੂੰ ਅੰਮ੍ਰਿਤਪਾਲ ਦੇ ਹੱਕ ਚ ਪਈ ਬਹੁਤ ਵਧੀਆ ਸੋਧਾ ਲਾਤਾ ਜਿੱਦਾਂ ਕਰਦੀ ਆ ਹਨਾ। ਹੁਣ ਕੀ ਹੋਇਆ, ਜਦੋਂ ਉਹਦਾ ਭੋਗ ਪਿਆ ਨਾ, ਹੁਣ ਉੱਥੇ ਜਾ ਕੇ ਉਹ ਸਤਨਾਮ ਸਿੰਘ ਛੀਨਾ ਹੁੰਦਾ ਸੀ ਇੱਕ ਖਾੜ, ਆਹੋ ਉਹਦੀ ਵਾਈਫ ਉੱਥੇ ਬੈਠੀ ਹੈ ਜਾ ਕੇ, ਹੁਣ ਫਸ ਗਿਆ। ਹੁਣ ਕਿੱਦਾਂ ਕਹਿਣ, ਫਿਰ ਮਤਲਬ ਦੋਗਲੀ ਜਵਾਨ ਚ ਗੱਲ ਕਹਿਣਾ ਪਈ ਵੀ ਕੁਛ ਬੰਦੇ ਤਾਂ ਜੀ ਉਹਨੂੰ ਚੰਗਾ ਸਮਝਦੇ ਤੇ ਕੁਛ ਮਾੜਾ, ਫਿਰ ਫਸ ਗਿਆ ਨਾ ਗੱਬੇ, ਕਿਉਂਕਿ ਉਹ ਜਿਹੜੀ ਛੀਨੇ ਦੀ ਘਰ ਵਾਲੀ ਕਹਿੰਦੀ ਹੈ ਵੀ ਤੁਸੀਂ ਉਹਨੂੰ ਗਦਾਰ ਕਹਿੰਦੇ ਆ ਹੈਨਾ, ਕਹਿੰਦੀ ਜਦੋਂ ਅਸੀਂ ਰੂਹ ਪੋਸ਼ ਸੀਗੇ ਛੀਨੇ ਦੇ ਨਾਲ ਯੂਪੀ ਚ, 70-70 ਬੰਦੇ ਕਹਿੰਦੀ ਅਸੀਂ ਇਹਦੇ ਕੋਲ ਬੈਠੇ ਹੁੰਦੇ ਸੀ, ਪੁਲਿਸ ਤੇ ਸਾਨੂੰ ਇਹ ਬਚਾਉਂਦਾ ਸੀ, ਹੁਣ ਤੁਸੀਂ ਦਓ ਜਵਾਬ। ਉਹ ਕਹਿੰਦੀ ਮੇਰੇ ਤਾਂ ਵਿਆਹ ਹੀ ਉਹਨੂੰ ਕਰਵਾਇਆ, ਉਹ ਮੇਰਾ ਪੇ ਵੀ, ਮੇਰਾ ਪੱਲਾ ਵੀ ਉਹਨੇ ਫੜਾਇਆ, ਮੇਰਾ ਪੇ ਵੀ ਉਹ ਸੀਗਾ, ਮੇਰਾ ਘਰ ਵਾਲੇ ਵੀ ਉਹ ਹੈ। ਏਦਾਂ ਸਾਰੀ ਕੌਮ ਦਾ ਸੱਤਿਆਨਾਸ਼ ਮਾਰਿਆ ਇਹਨਾਂ ਲੋਕਾਂ ਨੇ, ਸਾਰੀ ਕੌਮ ਦਾ ਏਦੇ ਹੋਈ ਆ। ਮਤਲਬ ਹੁਣ ਜਦੋਂ ਜੇ ਤਾਂ ਉਹ ਨਾ ਬਹਿੰਦੀ ਫਿਰ ਤਾਂ ਉਹ ਗਦਾਰ ਸੀਗਾ, ਹੁਣ ਫਸ ਗਏ, ਹੁਣ ਗਦਾਰ ਕਹਿਣ, ਹੁਣ ਕਿ ਬਈ ਜੇ ਤਾਂ ਉਹਨੂੰ ਕਹਿੰਦੇ ਆ ਤਾਂ ਛੀਨੇ, ਉਹ ਵੀ ਖਾੜਕੂ ਮੰਨਦੇ ਉਹਨਾਂ ਨੂੰ ਵੀ, ਉਹਨਾਂ ਦੇ ਨਾਂ ਤੇ ਵੀ ਲੁੱਟ ਕੇ ਖਾਧੀ ਦੁਨੀਆਂ ਦੀ, ਛੀਨਾ ਝੀਦ, ਛੀਨਾ ਝੀਦ ਕਹਿ ਕਹਿ ਕੇ ਹੈਨਾ, ਉਹ ਛੀਨਾ ਝੀਦ ਵਾਲਾ ਉੱਥੇ ਬੈਠੇ ਆ। ਹੁਣ ਜੇ ਤਾਂ ਸ਼ਹੀਦ ਕਹਿੰਦੇ ਆ ਫਿਰ ਤਾਂ ਛੀਨਾ ਗਦਾਰ ਬਣਦਾ, ਜੇ ਉਹਨੂੰ ਗਦਾਰ ਨਹੀਂ ਕਹਿੰਦੇ ਫਿਰ ਫਿਰ ਅੰਮ੍ਰਿਤਪਾਲ ਫਸਦਾ ਆ ਜਿਹੜਾ ਉਹਦੇ ਬਾਰੇ ਬੋਲ ਕੇ ਗਿਆ। ਦੇਖੋ ਕਿੱਡੇ ਕਮੀਨੇ ਬੰਦੇ ਆ, ਏਦਾਂ ਪੂਰੀ 70 ਤੋਂ ਜਿੱਦਾਂ ਜਿਹੜਾ ਨਾ ਮਤਲਬ 92 ਕੁ ਲੈ ਕੇ ਨਾ 88 ਤੋਂ 92 ਤਿਕਰ ਜਦੋਂ ਤੇ ਗੈਂਗ ਪੈਦਾ ਹੋਇਆ ਸੀਗਾ, ਅਜਮੇਰ ਸਿੰਘ ਦਾ ਗੈਂਗ ਆ, ਬਿੱਟੂ ਗੈਂਗ, ਇਹਨੇ ਆਹੀ ਕੁਛ ਕੀਤਾ ਆ, ਵਾਢਾ ਲਾ ਲਿਆ ਇੱਕ ਪਾਸਿਓਂ, ਜਿਹੜਾ ਮੋਹਰੇ ਆਇਆ ਗਦਾਰ ਕਹਿ ਕਹਿ ਕੇ ਮਾਰੀ ਗਿਆ ਗਦਾਰ, ਔਰ ਉਹਦੀਆਂ 12 ਖਾ ਕੇ ਗਾ ਗਾ ਕੇ ਟਕਸਾਲ ਵਾਲੇ ਕੀ ਕਰਦੇ ਸੀ, ਉਹਦੇ ਭੋਗ ਤੇ ਜਾਈ ਜਾਂਦੇ ਸੀ, ਇੱਕ ਪਾਸੇ ਬੁੱਕ ਤੇ ਲੈ ਕੇ ਬੈਠ ਕੇ ਇਹਨਾਂ ਪੰਜ ਬੜਾਉਣਾ ਨੂੰ, ਦੂਜੇ ਪਾਸੇ ਉਹਦੇ ਭੋਗ ਤੇ ਵੀ ਜਾਂਦੇ ਸੀ ਜਿਹਨੂੰ ਉਹ ਮਾਰਦੇ ਸੀ। ਆਹ ਗੇਮ ਚੱਲੀ ਆ ਸਾਰੀ ਭਾਜੀ, ਕਿੱਡੇ ਕਮੀਣੇ ਲੋਕ ਆ, ਦੋਹਰੇ ਦੋਏ ਦੋਏ ਪਾਸੇ ਫਾਇਦਾ ਲੈ ਰਹੇ ਸੀ, ਬਸ ਦੋਏ ਪਾਸੇ ਫਾਇਦਾ ਰਹੇ। ਮੈਂ ਨਾ ਉਹ ਛੀਨੇ ਦੀ ਘਰ ਵਾਲੀ ਦੀ ਇੱਕ ਚੀਜ਼ ਦੀ ਇੰਟਰਵਿਊ ਮੈਂ ਸੁਣਦਾ ਸੀਗਾ ਕਿਤੇ, ਉਹ ਚਲੋ ਆਹ ਮੱਕੜ ਦੇ ਨਾਲ ਵੀ ਉਹਨੂੰ ਕੀਤੀ, ਹੋਰ ਵੀ ਬਹੁਤਿਆਂ ਦੀਆਂ ਆਉਂਦੀਆਂ ਗੱਲਾਂ, ਇੱਕੋ ਹੀ ਮੇਰਾ ਸਵਾਲ ਆ ਤੇ ਉਹ ਇਹ ਆ ਬਈ ਦੇਖੋ ਇਹ ਜਦੋਂ ਵੀ ਕਰਦੇ ਆ ਨਾ ਗੱਲ ਵੀ ਸਾਡੇ ਨਾਲ ਏਦਾਂ ਹੋਈ, ਅਸੀਂ ਏਦਾਂ ਕਰ ਗਏ, ਫਿਰ ਸਾਨੂੰ ਏਦਾਂ ਪੁਲਿਸ ਨੇ ਚੱਕਿਆ, ਫਲਾਨੇ ਨੇ ਫਿਰ ਸਾਡੇ ਤੇ ਬਹੁਤ ਤਸ਼ੱਦਦ ਕੀਤਾ, ਸਾਡੇ ਤੇ ਆਹ ਕੀਤਾ, ਸਾਡਾ ਉਹ ਝੂਠੇ ਮੋਰ ਮੁਕਾਬਲੇ ਚ ਮਾਰ। ਮੈਂ ਕਹਿੰਦੇ ਸਾਰਾ ਹੀ ਸੱਚ ਹੈ, ਮੰਨਦੇ ਆ ਵੀ ਤਸ਼ੱਦਦ ਹੋਏ ਆ, ਮੰਨਦੇ ਆ 92 ਤਿਕਰ 92 ਬਹੁਤ,
ਪਰ ਜਿਹੜੇ ਤੁਸੀਂ 10 ਸਾਲ ਹਥਿਆਰ ਚੱਕੇ, ਜਿਹਨਾਂ ਨੂੰ ਤੁਸੀਂ ਮਾਰਿਆ ਉਹਦਾ ਇੱਕ ਦਾ ਨਾਂ ਲਾਓ ਵੀ ਅਸੀਂ ਇਹਨੂੰ ਮਾਰਿਆ। ਤੁਸੀਂ ਦੇਖੋ ਨਾ, ਤੁਸੀਂ 10 ਸਾਲ ਦੈਗਰ ਨੈਗਰ ਕੀਤਾ ਪੰਜਾਬ ਦੇ ਵਿੱਚ, ਤੁਸੀਂ ਆਪਣੇ ਤਾਂ ਤੁਸੀਂ ਆਪਣੇ ਜ਼ੁਲਮ ਗਣਾਓ। ਪਹਿਲਾਂ ਤੁਸੀਂ ਇਹ ਦੱਸੋ ਵੀ ਅਸੀਂ ਤਾਂ ਐ ਐ ਬੰਦੇ ਮਾਰੇ, ਇਹ ਮਾਰਨੇ ਯੋਗ ਸੀਗੇ, ਬਣਦੇ ਸੀਗੇ, ਜੋ ਸਾਡੇ ਨਾਲ ਪੁਲਿਸ ਨੇ ਕਿਤੇ ਉਹ ਧੱਕਾ ਹੈ, ਆਪਣੇ ਤਾਂ ਗਿਣਦੇ ਨੀ ਹੈਗੇ, ਆਪਣੇ ਦੱਸਦੇ ਨੀ ਹੈਗੇ। ਹਜ਼ਾਰ ਹਜ਼ਾਰ ਹੁਣ ਹਜ਼ਾਰ ਦਾ ਕਤਲ ਜਿਹੜਾ ਹੈ, ਆਪਾਂ ਬਹੁਤ ਬੜੀ ਗੱਲ ਕੀਤੀ, ਹਜ਼ਾਰ ਦੇ ਘੱਟੋ ਘੱਟ ਅਖਬਾਰਾਂ ਬੋਲਦੀਆਂ, ਅਜੀਤ ਅਖਬਾਰਾਂ ਪੜ੍ਹ ਕੇ ਦੇਖ ਲਓ, ਘੱਟੋ ਘੱਟ 1000 ਦਾ ਕਤਲ ਜਿਹੜਾ ਹੈ ਨਾ, ਉਹ ਜਿਹੜਾ ਉਹ ਵਸਣ ਸਿੰਘ ਜਫਰਵਾਲ ਆ ਉਹਦੀ ਜ਼ਿੰਮੇਵਾਰੀ ਲਈ ਉਹ ਆ ਜਾਣਾ ਤੁਹਾਡੇ ਮੋਹਰੇ। ਉਹ ਕੌਣ ਮਾਰੇ ਆ, ਉਹ ਕੌਣ ਬੰਦੇ ਸੀ ਨਾਲੇ ਜਿਹੜੀ ਫਲੋਸਫੀ ਇਹਨੇ ਆਪਣਿਆਂ ਬਾਰੇ ਦਿੱਤੀ ਆ, ਹਾਂਜੀ, ਭਈ ਜਦੋਂ ਸੋਢੀ ਦਾ ਕਤਲ ਹੋਇਆ, ਹਾਂਜੀ, ਭਈ ਸ਼ਿੰਦੇ ਨੇ ਤੇ ਬਲਜੀਤ ਕੌਰ ਨੇ ਉਹਦਾ ਕਤਲ ਕੀਤਾ, ਹਾਂਜੀ, ਮਤਲਬ ਸੋਢੀ ਇੱਕ ਹੈਗੀ ਸੰਸਥਾ ਵੱਡੀ, ਹਾਂ, ਉਹਦਾ ਲੀਡਰ ਆ ਇੱਕ, ਜੀ, ਮਤਲਬ ਭਿੰਡਰਾਂ ਵਾਲੇ ਵਾਲੀ ਸੰਸਥਾ ਆ ਉਹਦਾ ਲੀਡਰ ਆ ਬਹੁਤ ਵੱਡਾ ਸੋਢੀ, ਹਾਂਜੀ, ਇੱਕ ਸੰਸਥਾ ਦੇ ਲੀਡਰ ਨੂੰ ਕਿਸੇ ਬੰਦੇ ਨੇ, ਵਿੱਚ ਬੈਠੇ ਬੰਦੇ ਨੇ ਵਿਸਾਹ ਘਾਤ ਕਰਕੇ ਮਾਰ ਦਿੱਤਾ, ਮਾਰ ਦਿੱਤਾ, ਹਾਂਜੀ, ਹੁਣ ਉਹਦੇ ਬਦਲੇ 'ਚ ਉਹਨਾਂ ਨੂੰ ਵੱਢਣਾ ਟੁੱਕਣਾ ਜਾਇਜ਼ ਆ, ਇਹ ਇਹ ਸਿਧਾਂਤ ਬਣ ਗਿਆ, ਹਾਂ, ਠੀਕ ਆ। ਫਿਰ ਇੱਕ ਸੰਸਥਾ ਪਿੰਡਰਾਂਵਾਲੇ ਵਾਲੀ ਸੀ, ਇੱਕ ਸੰਸਥਾ ਹੈਗੀ ਇੰਡੀਆ, ਹੁਣ ਇੰਡੀਆ ਦੇ ਬਹੁਤ ਵੱਡੇ ਲੀਡਰ ਨੂੰ, ਪ੍ਰਧਾਨ ਮੰਤਰੀ ਨੂੰ ਵਿੱਚ ਬੈਠੇ ਦੋ ਬੰਦਿਆਂ ਨੇ ਵਿਸਾਹ ਘਾਤ ਕਰਕੇ ਮਾਰ ਦਿੱਤਾ, ਮਾਰ ਦਿੱਤਾ, ਹਾਂ, ਹੁਣ ਉਹਦੇ ਜੇ ਜਾਣੀ ਇਸ ਪੱਧਰ ਦੇ ਬੰਦੇ ਦੇ ਮਾਰਨ 'ਤੇ ਉਹ ਔਰਤ ਨੂੰ, ਬੰਦੇ ਨੂੰ ਇੰਨੀ ਵਹਿਸ਼ੀ ਪੁਣੇ ਨਾਲ ਵੱਢਿਆ ਜਾ ਸਕਦਾ, ਤਾਂ ਜਿਹੜੀ ਇੱਡੀ ਵੱਡੀ ਲੀਡਰ ਆ ਉਹਦੇ ਮਰਨ 'ਤੇ ਕਿੰਨੇ ਵੱਢ ਹੋਣੇ ਸੀ। ਬਿਲ, ਹਾਂ ਭਾਜੀ, ਆਹ ਜਿਹੜੀ ਗੱਲ ਹੈ ਨਾ, ਇਹ ਬੜਾ ਨੁਕਤਾ, ਹੁਣ ਉਹ ਜਦੋਂ ਨਾ ਸੋਢੀ ਨੂੰ ਮਾਰਿਆ ਸੀ, ਭਿੰਡਰਾਂ ਵਾਲੇ ਨੇ ਇੱਕ ਇੱਕ ਲਿਖ ਕੇ ਨਾ ਇੱਕ ਬੋਰਡ ਬਾਹਰ ਲਾ ਦਿੱਤਾ ਸੀਗਾ ਵੀ ਭਿੰਡਰਾਂ ਬਈ ਇਹ ਇੰਨੇ ਬੰਦੇ ਅਸੀਂ ਸੋਢੀ ਦੇ ਬਦਲੇ 'ਚ ਮਾਰਨੇ, 24 ਘੰਟੇ 'ਚ ਮਾਰਨੇ। ਤੁਸੀਂ ਇੱਕ ਬੰਦੇ ਲਈ ਤੁਸੀਂ ਇੱਕਦਮ ਮਿਥ ਲਿਆ ਵੀ ਹਲੇ ਕਿ ਤੁਹਾਡਾ ਹੀ ਬੰਦਾ, ਤੁਹਾਡਾ ਹੀ ਨਾਲੇ ਰਹਿਣ ਵਾਲਾ, ਉਹ ਵਿਸ਼ਵਾਸਘਾਤ ਕਰਕੇ ਮਾਰ ਗਿਆ, ਹੈ ਨਾ, ਤੁਸੀਂ ਇੱਕਦਮ ਮਤਲਬ ਇਹ ਐਲਾਨ ਕਰਤਾ ਵੀ ਉਹਦਾ ਜੀਣਾ ਨੀ ਛੱਡਣਾ ਸੀ, ਕੋਈ ਬਦਲਾ ਲੈਣਾ ਹੀ ਲੈਣਾ। ਫਿਰ ਦੂਜੇ ਪਾਸੇ ਜੇ ਇੰਦਰਾ ਗਾਂਧੀ ਨੂੰ ਮਾਰਿਆ, ਜੇ ਉਹਨੇ ਵੀ ਇਹੀ ਸੋਚਿਆ ਤਾਂ ਲੀਹ ਤਾਂ ਤੁਸੀਂ ਹੀ ਪਾਈ ਆ ਨਾ। ਮੈਂ ਅੱਛਾ, ਦੂਜੀ ਗੱਲ ਇਹ ਆ, ਹਾਂਜੀ, ਜਿਹੜਾ ਸ਼ਿੰਦੇ ਦਾ ਬਲਜੀਤ ਕੌਰ ਦਾ ਕਿਰਦਾਰ ਆ ਨਾ, ਉਹਦੀ ਬੈਕਗਰਾਉਂਡ ਆ ਭਿੰਡਰਾਂ ਵਾਲੇ ਕੋਲ ਜਾਣ ਤੋਂ ਪਹਿਲਾਂ ਦੀ, ਹਾਂਜੀ, ਜੇ ਉਹਦੇ ਬਰਾਬਰ ਸੋਢੀ ਦੀ ਦੇਖਣੀ ਤਾਂ ਕੋਈ ਬਹੁਤੀ ਵਧੀਆ ਨਹੀਂ ਹੈਗੀ। ਜਦੋਂ ਇੱਧਰ ਹਰੀਆਂ ਬੇਲਾਂ ਵਾਲੇ ਪਾਸੇ ਇੱਧਰੋਂ ਗਿਆ ਆ ਉਹ, ਹਾਂਜੀ ਹਾਂਜੀ, ਉਹਦਾ ਵੀ ਕਿਰਦਾਰ ਇੱਦਾਂ ਦਾ ਹੀ ਆ, ਉਹ ਤੋਂ ਵੱਡੀ ਗੱਲ ਜਿੱਦਾਂ ਜਿੱਦਾਂ ਸੋਢੀ ਉੱਥੇ ਰਹਿ ਰਿਹਾ ਉੱਦਾਂ ਹੀ ਬਲਜੀਤ ਕੌਰ ਤੇ ਸ਼ਿੰਦਾ ਵੀ ਰਹਿ ਰਹੇ ਆ। ਹਾਂਜੀ, ਜੇ ਤੁਹਾਨੂੰ ਇੰਨੀ ਸਮਝਦਾਰੀ ਤੁਸੀਂ ਰੱਖਦੇ ਹੁੰਦੇ ਤਾਂ ਜਦੋਂ ਕੋਈ ਗੁੰਡਾ, ਕੋਈ ਕਾਤਲ, ਕੋਈ ਵੱਢਣੇ ਟੁੱਕਣੇ ਵਾਲਾ ਬੰਦਾ ਤੁਹਾਡੇ 'ਚ ਸ਼ਾਮਿਲ ਹੁੰਦਾ, ਉਦੋਂ ਛਾਣਬੀਣ ਕਿਉਂ ਨਹੀਂ ਕਰਦੇ ਤੁਸੀਂ?
ਹਾਂ ਜੇਲ੍ਹ ਚੋਂ ਆਏ ਆ ਕਰਦਾਰ, ਮਤਲਬ ਇਹ ਪੁੱਛਣਾ ਬਣਦਾ ਵੀ ਇਹ ਜਿਹੜੀ ਔਰਤ ਆ ਇਹ ਕੌਣ ਆ, ਇਹਦੇ ਘਰ ਦੇ ਕਿੱਥੇ ਆ, ਇਹ ਕਿੱਦਾਂ ਰਹਿ ਰਹੀ ਇਕੱਲੀ, ਸਾਰੀ ਬਾਤ ਕਿਉਂ ਨੀ ਕੋਈ। ਜਗਪਾਲ ਪ੍ਰੀਏ ਸ਼ਿੰਦੇ ਨੂੰ ਸਾਰੀ ਦੁਨੀਆ ਜਾਣਦੀ ਸੀ ਉਸ ਵੇਲੇ ਉਹਦੇ ਪਿੰਡ ਕਰ। ਬਿਲਕੁਲ, ਜੇਲ੍ਹ ਚੋਂ ਰਹਿ ਕੇ ਆਇਆ ਸੀਗਾ, ਬਦਮਾਸ਼ ਸੀਗਾ ਭਾਜੀ। ਅੰਮ੍ਰਿਤਸਰ ਤੋਂ ਫਗਵਾੜਾ ਕਿੰਨੀ ਕੁ ਦੂਰ ਆ ਕਿਤੇ, ਯਾ ਤੇ ਸੋਢੀ ਦੇ ਬਾਰੇ ਕਿਹੜੇ ਜਾਣਦੇ ਨਹੀਂ ਸੀ। ਜਾਂ ਤਾਂ ਤੁਸੀਂ ਇਹ ਕਰਦੇ ਵੀ ਬੰਦਿਆਂ ਨੂੰ ਛਾਂਟ ਛਾਂਟ ਕੇ ਰੱਖਦੇ ਹੁੰਦੇ, ਵਿੱਚ ਗਲਤ ਬੰਦਾ ਤੁਹਾਡੇ ਰਹਿ ਨਾ ਸਕਦਾ ਹੁੰਦਾ, ਜਿਹੜਾ ਗਲਤ ਹੁੰਦਾ ਉਹਨੂੰ ਕੱਢ ਕੇ ਮੱਖਣ ਦੇ ਵਾਲਾਂ ਬਾਹਰ ਮਾਰਿਆ ਹੁੰਦਾ। ਤੁਸੀਂ ਗੁੰਡੇ ਤਾਂ ਸੱਦ ਸੱਦ ਕੇ ਭਰਤੀ ਕੀਤੇ ਆ ਸਾਡੇ ਇਲਾਕੇ ਦੇ, ਜਿੰਨੇ ਬੰਦੇ ਡਰੱਗ ਵੇਚਣ ਵਾਲੇ, ਜਿੰਨੇ ਬੰਦੇ ਗੁੰਡਾਗਰਦੀ ਕਰਨ ਵਾਲੇ ਸੀ, ਸਾਰੇ ਇਹਨਾਂ ਦੀ ਛਤਰਛਾਇਆ 'ਚ ਬੈਠੇ ਸੀ ਭਾਜੀ। ਸਾਡੇ ਏਰੀਏ 'ਚ ਵੀ ਇੱਕ ਪਿੰਡ ਪੈਂਦਾ ਮੌਜੋਲ ਮਜ਼ਾਰਾ, ਉੱਥੇ ਦਾ ਇੱਕ ਵੀਰਾ ਵੀਰਾ ਬਦਮਾਸ਼ ਹੁੰਦਾ ਸੀਗਾ, ਐਂਡ ਤੇ ਉਹ ਵੀ ਉੱਥੇ ਰਹਿੰਦਾ ਸੀਗਾ, ਉੱਥੇ ਹੀ ਮਰਿਆ ਉਹ। ਸਾਰਿਆਂ ਨੂੰ ਪਤਾ ਵੀ ਬਾਲੀਆਂ ਲੁੱਟਦਾ ਖੋਹਦਾ ਗਿਆ ਮਜ਼ਾਰਾ, ਮੌਜੋਲ ਮਜ਼ਾਰਾ ਪਿੰਡ, ਕੋਈ ਪੁੱਛ ਲਵੇ ਜਾ ਕੇ ਵੀ ਉਹ ਬੰਦਾ ਸੀਗਾ ਇੱਦਾਂ ਦਾ ਵੀਰਾ, ਉਹ ਕਿਸੇ ਸਾਧ ਨੂੰ ਮਾਰਤਾ, ਕਿਸੇ ਨੂੰ ਲੁੱਟ ਲਿਆ, ਉੱਥੇ ਤੁਰੇ ਜਾਂਦੇ, ਉਹ ਐਂਡ ਤੇ ਉੱਥੋਂ ਉੱਥੇ ਉਹਦੀ ਲਾਸ਼ ਮਿਲੀ, ਲੱਭਿਆ ਮਤ ਪਤਾ ਲੱਗਾ ਵੀ ਉੱਥੇ ਮਰਿਆ, ਹੈ ਨਾ। ਮਤਲਬ ਇਹ ਜਦੋਂ ਤੁਸੀਂ ਰੱਖੇ ਆ, ਹੁਣ ਤੁਸੀਂ ਛਾਣਬੀਰ ਨਹੀਂ ਕੀਤੀ, ਤੁਸੀਂ ਇੱਕਦਮ ਉਸ ਬੰਦੇ ਦੇ ਇੱਕ ਵੱਢਣ ਦੀ ਖਾਤਰ ਬੰਦੇ ਲਈ ਤੁਸੀਂ ਐਲਾਨ ਕਰਤਾ ਵੀ 24 ਘੰਟੇ 'ਚ ਬਦਲਾ ਲੈਣਾ, ਫਿਰ ਤੁਸੀਂ ਪ੍ਰਧਾਨ ਮੰਤਰੀ ਨੂੰ ਮਾਰਨ ਤੋਂ ਇਹ ਕਿਉਂ ਕਹਿੰਦੇ ਆ ਵੀ ਉਹਨੀ ਉਹਨੀ ਮਤਲਬ ਬਦਲਾ ਲੈਣਾ ਗਲਤ ਹੈ। ਠੀਕ ਆ, ਹੋਇਆ ਤਾਂ ਗਲਤ ਹੈ, ਪਰ ਦੋਨੇ ਪਾਸੇ ਮੰਨੋ ਨਾ, ਇਹ ਕਹੋ ਨਾ ਫਿਰ। ਬਿਲਕੁਲ ਬਿਲਕੁਲ, ਤੁਹਾਨੂੰ ਬੈਲੈਂਸ ਰਹਿਣਾ ਪੈਣਾ, ਜਿਹੜੇ ਨਿਯਮ ਤੁਸੀਂ ਆਪਣੇ ਤੇ ਲਾਉਣੇ ਆ ਉਹ ਦੂਜੇ ਨੇ ਵੀ ਲਾਉਣੇ ਆ, ਬਿਲਕੁਲ ਇਹ ਲਾਣੇ ਪੈਣੇ। ਹਾਂ ਤੁਸੀਂ ਇਹ, ਹਾਂ ਫੇਰ ਸਾਡਾ ਬਣਦਾ ਕਹਿਣਾ ਤੇ ਦੇਖੋ ਸਾਡੇ ਦਿੱਲੀ ਦੇ ਵਿੱਚ ਇਹਨੀ ਏਦਾਂ ਕਤਲੇਆਮ ਕੀਤਾ ਬਹੁਤ, ਹੁਣ ਤੁਸੀਂ ਵੱਢ ਵੱਢ ਕੇ ਟੁਕੜੇ ਕਰ ਕਰਕੇ ਬੋਰੀਆਂ 'ਚ ਪਾਇਆ ਕਿਸੇ ਬੰਦੇ ਨੂੰ ਕਤਲ ਦੇ ਬਦਲੇ 'ਚ, ਠੀਕ ਹੈ ਨਾ, ਕਿਸੇ ਨੇ ਟਾਇਰ ਗਲ 'ਚ ਪਾ ਕੇ ਜਾ ਲਿਆ, ਕੋਈ ਫਰਕ ਹੈ ਉੱਦਾਂ ਲੱਗਦਾ ਕਿਸੇ ਦੇ, ਕਿਸੇ ਨੂੰ ਤੁਸੀਂ ਜਨਾਨੀ ਨੂੰ ਅੰਦਰ ਵੜ ਕੇ ਗੁਪਤ ਅੰਗਾਂ 'ਚ ਸਰੀਏ ਦੇ ਕੇ ਤੁਸੀਂ ਮਾਰਤੀ ਹੈ, ਮਾਰ ਕੇ ਬੋਰੀ 'ਚ ਪਾ ਕੇ ਲਾਸ਼ ਉਹਦੀ ਉਹਦੀ ਉਹਨੂੰ ਟੁਕੜੇ ਟੁਕੜੇ ਕੇ ਵੱਢ ਕੇ ਤੜਫਾ ਕੇ ਮਾਰ ਕੇ ਬਾਹਰ ਸਿੱਟਦੇ ਆ, ਕੋਈ ਕੋਈ ਤੁਸੀਂ ਆਪਣੇ ਬੰਦੇ ਦੇ ਬਦਲੇ 'ਚ ਇਹ ਬੈਂਸੀਆਂ ਨੇ ਤੱਕ ਜਾਂਦੇ ਆ, ਉਹ ਆਪਣੀ ਪ੍ਰਧਾਨ ਮੰਤਰੀ ਦੇ ਬਦਲੇ 'ਚ ਇਹ ਜਾਂਦੇ ਆ, ਫਰਕ ਤਾਂ ਫਿਰ ਕੋਈ ਨਹੀਂ ਨਾ ਰਿਹਾ, ਤੁਹਾਡੇ 'ਚ ਘੱਟੋ ਘੱਟ ਸਿੱਖੀ ਫਰਕ ਤਾਂ ਹੋਣਾ ਚਾਹੀਦਾ ਨਾ, ਤਾਂ ਤੁਸੀਂ ਦੂਜੇ ਨੂੰ ਕਹਿ ਸਕਦੇ ਵੀ ਉਹ ਗਲਤ ਬੰਦੇ ਆ। ਨਾਲੇ ਇੱਕ ਮੌਕਾ ਤਾਂ ਦਿਓ ਨਾ, ਤੁਸੀਂ ਸਹੀ ਬਣ ਕੇ ਦਿਖਾਓ ਨਾ, ਸਾਡੇ ਸਰਬੱਤ ਦਾ ਭਲਾ ਕਹਿਣ ਦੇ ਕੀ ਅਰਥ ਰਹੇ ਫਿਰ। ਬਸ 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 ਗੱਲ ਹੁਣ ਤੁਸੀਂ ਪਹਿਲਾਂ ਵੀ ਜਿਹੜੀ ਗੱਲ ਕਰ, ਹੁਣ ਜਦੋਂ ਮਤਲਬ ਜਿਹੜਾ ਬੰਦਾ ਕਹਿੰਦਾ ਕਰੀਏ ਕੀ, ਗੱਲ ਸੌਖਾ ਹੈ ਵੀ ਤੁਸੀਂ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਤੁਸੀਂ ਜੀ ਕੇ ਦਿਖਾ ਦਿਓ ਅਗਲੇ ਨੂੰ ਵੀ ਅਸੀਂ ਏਦਾਂ ਦਾ ਜੀਨੇ, ਬਸ ਬਸ ਤੁਹਾਨੂੰ ਆਪਣੇ ਆਪਣਾ ਤੁਸੀਂ ਕਾਰਨਾਮੇ ਏਦਾਂ ਦੇ ਕਰ ਲਵੋ, ਤੁਸੀਂ ਜੀਣ ਏਦਾਂ ਦੇ ਲਵੋ, ਹਰ ਜਗ੍ਹਾ ਤੁਸੀਂ ਇੱਕ ਜ਼ਿੰਮੇਵਾਰ ਬਣ ਜਾਓ, ਤਾਂ ਕਿ ਤੁਹਾਡੇ ਵੱਲ ਦੇਖ ਕੇ ਉਦੇ ਪਤਾ ਲੱਗ ਜਾਵੇ, ਬੰਦਾ ਕਿਸੇ ਕਿਸੇ ਗਿਆਨ ਨੂੰ ਮੰਨਦਾ, ਬੰਦਾ ਲੱਭੇ ਸੋਚੇ ਵੀ ਯਾਰ ਇਹ ਬੰਦਾ ਕਿੱਥੋਂ ਕਿਹਦੇ ਮੰਨਦਾ, ਇਹਦੇ 'ਚ ਗੁਣ ਕਿੱਥੋਂ ਆਏ। ਹੁਣ ਜਿੱਥੋਂ ਗੁਣ ਕੋਈ ਉੱਦਾਂ ਦੇ ਹੀ ਗੁਣ ਤੁਹਾਡੇ 'ਚ ਆ, ਉੱਦਾਂ ਦੇ ਇੱਥੋਂ ਦੂਜੇ ਪਾਸੇ ਵਾਲੇ 'ਚ ਆ, ਤੁਸੀਂ ਆਪ ਸਿਰਫ ਸਾਫ ਬਣ ਕੇ ਬੈਠ ਜਾਂਦੇ ਆ, ਦੂਜੇ ਨੂੰ ਦੁਸ਼ਮਣ ਬਣਾਈ ਜਾਂਦੇ, ਇਹ ਤਾਂ ਕੋਈ ਇਨਸਾਫ਼ ਨਹੀਂ ਨਾ ਹੈਗਾ। ਨਾ ਨਾ ਇਹ ਤਾਂ ਫਿਰ ਤੁਸੀਂ, ਇਹ ਤਾਂ ਮੰਨਣਾ ਪੈਣਾ ਨਾ ਕਿ ਭਾਈ ਸਾਡੇ ਤੋਂ ਇਹਦੀ ਫਰਕ ਕੋਈ ਨਹੀਂ, ਜਿਹਦਾ ਦਾ ਲੱਗਾ ਉਹਨੇ ਲਾ ਲਿਆ ਬਸ, ਜਿਹੜਾ ਹੱਥ ਭਾਰੀ ਚਗਾਓ ਕਰ ਗਿਆ ਬਸ 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 ਬਸ, ਜਿਹੜਾ ਜਦੋਂ ਤੁਹਾਡਾ ਦਾ ਲੱਗਾ ਤੁਸੀਂ ਨਹੀਂ ਘੱਟ ਕੀਤੀ, ਜਦੋਂ ਅਗਲੇ ਦਾ ਲੱਗਾ ਅਗਲੇ ਨੇ ਨਹੀਂ ਘੱਟ ਕੀਤੀ, ਬਸ ਇਹ ਹੁਣ ਤੁਸੀਂ ਤੁਸੀਂ ਆਪੇ ਹੀ ਡੱਲੇ ਵਾਲੇ ਨੇ ਕਿਹਾ ਸੀਗਾ ਨਾ ਲਵਿੰਦਰ ਸਿੰਘ ਨੇ ਕਿ 84 ਦੇ ਅਟੈਕ ਤੋਂ ਪਹਿਲਾਂ 53 ਕਤਲ ਕਰ ਚੁੱਕਿਆ ਸੀਗਾ ਲਾਭ ਸਿੰਘ, 53 ਕਤਲ ਕਰਕੇ ਉਹ ਦਰਬਾਰ ਸਾਹਿਬ 'ਚ ਰਹਿੰਦਾ,
ਇੱਕ ਡੈਮੋਕ੍ਰੇਸੀ ਦੇ ਵਿੱਚ, ਇੱਕ ਲੋਕਤੰਤਰ ਦੇ ਵਿੱਚ ਜਿੱਥੇ ਇਹ ਹੱਕ ਨੀਗਾ ਹੈਗਾ ਕਿਸੇ ਨੂੰ ਕਰਨ ਦਾ, ਉੱਥੇ ਕਾਨੂੰਨ ਐਡੇ ਬੜਾ ਕੁਛ ਬਣਿਆ ਵਾ, ਜੇ ਉਹਦੇ ਵਿੱਚ ਕੋਈ 53 ਕਤਲ ਕਰਕੇ ਗੁਰਦੁਆਰੇ ਚ ਰਹਿੰਦਾ ਆ, ਹੈ ਨਾ, ਫਿਰ ਸੋਚਣਾ ਤਾਂ ਬਣਦਾ ਹੈ ਨਾ ਵੀ ਬਾਹਰਲਾ ਐਕਸ਼ਨ ਤਾਂ ਹੋਊਗਾ ਨਾ ਕਿਸੇ ਦਿਨ। ਤੁਹਾਨੂੰ ਹੱਕ ਨੀ ਨਾ ਹੈਗਾ ਇਹ, ਮਤਲਬ ਤੁਸੀਂ ਠੀਕ, ਤੁਸੀਂ ਦੱਸੋ ਕਤਲ ਕਿਹੜੇ, ਮਤਲਬ ਜੇ ਕਿਸੇ ਨੇ ਨਾਰਾ ਲਾਤਾ ਜਾਂ ਕਿਸੇ ਨੇ ਕੁਛ ਅਕਲ ਦੀ ਗੱਲ ਕਹਿਤੀ, ਪਹਿਲੀ ਤਾਂ ਗੱਲ ਉਹੀ ਮਾਰ ਦੇਣਾ ਨੀ। ਜੇ ਕਿਸੇ ਨੇ ਇਹ ਵੀ ਕਹਿਤਾ ਨਾ ਵੀ ਮੁੰਡਿਓ ਹਥਿਆਰ ਨਾ ਚੱਕੋ, ਗਲਤ ਹੈ, ਚੁੱਕਦਾ ਜਾ ਕੇ ਮਾਰ ਦਿਓ, ਉਹ ਵੀ ਨੀ ਦੇਣ ਦੇਣੀ, ਅਕਲ ਵੀ ਨੀ ਦੇਣ ਦੇਣੀ ਕਿਸੇ ਨੂੰ, ਤੇ ਫਿਰ ਤੁਸੀਂ ਇਹ ਦੱਸੋ ਵੀ ਫਿਰ ਤੁਸੀਂ ਦੂਜੇ ਨੂੰ ਇਲਜ਼ਾਮ ਕਾਹਤੇ ਦਿੰਦੇ ਆ, ਉਹੀ ਕਤਲ ਤੁਸੀਂ ਕਰ ਰਹੇ ਹੋ, ਉਹ ਉਹਦੇ ਬਦਲੇ ਚ ਕਤਲ ਦੂਜਾ ਕਰ ਲਿਆ, ਫਿਰ ਤਾਂ ਮਤਲਬ ਕਦੇ ਉਹਦੀ ਵਾਰੀ ਕਦੇ ਉਹਦੇ ਵਾਰੀ ਵਾਲੀ ਆ ਗਈ ਨਾ ਗੱਲ। ਇਹ ਗੱਲ ਗਲਤ ਹੈ ਭਾਜੀ, ਇਹ ਗੁਰੂਆਂ ਦਾ ਰਸਤਾ ਹੀ ਨੀਗਾ, ਹੌਲੀ ਹੌਲੀ ਸਮਝ ਲੱਗਦੀ ਹੈ, ਇਹ ਗੁਰੂਆਂ ਦਾ ਪਾਤਸ਼ਾਹਾਂ ਦਾ ਰਸਤਾ ਹੀ ਨੀਗਾ, ਇਹ ਪਹਿਲਾਂ ਤੋਂ ਅਲਝਾਏ ਹੋਏ ਆ ਏਦਾਂ ਹੀ। ਆ ਹੁਣ ਆ ਮਾਨ ਦੀ ਵੀਡੀਓ ਜੇ ਤੁਸੀਂ ਸੁਣੀ ਹੋਣੀ, ਉਹ ਸਿਮਰਜੀਤ ਸਿੰਘ ਮਾਨ ਦੀ, ਕਿਹੜੇ ਵਾਲੀ ਬਾਰੇ, ਉਹ ਬ੍ਰੇਨ ਆਉਣ ਤੇ ਸਿਮਰਜੀਤ ਸਿੰਘ ਮਾਨ ਬਾਰੇ। ਅੱਛਾ ਆਹੋ, ਹੁਣ ਅੱਛਾ, ਮੈਨੂੰ ਤਾਂ ਉਹਤੇ ਵੀ ਬੜਾ ਤਰਸ ਆਇਆ ਵੀ ਕਿੱਡੇ ਕੰਜਰ, ਹੁਣ ਦੇਖ ਇਹਨਾਂ ਲਈ ਕਿੱਦਾਂ ਦੀ ਭਾਸ਼ਾ ਵਰਤਦਾ ਉਹ। ਅੱਛਾ, ਜਦੋਂ ਸਾਡੀ ਗੱਲ ਹੁੰਦੀ ਸੀ ਇਹ ਕਦੇ ਢਿੱਲੋਂ ਨੂੰ ਲੈ ਕੇ, ਇਹ ਜਿਹੜਾ ਇਹ ਧੁੰਦੇ ਉਹਨਾਂ ਦੇ ਕਾਲਜ ਦਾ ਪੜ੍ਹਿਆ ਹੈ ਨਾ ਇਹ। ਅੱਛਾ, ਬਾਅਦ ਕੇਸ ਕੂਸ ਘਟਾਤੀ ਹੋਏ ਨੀ। ਅੱਛਾ, ਇਹ ਉਦੋਂ ਕਿੱਦਾਂ ਪੇ ਸ਼ਬਦ ਨੀ ਏਦਾਂ ਦੇ ਵਰਤ, ਹੁਣ ਕਿੱਦਾਂ ਭੇਡੂ ਉਹਨਾਂ ਨੂੰ। ਤੇਰੀ ਜਦੋਂ ਤੇਰੀ ਘਰ ਦੀਆਂ ਔਰਤਾਂ ਦੀ ਫੋਟੋ ਪਈ ਆ, ਹੁਣ ਤੈਨੂੰ ਐਡਾ ਵੱਡਾ ਖਾਲਿਸਤਾਨੀ ਲੀਡਰ ਵੀ ਏਦਾਂ ਲੱਗਣ ਲੱਗ ਪਿਆ ਹੈ। ਹੁਣ ਹਾਂ, ਹੁਣ ਲੱਗਣ ਲੱਗ ਪਿਆ, ਦੇਖ ਲਓ ਇਹ ਸਾਰੇ ਹੀ ਕਮੀਣੇ ਆ ਭਾਜੀ, ਸਾਰੇ ਸਵਾਰਥ ਦੇ ਮਾਰਿਓ ਹੈ, ਬੜੀ ਧਿਰ ਨੂੰ ਖੁਸ਼ ਕਰਨੇ ਚ ਲੱਗੇ ਹੋਏ ਆ ਸਾਰੇ, ਬਸ ਸਾਰੇ ਪੂਛ ਉਹਨਾਂ ਦੀ ਮਾਰਦੇ ਆ। ਨਾ ਨਾ, ਉਹ ਤਾਂ ਹੈਰਾਨੀ ਹੋਈ ਕੁੜੀ ਦੀਆਂ, ਉਹਦੀ ਕੁੜੀ ਦੀਆਂ ਲਿਖੀਆਂ ਗੱਲਾਂ। ਹਾਂ ਦੇਖ ਲਓ ਤੁਸੀਂ, ਸਾਕੀ ਕੁੜੀ ਦੀਆਂ। ਹਾਂ ਨਹੀਂ, ਅਸੀਂ ਤਾਂ, ਮੈਨੂੰ ਤਾਂ ਬਹੁਤ ਚੜ੍ਹਦਾ ਹੀ ਪਤਾ ਲੱਗ ਗਿਆ ਸੀਗਾ, ਜਿਹੜੇ ਭਾਈ ਇਹ ਬੰਦੇ ਦੇਖੋ ਦੇਖੋ 34-35-40 ਸਾਲ ਹੋ ਚੱਲੇ ਬੰਦੇ ਨੇ ਕੌਮ ਨੂੰ ਏਦਾਂ ਐ ਉਂਗਲੀ ਤੇ ਘੁਮਾਇਆ ਪਿਆ, ਇੱਕ ਵੀ ਗੱਲ ਅਕਲ ਦੀ ਨਹੀਂ ਕੀਤੀ, ਫਿਰ ਵੀ ਸਾਡੀ ਕੌਮ ਦਾ ਲੀਡਰ ਹੈ, 2-3 ਵਾਰ ਉਹ MP ਬਣ ਚੁੱਕਿਆ। ਉਹ ਨਹੀਂ, ਉਹ ਤਾਂ ਯਾਰ ਮੈਨੂੰ ਤਾਂ ਵਾਰ ਵਾਰ ਲੱਗੀ ਜਾਂਦਾ ਵੀ ਪਿਓਰਲੀ ਨਾ ਜਿਹੜਾ ਏਜੰਡਾ ਹੈਗਾ ਬਾਹਰ, ਹੁਣ ਤੁਸੀਂ ਦੇਖੋ ਠੀਕਰੀ ਵਾਲਾ ਬਾਹਰ ਆਇਆ, ਇਹ ਜਿਹੜਾ ਇਹਨਾਂ ਦਾ ਸੀਗਾ ਬਘੇਲਾ, ਫਿਰ ਸੁਰਿੰਦਰ ਸਿੰਘ ਪੱਤਰਕਾਰ, ਬਾਕੀ ਥੱਲੇ ਪਤਾ ਨਹੀਂ ਕਿੰਨੇ ਕੁ ਬੰਦੇ ਹੋਣੇ ਆ, ਕਿਉਂਕਿ ਉਹ ਜਿਹੜਾ ਨਾ ਉੱਥੋਂ ਪੰਜਾਬ ਤੋਂ ਬਾਹਰ ਨਿਕਲਣੇ ਵਾਲਾ ਏਜੰਡਾ ਸੀ ਵੀ ਇੱਥੇ ਰਿਫਿਊਜੀ ਕੇਸ ਲੱਗਦੇ ਸੀ, ਠੀਕ ਆ, ਉਹਦੇ ਤਹਿਤ ਹੀ ਇਹਨੂੰ ਜਿੰਦਾ ਰੱਖਿਆ ਗਿਆ ਆ, ਇਹਨੂੰ ਛਾਲਿਆ ਗਿਆ, ਉਹੀ ਬੰਦੇ ਉੱਥੇ ਨੇੜੇ ਜਾਂਦੇ ਆ ਜਿਹਨਾਂ ਨੂੰ, ਜਿਹੜੇ ਬੰਦੇ ਚਾਹੁੰਦੇ ਆ ਵੀ ਇੱਦਾਂ ਵੀ ਜਿਹਨਾਂ ਦਾ ਬੰਦਾ ਚੱਲ ਗਿਆ ਬਾਹਰ, ਮੰਨ ਲਓ 50-60 ਲੱਖ ਲਾ ਕੇ ਹਾਂਜੀ ਰਿਫਿਊਜੀ ਦਾ ਕੇਸ ਲੱਗਾ ਆ, ਅਗਲੇ ਨੂੰ ਅਗਲਾ ਉੱਥੇ ਕਹਿੰਦਾ ਵੀ ਅਜੇ 4 ਸਾਲ ਲੱਗਣੇ ਆ, ਉੱਥੋਂ ਬਾਹਰਲੇ ਡੰਡਾ ਚਾੜਦੇ ਹੋਣੇ ਘਰਦਿਆਂ 'ਤੇ ਵੀ ਬੰਦੇ 10-15 ਪਿੰਡ ਦੇ ਇਕੱਠੇ ਕਰਕੇ ਨਾਲ ਲੈ ਕੇ ਜਾਓ, ਹਾਂ ਠੀਕ ਆ, ਇਹ ਉਹ ਬਸ ਉਹਦੇ ਕਰਕੇ ਇਹ ਜਿੰਦਾ ਆ, ਹੋਰ ਕੋਈ 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 ਕੁਛ ਨਹੀਂ ਨਾ, ਕੋਈ ਖਾਲਿਸਤਾਨ ਬਾਰੇ ਇਹਨਾਂ ਨੂੰ, ਜਿੱਦਾਂ ਮਾਨ ਕਹਿੰਦਾ ਹੁੰਦਾ ਵੀ ਖਾਲਿਸਤਾਨ ਕਿਹੜਾ ਸ਼ਬਦ ਵਰਤਦਾ ਸੀ, ਟੱਟੂ ਲੈਣਾ ਹੀ ਨਹੀਂ ਕਹਿੰਦਾ। ਪਾਰਲੀਮੈਂਟ ਚ ਜਾ ਕੇ ਕੁਛ ਤਾਂ ਬੰਦਾ ਗੱਲ ਕਰੇ, ਕਦੇ ਸੁਣਿਆ ਤੁਸੀਂ ਕਦੇ ਇੱਕ ਵੀ ਗੱਲ ਕਿਸੇ ਇੱਕ ਕੰਮ ਦੀ ਗੱਲ ਕੀਤੀ ਹੋਵੇ, ਫਿਰ ਵੀ ਇਸ ਕੌਮ ਦਾ ਉਹ ਲੀਡਰ ਹੈ, ਬਸ ਰੱਖਿਆ ਬਾਜੀ ਉਹਨੇ
ਦੋਨਾਂ ਨੇ ਰੱਖਿਆ ਵਾ ਨਾ, ਉਹਨਾਂ ਨੂੰ ਵੀ ਫਾਇਦਾ ਵੀ ਇਹ ਭੇਡੂ ਬਣਾਇਓ ਆ ਬਣੇ ਰਹਿਣ ਸਾਡਾ, ਅਸੀਂ ਆਰਾਮ ਨਾਲ ਨਜ਼ਾਰੇ ਲੈ ਰਹੇ ਅਗਲੇ ਅਗਲਿਆਂ ਨੇ ਉੱਥੇ ਕਸ਼ਮੀਰ ਦੀ 70 ਧਾਰਾ ਦੇਖ ਲੈ ਤੋੜ ਕੇ ਰੱਖਤੀ ਕਿ ਨਹੀਂ ਫਸੇ ਰਹਿਣ ਜਿਹੜੇ ਬਾਕੀ ਹੁਣ ਕਾਂਗਰਸੀ ਆ ਦੂਜੇ, ਇਹਨੂੰ ਕੇਜਰੀਵਾਲ ਨੂੰ ਕਿੱਦਾਂ ਸਿੱਟਿਆ, ਉਹਨਾਂ ਦੇ ਅਕਾਊਂਟ ਸੀਜ਼ ਕਰ ਦਿੱਤੇ, ਮਤਲਬ ਜਿਹੜੇ ਬੰਦੇ ਉਹਨਾਂ ਨੂੰ ਪਤਾ ਨਾ ਕੁਛ ਕਰਨੇ ਵਾਲੇ ਆ ਉਹਨਾਂ ਨੂੰ ਹੋਰ ਤਰ੍ਹਾਂ ਟੈਕਲ ਕਰਦੇ ਆ, ਉਹਨਾਂ ਨੂੰ ਖੁੱਲੇ ਥੋੜੀ ਛੱਡਦੇ ਆ। ਹਾਂ ਬਸ 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 ਖੁੱਲੇ ਉਹਨਾਂ ਨੂੰ, ਮਤਲਬ ਇੱਕ ਬਾੜੇ ਦੇ ਵਿੱਚ ਪਸ਼ੂ ਹੈ ਭਿੜਦੇ ਆ ਭਿੜੀ ਜਾਣਾ ਉਸ ਵਿੱਚ ਮਾਰੀ ਜਾਣਾ, ਉਹਨੂੰ ਪਤਾ ਹੈ ਸਾਡਾ ਕੀ ਜਾਂਦਾ ਉਹਦੇ ਵਿੱਚ। ਉਹ ਅਗਲਾ ਕਹਿੰਦਾ ਇਹਨੇ ਸਿੰਘ ਸੁੰਘ ਮਾਰ ਕੇ ਥੱਕ ਜਾਣਾ ਆ। ਹਾਂ ਬਸ ਅਲਝਾਇਓ ਆ ਭਾਈ, ਜੇ ਉੱਦਾਂ ਅਕਲ ਅਕਲ ਵਾਲਾ ਹੁਣ ਅਕਲ ਵਾਲੇ ਪਾਸੇ ਨੂੰ ਤੁਰ ਪੈ ਜੇ, ਕਿਉਂਕਿ ਭਾਜੀ ਇੱਕ ਲੜੀ ਹੁੰਦੀ ਹੈ, ਇੱਕ ਲੜੀ ਤੋੜ ਜਦੋਂ ਨਾ ਉਹ ਕੇ ਪੀ ਐਸ ਗਿੱਲ ਨੇ 93 ਦੇ ਵਿੱਚ ਇਹ ਚੀਜ਼ ਨੂੰ ਕੀਤਾ, ਇੱਕ ਉਨ ਇੱਕ ਆਪਰੇਸ਼ਨ ਇਹ ਨਹੀਂ ਸ਼ੁਰੂ ਕੀਤਾ ਜਦੋਂ, ਹੈ ਨਾ, ਉਹਦਾ ਇਹ ਸੀਗਾ ਵੀ ਇੱਕ ਜਿੱਦਾਂ ਜਾਤਕਰ ਇੱਕ ਨੈਟਵਰਕ ਟੁੱਟ ਗੱਬੇ ਉਹ ਤਾਰ ਇੱਕ ਵਾਰੀ ਕੱਟ ਨਹੀਂ ਹੁੰਦੀ, ਪਿਛਲੇ ਪਿੱਛੇ ਦਾ ਹੀ ਮੋਹਰਲੇ ਮੋਹਰ ਹੈ ਯਾਰ, ਉਨਾ ਚਿਰ ਇਹ ਗੱਲ ਨਹੀਂ ਬਣਨੀ ਇੱਕ ਲੜੀ ਤੋੜ। ਇਹਨਾਂ ਨੂੰ ਪਤਾ ਹੈ ਵੀ ਜੇ ਇਹ ਇੱਕ ਵਾਰੀ ਮੂਰਖ ਬਣਨ ਵਾਲੀ ਲੜੀ ਟੁੱਟ ਗਈ ਫਿਰ ਪਿਛਲੇ ਦੇ ਅਗਲ ਵਾਲੇ ਤੁਰਪਾ, ਉਸ ਕਰਕੇ ਲੜੀ ਨਾ ਇਹ ਲੜੀ ਟੁੱਟਣ ਨਹੀਂ ਦੇ ਰਿਹਾ ਬਈ, ਕੋਈ ਵੀ ਬੰਦਾ ਇਹਨਾਂ ਨੂੰ ਅਕਲ ਦੀ ਗੱਲ ਕਰਨ ਵਾਲਾ ਅੱਗੇ ਨਹੀਂ ਆਣ ਦੇਣਾ, ਅੱਗੇ ਆਊਗਾ ਜੋਗਰਾਜ ਵਰਗਾ ਮਾਨ ਵਰਗਾ। ਆ ਮੈਂ ਤਾਂ ਇੱਕ ਹੋਰ ਸੋਚਦਾ ਸੀ ਭਾਜੀ ਵੀ ਕਮਾਲ ਦੀ ਗੱਲ ਆ ਜਿਹੜੇ ਉਦੋਂ ਕਹੇ ਆ ਜਿੱਦਾਂ ਜਾਂ ਉਦੋਂ ਕਹੇ ਅਜਮੇਰ ਸਿੰਘ, ਹੈ ਨਾ, ਹੁਣ ਪਿੱਛੇ ਪਿੱਛੇ ਵੀ ਇੱਕ ਵਾਰੀ ਭਾਈ ਰਣਜੀਤ ਸਿੰਘ ਨੇ ਬਾਜ ਦੀ ਗੱਲ ਕੀਤੀ ਸੀ ਕਿ ਝੱਟ ਪ੍ਰਗਟ ਹੋ ਗਿਆ ਉਦੋਂ ਕੇ ਬਾਜ ਬਾਰੇ, ਯਾਦ ਹੈ ਤੁਹਾਨੂੰ ਵੀ ਬਾਜ ਇੱਦਾਂ ਨੀ ਹੁੰਦਾ ਏਦਾਂ ਨੀ ਹੁੰਦਾ ਜਸਟੀਫਾਈ ਮਤਲਬ ਝੂਠਾ ਕਰਨ ਨੂੰ ਉਹਨੂੰ ਭਾਈ ਰਣਜੀਤ ਸਿੰਘ ਨੂੰ, ਹੈ ਨਾ, ਹੁਣ ਹੁਣ ਉਹਨੇ ਕੀਤੀ ਮੱਟ ਨੇ ਕੀਤੀ ਸ਼ੇਰ ਉਹਨੇ ਤੇ ਹੁਣ ਝੱਟ ਪਰ ਫਿਰ ਪ੍ਰਗਟ ਹੋ ਗਿਆ ਹੈ ਨਾ। ਇਹ ਵਾਕਿਆ ਹੀ ਪੜ੍ਹਾਈ ਹੈ ਇਹਨਾਂ ਦੀ ਭਾਜੀ, ਇਹ ਚਾਹਣ ਨਾ ਔਰੰਗਜ਼ੇਬ ਨੂੰ ਵੀ ਸੱਚਾ ਸਿੱਖ ਸਾਬਤ ਕਰ ਸਕਦੇ ਆ, ਗੱਲਾਂ ਦਾ ਭੰਡਾਰ ਹੈਗਾ ਆ, ਤਾਂ ਹੀ ਤਾਂ ਭਾਟੜੇ ਕਹੀਦਾ ਇਹਨਾਂ ਨੂੰ, ਇਹ ਸੋਲੇ ਗਾਉਣੇ ਵਾਲਾ ਹੀ ਆ ਬਸ, ਗੱਲਾਂ ਦਾ ਭੰਡਾਰ ਗੱਲ ਘੁਮਾਉਣੀ, ਇਹ ਮਤਲਬ ਨਾ ਹਰ ਬੰਦੇ ਦੇ ਪਕੜ ਚ ਨਹੀਂ ਆਉਂਦੇ ਇਹ ਲੋਕ, ਪ੍ਰੋਬਲਮ ਇੱਥੇ ਹੀ ਹੈ। ਚਲੋ ਹੁਣ ਇਹ ਨੀ ਕਿ 10 ਮਿੰਟ ਨੀ ਉਹ ਭੂਮਿਕਾ ਬਣਨੀ ਬੰਦੇ ਨੂੰ ਦਸ, ਜਦੋਂ ਨਾ ਤੁਹਾਡਾ ਬ੍ਰੇਨ ਤੁਸੀਂ ਜਦੋਂ ਕਿਸੇ ਨੂੰ ਸੁਣਦੇ ਆ ਭਾਜੀ, ਹੈਨਾ, ਜਦੋਂ ਤੁਹਾਨੂੰ 5-7 ਮਿੰਟ ਉਹ ਵਧੀਆ ਲੱਗਦਾ ਨਾ ਤੁਸੀਂ ਆਪਣਾ ਦਿਮਾਗ ਉਹਦੇ ਸਿਲੰਡਰ ਕਰ ਦਿੰਦੇ ਆ, ਇਹ ਪ੍ਰੋਬਲਮ ਹੈ ਸਾਡੀ। ਜਦੋਂ ਸਿਲੰਡਰ ਕਰਦੇ ਉਹਨਾਂ ਨੂੰ ਪਤਾ 10 ਮਿੰਟ ਬਾਅਦ ਉਹਨੀ ਕੁਛ ਐਸੀ ਛੱਟ ਮਾਰਨੀ ਹੈ ਨਾ, ਤੁਹਾਨੂੰ ਖਿੱਚ ਕੇ ਲੈ ਜਾਣਾ ਦੂਜੇ ਪਾਸੇ ਨੂੰ, ਆਹ ਕੰਮ ਹੁੰਦਾ, ਉਹ ਨੁਕਤ ਬਸ ਉਹ ਸਮਝ ਬਹੁਤ ਔਖਾ ਹੁੰਦਾ ਹੈ ਕਿਸੇ, ਇਹਦੀ ਪਹਿਲਾਂ ਭੂਮਿਕਾ ਬੰਦਿਆਂ ਨੇ ਪੂਰੀਆਂ ਉਹ ਗੱਲਾਂ ਕਰਨੀਆਂ ਜਿਹੜੀਆਂ ਗੁਰੂ ਦੀਆਂ, ਕੁਛ ਸਿਫਤਾਂ ਇੱਦਾਂ ਦੀਆਂ ਕਰਨੀਆਂ, ਕੁਛ ਗੱਲਾਂ ਇੱਦਾਂ ਦੀਆਂ ਕਰਨੀਆਂ, ਤਾਂ ਕਿ ਤੁਹਾਡਾ ਜਿਹੜਾ ਬ੍ਰੇਨ ਹੈ ਨਾ ਉਹਨਾਂ ਦੇ ਸਿਲੰਡਰ ਹੋ ਜਾਵੇ, ਜਦੋਂ ਤੁਸੀਂ ਪੂਰੀ ਤਰ੍ਹਾਂ ਖੁੱਬ ਗਏ ਤੇ ਨਹੀਂ ਤਾਂ ਯਾਰ ਬਹੁਤ ਸਹੀ ਹੈ, ਉਹਨੀ ਫਿਰ ਉੱਥੇ ਜਾ ਕੇ ਐ ਜਿੱਦਾਂ ਉਹ ਜਿੱਦਾਂ ਹੱਡੀਆਂ ਦੇ ਡਾਕਟਰ ਹੁੰਦੇ ਹੈ ਨਾ, ਹੱਡੀਆਂ ਚੜਾਉਣ ਵਾਲੇ ਜਿਹੜੇ, ਉਹ ਏਦਾਂ ਨਾ ਉਹ ਜੇ ਹੁਣ ਤੁਹਾਡੀ ਕੂਹਣੀ ਟੁੱਟੀ ਹੋ ਮੰਨ ਲਓ ਫਾਰ ਐਗਜ਼ਾਮਪਲ, ਹੈ ਨਾ, ਮੈਂ ਦੇਖਿਆ ਏਦਾਂ ਉਹ ਏਦਾਂ ਤੁਹਾਨੂੰ ਕੂਹਣੀ ਏਦਾਂ ਮਲਦੇ ਰਹਿੰਦੇ ਨਾਲੇ ਤੁਹਾਡੇ ਨਾਲ ਗੱਲਾਂ ਕਰੀ ਜਾਂਦੇ, ਨਾਲੇ ਹੱਥ ਫੇਰੀ ਜਾਂਦੇ ਪੋਲਾ, ਹੈ ਨਾ, ਏਦਾਂ ਦੂਜੇ ਦਾ ਤੇਲ ਵਾਲਾ, ਪਤਾ ਹੀ ਨੀ ਲੱਗਦਾ ਜਦੋਂ ਤੁਹਾਡਾ ਧਿਆਨ ਖੁੱਬ ਜਾਂਦਾ, ਹਾਂ ਗੱਲਾਂ ਉਹ ਇੱਕ ਝਟਕਾ ਮਾਰਦੇ ਆ ਤੁਹਾਡੀ ਚੀਕ ਨਿਕਲਦੀ ਆ, ਕੂਹਣੀ ਵੜ ਜਾਂਦੀ ਹੈ ਤੁਹਾਡੀ, ਹੈ ਨਾ, ਉਹ ਇੱਦਾਂ ਇਹ ਨਰਮ ਕਰ ਲੈਂਦੇ ਤੁਹਾਡੇ ਦਿਮਾਗ ਨੂੰ ਨਾ, ਆਪਣੇ ਕੰਟਰੋਲ ਚ ਕਰ ਲੈਂਦੇ, ਮਤਲਬ ਗੱਲਾਂ ਇੱਦਾਂ ਦੀਆਂ ਆਦੀਆਂ ਸਿੱਖੀ ਹੋਈ ਇੱਦਾਂ ਨਾ, ਸਿਖਲਾਈ ਇੱਦਾਂ ਆ, ਇਹ ਨੀ ਮੁੜ ਕੇ ਫਿਰ ਉੱਥੇ ਜਾ। ਹੁਣ ਜਿਹਨੂੰ ਮਰਜ਼ੀ, ਜੇ ਕੌਮ ਚ ਇੱਦਾਂ ਹੀ ਹੈ ਨਾ, ਜਿਹਨੂੰ ਚਾਹਿਆ ਇਹਨਾਂ ਲੋਕਾਂ ਨੇ ਉਹਨੂੰ ਗਦਾਰ ਬਣਾ ਤਾ, ਜਿਹਨੂੰ ਚਾਹਿਆ ਉਹਨੂੰ ਪੰਥਕ ਬਣਾ ਤਾ, ਇੱਕ ਮਿੰਟ ਇਹ ਜਿਹਨੂੰ ਚਾਹਣ ਅੱਜ ਵੀ
ਪੂਰੀ ਤਰ੍ਹਾਂ ਪੰਥਕ ਵੀ ਬਣਾ ਸਕਦੇ ਆ, ਜਿਹਨੂੰ ਚਾਹਣ ਗਦਾਰ ਵੀ ਬਣਾ ਸਕਦੇ, ਜਿਹਨੂੰ ਚਾਹਣ ਬਚਾ ਸਕਦੇ ਆ, ਮਤਲਬ ਕਿਸੇ ਨੂੰ ਢਕਣਾ ਆ ਇਹ ਨੀ, ਧੂਮੇ ਨੂੰ ਢਕਣਾ ਆ, ਮਤਲਬ ਇਹਨੇ ਟਕਸਾਲ ਨੂੰ ਢਕਣਾ ਇਹ ਨੀ, ਮਤਲਬ ਹੈ ਨਾ, ਇਹਨਾਂ ਕੋਈ ਇੱਦਾਂ ਦੇ ਪੱਕੇ ਪੜਦੇ ਆ ਕਿ ਤੁਹਾਡਾ ਧਿਆਨ ਉੱਧਰ ਜਾਣ ਨੀ ਦੇਣਾ, ਨੀ ਇਹਨੇ ਰੋਕ ਲੈਣਾ ਉੱਧਰ ਜਾਣ, ਇਹ ਮੇਰੇ ਮੋਹਰੇ ਆ ਕੇ ਖੜ ਜਾਣਾ, ਇਹਨੇ ਤੁਹਾਡੇ ਉਹ ਐਸੀਆਂ ਗੱਲਾਂ ਕਰਨੀਆਂ ਕਿ ਤੁਹਾਡਾ ਤੁਸੀਂ ਦੂਏ ਪਾਸੇ ਤੋੜ ਦੇਣਾ ਸਾਨੂੰ, ਰੱਖੇ ਹੀ ਤਾਂ ਆ ਕਿ ਉਹ ਸਾਡਾ ਸਾਡੇ ਜਦੋਂ ਸਾਡੇ ਤੀਕਰ ਕੋਈ ਪਹੁੰਚਣ ਲੱਗੇ ਸਾਡੀ ਵਿਚਾਰਧਾਰਾ ਤੀਕਰ, ਕੀ ਰੋਕਣਾ ਆ ਉਹਨਾਂ ਨੂੰ, ਇਹ ਡਿਫੈਂਡ ਕੀ ਕਰਦੇ ਹੁੰਦੇ ਉਹ ਬੰਦੇ ਆ ਇਹ ਜਿਹੜੇ ਉਸ ਵੇਲੇ ਉਹਨੇ ਉੱਥੇ ਖੜੇ ਆ ਉੱਥੇ ਮੌਕੇ ਤੇ, ਇੰਨੀ ਹੱਟ ਪ੍ਰਗਟ ਹੋਣਾ ਆ ਵੀ ਆਹ ਗੱਲ ਤਾਂ ਆਹ ਤਾਂ ਗੱਲ ਪਿਆਰੀ ਦੇ ਉਲਟ ਚੱਲੀ ਰਹੇ, ਪਿਆਰੀ ਦੇ ਤਾਂ ਮਤਲਬ ਇਹਦੇ ਇਹਨੇ ਗਲੇ ਨੂੰ ਹੱਥ ਪਾ ਲਿਆ, ਇਹਨੇ ਉੱਥੇ ਹੱਥ ਜਾਣ ਨੀ ਦੇਣਾ, ਬਸ 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 ਇਹਨੇ ਉੱਥੇ ਉੱਥੋਂ ਬੱਚਿਆ ਪਿੱਛੇ ਪਿੱਛੇ ਤੁਹਾਡੀ ਸੁਰਤ ਨੂੰ ਮੋੜ ਦੇਣਾ ਭਾਈ ਨਹੀਂ ਇੱਧਰ ਨੂੰ ਮੁੜ, ਇਹਨੀ ਹੋਰ ਪਾਸੇ ਧਿਆਨ, ਉਹ ਗੱਲਾਂ ਇੱਦਾਂ ਨੀ ਕਰਨੀਆਂ, ਭੰਡਾਰ ਇੱਦਾਂ ਦੇ ਇਹਨਾਂ ਦੇ ਕੋਲ, ਮਤਲਬ ਸੱਚੇ ਨੂੰ ਝੂਠਾ, ਝੂਠੇ ਨੂੰ ਸੱਚਾ, ਹੁਣ ਮਤਲਬ ਉਹੀ ਗੱਲਾਂ ਹੋਰ ਕੋਈ ਕਰਦਾ ਤਾਂ ਇਹਨਾਂ ਤੇ ਦੂਜੇ ਪਾਸੇ ਵਾਲੀਆਂ ਕਰਾ ਲਓ, ਇਹਨੇ ਉਲਟ ਵੀ ਜਸਟੀਫਾਈ ਕਰ ਦੇਣਾ ਸੀ, ਜੇ ਦੂਜਾ ਕੋਈ ਜੇ ਇਹੀ ਗੱਲ ਕੋਈ ਹੋਰ ਕਰਦਾ ਤੇ ਇਹਨੇ ਦੂਜੇ ਪਾਸੇ, ਜੇ ਮਾਰ ਐਗਜ਼ਾਮਪਲ ਜੇ ਬਾਜ ਵਾਲੀ ਧੁੰਮਾ ਗੱਲ ਕਰਦਾ ਉਹਨੂੰ ਭਾਈ ਰਣਜੀਤ ਸਿੰਘ ਕੱਟਦਾ, ਫੇਰ ਇਹਨੇ ਧੁੰਮੇ ਦੇ ਹੱਕ ਚ ਸਾਰਾ ਕੁਛ ਕਰ ਦੇਣਾ ਸੀ, ਉਹਨੂੰ ਬਾਜ ਨੂੰ ਸਾਬਤ ਕਰ ਦੇਣਾ ਤੇ 70 ਸਾਲ ਵੀ ਜੀਂਦਾ ਵੀ ਉਹ ਹੈਗਾ, ਉਹ ਚੁੰਜ ਵੀ ਸਭ ਕੁਛ ਸਾਬਤ, ਫਿਰ ਉਹ ਪ੍ਰੂਫ ਕੱਢ ਕੱਢ ਕੇ ਲਿਆਣੇ ਦੇ ਜਿਹੜੇ ਕਿਸੇ ਨੇ ਸੁਣੇ ਹੀ ਨਹੀਂ, ਹੁਣ ਕੀ ਹੁਣ ਉਲਟ ਹੋਇਆ, ਹੁਣ ਦੂਜੇ ਪਾਸੇ ਸੌਖਾ ਨੀ, ਥੋੜੀ ਜਿਹੀ ਸੁਰਤ ਨੂੰ ਬਸ ਨਾ ਆਪਣੀ ਐਡੀ ਕੋਈ ਐਡੀ ਗੱਲ ਵੀ ਨੀ ਹੈਗੀ, ਮਤਲਬ ਹੰਕਾਰ ਨੀ ਕਰਨਾ ਚਾਹੀਦਾ, ਬਣਾ ਲੈਣ ਸਾਨੂੰ ਬਣਾ ਲੈਣ ਕਿਹੜਾ ਬਣਾਦਾ ਹੈ ਨਾ, ਐਡੀ ਬੜੀ ਗੱਲ ਨੀ ਹੈਗੀ ਕੋਈ, ਪਰ ਥੋੜੀ ਜਿਹੀ ਸੁਰਤ ਨੂੰ ਆਪਣੀ ਜਦੋਂ ਇਹ ਗੱਲ ਕਰਦੇ ਨਾ ਇਹਨਾਂ ਦੇ ਐਕਸ਼ਨਾਂ ਵੱਲ, ਇਹਨਾਂ ਦੀ ਸੋਚ ਵੱਲ ਧਿਆਨ ਰੱਖੋ ਵੀ ਇਹ ਗੱਲ ਵੱਡੀ ਵੱਡੀ ਕਾਹਤੇ ਕਰ ਰਹੇ ਆ, ਬਸ ਇੰਨਾ ਕੁ ਸੋਚ ਲਿਓ ਵੀ ਬੜੀ ਬੜੀ ਗੱਲ ਕਾਹਤੇ ਕਰ ਰਹੇ ਆ, ਕੋਈ ਕਾਰਨ ਆ, ਸਿਫਤਾਂ ਦੇ ਪੁਲ ਕਿਉਂ ਬਲ ਰਹੇ ਆ ਕਿਸੇ ਦੇ, ਇਹ ਗੁਰੂਆਂ ਦੇ ਐਡਾ ਸਿਫਤਾਂ ਦੇ ਪੁਲ ਤਾਂ ਬਣਦੇ ਨੀ, ਕਾਹਤੇ ਮਰ ਰਹੇ, ਜਿਹੜਾ ਬੰਦਾ ਇਹ ਇੱਥੇ ਰੁਕ ਗਿਆ ਨਾ, ਇੱਥੇ ਖੜ ਗਿਆ ਵੀ ਕੋਈ ਨਾ ਕੋਈ ਮੋਹਰੇ ਤੁਹਾਨੂੰ ਕੋਈ ਨਾ ਕੋਈ ਪੁੱਠੇ ਪਾਸਣ ਲੈ ਕੇ ਜਾਣਾ ਆ, ਫਿਰ ਤੁਸੀਂ ਫੜ ਲੈਣਾ ਇਹਨਾਂ ਨੂੰ, ਸੌਖੇ ਫੜ ਲੈਣਾ, ਤੇ ਚਲੋ ਭਾਜੀ ਤੁਸੀਂ ਲਓ ਹੋਰ ਸਰੋਤਾ, ਬਸ ਇੰਨੀ ਕਈ ਗੱਲ ਕਰਨੀ ਸੀਗੀ ਅੱਜ, ਤੇ ਫਿਰ ਆਪਾਂ ਅਗਲੇ ਵੀਕ ਜਿੱਦਾਂ ਵੀ ਕਰਦੇ ਗੱਲ, ਥੈਂਕ ਯੂ ਜੀ, ਠੀਕ ਹੈ ਭਾਈ, ਧੰਨਵਾਦ ਸਤਨਾਮ ਸਿੰਘ ਜੀ, ਸਾਡੇ ਨਾਲ ਦੋ ਕਾਲਾਂ ਜ਼ਰੂਰੀ ਸੀਆਂ ਜੀ, ਉਹ ਆਪਾਂ ਪਹਿਲਾਂ ਦੇਖ ਲਈਏ ਅਤੇ ਫਿਰ ਬਾਕੀ ਤੁਹਾਡੀ ਗੱਲਬਾਤ ਜਿਹੜੀ ਆ ਉਹ ਕਰ ਲਾਂਗੇ, ਸੌਰੀ ਜੀ ਇੱਥੇ ਤਾਂ 70 ਤੋਂ ਵੱਧ ਕਾਲਾਂ ਮਿਸ ਹੋਈਆਂ ਵਟਸਐਪ 'ਤੇ ਮੇਰੇ ਕੋਲ, ਕੋਈ ਨਹੀਂ ਜੀ ਤੁਹਾਡੇ ਕੋਲ ਜਿੰਨਾ ਕੁ ਟਾਈਮ ਸਾਡੇ ਕੋਲ ਹੈਗਾ ਆਪਾਂ ਗੱਲਬਾਤ ਆਪਣੀ ਕਰ ਲੈਂਦੇ ਹਾਂ, ਹਾਂਜੀ ਤੁਸੀਂ ਆਉਂਦੇ ਰਹਾਂ ਜੀ, ਹੈਲੋ ਜੀ ਤੁਸੀਂ ਆਉਂਦੇ ਰਹੋ ਜੀ, ਸਰ ਮੈਂ ਸਾਹਿਲ ਗੱਲ ਕਰਦਾ ਗੁਰਦਾਸਪੁਰ ਤੋਂ, ਹਾਂਜੀ ਸਰ ਮੈਂ ਨਾ ਥੋੜਾ ਜਿਹਾ ਆਪਣਾ ਕੰਟੈਕਸਟ ਦਵਾਂ, ਮਤਲਬ ਵੀ ਮੈਂ ਥੋੜਾ ਘਬਰਾਇਆ ਜਿਹਾ ਹੈ ਨਾ, ਪਹਿਲੀ ਵਾਰੀ ਕਾਲ ਕੀਤੀ, ਡਰਿਆ ਜਿਹਾ ਮੈਂ ਥੋੜਾ ਜਿਹਾ, ਨਹੀਂ ਕੋਈ ਨਹੀਂ, ਲੰਬਾ ਲੰਬਾ ਸਾਰਾ ਸਾਹ ਲੈ ਕੇ ਜਿੱਦਾਂ ਫੋਨ 'ਤੇ ਗੱਲ ਕਰਦੇ ਹੁੰਦੇ ਹਾਂ ਇੱਦਾਂ ਗੱਲ ਕਰੀ ਜਾਓ ਤੁਸੀਂ, ਮੈਂ ਫੋਨ 'ਤੇ ਹੀ ਹਾਂ ਇਸ ਵੇਲੇ, ਸਰ ਮੈਂ ਨਾ ਆਪਣਾ ਮੇਰੇ ਚ ਨਾ ਇੱਕ ਨਾ ਪ੍ਰੋਬਲਮ ਆ, ਮੈਨੂੰ ਨਾ ਇਨਫੀਰੀਅਰਿਟੀ ਕੰਪਲੈਕਸ ਬਹੁਤ ਜ਼ਿਆਦਾ ਵਾ, ਕਿਹੜਾ, ਹੈਲੋ ਹਾਂ ਕਿਹੜਾ ਕੰਪਲੈਕਸ, ਹਾਂਜੀ
ਇਨਫੀਰੀਓਰਿਟੀ ਕੰਪਲੈਕਸ, ਮਤਲਬ ਮੈਂ ਨਾ ਆਪਣੇ ਆਪ ਨੂੰ ਬੜਾ ਨੀਵਾਂ ਜਿਹਾ ਸਮਝਦਾ। ਹਾਂਜੀ, ਤੇ ਉਹ ਜਿੱਦਾਂ ਮੈਂ ਆਪਣਾ ਥੋੜਾ ਜਿਹਾ ਕੰਟੈਕਸਟ ਦਵਾਂ, ਮੈਂ ਨਾ ਛੋਟੀ ਜਾਤ ਨਾਲ ਸੰਬੰਧ ਰੱਖਦਾ ਤੇ ਮਤਲਬ ਮੈਂ ਨਾ ਸ਼ੁਰੂ ਤੋਂ ਜ਼ੋਰ ਜ਼ੋਰ ਲਾਉਂਦਾ ਰਿਹਾ ਵੀ ਮੈਨੂੰ ਲੱਗਦਾ ਰਿਹਾ ਸ਼ੁਰੂ ਤੋਂ ਵੀ ਮੈਂ ਮਿਹਨਤ ਕਰਾਂਗਾ ਤੇ ਸ਼ਾਇਦ ਮੇਰਾ ਹਨਾ ਵੀ ਵਜੂਦ ਬਣੂਗਾ ਕੁਝ। ਅਸੀਂ ਮਤਲਬ ਫਰੂਟ ਸੈਲਿੰਗ ਦਾ ਕੰਮ ਕਰਦੇ ਹਾਂ ਤੇ ਹਾਂਜੀ, ਤੇ ਮੈਂ ਨਾ ਸ਼ੁਰੂ ਤੋਂ ਮਿਹਨਤ ਵੱਲ ਬੜਾ ਧਿਆਨ ਰੱਖਿਆ, ਮੈਂ ਖੁਦ ਵੀ ਗੱਡੀਆਂ ਤੇ ਫਰੂਟ ਸੈਲ ਕਰਦਾ ਰਿਹਾ ਤੇ ਉਸ ਤੋਂ ਬਾਅਦ ਹੁਣ ਹੌਲੀ ਹੌਲੀ ਫਿਰ ਮੈਂ ਆਪਣਾ ਰੈਸਟੋਰੈਂਟ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਹੁਣ ਮੈਂ ਉਹ ਵਾਈਂਡ ਅਪ ਕੀਤਾ ਉਹਨੂੰ ਵੇਚ ਕੇ ਤੇ ਹੁਣ ਮੈਂ ਪਰਸਨਲ ਟ੍ਰੇਨਰ ਦਾ ਕੋਰਸ ਕਰਨ ਡਿਆ ਤੇ ਨਾਲੇ ਮੈਂ ਨਿਊਟ੍ਰੀਸ਼ਨਿਸਟ ਦਾ ਕੋਰਸ ਕਰਨ ਡਿਆ। ਫਿਰ ਤੈਨੂੰ ਇਦਾਂ ਕਦੇ ਲੱਗਦਾ ਵੀ ਤੈਨੂੰ ਇਨਫੀਨਿਟੀ ਕੰਪਲੈਕਸ ਆ, ਇੰਨਾ ਕੁਛ ਕਰ ਲਿਆ ਤੈਂ, ਏਜ਼ ਕਿੰਨੀ ਤੇਰੀ? ਡਰ ਬੜਾ ਲੱਗਦਾ ਨਾ ਹੁਣ ਜਿੱਦਾਂ ਮੈਂ ਕੋਈ ਵੀ ਚੀਜ਼ ਪਾਉਣਾ, ਜੇ ਮੈਂ ਕੋਈ ਕੱਪੜਾ ਵੀ ਪਾਉਣਾ ਤਾਂ ਵੀ ਮੈਂ ਕਿਸੇ ਚੱਕ ਕੇ ਪਾਉਣਾ। ਏਜ਼ ਕਿੰਨੀ ਤੇਰੀ? ਏਜ਼ ਮੇਰੀ 28 ਈਅਰ ਹੋ ਗਈ ਜੀ, 28 ਸਾਲ। ਵਿਆਹ ਹੋਇਆ ਕਿ ਨਹੀਂ? ਵਿਆਹ ਨਹੀਂ ਜੀ ਹੋਇਆ ਹਜੇ। ਫਿਰ ਤੈਨੂੰ ਇਦਾਂ ਕਦੇ ਲੱਗਦਾ ਵੀ ਤੈਨੂੰ ਡਰ ਲੱਗ ਰਿਹਾ? ਇੰਨਾ ਕੁਛ ਤੇ ਕਰ ਲਿਆ ਜਾਣੀ, 25-26 ਸਾਲ ਦੀ ਉਮਰ ਤਾਂ ਸਾਡੇ ਤਾਂ ਇੱਥੇ ਐਡੇ ਐਡੇ ਸਕਾਲਰ ਆ 28 ਸਾਲ ਤੱਕ ਪੜ੍ਹੀ ਹੀ ਜਾਂਦੇ, ਉਹਨਾਂ ਨੂੰ ਚਾਹ ਵੀ ਨਹੀਂ ਬਣਾਉਣੀ ਆਉਂਦੀ। ਹਾਂਜੀ, ਤੂੰ ਇੰਨਾ ਕੁਛ ਕਰ ਲਿਆ ਆਪ। ਹਾਂਜੀ, ਜਿਹੜਾ ਜਿਹੜਾ ਡਰ ਤੂੰ ਕਹਿੰਦਾ ਨਾ, ਉਹ ਡਰ ਚੰਗਾ ਹੁੰਦਾ। ਹਾਂਜੀ, ਉਹ ਡਰ ਤੁਹਾਨੂੰ ਫੁਕਰੇ ਬਣਾਉਣ ਤੋਂ ਬਚਾਈ ਰੱਖਦਾ ਹੈ। ਬਿਲਕੁਲ ਜੀ, ਜੇ ਉਹ ਡਰ ਨਾ ਲੱਗਦਾ ਹੁੰਦਾ ਤੈਨੂੰ ਨਾ, ਤੈਂ ਇੱਦਾਂ ਪੂਰਾ ਬੈਲੀ ਬਣਿਆ ਹੋਣਾ ਸੀ, ਇੱਦਾਂ ਮੁੱਛਾਂ ਨੂੰ ਬਟ ਇੱਦਾਂ ਕਰਦੇ ਨੇ, ਅਸੀਂ ਤੈਂ ਕਰ ਦਿੰਦੇ ਹੁੰਦੇ ਹਾਂ, ਅਸੀਂ ਤਾਂ ਇੱਦਾਂ ਨਾਲ ਕੋਰਸ ਕਰ ਲਈਦਾ, ਨਾਲ ਦੋ ਦੋ ਬਿਜ਼ਨਸ ਖੋਲ੍ਹ ਕੇ ਵੇਚ ਵੀ ਦੇਈਦੇ ਅਸੀਂ। ਹਾਂਜੀ, ਤਾਂ ਇੱਦਾਂ ਫੁਕਰੀਆਂ ਮਾਰਦੇ ਹੋਣਾ ਸੀ ਤੇ। ਬਿਲਕੁਲ ਜੀ, ਇਹ ਡਰ ਬਹੁਤ ਚੰਗਾ ਹੁੰਦਾ, ਇਹ ਡਰ ਸਾਵਧਾਨੀ ਦਿੰਦਾ ਸਾਨੂੰ। ਬਿਲਕੁਲ ਜੀ, ਇਹ ਡਰ ਸਾਨੂੰ ਡੋਲਣ ਤੋਂ ਬਚਾ ਕੇ ਰੱਖਦਾ। ਬਿਲਕੁਲ ਜੀ, ਇਸ ਡਰ ਦੇ ਨਾਲ ਅਸੀਂ ਕੋਈ ਗਲਤ ਫੈਸਲੇ, ਵੱਡੇ ਵੱਡੇ ਗਲਤ ਫੈਸਲੇ, ਵੱਡੀਆਂ ਗਲਤੀਆਂ ਤੋਂ ਬਚ ਜਾਂਦੇ ਅਸੀਂ। ਬਿਲਕੁਲ ਜੀ, ਇਹ ਡਰ ਨੂੰ ਬਚਾ ਕੇ ਰੱਖੀਦਾ, ਚੰਗਾ ਆ, ਸਾਵਧਾਨੀ ਬਹੁਤ ਵਧੀਆ ਹੁੰਦੀ ਜ਼ਿੰਦਗੀ ਵਿੱਚ, ਕੋਈ ਨਹੀਂ ਇਹ ਤਾਂ ਪੋਜ਼ਿਟਿਵ ਆ ਤੇਰੇ ਲਈ। ਹਾਂਜੀ, ਤੇ ਮੈਂ ਸਰ ਇੱਕ ਹੋਰ ਗੱਲ ਪੁੱਛਣੀ ਆ ਤੁਹਾਨੂੰ, ਮਤਲਬ ਮੈਂ ਨਾ ਲਾਈਫ ਦੇ ਵਿੱਚ ਓਨਾ ਜ਼ਿਆਦਾ ਖੁਸ਼ ਨਹੀਂ ਹੈਗਾ, ਜਿੱਦਾਂ ਮਤਲਬ ਮੈਂ ਮਿਹਨਤ ਬਹੁਤ ਜ਼ਿਆਦਾ ਕਰਦਾ, ਜ਼ੋਰ ਬਹੁਤ ਲਾਉਣਾ, ਓਨਾ ਲਾਈਫ ਤੋਂ ਖੁਸ਼ ਨਹੀਂ ਆ। ਮੈਂ ਇਹ ਚੀਜ਼ ਸੋਚਦਾ ਵੀ ਜਿੱਦਾਂ ਤੁਸੀਂ ਹੋ ਹਨਾ, ਤੁਸੀਂ ਆਪਣਾ ਜਿੱਦਾਂ ਚੈਨਲ ਨਹੀਂ ਚਲਾਉਂਦੇ ਹੋ, ਤੁਸੀਂ ਮਤਲਬ ਕਦੀ ਪ੍ਰਮੋਸ਼ਨ ਵੀ ਨਹੀਂ ਕਰਦੇ, ਵੀ ਤੁਹਾਡਾ ਮਾਇੰਡ ਸੈਟ ਕਿੱਦਾਂ ਦਾ ਵਾ ਵੀ ਤੁਸੀਂ ਗਰੋਥ ਵੀ ਕਰਨ ਡੇ ਜੇ ਹਨਾ, ਤੇ ਫਿਰ ਵੀ ਗਰੋਥ ਤਾਂ ਹੈ ਵੀ ਨਹੀਂ ਆ, ਮੈਂ ਗਰੋਥ ਕਰਨੀ ਆ, ਆਪਣੇ ਕੰਮ ਵੱਲ ਧਿਆਨ ਆ। ਮੈਂ ਗਰੋਥ ਨਹੀਂ ਕਰ ਰਿਹਾ। ਹਾਂਜੀ, ਮੈਂ 2000 ਦੇ ਵਿੱਚ, ਹਾਂਜੀ, ਮੈਂ ਘਰ ਲਿਆ ਸੀ ਤੇ ਮੇਰੇ ਕੋਲ 2.5 ਲੱਖ ਕਰਜ਼ਾ ਸੀ। ਠੀਕ ਹੈ ਜੀ। 2004 ਦੇ ਵਿੱਚ ਘਰ ਬਦਲਿਆ, 4 ਲੱਖ ਕਰਜ਼ਾ ਸੀ। ਠੀਕ ਹੈ ਜੀ। ਤੇ ਹੁਣ 2024 ਹੋ ਗਿਆ, ਹਾਂਜੀ, ਹੁਣ 8 ਲੱਖ ਕਰਜ਼ਾ ਹੈ। ਠੀਕ ਹੈ ਜੀ। ਠੀਕ ਹੈ, ਪਰ ਮੈਂ ਇੱਦਾਂ ਸੋਚ ਕੇ ਬੈਠਾ ਵੀ ਮਰ ਤਾਂ ਸਾਰਿਆਂ ਨੇ ਜਾਣਾ। ਬਿਲਕੁਲ ਜੀ। ਠੀਕ ਹੈ, ਜਿੰਨਾ ਹੋ ਸਕਦਾ ਉਨਾ ਕਰ ਰਹੇ ਹਾਂ। ਹਾਂਜੀ, ਜਿਹੜਾ ਹੁਣ ਜੇ ਮੈਂ ਇੱਦਾਂ ਆਪਣੇ ਆਪ ਨੂੰ ਬਾਕੀਆਂ ਨਾਲ ਕੰਪੀਟ ਕਰਾਂ ਵੀ ਇਹ ਬੰਦਾ ਮੇਰੇ ਨਾਲੋਂ 2 ਸਾਲ ਘੱਟ ਪੜਿਆ ਹੋਇਆ ਆ,
ਹਾਂਜੀ ਇਹ ਮੇਰੇ ਨਾਲੋਂ 5 ਸਾਲ ਬਾਅਦ ਵਿੱਚ ਨਿਊਜ਼ੀਲੈਂਡ ਆਇਆ। ਹਾਂਜੀ ਇਹਦੀ ਤਨਖਾਹ ਮੇਰੇ ਨਾਲੋਂ ਘੱਟ ਆ। ਹਾਂਜੀ ਪਰ ਪ੍ਰੋਪਰਟੀ ਇਹਦੇ ਕੋਲ ਮੇਰੇ ਨਾਲੋਂ ਘਰ ਦੋ ਵੱਧ ਆ ਇਹਦੇ ਕੋਲ ਮੇਰੇ ਨਾਲੋਂ। ਹਾਂਜੀ ਫਿਰ ਮੈਂ ਖੁਸ਼ ਹੋ ਜਾਊਂਗਾ? ਨਹੀਂ ਜੀ। ਹੁਣ ਮੈਂ ਤਾਂ ਇੱਦਾਂ ਸੋਚਦਾ ਵੀ ਮੈਂ ਹਰਨੇਕ ਹਾਂ। ਹਾਂਜੀ ਹਰਨੇਕ ਇੱਕੋ ਹੀ ਆ ਯੂਨੀਵਰਸ ਦੇ ਵਿੱਚ। ਹਾਂਜੀ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ, ਮੇਰਾ ਮੁਕਾਬਲਾ ਆਪਣੇ ਆਪ ਨਾਲ ਆ। ਬਿਲਕੁਲ ਜੀ ਮੈਂ ਜਿਹੜਾ ਕੱਲ ਬੀਤਿਆ ਮੇਰਿਆ ਉਹਦੇ ਨਾਲੋਂ ਮੈਂ ਅੱਜ ਵਧੀਆ ਹਾਂ। ਹਾਂਜੀ ਮੈਂ ਆਪਣੇ ਆਪ ਨੂੰ ਸ਼ਾਂਤ ਕਿੱਦਾਂ ਰੱਖਣਾ, ਠੀਕ ਕਿੱਦਾਂ ਰੱਖਣਾ ਮੈਨੂੰ ਪਤਾ ਹੈ, ਇਸ ਕਰਕੇ ਮੈਂ ਖੁਸ਼। ਜੇ ਤੁਸੀਂ ਦੂਜਿਆਂ ਨਾਲ ਮੁਕਾਬਲਾ ਕਰੋਗੇ, ਜੇ ਆਪਣੀਆਂ ਇਛਾਵਾਂ ਜਿਹੜੀਆਂ ਹਾਂਜੀ ਉਹ ਉਦੇਸ਼ਾਂ ਨਾਲੋਂ ਵੱਡੀਆਂ ਹੋਣਗੀਆਂ ਤੁਹਾਡੀਆਂ। ਹਾਂਜੀ ਜੇ ਇੱਛਾ ਤੁਹਾਡੀ ਤੁਹਾਡੀ ਔਕਾਤ ਨਾਲੋਂ ਵੱਡੀ ਹੋਊਗੀ। ਹਾਂਜੀ ਜੇ ਡਿਮਾਂਡ ਤੁਹਾਡੀ ਡਿਜ਼ਰਵਨੈਸ ਨਾਲੋਂ ਵੱਧ ਹੋਊਗੀ। ਹਾਂਜੀ ਫਿਰ ਦੁਖੀ ਹੋਊਗੇ ਤੁਸੀਂ। ਬਿਲਕੁਲ ਜੀ ਜੋ ਡਿਜ਼ਰਵ ਨਹੀਂ ਕਰਦੇ ਤੁਸੀਂ ਜੇ ਉਹ ਡਿਮਾਂਡ ਰੱਖੋਗੇ ਤੇ ਓਬਵੀਅਸ ਆ ਪੇ ਨਹੀਂ ਮਿਲਣੀ ਉਹ। ਬਿਲਕੁਲ ਜੀ ਜਿਹੜੀ ਕੁੜੀ ਅੰਬਾਨੀ ਦੇ ਮੁੰਡੇ ਨੂੰ ਮੰਗੀ ਆ। ਹਾਂਜੀ ਜੇ ਹੁਣ ਤੂੰ ਸੋਚੇ ਵੀ ਉਹ ਮੋਟਾ ਇੰਨਾ। ਹਾਂਜੀ ਮੈਂ ਤਾਂ ਫਿੱਟ ਆ। ਹਾਂਜੀ ਬਿਲਕੁਲ ਜੀ ਮੈਂ ਜਿਮ ਦਾ ਟ੍ਰੇਨਰ ਵੀ ਬਣ ਜਾਣਾ। ਹਾਂਜੀ ਜੇ ਉਹਦਾ ਭਾਰ ਵਧੂਗਾ ਮੈਂ ਟ੍ਰੇਨ ਵੀ ਉਹ ਵੀ ਮੇਰੇ ਨਾਲ ਮੰਗਣੀ ਕਿਉਂ ਨਹੀਂ ਕਰਾਉਂਦੀ ਉਹ। ਬਿਲਕੁਲ ਜੀ ਫਿਰ ਤਾਂ ਦੁਖੀ ਹੋਊਗੇ ਨਾ। ਹਾਂਜੀ ਹੁਣ ਅਗਲੀ ਤਾਂ ਕਹਿੰਦੀ ਉਹ ਕਹਿੰਦੀ ਮੈਨੂੰ ਦਲਜੀਤ ਚਾਹੀਦਾ। ਬਿਲਕੁਲ ਜੀ ਉਹ ਕਹਿੰਦੀ ਮੈਂ ਰਿਹਾਨਾ ਨਾਲ ਸੈਲਫੀਆਂ ਲੈਣੀਆਂ। ਹਾਂਜੀ ਹੁਣ ਤੂੰ ਰਿਹਾਨਾ ਨੂੰ ਸੱਦ ਲਏਗਾ? ਤੂੰ ਕਦੇ ਵੀ ਨਹੀਂ ਜੀ। ਫਿਰ ਉਹਦੇ ਲਈ ਮੋਟਾ ਪਤਲਾ ਥੋੜੀ ਸਵਾਰ ਰੱਖਦਾ। ਹਾਂਜੀ ਉਹਦੀ ਡਿਮਾਂਡ ਆ ਆਪਣੀ, ਉਹ ਡਿਮਾਂਡ ਉਹਨੇ ਉਹ ਰੱਖੀ ਆ ਜੋ ਡਿਜ਼ਰਵ ਕਰਦੀ ਆ ਉਹ। ਬਿਲਕੁਲ ਜੀ ਉਹਨੂੰ ਮਿਲ ਗਏ। ਜੇ ਹੁਣ ਤੁਸੀਂ ਆਪਣੀ ਡਿਮਾਂਡ ਡਿਜ਼ਰਵਨੈਸ ਤੋਂ ਵੱਧ ਰੱਖੋਗੇ ਤਾਂ ਓਬਵੀਅਸ ਆ ਵੀ ਦੁਖੀ ਹੋਊਗੇ। ਠੀਕ ਹੈ ਜੀ ਇੱਛਾਵਾਂ ਨੂੰ ਲਿਮਿਟਿਡ ਕਰ ਲਈਏ ਹੈ ਨਾ ਜੀ। ਲਿਮਿਟਿਡ ਨਹੀਂ ਆਪਣੀ ਆਪਣੇ ਆਪ ਨੂੰ ਆਈਡੈਂਟੀਫਾਈ ਕਰੋ ਮੈਂ ਕੀ ਕੀ ਕਰ ਸਕਦਾ ਹਾਂ। ਠੀਕ ਹੈ ਜੀ ਹੁਣ ਜੇ ਤੁਹਾਡੇ ਕੋਲ 200 ਰੁਪਈਆ ਹੋਵੇ। ਹਾਂਜੀ 200 ਦੇ ਵਿੱਚ ਕੀ ਕੀ ਲਿਆ ਸਕਦੇ ਤੁਸੀਂ? ਮੋਟਾ ਮੋਟਾ ਬਰਗਰ ਮਿਲ ਸਕਦਾ? ਬਰਗਰ ਹਾਂਜੀ ਪੀਜ਼ਾ ਹਾਂਜੀ ਦੁੱਧ ਜੇ 2 ਲੀਟਰ ਲੈਣਾ ਹੋਵੇ। ਹਾਂਜੀ ਮਿਲ ਜਾਏਗਾ। ਜੇ ਕਾਰ ਵਿੱਚ 1.5 ਲੀਟਰ ਪੈਟਰੋਲ ਪਾਉਣਾ ਹੋਵੇ। ਹਾਂਜੀ ਪੈ ਜਾਏਗਾ ਜੀ। ਜੇ 10 ਕਿਲੋ ਐਪਲ ਲੈਣੇ ਹੋਣ। 10 ਕਿਲੋ ਐਪਲ ਨਹੀਂ ਆਉਣੀ। ਓਕੇ ਚਲੋ ਜੇ ਫਰਿੱਜ ਲਿਆਉਣੀ ਹੋਵੇ। ਫਰਿੱਜ ਵੀ ਨਹੀਂ ਆਉਣੀ ਜੀ। ਛੋਟਾ ਮੋਟਾ ਸਾਈਕਲ ਕੋਈ ਨਹੀਂ ਜੀ ਆਉਣਾ। ਚਲ ਕਾਰ ਲਾਇਓ। ਕਾਰ ਨਹੀਂ ਭਾਜੀ ਨਹੀਂ ਆਉਣਾ। ਕਿੰਨਾ ਸੌਖਾ ਆਇਆ ਕੰਮ ਦੇਖ ਲਓ ਤੁਸੀਂ, ਮਿੰਟ ਨਹੀਂ ਲਾਇਆ, ਸਾਰਾ ਜੋੜ ਪਤਾ ਤੁਹਾਨੂੰ। ਹਾਂਜੀ ਹੁਣ ਇਹ ਪਤਾ ਕਾਹਤੇ ਪਤਾ ਆ? ਹਾਂਜੀ ਤੁਸੀਂ ਇਹ ਸਮਝਦੇ ਆ ਵੀ 200 ਹੈ ਕੀ ਆ। ਹਾਂਜੀ ਠੀਕ ਆ ਬਿਲਕੁਲ ਜੀ। ਬਸ ਇੱਦਾਂ ਹੀ ਆਪਣੀ ਵੈਲਿਊ ਪਾ ਲਓ ਨਾ। ਠੀਕ ਹੈ ਜੀ ਹੁਣ ਤੁਸੀਂ ਝੱਟ ਜੋੜ ਕਰ ਲਿਆ ਵੀ 2 ਬੋਤਲਾਂ ਦੁੱਧ ਦੀਆਂ 200 ਠੀਕ ਆ। ਹਾਂਜੀ ਬਰਗਰ ਠੀਕ ਆ, ਹੋ ਸਕਦਾ ਮੈਕਡੋਨਲਡ ਦਾ ਨਾਮ ਬਣੇ, ਛੋਟੇ ਮੋਟੇ ਰੈਸਟੋਰੈਂਟ ਦਾ ਮਿਲ ਜਾਊਗਾ। ਬਿਲਕੁਲ ਜੀ ਪੀਜ਼ਾ ਹੋ ਸਕਦਾ ਲਾਰਜ ਨਾ ਮਿਲੇ, ਥੋੜ੍ਹਾ ਮੀਡੀਅਮ ਆ ਜਾਊ, ਠੀਕ ਆ ਜਾਊਗਾ। ਹਾਂਜੀ ਹੈ ਨਾ ਜੇ ਜੇ ਹੁਣ ਅਗਲਾ ਬਸ ਇੱਦਾਂ ਹੀ ਆ ਜਦੋਂ ਆਪਣੇ ਆਪ ਨਾਲ ਸੈਲਫ ਟਾਕ ਕਰਦੇ ਆ ਨਾ
ਹਾਂਜੀ ਬਹੁਤ ਵੱਡੀ ਸਾਧਨਾ ਆ ਸਾਡੀ ਸੈਲਫ ਟਾਕ, ਜਿਹੜੀ ਆਪਣੇ ਆਪ ਨਾਲ ਗੱਲ ਕਰਦੇ ਹਾਂ ਅਸੀਂ, ਬਿਲਕੁਲ ਜੀ, ਹੈ ਨਾ, ਉਹਨੂੰ ਪਛਾਣ ਲਈਏ ਵੀ ਅਸੀਂ ਕਿੰਨੇ ਦੇ ਹਾਂ। ਹਾਂਜੀ ਅਤੇ ਮਾਰਕੀਟ ਦੇ ਵਿੱਚ ਜੇ ਵਿਕਣ ਦੀ ਆਵੇ ਫਿਰ ਵੀ ਖੜ ਜਾਈਏ, ਅੜ ਜਾਈਏ ਵੀ ਇੰਨੇ ਤੋਂ ਘੱਟ ਨਹੀਂ ਵਿਕਦੇ ਆਪਾਂ, ਠੀਕ ਹੈ ਜੀ। ਠੀਕ ਹੈ, ਜੇ ਆਪਣੇ ਵੱਟੇ ਕੁਛ ਖਰੀਦ ਕੇ ਲਿਆਉਣਾ ਫਿਰ ਵੀ ਸੋਚ ਕੇ ਜਾਈਏ, ਠੀਕ ਹੈ ਜੀ, ਹੈ ਨਾ। ਜੇ ਹੁਣ ਅਗਲਾ ਤੁਹਾਤੋਂ 200 ਰੁਪਈਆ ਲੈ ਕੇ ਹਾਂਜੀ ਤੁਹਾਨੂੰ 50 ਗ੍ਰਾਮ ਮੂੰਗਫਲੀ ਦੇ ਦੇਵੇ, ਹਾਂਜੀ ਫਿਰ ਤੁਹਾਨੂੰ ਕਹੇ ਵੀ ਜਾ ਹੋ ਗਿਆ ਪੈਸੇ ਪੂਰੇ, ਫਿਰ ਤਾਂ ਅੜ ਜਾਣਾ, ਤੁਸੀਂ ਲੜ ਪੈਣਾ ਨਾ ਉਹਦੇ ਨਾਲ, ਬਿਲਕੁਲ ਜੀ, ਤੂੰ ਕਹਿਣਾ ਨਾ 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 ਇੱਦਾਂ ਨਾ ਕਰ, ਹਾਂਜੀ ਹੈ 75 ਦੀ ਬਣਨੀ ਆ, 125 ਮੁੜ ਮੇਰੇ ਇੱਥੇ, ਬਿਲਕੁਲ ਜੀ, ਹੈ ਨਾ। ਅਤੇ ਜੇ ਜੇ ਹੁਣ ਤੁਸੀਂ ਜਾ ਕੇ ਕਿਸੇ ਨੂੰ ਕਹੋਗੇ ਵੀ ਚੱਲ ਕਾਰ ਦੇ ਦੇ, ਹਾਂਜੀ ਅਗਲਾ ਕਹੇ ਨਵੀਂ ਕਰ, ਤੇਰਾ ਦਿਮਾਗ ਤੂੰ ਕਹਿ ਚੱਲ ਨਵੀਂ ਨਹੀਂ ਚੱਲੀ ਉਹ ਦੇ ਦੇ ਫਿਰ, ਹਾਂਜੀ ਚੱਲ ਵੱਡੀ ਨਹੀਂ ਛੋਟੀ ਦੇ ਦੇ, ਫਿਰ ਅਗਲਾ ਗਾਲਾਂ ਹੀ ਕੱਢੂਗਾ, ਵੈਰਸੇ ਹੋਊਗੇ ਤੁਸੀਂ, ਬਿਲਕੁਲ ਜੀ। ਹਾਂ ਫਿਰ ਤੁਸੀਂ ਕਹਿੰਦੇ, ਫਿਰ ਤੁਸੀਂ ਇਹ ਕਹੋ ਵੀ ਯਾਰ ਜਿੱਥੇ ਜਾਣਾ ਬੇਇੱਜ਼ਤੀ ਕਰ ਦਿੰਦੇ ਮੇਰੀ, ਹਾਂਜੀ ਮਤਲਬ ਹੁਣੀ ਉਹ ਤਾਂ ਹੁਣੀ ਆ ਨਾ, ਹਾਂਜੀ ਮਤਲਬ ਯੋਗ ਹੁੰਦੇ ਆ ਨਾ ਬੇਇੱਜ਼ਤੀ ਦੇ ਯੋਗ ਆ ਉਹ ਗੱਲਾਂ ਉਦਾਂ ਦੀਆਂ। ਬਸ ਵੀਰੇ ਤੂੰ, ਤੈਨੂੰ ਸਭ ਪਤਾ ਲੱਗਣਾ ਹੈਗਾ, ਤੈਨੂੰ ਆਪ ਪਤਾ ਹੀ ਆ, ਇਸ ਕਰਕੇ ਜਿਹਨੇ ਇੰਨਾ ਕੁਛ ਕਰ ਲਿਆ ਹਾਂਜੀ 28 ਸਾਲ ਦੀ ਉਮਰ ਤੱਕ ਉਹਨੂੰ ਮੁਸ਼ਕਿਲ ਨਹੀਂ ਆਉਣੀ ਚਾਹੀਦੀ, ਠੀਕ ਹੈ ਜੀ। ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਹੈ, ਜਿੱਦਾਂ ਨਾ ਲਾਈਫ ਦਾ ਜੀਣ ਦਾ ਢੰਗ ਜਿਹੜਾ ਉਹ ਮੈਨੂੰ ਪਤਾ ਲੱਗੇ ਨਾ ਵੀ ਕਿੱਦਾਂ ਵੀ ਇੱਕ ਮੈਂ ਨਾ ਹੁਣ 28 ਸਾਲ ਦਾ ਹੋ ਗਿਆ ਹਨਾ, ਤੇ ਮੈਂ ਸਾਰੀ ਉਮਰ ਡਰਦਾ ਹੀ ਰਿਹਾ ਵਾ, ਮੈਂ ਕਦੀ ਕਿਸੇ ਕੁੜੀ ਨਾਲ ਗੱਲ ਵੀ ਨੀ ਕੀਤੀ ਹਨਾ, 28 ਸਾਲ ਹੋ ਗਏ ਆ ਤੇ ਮੇਰੀ ਕੋਈ ਪਿੱਛੇ ਦੀ ਵੀ ਗਰਲਫ੍ਰੈਂਡ ਨਹੀਂ ਹੈਗੀ ਤੇ ਅੱਗੇ ਬਾਰੇ ਮੈਂ ਸੋਚਦਾ ਵੀ ਨਹੀਂ ਆ, ਇੱਕੋ ਹੀ ਮੇਰਾ ਵਿਚਾਰ ਹੁੰਦਾ ਵਾ ਵੀ ਮੈਂ ਪੈਸੇ ਨੂੰ ਕਮਾਵਾਂ, ਪੈਸਾ ਮੇਰੇ ਕੋਲ ਹੋਵੇ ਤੇ ਸ਼ਾਇਦ ਉਹਦੇ ਨਾਲ ਮੈਂ ਖੁਸ਼ ਹੋ ਜਾਵਾਂਗਾ। ਨਹੀਂ ਖੁਸ਼ ਨਹੀਂ, ਕਈ ਵਾਰ ਇਹ ਵੀ ਹੁੰਦਾ, ਤੁਸੀਂ ਆਪਣੇ, ਮੈਂ ਉਹੀ ਕਹਿੰਦਾ ਸੈਲਫ ਟਾਕ ਬਹੁਤ ਜ਼ਰੂਰੀ ਹੁੰਦੀ ਆ, ਹਾਂਜੀ ਆਪਣੇ ਆਪ ਨੂੰ ਪੁੱਛੀਦਾ, ਕਾਪੀ ਪੈਨ ਲੈ ਕੇ ਉੱਤੇ ਲਿਖਣਾ ਸ਼ੁਰੂ ਕਰ, ਬਿਲਕੁਲ ਜੀ, ਲਿਖਣਾ ਪਹਿਲਾਂ ਇੱਦਾਂ ਉਹ 'ਤੇ ਲਿਖ ਵੀ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਤੈਨੂੰ ਡਰ ਲੱਗਦਾ ਕੁੜੀ ਨਾਲ ਗੱਲ ਕਰਨੀ ਤੋਂ, ਠੀਕ ਹੈ ਜੀ, ਠੀਕ ਹੈ। ਜਦੋਂ ਨਾ ਦੇਖੋ ਹਾਂਜੀ ਜਿੱਦਾਂ ਮੁੰਡਾ ਚਾਹੁੰਦਾ ਹੁੰਦਾ ਵੀ ਸੋਹਣੀ ਕੁੜੀ ਵਧੀਆ ਕੁੜੀ ਮੇਰੀ ਦੋਸਤ ਹੋਵੇ, ਹਾਂਜੀ ਸੱਚ ਜਾਣੀ ਕੁੜੀ ਦੇ ਅੰਦਰ ਵੀ ਇਹੀ ਚਾਹਨਾ ਹੁੰਦੀ, ਬਿਲਕੁਲ ਜੀ, ਵੀ ਕੋਈ ਬਹੁਤ ਸੋਹਣਾ ਬਹੁਤ ਯੋਗ ਮੁੰਡਾ ਮੇਰਾ ਦੋਸਤ ਹੋਵੇ, ਬਿਲਕੁਲ ਜੀ, ਇਸ ਕਰਕੇ ਡਰਨੇ ਦੀ ਲੋੜ ਨਹੀਂ ਹੁੰਦੀ ਹੁੰਦੀ, ਹਾਂਜੀ ਸਲੀਕਾ ਚਾਹੀਦਾ ਹੁੰਦਾ, ਬਿਲਕੁਲ ਜੀ, ਠੀਕ ਹੈ, ਤੁਹਾਨੂੰ ਮੈਨਰਸ ਚਾਹੀਦੇ ਆ, ਹਾਂਜੀ ਹੁਣ ਦੁਕਾਨ ਤੇ ਜਾਂਦੇ ਆ, ਹਾਂਜੀ ਜੇ ਕਿਸੇ ਤੋਂ ਕੋਈ ਚੀਜ਼ ਖਰੀਦਣੀ ਆ, ਹਾਂਜੀ ਸਲੀਕਾ ਆ ਨਾ ਉਹਦੇ ਮੈਨਰਸ ਆ ਕੋਈ, ਬਿਲਕੁਲ ਜੀ, ਕਿੱਦਾਂ ਪੁੱਛਣਾ ਉਹਨੂੰ, ਹਾਂਜੀ ਜੇ ਤੋਂ ਚੀਜ਼ ਲੈਣੀ ਆ, ਜੇ ਹੁਣ ਰੈਸਟੋਰੈਂਟ ਜਾ ਕੇ ਤੁਸੀਂ ਖਾਣਾ ਖਾਣਾ, ਹਾਂਜੀ ਜੇ ਵੜਦਿਆਂ ਸਾਰੇ ਕਹੋਗਾ ਕੀ ਆ ਯਾਰ ਟੇਬਲਾਂ 'ਤੇ ਗੰਦ ਪਾ ਕੇ ਰੱਖਿਆ ਤੁਸੀਂ, ਹਾਂਜੀ ਹੈਂ ਕੱਪੜੇ ਦੇਖੋ ਤੇਰੇ ਮੈਲ ਕਿਲੋ ਕਿਲੋ, ਤੂੰ ਕੱਪੜੇ ਧੋ ਲਿਆ ਕਰ, ਹਾਂਜੀ ਹੈਂ ਆ ਗਲਾਸ ਕਿੱਦਾਂ ਦੀ ਰੱਖਿਓ, ਧੋ ਨਹੀਂ ਹੁੰਦੇ ਚੰਗੀ ਤਰ੍ਹਾਂ, ਹਾਂਜੀ ਉਹ ਤੋਂ ਬਾਅਦ ਜੇ ਤੁਸੀਂ ਕੁਛ ਖਾਣਾ ਖਾ ਲਿਆ ਔਡਰ ਕਰੋ, ਹਾਂਜੀ ਹੋ ਸਕਦਾ ਜੂਠੇ ਹੱਥਾਂ ਨਾਲੇ ਬਣਾ ਕੇ ਲਿਆਉਣ, ਬਿਲਕੁਲ ਜੀ, ਠੀਕ ਹੈ ਜੇ ਜੇ ਕੋਈ ਹਾਂਜੀ ਤੁਹਾਡੇ ਨਾਲ ਕੋਈ ਜੇ ਇੱਦਾਂ ਕਰੇ, ਹਾਂਜੀ ਹਾਂ ਮੈਂ ਇੱਕ ਦਿਨ
ਵੈਬ ਸੀਰੀ ਦੇਖਦਾ ਸੀ, ਉਹ ਡਾਕਟਰ ਦੇ ਗਿਆ, ਹਸਬੈਂਡ ਵਾਈਫ ਗਏ, ਉਹ ਕਹਿੰਦੇ ਕਿਤਾਬ ਆ ਲਓ ਪਿਆ, ਕਿਤਾਬ ਪੜ੍ਹਿਓ। ਹਾਂਜੀ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਵੀ ਜ਼ਰੂਰੀ ਆ ਇਹ ਤੁਹਾਡੀ ਜਿਹੜੀ ਹੈਗੀ ਪ੍ਰੋਬਲਮ ਉਹਦੇ ਲਈ, ਪੜ੍ਹਨ ਲਈ ਜ਼ਰੂਰੀ ਆ ਤੁਹਾਨੂੰ। ਠੀਕ ਹੈ ਜੀ। ਅਸੀਂ ਸਾਰਿਆਂ ਨੂੰ ਰਿਕਮੈਂਡ ਕਰਦੇ। ਉਹ ਕਹਿੰਦੇ ਫ੍ਰੀ ਆ? ਕਹਿੰਦਾ ਨਹੀਂ ਨਹੀਂ ਫ੍ਰੀ ਨਹੀਂ, 25% ਡਿਸਕਾਊਂਟ ਆ ਦਿੱਤੀ। ਹਾਂਜੀ। ਹੁਣ 1000 ਰੁਪਈਏ ਦੀ ਹੋਊਗੀ। ਹਾਂਜੀ। ਉਹ ਜਦੋਂ ਅੰਦਰ ਗਏ ਨਾ ਹਸ ਉੱਪਰ, ਬਾਹਰ ਆਫਿਸ ਵਾਲਿਆਂ ਨੇ ਦੱਸੀ, ਜਦੋਂ ਡਾਕਟਰ ਕੋਲ ਗਏ ਉਹ ਗੱਲ ਕੀਤੀ ਵੀ ਨਹੀਂ। ਹਾਂਜੀ। ਉੱਠ ਕੇ ਜਾਣ ਲੱਗੇ। ਹਾਂਜੀ। ਉਹ ਤਰੀਕੇ ਨਾਲ ਨਹੀਂ ਗਏ, ਗਲਤ ਬੋਲ ਕੇ ਚੱਲ ਗਏ ਡਾਕਟਰ ਨੂੰ। ਠੀਕ ਹੈ ਜੀ। ਜਦੋਂ ਬਾਹਰ ਨਿਕਲੇ ਡਾਕਟਰ ਨੇ ਰਿਸੈਪਸ਼ਨ ਨੂੰ ਫੋਨ ਕੀਤਾ, ਕਹਿੰਦਾ ਕਿਤਾਬ ਦਾ 3000 ਰੁਪਈਆ ਲਈ। ਠੀਕ ਹੈ ਜੀ। ਉਹ 1000 ਦੀ ਉੱਦਾਂ ਸੀ, ਉੱਤੇ ਡਿਸਕਾਊਂਟ ਦੇਣਾ ਸੀ। ਠੀਕ ਹੈ ਜੀ। ਤੇ ਮੁੜ ਕੇ ਉਹ ਕਹਿੰਦਾ ਵੀ ਅਪੁਆਇੰਟਮੈਂਟ ਦਾ ਵੀ 3000 ਲਈ ਇਹਨਾਂ ਤੋਂ। ਠੀਕ ਹੈ ਜੀ। ਤੇ ਕਹਿੰਦਾ ਨਹੀਂ ਨਹੀਂ 3 ਨਹੀਂ 5 ਲੈ। ਠੀਕ ਹੈ ਜੀ। ਅਸੀਂ ਵੀ ਇੱਦਾਂ ਹੀ ਕਰਦੇ ਹਾਂ ਨਾ। ਹਾਂਜੀ। ਹੁਣ ਜੇ ਇੱਦਾਂ ਹੀ ਬੇਸਮਝ ਹੋ ਕੇ, ਨਾ ਸਮਝ ਹੋ ਕੇ ਕਿਸੇ ਕੁੜੀ ਨੂੰ ਅਪਰੋਚ ਕਰੂੰਗੇ ਤੁਸੀਂ? ਬਿਲਕੁਲ ਜੀ। ਉਹ ਇੱਦਾਂ ਹੀ ਕਰੂਗੀ ਨਾ। ਹਾਂਜੀ ਬਿਲਕੁਲ। ਜੇ ਸਲੀਕੇ ਨਾਲ ਗੱਲ ਕਰੋ। ਹਾਂਜੀ। ਹੁਣ ਜੇ ਜੇ ਤੁਹਾਡਾ ਕੌਨਫੀਡੈਂਸ ਨਹੀਂ ਬਣਦਾ ਜਦੋਂ ਪਹਿਲੀ ਵਾਰ ਕਿਸੇ ਕੁੜੀ ਨਾਲ ਗੱਲ ਕਰਦੇ ਆ, ਜ਼ਰੂਰੀ ਨਹੀਂ ਇਹ ਸੋਚ ਕੇ ਕਰੋ ਵੀ ਆਹ ਤਾਂ ਮੈਂ ਸ਼ਾਮ ਤੱਕ ਤੁਹਾਨੂੰ ਲੈ ਜਾਣੀ ਆ। ਬਿਲਕੁਲ ਜੀ। ਬਿਲਕੁਲ ਨੋਰਮਲ, ਜਿੱਦਾਂ ਦੁਕਾਨ 'ਤੇ ਕਿਸੇ ਗਾਹਕ ਨਾਲ ਕਰਦੇ ਹਾਂ, ਕਿਸੇ ਡਾਕਟਰ ਦੇ ਜਾ ਕੇ ਕਿਸੇ ਨਾਲ ਕਰਦੇ ਹਾਂ, ਵਕੀਲ ਨਾਲ ਕਿਸੇ ਨਾਲ ਕਰਦੇ ਹਾਂ, ਬਿਲਕੁਲ ਇੱਦਾਂ ਨੋਰਮਲ ਇੱਕ ਐਜ਼ ਏ ਪਰਸਨ ਗੱਲ ਕਰੋ ਉਹਦੇ ਨਾਲ ਨੋਰਮਲ। ਠੀਕ ਹੈ ਜੀ। ਠੀਕ ਹੈ। ਦੋਸਤਾਂ ਵਾਂਗ ਆਪਣਾ ਮਿਸ਼ਨ ਬਣਾ ਲਓ ਵੀ 1 ਸਾਲ ਕਿਸੇ ਕੁੜੀ ਨੂੰ ਗਰਲਫ੍ਰੈਂਡ ਦੀ ਨਿਗਾਹ ਨਾਲ ਨਹੀਂ ਦੇਖਣਾ। ਠੀਕ ਹੈ ਜੀ। ਸਿਰਫ ਐਜ਼ ਏ ਪਰਸਨ ਗੱਲ ਕਰਨੀ ਹੈ ਬਸ। ਠੀਕ ਹੈ ਜੀ। ਹੋ ਸਕਦਾ ਵੱਡੀ ਭੈਣ ਹੈਗੀ ਕੋਈ ਘਰ 'ਚ? ਹਾਂਜੀ। ਫਿਰ ਨਹੀਂ ਤੈਨੂੰ ਮੁਸ਼ਕਿਲ ਹੋਣੀ ਚਾਹੀਦੀ, ਜੇ ਉਹ ਤਾਂ ਉਹਨਾਂ ਮੁੰਡਿਆਂ ਨੂੰ ਜ਼ਿਆਦਾ ਹੁੰਦੀ ਜਿਹਨਾਂ ਦਾ ਕੁੜੀਆਂ ਨਾਲ ਵਾਹ ਨਹੀਂ ਪੈਂਦਾ। ਅਸਲ ਦੇ ਵਿੱਚ ਫੈਮਿਲੀ ਦੇ ਵਿੱਚ ਨਾ ਅਸੀਂ 2 ਹੀ ਭਰਾ, ਮਤਲਬ ਇੱਕ ਸਿਸਟਰ ਹੈ ਸਾਡੀ, ਉਹ ਵੀ ਸਾਡੇ ਥੋੜ੍ਹੇ ਫੈਮਿਲੀ ਕੰਡੀਸ਼ਨ ਉੱਦਾਂ ਦੀ ਹੋਣ ਕਰਕੇ ਉਹ ਨਾਨਕੇ ਚਲ ਗਈ, ਅਤੇ ਉਸ ਤੋਂ ਬਾਅਦ ਅਸੀਂ ਫੈਮਿਲੀ ਦੇ ਵਿੱਚ 4 ਜੀ ਰਹਿ ਗਏ ਸੀ, 2 ਭਰਾ ਅਤੇ ਮੰਮੀ ਪਾਪਾ ਬਸ। ਨਹੀਂ ਆਹੋ ਮਤਲਬ ਜਿਹਨਾਂ ਦੇ ਜਿਹਨਾਂ ਜਿਹਨਾਂ ਮੁੰਡਿਆਂ ਦਾ ਘਰ ਦੇ ਵਿੱਚ ਭੈਣਾਂ ਨਹੀਂ ਹੁੰਦੀਆਂ ਜਾਂ ਭਰਜਾਈਆਂ ਨਹੀਂ ਹੁੰਦੀਆਂ, ਉਹਨਾਂ ਨੂੰ ਔਖਾ ਹੁੰਦਾ ਮਤਲਬ ਵਿਹਾਰ ਕਰਨਾ। ਹਾਂਜੀ। ਉਹ ਕੋਈ ਔਖਾ ਨਹੀਂ ਹੋਣਾ, ਉਹ ਨੋਰਮਲ ਗੱਲ ਆ ਤੇਰੀ, ਤੈਨੂੰ ਤੇ ਆਪਣੇ ਆਪ। ਹਾਂ, ਵੱਡੀ ਇੱਛਾ ਨਹੀਂ ਪਾਲੀ ਦੀ, ਕਦੇ ਇੱਦਾਂ ਨਹੀਂ ਦੇਖੀਦਾ ਹੁੰਦਾ ਵੀ ਸਭ ਕੁਛ ਮੇਰੀ ਇੱਛਾ ਮੁਤਾਬਕ ਹੋਵੇ, ਇੱਦਾਂ ਫਿਰ ਐਮਬੈਰਸ ਹੋਊਂਗੇ, ਡਿਸਕਰੇਜ ਵੀ ਹੋਊਂਗੇ। ਠੀਕ ਆ। ਠੀਕ ਆ ਜੀ। ਹਾਂਜੀ ਠੀਕ ਹੈ ਸਰ। ਨਹੀਂ ਨਹੀਂ ਕੁਛ ਕਹਿਣ ਲੱਗੇ ਸੀ ਤੁਸੀਂ? ਮੈਂ ਉਹੀ ਤੁਹਾਨੂੰ ਪੁੱਛਣਾ ਹੈ ਕਿ ਲੰਮੇ ਸਮੇਂ ਲਈ ਜ਼ਿੰਦਗੀ ਦੇ ਮੇਰੇ ਰੂਲ ਕੀ ਹੋਣੇ ਚਾਹੀਦੇ ਆ ਜਾਂ ਕਿਸੇ ਬੰਦੇ ਵਾਸਤੇ ਵੀ ਕਿੱਦਾਂ? ਇੱਦਾਂ ਨਹੀਂ ਜ਼ਿੰਦਗੀ ਨੂੰ ਇੱਦਾਂ ਨਹੀਂ ਤੈਅ ਕੀਤਾ ਜਾ ਸਕਦਾ ਹੁੰਦਾ, ਉਹਦੇ ਲਈ ਤਾਂ ਸਿਰਫ ਇੱਦਾਂ ਜੇ ਦੇਖੋ। ਰਹਿੰਦੇ ਕਿੱਥੇ ਤੁਸੀਂ? ਗੁਰਦਾਸਪੁਰ ਸਰ। ਸ਼ਹਿਰ 'ਚ ਖਾਸ? ਨਹੀਂ, ਪਿੰਡ ਦੇ ਵਿੱਚ ਗੁਰਦਾਸਪੁਰ। ਸ਼ਹਿਰ ਕਿੰਨੀ ਦੂਰ ਤੁਹਾਤੋਂ? ਇੱਥੋਂ 12 ਕਿਲੋਮੀਟਰ। ਜੇ ਮੰਨ ਲਓ ਤੁਸੀਂ ਪਿੰਡੋਂ ਸ਼ਹਿਰ ਨੂੰ ਕੋਈ ਚੀਜ਼ ਲੈਣ ਜਾਣੀ ਆ। ਹਾਂਜੀ। ਹੁਣ ਕਿੱਦਾਂ ਕਿੱਦਾਂ ਪਲਾਨ ਬਣਾਉਣੇ ਤੁਸੀਂ? ਸ਼ਹਿਰ ਜਾਣ ਲਈ? ਹਾਂ, ਮੰਨ ਲਓ ਤੁਸੀਂ ਅੱਜ ਹੁਣ ਸ਼ਾਮ ਆ, ਹੁਣ ਤੁਹਾਡੇ ਕੋਲ ਸਵੇਰਾ ਆ ਹੁਣ ਨਾ। ਹਾਂਜੀ। ਅੱਜ ਐਤਵਾਰ ਆ, ਤੁਸੀਂ ਅੱਜ ਤੁਹਾਨੂੰ ਘਰਦਿਆਂ ਨੇ ਕਹਿ ਦਿੱਤਾ ਜਾਂ ਤੁਸੀਂ ਸੋਚਿਆ ਵੀ ਦੁਕਾਨ ਲਈ ਸ਼ਹਿਰ ਜਾ ਕੇ ਫਲਾਨੀ ਜਗ੍ਹਾ ਤੋਂ 2000 ਰੁਪਈਏ ਦਾ ਸਮਾਨ ਲੈ ਕੇ ਆਉਣਾ।
ਹਾਂਜੀ ਤੇ ਉਹ ਸਕੂਟਰ ਤੇ ਨਹੀਂ ਆਉਣਾ, ਕਾਰ ਵਿੱਚ ਲਿਆਉਣਾ ਪੈਣਾ। ਬਿਲਕੁਲ ਜੀ। ਹੁਣ ਤੁਸੀਂ ਉਹਦੀ ਪਲਾਨ ਬਣਾਉਣ ਲੱਗੇ ਆ, ਤੁਸੀਂ ਮੈਨੂੰ ਬਰੀਫ ਦੱਸੋ 2 ਮਿੰਟ ਦੇ ਵਿੱਚ। ਹਾਂਜੀ। ਤੁਹਾਡੇ ਕੋਲ 3000 ਰੁਪਈਆ ਆ, ਕਾਰ ਵਿੱਚ ਸਮਾਨ ਆਉਣਾ ਆ, ਜਿੱਡਾ ਟੈਚੀ ਹੁੰਦਾ ਇੰਨਾ ਸਮਾਨ ਆ। ਹਾਂਜੀ। ਤੇ 12 ਕਿਲੋਮੀਟਰ ਜਾਣਾ ਆ, ਪਾਰਕਿੰਗ ਜਿਹੜੀ ਆ ਜਿੱਥੇ ਸ਼ੋਪ ਆ ਉਹ ਤੋਂ 3-4 ਮਿੰਟ ਦੀ ਵਾਕ ਆ ਉੱਥੇ ਦੂਰ। ਉੱਥੇ ਕੀ ਕਿੱਦਾਂ ਕਿੱਦਾਂ ਜਾਊਂਗੇ ਸੋਚੋਗੇ ਤੁਸੀਂ? ਪਹਿਲਾਂ ਤਾਂ ਸਰ ਮੈਂ ਵੇਖਾਂਗਾ ਹੈ ਨਾ ਵੀ ਕੀ ਸਮਾਨ ਲਿਆਉਣਾ, ਉਹਦੀ ਲਿਸਟ ਬਣਾਵਾਂਗਾ। ਹੋ ਗਿਆ। ਤੇ ਫਿਰ ਮੈਂ ਗੱਡੀ ਲਵਾਂਗਾ, ਪੈਟਰੋਲ ਚੈੱਕ ਕਰਾਂਗਾ, ਪੰਪ ਤੋਂ ਤੇਲ ਪਾਵਾਂਗਾ ਤੇ ਗੁਰਦਾਸਪੁਰ ਜਾਵਾਂਗਾ। ਜਿੰਨਾ ਕੋਈ ਸਮਾਨ ਲਿਆਉਂਦੇ ਆ ਫਿਰ ਜਾਂ ਉਹਨਾਂ ਨੂੰ ਕਾਲ ਕਰਕੇ ਪੁੱਛ ਲਾਂਗਾ ਪਹਿਲਾਂ, ਜੇ ਉੱਥੇ ਪਹੁੰਚੇ, ਜੇ ਮਤਲਬ ਖੁੱਲੇ ਹੋਏ ਉੱਥੇ ਪਹੁੰਚ ਕੇ ਆਪਣਾ ਸਮਾਨ ਲਵਾਂਗਾ, ਪਾਰਕਿੰਗ ਕਰਾਂਗਾ ਸੱਚ ਪਹਿਲਾਂ ਤੇ ਉੱਥੇ ਜਾਵਾਂਗਾ। ਨਹੀਂ ਸਮਾਨ ਹੁਣ ਜਦੋਂ ਤੁਸੀਂ ਤੇਲ ਪਾ ਲਿਆ, ਗੱਡੀ ਸਾਰਾ ਕੁਛ ਕਰ ਲਿਆ, ਜਦੋਂ ਘਰੋਂ ਘਰੋਂ ਨਿਕਲੇ ਆ, ਹਾਂਜੀ, ਮੋੜ ਮੁੜਨਾ ਕਿ ਨਹੀਂ ਮੁੜਨਾ? ਹਾਂਜੀ, ਮੋੜ ਮੁੜਨਾ ਕਿ ਨਹੀਂ ਮੁੜਨਾ? ਪਹਿਲਾਂ ਤੁਹਾਡੀ ਆਵਾਜ਼ ਕੱਟ ਕੱਟ ਕੇ ਆਈ ਥੋੜੀ ਜਿਹੀ। ਮੈਂ ਕਿਹਾ ਜਦੋਂ ਘਰੋਂ ਨਿਕਲੇ ਆ, ਹਾਂਜੀ, ਪਹਿਲਾਂ ਸੜਕ ਤੇ ਮੋੜ ਮੁੜੂਗੇ ਕਿ ਨਹੀਂ? ਹਾਂਜੀ, ਉਹ ਤੇ ਸਰ ਮੁੜਾਂਗੇ। ਸੱਜੇ ਨੂੰ ਕਿ ਖੱਬੇ ਨੂੰ? ਖੱਬੇ ਨੂੰ। ਤਾਂ ਜੇ ਮੂਹਰੇ ਟਰੱਕ ਹੋਇਆ ਫੇਰ? ਫਿਰ ਵੇਖਣਾ ਪਊਗਾ ਮੈਨੂੰ ਪਹਿਲਾਂ ਮੁੜਨ ਤੋਂ ਵੀ ਅੱਗੇ ਟਰੱਕ ਤੇ ਨਹੀਂ ਹੈਗਾ। ਫੇਰ ਕਾਰ ਪਾਰਕ ਚ ਇੱਦਾਂ ਪਹੁੰਚੋਗੇ ਤੁਸੀਂ ਫਿਰ? ਉਹ ਤੇ ਸਰ ਮਤਲਬ ਸਟੈਪ ਬਾਈ ਸਟੈਪ ਹੋਊਗਾ ਨਾ, ਵੇਖਣਾ ਪਊਗਾ ਪਹਿਲਾਂ ਫਿਰ ਮੈਂ ਮੁੜਾਂ। ਜੇ ਰਾਹ ਚ ਸੜਕ ਰੋਕ ਕੇ ਪੁਲਿਸ ਖੜੀ ਹੋਈ ਫਿਰ? ਫਿਰ ਵੀ ਸਰ ਵੇਖ ਕੇ ਕਰਨਾ ਪੈਣਾ ਸਾਰਾ ਕੁਝ। ਮਤਲਬ ਉਹ ਫਿਰ ਘਰੋਂ ਕਾਹਤੇ ਨਹੀਂ ਬੈਠ ਕੇ ਸੋਚਿਆ ਤੁਸੀਂ ਇੱਦਾਂ? ਉਹ ਤੇ ਸਰ ਹੁਣ ਮਤਲਬ ਸਿਚੁਏਸ਼ਨ ਆਊਗੀ ਤੇ ਫੇਰ ਹੀ ਹਨਾ ਹੋਊਗਾ, ਪਤਾ ਲੱਗੂਗਾ। ਏਦਾਂ ਹੀ ਜ਼ਿੰਦਗੀ ਆ। ਹਾਂਜੀ, ਏਦਾਂ ਹੀ ਜ਼ਿੰਦਗੀ ਆ। ਠੀਕ ਹੈ ਜੀ। ਉਹਨੂੰ ਤੁਸੀਂ ਸਿਰਫ 12 ਕਿਲੋਮੀਟਰ ਜਾਣਾ ਆ, 3000 ਦਾ ਸਮਾਨ ਆ ਲਿਆਉਣਾ। ਹਾਂਜੀ, ਉਹਦੇ ਵਿੱਚ ਵੀ 3-4 ਮਿੰਟ ਦੀ ਵਾਕਿੰਗ ਆ ਕਰਨੀ, ਬਸ ਉਹਦੇ ਵਿੱਚ ਵੀ ਤੁਸੀਂ ਕੰਸਿਡਰ ਨਹੀਂ ਕਰ ਸਕੇ ਵੀ ਜਦੋਂ ਮੂਹਰੇ ਟਰੱਕ ਆ ਗਿਆ ਫੇਰ ਕਿੱਦਾਂ ਹੋਣੀ ਆ, ਪੁਲਿਸ ਨੇ ਨਾਕਾ ਲਾਇਆ ਹੋਇਆ ਫੇਰ ਕਿੱਦਾਂ ਹੋਣੀ ਆ, ਮੀਂਹ ਜ਼ਿਆਦੇ ਆ ਗਿਆ, ਪੁਲ ਟੁੱਟ ਗਿਆ, ਜੇ ਜਾਂਦਿਆਂ ਨੂੰ ਅਰਥਕੁਏਕ ਆ ਗਿਆ, ਹਾਂਜੀ, ਕਿਸੇ ਨੇ ਰੋਕ ਕੇ ਗੱਡੀ ਲੁੱਟ ਲਈ, ਵਿੱਚ ਗੱਡੀ ਮਾਰ ਦਿੱਤੀ। ਠੀਕ ਹੈ ਜੀ। ਮਤਲਬ ਕਿੰਨਾ ਕੁਛ ਹੋ ਸਕਦਾ ਆ, ਕੀ ਸਾਰੇ ਨੂੰ ਕੰਸਿਡਰ ਕਰ ਲੈਂਦੇ ਹਾਂ ਅਸੀਂ? ਨਹੀਂ ਨਾ, ਨਹੀਂ ਜੀ, ਨਹੀਂ ਜੀ, ਪੋਸੀਬਿਲਿਟੀਆਂ ਬਹੁਤ ਜ਼ਿਆਦਾ ਵਾ ਨਾ। ਨੋਰਮਲ ਆਮ ਵਾਂਗ ਤੁਸੀਂ ਨਿਕਲੇ ਆ, ਆਮ ਇਹ ਮੰਨ ਕੇ ਵੀ ਸਾਰਾ ਕੁਛ ਠੀਕ ਆ, ਮੈਂ ਜਾਣਾ ਜਾ ਕੇ ਗੱਡੀ ਪਾ, ਹਾਂ ਇਹ ਤਿਆਰੀ ਆ, ਪੁਲਿਸ ਵਾਲੇ ਰੋਕੂਗੇ 10 ਮਿੰਟ ਉੱਥੇ ਲੱਗ ਜਾਊਗੇ। ਠੀਕ ਹੈ ਜੀ। ਟਰੱਕ ਖਰਾਬ ਹੋਇਆ ਹੋਊਗਾ, ਐਕਸੀਡੈਂਟ ਹੋਇਆ ਹੋਊਗਾ, 15 ਮਿੰਟ ਹੋਰ ਰੁਕ ਜਾਊਂਗਾ ਮੈਂ। ਠੀਕ ਹੈ ਜੀ। ਗੱਡੀ ਸੜਕ ਖਰਾਬ ਹੋਊਗੀ, ਮੈਂ ਦੂਜੇ ਪਾਸਿਓਂ ਲੰਘ ਜਾਊਂਗਾ। ਠੀਕ ਹੈ ਜੀ। ਮੰਨ ਲਓ ਕਰਫਿਊ ਲੱਗ ਜਾਵੇ ਸ਼ਹਿਰ ਦੇ ਵਿੱਚ, ਫੇਰ ਕੀ ਹੋਊਗਾ? ਖਤਮ ਜ਼ਿੰਦਗੀ ਫਿਰ? ਹਾਂਜੀ, ਮੁੜ ਕੇ ਆਉਣਾ ਪਊਗਾ। ਨਹੀਂ, ਜ਼ਿੰਦਗੀ ਥੋੜਾ ਖਤਮ ਹੋਊਗੀ, ਘਰ ਨੂੰ ਮੁੜ ਆਊਂਗਾ ਮੈਂ। ਹਾਂਜੀ, ਬਿਲਕੁਲ ਬਿਲਕੁਲ, ਕੱਲ ਨੂੰ ਚਲ ਜਾਊਂਗਾ। ਜੇ ਉਹ ਕਹੂਗੇ ਵੀ ਹਫਤਾ ਨਹੀਂ ਮਿਲਣੀ ਚੀਜ਼, ਹਫਤਾ ਬਾਅਦ ਲੈ ਆਊਂਗਾ। ਠੀਕ ਹੈ ਜੀ। ਬਸ ਇੰਨੀ ਇੰਨੀ ਸਹਿਜ ਨਾਲ ਜ਼ਿੰਦਗੀ ਨੂੰ ਦੇਖੀਦਾ, ਕਦੇ ਟੈਂਸ ਨਹੀਂ ਹੋਈਦਾ। ਠੀਕ ਹੈ ਜੀ। ਜ਼ਿੰਦਗੀ ਬਹੁਤ ਸਵਾਦਲੀ ਆ। ਠੀਕ ਹੈ ਜੀ। ਇਹ ਮਨ ਚ ਮੈਨੂੰ ਮਤਲਬ ਇਹ ਇਹ ਤੁਹਾਡੀਆਂ ਗੱਲਾਂ ਸੁਣ ਇਹ ਇਹ ਮਨ ਚੋਂ ਵਹਿਮ ਕੱਢ ਦਿਓ ਵੀ ਜੇ ਨਾ ਮੈਂ ਇੰਨਾ ਕੁਛ ਕਰ ਲਿਆ, ਜੇ ਮੈਂ ਸਲਮਾਨ ਖਾਨ ਬਣ ਗਿਆ ਫਿਰ ਬੱਲੇ ਬੱਲੇ ਆ। ਹਾਂਜੀ। ਨਹੀਂ, ਤੁਸੀਂ ਸ਼ਾਰਖ ਵੀ ਬਣ, ਮਾਈਕਲ ਜੈਕਸਨ ਵੀ ਬਣ ਗਏ। ਹਾਂਜੀ। ਉਹਨਾਂ ਦੀਆਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਆ।
ਬਿਲਕੁਲ ਜੀ, ਹਰੇਕ ਸਥਿਤੀ ਹਰੇਕ ਸਿਚੁਏਸ਼ਨ ਦੀਆਂ ਆਪਣੀਆਂ ਪ੍ਰੋਬਲਮ ਹੁੰਦੀਆਂ। ਬਿਲਕੁਲ ਜੀ, ਹੁਣ ਤੁਸੀਂ ਆਪਣੀ ਸਿਚੁਏਸ਼ਨ ਦੇ ਵਿੱਚ ਆਪਣੀਆਂ ਪ੍ਰੋਬਲਮਸ ਨੂੰ ਵੱਡੀਆਂ ਸਮਝ ਕੇ ਇਹ ਨਾ ਸੋਚੀ ਜਾਓ ਵੀ ਇੱਕ ਵਾਰੀ ਇਹਦੇ ਵਿੱਚੋਂ ਨਿਕਲ ਜਾਵਾਂ ਮੈਂ ਉੱਥੇ ਪਹੁੰਚ ਜਾਵਾਂ ਫਿਰ ਮੈਂ ਠੀਕ ਹੋਣਾ। ਜੇ ਵੱਡੀ ਥਾਂ 'ਤੇ ਪਹੁੰਚੋਗੇ ਉਹਦੀਆਂ ਪ੍ਰੋਬਲਮਸ ਵੀ ਵੱਡੀਆਂ ਹੋਣੀਆਂ, ਬਿਲਕੁਲ ਜੀ, ਉਹਦੀ ਟੈਨਸ਼ਨ ਵੀ ਵੱਡੀ ਹੋਣੀ ਆ। ਜੇ ਤੁਹਾਨੂੰ ਟੈਨਸ਼ਨ ਮੈਨੇਜ ਕਰਨੀ ਆਉਂਦੀ ਆ, ਹਾਂਜੀ, ਜੇ ਸਟ੍ਰੈਸ ਮੈਨੇਜ ਕਰਨੀ ਆਉਂਦੀ ਆ, ਬਿਲਕੁਲ ਜੀ, ਫਿਰ ਕਿਤੇ ਵੀ ਹੋਏ ਤੁਸੀਂ ਬਾਦਸ਼ਾਹ ਬਣ ਕੇ ਰਹਿ ਸਕਦੇ। ਬਿਲਕੁਲ ਜੀ, ਠੀਕ ਹੈ। ਅਲਟੀਮੇਟਲੀ ਜਿਹੜਾ ਜਿਹੜੀ ਤੁਹਾਡਾ ਸਰੀਰ ਆ ਨਾ ਜਿਹੜਾ, ਹਾਂਜੀ, ਇਹਦੀ ਲਾਈਫ ਹੈਗੀ ਆ ਇੱਕ ਸਾਹ, ਹਾਂਜੀ, ਚੱਲਣ ਲਈ ਇਹਨੂੰ ਖੁਰਾਕ ਜਿਹੜੀ ਚਾਹੀਦੀ ਆ ਉਹ ਇੰਨੀ ਕੁ ਸਮਝ ਸਾਨੂੰ ਸਾਰਿਆਂ ਨੂੰ ਹੈਗੀ ਆ। ਹਾਂਜੀ, ਜੇ ਮੰਨ ਲਓ ਅੱਧਾ ਘੰਟਾ ਪਾਣੀ ਨਾ ਮਿਲੇ ਕੀ ਹੋਊਗਾ ਤੁਹਾਡਾ? ਬਚਾਅ ਹੋ ਜੂਗਾ ਉਦਾਂ, ਠੀਕ ਹੀ ਉਦਾਂ, ਮਤਲਬ ਵੀ ਲੋੜ ਹੈ ਪਾਣੀ ਦੀ, ਪਰ ਅੱਧਾ ਘੰਟਾ ਚੱਲ ਜੂਗਾ, ਘੰਟਾ ਵੀ ਚੱਲ ਜਾਣਾ, 2 ਘੰਟੇ ਵੀ ਚੱਲ ਜਾਣਾ, ਜੇ ਇੱਕ ਅੱਧਾ ਦਿਨ ਕਿਤੇ 4 ਘੰਟੇ ਨਾ ਮਿਲੇ ਤਾਂ ਵੀ ਚੱਲ ਜਾਣਾ। ਹਾਂਜੀ, ਠੀਕ ਹੈ, ਕੋਈ ਫਰੂਟ ਖਾ ਹੋ ਜੂਗਾ ਵਿਚਾਲੇ, ਅੱਧੀ ਅੱਧਾ ਖੀਰਾ ਲੈ ਕੇ ਖਾ ਲਿਓ ਸਰ ਜੂਗਾ। ਬਿਲਕੁਲ ਜੀ, ਨਾ ਵੀ ਹੋਇਆ ਇੰਨਾ ਕੁ ਪਾਣੀ ਮਿਲੇ ਹੀ ਜਾਣਾ ਕਿਤਿਓ ਨਾ ਕਿਤਿਓ। ਹਾਂਜੀ, ਜਿਹੜਾ ਬੋਡੀ ਨੂੰ ਜਿਹੜਾ ਜੋ ਖਾਣ ਲਈ ਖੁਰਾਕ ਚਾਹੀਦੀ ਆ ਉਹ ਪਤਾ ਹੈ ਸਾਨੂੰ, ਬਿਲਕੁਲ ਜੀ, ਜਿਹੜੀ ਨਾ ਜਿਹੜਾ ਮਿਸ਼ਨ ਆ ਸਾਡਾ, ਹਾਂਜੀ, ਉਹ ਚਾਹੀਦਾ ਜਿਹੜੀ ਉੱਤੇ ਮਸ਼ੀਨ ਲੱਗੀ ਹੋ ਸਾਡੇ, ਬਿਲਕੁਲ ਜੀ, ਸਾਡੇ ਜਿਹੜੀ ਨਾ ਪੰਜਾਬੀਆਂ ਦੀ ਜ਼ਿੰਦਗੀ ਆ, ਮੂੰਹ ਆ ਜਿਹੜਾ ਸਾਡਾ ਮੂੰਹ ਜਿੱਥੋਂ ਖਾਂਦੇ ਆ, ਹਾਂਜੀ, ਉਹ ਤੋਂ ਥੱਲੇ ਥੱਲੇ ਆ ਸਾਰੀ, ਬਿਲਕੁਲ ਜੀ, ਜਦਕਿ ਚਾਹੀਦੀ ਉਹ ਤੋਂ ਉੱਤੇ ਉੱਤੇ, ਹਾਂਜੀ, ਠੀਕ ਹੈ, ਥੱਲੇ ਦੀ ਫਿਕਰ ਨਹੀਂ ਚਾਹੀਦੀ, ਥੱਲੇ ਸਭ ਕੁਛ ਬਾਈ ਪ੍ਰੋਡਕਸ਼ਨ ਹੋ ਜਾਣਾ, ਬਿਲਕੁਲ ਜੀ, ਠੀਕ ਹੈ। ਜੇ ਅਸੀਂ ਉਤਲੇ ਮਸ਼ੀਨ ਦੇ ਉਤਲੇ ਪਾਸੇ ਨੂੰ ਠੀਕ ਰੱਖਿਆ ਫਿਰ ਸਾਡਾ ਇਮਿਊਨ ਸਿਸਟਮ ਠੀਕ ਰਹਿਣਾ, ਬਿਨਾਂ ਕੁਛ ਖਾਧਿਆਂ ਵੀ ਸਾਡਾ ਸਰ ਜਾਣਾ, ਬਿਲਕੁਲ ਜੀ, ਵੱਧ ਖਾਧਾ ਹੈ ਵੀ ਪਚ ਜਾਣਾ, ਬਿਲਕੁਲ ਜੀ, ਜੇ ਉਹ ਠੀਕ ਨਾ ਹੋਈ ਸਟ੍ਰੈਸ ਵਿੱਚ ਹੋਏ, ਸਟ੍ਰੈਸ ਨੇ ਤੁਹਾਨੂੰ ਲੋੜ ਤੋਂ ਵੱਧ ਖਵਾ ਦੇਣਾ, ਲਿਵਰ ਨੇ ਅਪਸੈਟ ਕਰ ਦੇਣਾ ਸਾਰਾ ਕੁਛ, ਬਿਲਕੁਲ ਜੀ, ਜਿਮ ਜਾ ਕੇ ਖੁਰਾਕ ਖਾ ਕੇ ਪ੍ਰੋਟੀਨ ਖਾਈ ਜਾਣੀ ਤੁਸੀਂ, ਅੰਦਰ ਸਿੱਟੀ ਜਾਣੀ ਆ, ਲਿਵਰ ਨੇ ਪਚਾਉਣੀ ਨਹੀਂ, ਕੀ ਕਰੋਗੇ ਤੁਸੀਂ? ਬਿਲਕੁਲ ਜੀ, ਠੀਕ ਹੈ। ਜੇ ਉਤਲ ਮਸ਼ੀਨ ਠੀਕ ਹੋਈ ਫਿਰ ਥੱਲਿਓਂ ਘੱਟ ਵੀ ਹੋ ਗਿਆ, ਜੇ ਪ੍ਰੋਟੀਨ ਘੱਟ ਹੋਈ ਉਹਨੇ ਫੈਟ ਖਾ ਲੈਣੀ, ਬਿਲਕੁਲ ਜੀ, ਠੀਕ ਹੈ, ਉਹਨੇ ਸਿਗਨਲ ਦੇ ਦੇਣਾ ਤੁਹਾਨੂੰ, ਬਿਲਕੁਲ ਜੀ, ਪਰ ਲੋੜ ਆ ਤੁਸੀਂ ਇੱਦਾਂ ਥੋੜ੍ਹਾ ਜਿਹਾ ਟਾਇਰਡ ਫੀਲ ਕਰਨਾ, ਸਲੋ ਫੀਲ, ਤੁਸੀਂ ਕਹਿਣਾ ਚੱਲ ਕੋਈ ਨਹੀਂ 2 ਚੌਕਲੇਟ ਲੈ ਕੇ ਖਾ ਲਓ, ਘੰਟਾ ਲੰਘ ਜਾਣਾ ਮੇਰਾ, ਕੋਈ ਗੱਲ ਨਹੀਂ, ਬਿਲਕੁਲ ਜੀ, ਠੀਕ ਹੈ। ਜੇ ਉੱਤਿਓਂ ਗਰਮ ਹੋਇਆ, ਉੱਤਿਓਂ ਅਪਸੈਟ ਹੋਇਆ, ਸਟ੍ਰੈਸ ਵਿੱਚ ਹੋਇਆ, ਫਿਰ ਥੱਲੇ ਜੋ ਮਰਜ਼ੀ ਕਰੀ ਜਾਇਓ, ਬਿਲਕੁਲ ਜੀ, ਠੀਕ ਹੈ, ਕੋਈ ਨਹੀਂ, ਸਹਿਜ ਰੱਖੋ, ਹੌਲੀ ਹੌਲੀ ਹੋ ਜਾਣਾ, ਸਭ ਕੁਛ ਹੋ ਜਾਣਾ, ਠੀਕ ਹੈ, ਬਿਲਕੁਲ ਜੀ, ਠੀਕ ਹੈ, ਹੈ ਨਾ। ਹਾਂਜੀ, ਇੱਕੋ ਸਵਾਲ ਸਰ ਮੈਂ ਹੋਰ ਤੁਹਾਨੂੰ ਪੁੱਛਣਾ ਵੀ, ਜਿੱਦਾਂ ਅਸੀਂ ਮੋਟੀ ਮੋਟੀ ਗੱਲ ਕੀਤੀ ਵੀ ਲੌਜਿਕ ਇੱਕ ਹੁੰਦਾ ਹੈ ਨਾ, ਤੇ ਇੱਕ ਹੁੰਦਾ ਇਮੋਸ਼ਨ, ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਇਮਬਿਲਡ ਆ ਸਾਡੇ ਅੰਦਰ, ਮਤਲਬ ਲਗਭਗ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ, ਤੇ ਉਸ ਹਿਸਾਬ ਨਾਲ ਸਾਨੂੰ ਇਮੋਸ਼ਨ ਦੇ ਨਾਲ ਹੀ ਜੀਣਾ ਚਾਹੀਦਾ ਵਾ, ਕਿ ਮਤਲਬ ਥੋੜ੍ਹਾ ਬਹੁਤਾ ਲੌਜਿਕ ਲਿਆ ਕੇ ਬੈਲੈਂਸ ਕਰਕੇ ਜੀਣਾ ਚਾਹੀਦਾ? ਨਹੀਂ, ਸਾਰਾ ਹੀ ਲੌਜਿਕ ਨਾਲ ਜੀਣਾ ਚਾਹੀਦਾ ਆ, ਸਾਰਾ ਹੀ ਲੌਜਿਕ ਨਾਲ ਜੀਣਾ ਚਾਹੀਦਾ, ਠੀਕ ਹੈ ਜੀ, ਠੀਕ ਹੈ। ਇਮੋਸ਼ਨ ਤਾਂ ਕੋਈ ਕੋਈ ਐਗਜ਼ਾਮਪਲ ਦਿਓ ਮੈਨੂੰ ਇੱਦਾਂ, ਜਿੱਥੇ ਤੁਹਾਨੂੰ ਲੱਗਦਾ ਵੀ ਮੇਰਾ ਇਮੋਸ਼ਨ ਆ ਕਹਿੰਦਾ ਆ। ਮੰਨ ਲਓ ਜੇ ਹੈ ਨਾ ਵੀ ਆਪਣੀ ਫੈਮਿਲੀ ਦੇ ਵਿੱਚ ਕੋਈ ਨਿੱਕੀ ਮੋਟੀ ਗੱਲ ਹੋਏ, ਅਸੀਂ ਗੁੱਸਾ ਜੱਕਦਮ ਵਿਖਾ ਦਈਏ ਉੱਥੇ, ਇਮੋਸ਼ਨ ਵਿਖਾ ਦਈਏ ਆਪਣਾ, ਹੈ ਨਾ,
ਨਹੀਂ ਚੰਗਾ, ਗੁੱਸਾ ਤਾਂ ਵੈਸੇ ਹੀ ਨਹੀਂ ਚੰਗਾ। ਹਾਂਜੀ ਬਿਲਕੁਲ, ਗੁੱਸਾ ਗੁੱਸਾ ਤੁਹਾਨੂੰ ਗੁੱਸਾ ਦੋ ਹਾਲਤਾਂ 'ਚ ਵੈਸੇ ਤਾਂ ਉਦੋਂ ਆਉਂਦਾ ਜਦੋਂ ਤੁਸੀਂ ਇਹ ਸੋਚਦੇ ਹੋ ਕਿ ਮੈਂ ਡਿਜ਼ਰਵ ਬਹੁਤ ਕਰਦਾ। ਬਿਲਕੁਲ ਜੀ, ਠੀਕ ਹੈ। ਹਾਂਜੀ, ਗੁੱਸਾ ਇੱਕ ਕਿਸਮ ਦੀ ਚਿੰਤਾ ਹੀ ਹੁੰਦੀ ਹੈ। ਬਿਲਕੁਲ ਜੀ, ਉਹ ਤਾਂ ਵੈਸੇ ਨਹੀਂ ਚਾਹੀਦੀ। ਬਿਲਕੁਲ ਜੀ, ਜੇ ਤੁਹਾਨੂੰ ਹੁਣ ਤੁਹਾਨੂੰ ਜ਼ਿਆਦਾ ਆਪ ਤੋਂ ਥੱਲੜਿਆਂ 'ਤੇ ਆਉਂਦਾ ਗੁੱਸਾ ਕਿ ਆਪ ਤੋਂ ਉਤਲਿਆਂ 'ਤੇ? ਆਪਣੇ ਤੋਂ ਮਤਲਬ ਉੱਪਰ ਵਾਲਿਆਂ 'ਤੇ ਆਉਂਦਾ ਸਾਰਾ। ਫਿਰ ਜ਼ਿੰਮੇਵਾਰੀ ਨਿਭਾਉਣ ਤੋਂ ਕਤਰਾਉਂਦੇ ਹੋਵੋਗੇ ਤੁਸੀਂ? ਹਾਂਜੀ ਨਹੀਂ, ਉਹਦਾ ਨਹੀਂ ਹੋ, ਹਾਂਜੀ ਹੈ, ਹੋ ਸਕਦਾ ਉਹਦਾ। ਠੀਕ ਹੈ, ਹੁਣ ਜਾਣੀ ਹਾਂਜੀ, ਥੱਲੜੇ 'ਤੇ ਵੀ ਨਹੀਂ ਆਉਣਾ ਚਾਹੀਦਾ, ਉਤਲੇ 'ਤੇ ਵੀ ਨਹੀਂ ਆਉਣਾ ਚਾਹੀਦਾ, ਬੈਲੈਂਸ ਸੋਚਣਾ ਚਾਹੀਦਾ ਆ। ਦੇਖੋ ਇੱਕ ਸਮਾਂ ਸੀ ਜਦੋਂ ਅਸੀਂ ਇਹ ਸੋਚਦੇ ਹੁੰਦੇ ਸੀ, ਬੰਦੇ ਜਿਹੜੇ ਸਿਆਣੇ ਬੰਦੇ ਆ ਉਹ ਇਹ ਸੋਚਦੇ ਸੀ, ਦੇਖੋ ਮੈਂ ਜੋ ਕੀਤਾ ਉਹ ਕੀਤਾ ਠੀਕ, ਹਾਂਜੀ ਮੈਨੂੰ ਇਹ ਪਰਵਾਹ ਨਹੀਂ ਹੈਗੀ ਬਾਕੀਆਂ ਨੂੰ ਕਿੱਦਾਂ ਲੱਗਦਾ ਆ। ਬਿਲਕੁਲ ਜੀ, ਠੀਕ ਹੈ। ਫਿਰ ਸਿਆਣੇ ਬੰਦੇ ਕਹਿੰਦੇ ਵੀ ਨਹੀਂ ਇੱਦਾਂ ਨਹੀਂ ਠੀਕ, ਸਮਾਜ ਦੇ ਵਿੱਚ ਇੱਕ ਚੀਜ਼ ਦਾ ਖਿਆਲ ਰੱਖੋ ਵੀ ਤੁਸੀਂ ਦੂਜਿਆਂ ਨਾਲ ਵੀ ਇੱਦਾਂ ਵਿਹਾਰ ਕਰੋ ਜਿੱਦਾਂ ਤੁਸੀਂ ਚਾਹੁੰਦੇ ਆ ਵੀ ਮੇਰੇ ਨਾਲ ਹੋਣਾ ਚਾਹੀਦਾ। ਬਿਲਕੁਲ ਜੀ, ਇਹ ਪੁੱਛਿਆ ਹੈ ਤੁਹਾਨੂੰ ਉਦੋਂ, ਮਤਲਬ ਆਪਣੇ ਨੂੰ ਭਲਾ ਮੈਨੂੰ ਸਮਝਾਉਣ ਦੱਸਣੀ ਨਹੀਂ। ਇਹ ਬਹੁਤ ਵਧੀਆ ਪੈਮਾਨਾ ਮੰਨਿਆ ਜਾਂਦਾ ਸੀ ਵੀ ਇਹ ਬੰਦਾ ਜੀ ਦੇਖੋ ਦੂਜਿਆਂ ਨਾਲ ਇੱਦਾਂ ਵਿਹਾਰ ਕਰਦਾ ਆ ਜਿੱਦਾਂ ਇਹ ਚਾਹੁੰਦਾ ਵੀ ਮੇਰੇ ਨਾਲ ਕਰੋ। ਬਿਲਕੁਲ ਜੀ, ਠੀਕ ਹੈ। ਹੁਣ ਹੁਣ ਸਵਾਲ ਇਹ ਪੈਦਾ ਹੋ ਗਿਆ ਵੀ ਤੁਸੀਂ ਕੰਪਿਊਟਰ ਦੀ ਕੀਤੀ ਹੋ ਪੜ੍ਹਾਈ, ਹਾਂਜੀ ਤੁਹਾਨੂੰ ਕੋਈ ਕੰਪਿਊਟਰ ਬਾਰੇ ਕੰਮ ਕਹਿੰਦਾ, ਈਮੇਲ ਕਹਿੰਦਾ ਚੈੱਕ ਕਰਨੇ ਨੂੰ, ਤੁਹਾਨੂੰ ਫੋਨ ਕੀਤਾ ਕਿਸੇ ਨੇ? ਹਾਂਜੀ, ਤੁਹਾਨੂੰ ਭਰਾ ਨੇ ਫੋਨ ਕੀਤਾ ਵੀ ਯਾਰ ਮੇਰਾ ਫੋਨ ਘਰ ਰਹਿ ਗਿਆ, ਮੇਰੀ ਈਮੇਲ ਆਉਣੀ ਸੀ, ਹਾਂਜੀ ਵੀ ਜਾ ਕੇ ਤੂੰ ਆਪਣੇ ਆ ਮੇਰਾ ਪਾਸਵਰਡ ਆ, ਜਾ ਕੇ ਲੈਪਟੋਪ 'ਤੇ ਲੌਗਇਨ ਕਰਕੇ ਈਮੇਲ ਚੈੱਕ ਕਰੀ। ਹਾਂਜੀ, ਤੁਸੀਂ ਕੰਪਿਊਟਰ ਦੀ ਪੜ੍ਹਾਈ ਕੀਤੀ ਹੋ ਵਾ? ਬਿਲਕੁਲ ਜੀ, ਤੁਹਾਨੂੰ ਇੰਨੀ ਗੱਲ ਬਹੁਤ ਆ। ਹਾਂਜੀ, ਹੁਣ ਤੁਸੀਂ ਕਹਿੰਦੇ ਆ ਵੀ ਮੈਂ ਤਾਂ ਸਾਰੀ ਜ਼ਿੰਦਗੀ 'ਚ ਮੇਰਾ ਇਹ ਰੂਲ ਆ ਮੈਂ ਦੂਜਿਆਂ ਨਾਲ ਇੱਦਾਂ ਵਿਹਾਰ ਕਰਨਾ ਜਿੱਦਾਂ ਮੈਂ ਚਾਹੁੰਦਾ ਮੇਰੇ ਨਾਲ ਕਰੂੰ। ਬਿਲਕੁਲ ਜੀ, ਹੁਣ ਦੂਜੇ ਦਿਨ ਤੁਸੀਂ ਬਾਹਰ ਗਏ ਹੋ ਸੀ ਕਿਤੇ, ਹਾਂਜੀ ਕੋਈ ਤੁਸੀਂ ਆਪਣਾ ਬੈਂਕ ਅਕਾਊਂਟ ਖੋਲਿਆ ਕੁਛ ਕਰਨ ਲੱਗੇ ਅਤੇ ਤੁਹਾਡੇ ਫੋਨ ਦੇ ਉੱਤੇ ਮੈਸੇਜ ਆਇਆ, ਫੋਨ ਹੈਗਾ ਘਰ ਪਿਆ ਤੁਹਾਡਾ। ਬਿਲਕੁਲ ਜੀ, ਹੁਣ ਤੁਸੀਂ ਮਾਤਾ ਨੂੰ ਕਹਿਣ ਲੱਗੇ ਆ ਵੀ ਉਹਦੇ ਉੱਤੇ ਇੱਕ ਮੈਸੇਜ ਆਇਆ, ਉਹ ਮੈਨੂੰ ਪੜ੍ਹ ਕੇ ਦੱਸੀ। ਹਾਂਜੀ, ਮਾਤਾ ਨੂੰ ਫੋਨ ਯੂਜ਼ ਨਹੀਂ ਕਰਨਾ ਆਉਂਦਾ, ਕੰਪਿਊਟਰ ਬਾਰੇ ਕੱਖ ਨਹੀਂ ਪਤਾ ਹੁਣ। ਬਿਲਕੁਲ ਜੀ, ਹੁਣ ਜਿੱਦਾਂ ਤੁਹਾਡੇ ਭਰਾ ਨੇ ਤੁਹਾਨੂੰ ਕਿਹਾ ਸੀ, ਤੁਸੀਂ ਇੱਦਾਂ ਹੀ ਮਾਂ ਨੂੰ ਕਹੋ ਵੀ ਮਾਤਾ ਫੋਨ ਚੱਕੀ ਮਰ ਜਾ, ਪਾਸਵਰਡ ਆਇਆ, ਲੌਗਇਨ ਕਰਕੇ ਮੈਨੂੰ ਨੰਬਰ ਦੱਸੀ, ਇੱਦਾਂ ਹੋ ਜਾਊਗਾ? ਹਾਂਜੀ, ਨਹੀਂ ਹੋ ਸਕਦਾ। ਫਿਰ ਜਿੱਥੇ ਤੁਸੀਂ ਗੁੱਸੇ ਹੋਵੋ ਵੀ ਹੱਦ ਹੋ ਗਈ ਯਾਰ, ਜਿੱਦਾਂ ਮੈਨੂੰ ਇੱਦਾਂ ਹੀ ਦੱਸਦੇ, ਇੱਦਾਂ ਮੈਂ ਤੈਨੂੰ ਦੱਸਦਾ, ਤੈਨੂੰ ਸਮਝ ਨਹੀਂ ਆਉਂਦੀ ਕੁਛ? ਹਾਂਜੀ, ਨਹੀਂ ਉਹ ਕਹਿੰਦੇ ਨਹੀਂ ਦੂਜਿਆਂ ਨਾਲ ਉੱਦਾਂ ਦਾ ਵਿਹਾਰ ਕਰੋ ਜਿੱਦਾਂ ਦਾ ਉਹ ਚਾਹੁੰਦਾ ਆ ਮੇਰੇ ਨਾਲ ਕਰੋ। ਬਿਲਕੁਲ ਜੀ, ਠੀਕ ਹੈ। ਹੁਣ ਜੇ ਤੁਸੀਂ ਇਹ ਪੈਮਾਨਾ ਜ਼ਿੰਦਗੀ ਦਾ ਰੱਖੋਗੇ ਨਾ ਵੀ ਮੈਂ ਬਾਕੀਆਂ ਸਾਰਿਆਂ ਨਾਲ ਇੱਦਾਂ ਵਿਹਾਰ ਕਰਨਾ ਆ ਜਿੱਦਾਂ ਉਹ ਚਾਹੁੰਦੇ ਆ। ਬਿਲਕੁਲ ਜੀ, ਹੁਣ ਜੇ ਤੁਸੀਂ ਫਰਿੱਜ ਖੋਲੂਗੇ, ਹਾਂਜੀ ਤੁਸੀਂ ਫਰਿੱਜ ਨੂੰ ਪੁੱਛੋ, ਫਰਿੱਜ ਬਾਰੇ ਜਾਣੋ ਵੀ ਉਹ ਕਿੱਦਾਂ ਚਾਹੁੰਦੀ ਆ ਫਰਿੱਜ ਪੇ ਮੈਂ ਵਰਤਾਂ ਉਹਨੂੰ। ਹਾਂਜੀ, ਹੁਣ ਫਰਿੱਜ ਦਾ ਮੈਨੂਅਲ ਆ ਵੀ ਮੈਨੂੰ ਪਲੱਗ ਇਨ ਕਰਦੇ,
ਹਾਂਜੀ ਮੇਰੇ ਇਸ ਹਿੱਸੇ ਵਿੱਚ ਜੇ ਕੋਈ ਚੀਜ਼ ਰੱਖੀ ਇੰਨੀ ਡਿਗਰੀ ਮੈਂ ਠੰਡੀ ਹੋ ਜਾਣਾ ਮੈਂ ਜਮਾ ਦੇਣੀ ਆ ਇਹ ਹਾਂਜੀ ਬਿਲਕੁਲ ਜੀ ਇੱਥੇ ਰੱਖਣੀ ਆ ਇੱਦਾਂ ਰਹੂਗੀ ਦਰਵਾਜ਼ਾ ਖੋਲੇਗਾ ਲਾਈਟ ਜਗ ਜਾਊਗੀ ਦਰਵਾਜ਼ਾ ਬੰਦ ਰੱਖੀ ਹਾਂਜੀ ਜੇ ਮੇਰੇ ਤੋਂ ਸਮਾਨ ਕੱਢ ਕੇ ਦਰਵਾਜ਼ਾ ਖੁੱਲ੍ਹਾ ਰਹਿਣ ਦਿੱਤਾ ਫੇਰ ਨਾ ਕਹੀਂ ਮੈਂ ਠੰਡਾ ਨਹੀਂ ਕੀਤਾ ਕੁਛ ਵੀ ਬਿਲਕੁਲ ਜੀ ਹਰ ਵੇਲੇ 24 ਘੰਟੇ ਮੇਰੀ ਬਿਜਲੀ ਆਉਣ ਚਾਹੀਦੀ ਆ ਬਿਲਕੁਲ ਜੀ ਹੁਣ ਜਿੱਦਾਂ ਫਰਿੱਜ ਚਾਹੁੰਦੀ ਆ ਉਦਾਂ ਵਿਹਾਰ ਕਰੋ ਉਹਦੇ ਨਾਲ ਬਿਲਕੁਲ ਜੀ ਹੁਣ ਜਿੱਦਾਂ ਤੁਸੀਂ ਫਰਿੱਜ ਨਾਲ ਵਿਹਾਰ ਕਰਦੇ ਇੱਦਾਂ ਟੀਵੀ ਨਾ ਕਰੋ ਜਾ ਕੇ ਚੱਲ ਜਾਊਗਾ ਇੱਦਾਂ ਕੰਮ ਨਹੀਂ ਇੱਦਾਂ ਹੀ ਜਾ ਕੇ ਪ੍ਰੈਸ ਕਰਨ ਲੱਗ ਪਊ ਪ੍ਰੈਸ ਕੱਪੜੇ ਧੋਣ ਵਾਲੀ ਮਸ਼ੀਨ ਨਾਲ ਇੱਦਾਂ ਕਰੋ ਜਿੱਦਾਂ ਫਰਿੱਜ ਨਾਲ ਕਰਦੇ ਆ ਹਾਂਜੀ ਠੀਕ ਹੈ ਨਾ ਨਹੀਂ ਪੋਸੀਬਲ ਨਹੀਂ ਬਸ ਇੱਦਾਂ ਇੱਦਾਂ ਹੀ ਹਿਊਮਨ ਬੀਇੰਗ ਜਿਹੜੇ ਵੱਖਰੇ ਵੱਖਰੇ ਆ ਉਹਨਾਂ ਨੂੰ ਸਮਝੋ ਆਇਡੈਂਟੀਫਾਈ ਕਰੋ ਵੀ ਇਹਦਾ ਸੁਭਾਅ ਕਿੱਦਾਂ ਦਾ ਆ ਬਿਲਕੁਲ ਜੀ ਠੀਕ ਹੈ ਹੁਣ ਕਿਸੇ ਦਾ ਸੁਭਾਅ ਇੱਦਾਂ ਆ ਗੁੱਸੇ ਵਾਲਾ ਹੋ ਸਕਦਾ ਹਾਂਜੀ ਕੋਈ ਜਣਾ ਇਹ ਹੋ ਸਕਦਾ ਵੀ ਟੋਕੇ ਜਾਣਾ ਬਰਦਾਸ਼ਤ ਨਾ ਕਰੇ ਕੋਈ ਜਣਾ ਛੇਤੀ ਖਿੱਚਣੇ ਵਾਲਾ ਹੋ ਸਕਦਾ ਠੀਕ ਹੈ ਜੀ ਕੋਈ ਚਾਹੁੰਦਾ ਹੈ ਵੀ ਮੇਰੇ ਨਾਲ ਹੌਲੀ ਹੌਲੀ ਸਹਿਜ ਨਾਲ ਗੱਲ ਕਰੋ ਠੀਕ ਹੈ ਜੀ ਕੋਈ ਕਹਿੰਦਾ ਮੈਨੂੰ ਉੱਚੀ ਆਵਾਜ਼ ਮਾਰ ਕੇ ਉੱਚੀ ਨਾ ਬੋਲੀ ਮੇਰੇ ਨਾਲ ਉੱਚੀ ਗੱਲ ਨਾ ਕਰਿਆ ਕਰ ਮੇਰੇ ਨਾਲ ਠੀਕ ਹੈ ਜੀ ਠੀਕ ਹੈ ਅਗਲੇ ਨੂੰ ਸਮਝ ਲਓ ਕਿੱਦਾਂ ਦਾ ਆ ਉੱਦਾਂ ਉੱਦਾਂ ਉਹਦੇ ਨਾਲ ਵਿਹਾਰ ਕਰ ਲਓ ਠੀਕ ਹੈ ਜੀ ਹੁਣ ਜਦੋਂ ਵੈਸੇ ਤੁਸੀਂ ਆਪਣੇ ਦਿਮਾਗ ਨੂੰ ਇੰਨਾ ਕੰਮ ਦਊਂਗੇ ਵੀ ਮੇਰੀ ਜ਼ਿੰਮੇਵਾਰੀ ਆ ਮੈਂ ਇਹਨੂੰ ਵੀ ਠੰਡਾ ਰੱਖਣਾ ਇਹਨੂੰ ਵੀ ਠੰਡਾ ਰੱਖਣਾ ਜੇ ਮੇਰੇ ਆਲੇ ਦੁਆਲੇ ਵਾਲੇ ਠੰਡੇ ਰਹਿਣਗੇ ਮੈਂ ਵੀ ਸ਼ਾਂਤ ਰਹੂੰਗਾ ਬਿਲਕੁਲ ਜੀ ਜੇ ਉਹ ਸਾਰੇ ਠੰਡੇ ਹੋਣਗੇ ਜਿੱਦਾਂ ਦੇਖੋ ਤੁਹਾਡੀ ਫਰਿੱਜ ਆਉਣੀ ਆ ਹਾਂਜੀ ਹਾਂਜੀ ਪ੍ਰੈਸ ਤੁਸੀਂ ਲਪੇਟ ਕੇ ਰੋਲ ਕਰਕੇ ਉਹਦੀ ਲੀਡ ਪ੍ਰੈਸ ਭਰੀ ਰੱਖੀ ਹੋਊਗਾ ਹਾਂਜੀ ਕਾਰ ਤੁਹਾਡੀ ਫੁੱਲ ਟੈਂਕੀ ਆ ਹਵਾ ਭਰੀ ਹੋ ਆ ਇੱਕ ਪਾਸੇ ਖੜੀ ਆ ਹਾਂਜੀ ਪਾਣੀ ਘਰੇ ਆ ਰਿਹਾ ਸਾਰੀਆਂ ਟੂਟੀਆਂ ਬੰਦ ਆ ਸਾਰਾ ਕੁਝ ਠੀਕ ਆ ਹਾਂਜੀ ਕੱਪੜੇ ਧੋਣ ਵਾਲੀ ਮਸ਼ੀਨ ਆ ਕੋਲ ਉਹਦੇ ਸਰਫ ਪਈ ਆ ਪਾਣੀ ਨਾਲ ਕਨੈਕਟਡ ਆ ਆਪਣੀ ਥਾਂ ਪਈ ਆ ਬਿਲਕੁਲ ਜੀ ਹੁਣ ਜਦੋਂ ਤੁਹਾਨੂੰ ਲੋੜ ਪਊਗੀ ਜੇ ਫਰਿੱਜ 'ਚੋਂ ਦੁੱਧ ਦੀ ਲੋੜ ਪਈ ਜਾਂ ਜਾਊਂਗੇ ਠੰਡਾ ਹੋਊਗਾ ਕਿ ਨਹੀਂ ਹਾਂਜੀ ਜੇ ਫਰਿੱਜ ਨੂੰ ਖੋਲ ਕੇ ਦੁੱਧ ਦੀ ਬੋਤਲ ਕੱਢੂਗੇ ਦੁੱਧ ਠੰਡਾ ਮਿਲੂਗਾ ਕਿ ਨਹੀਂ ਹਾਂਜੀ ਠੰਡਾ ਹੀ ਮਿਲੂਗਾ ਨਾ ਹਾਂਜੀ ਹੁਣ ਤੁਸੀਂ ਕਿਤੇ ਜਾਣ ਲੱਗੇ ਆ ਕਾਰ ਟੈਂਕੀ ਫੋਲਿਆ ਹਵਾ ਪਈ ਤੁਸੀਂ ਸਟਾਰਟ ਕਰੂੰਗੇ ਸਟਾਰਟ ਹੋ ਜਾਣੀ ਹੈ ਤੁਸੀਂ ਚੱਲ ਜਾਣਾ ਆਰਾਮ ਨਾਲ ਬਿਲਕੁਲ ਜੀ ਕੱਪੜੇ ਧੋਣ ਜਾਊਂਗੇ ਤੁਸੀਂ ਪਾਣੀ ਚੱਲਦਾ ਹੋਣਾ ਕੱਪੜੇ ਪਾਉਣੇ ਸਰ ਪਾਇਆ ਚਲਾਤੀ ਚੱਲ ਪਈ ਉਹ ਬਿਲਕੁਲ ਜੀ ਪ੍ਰੈਸ ਕਰਨ ਲੱਗੇ ਆ ਤੁਸੀਂ ਚੱਕਿਆ ਪਲੱਗ ਇਨ ਕਰਿਆ ਕੱਪੜੇ ਪ੍ਰੈਸ ਕੀਤੇ ਮਤਲਬ ਜੇ ਸਾਰਾ ਕੁਛ ਥਾਂ ਥਾਂ ਪਿਆ ਹੋਵੇ ਜਿਹੜਾ ਵਰਤਣਾ ਆ ਉਹ ਚੰਗੀ ਤਰ੍ਹਾਂ ਵਰਤੋਂ 'ਚ ਆ ਜਾਣਾ ਬਿਲਕੁਲ ਜੀ ਹੁਣ ਜਿਹੜੇ ਘਰ 'ਚ ਤੁਹਾਡੇ ਜੀ ਆ ਦੋਸਤ ਮਿੱਤਰ ਆ ਆਲੇ ਦੁਆਲੇ ਵਾਲੇ ਤੁਹਾਡੇ ਜੇ ਉਹਨਾਂ ਨੂੰ ਸਾਰਿਆਂ ਨੂੰ ਸ਼ਾਂਤ ਰੱਖੋਗੇ ਸਾਰਿਆਂ ਨਾਲ ਠੀਕ ਵਿਹਾਰ ਕਰੋਗੇ ਬਿਲਕੁਲ ਜੀ ਜਿਹਦੀ ਲੋੜ ਪਊਗੀ ਤੁਸੀਂ ਕਹੋਗੇ ਵੀ ਮੰਮੀ ਇੱਕ ਪਰੌਂਠਾ ਬਣਾ ਦੇ ਬਿਲਕੁਲ ਜੀ ਹੁਣ ਕਿਹੜਾ ਲੈ ਪੁੱਤ ਹੁਣੇ ਬਣਾ ਦਿੰਦੀ ਤੁਸੀਂ ਆਪਣੇ ਭਰਾ ਨੂੰ ਕਹੋਗੇ ਵੀ ਪਲੀਜ਼ ਯਾਰ ਦੁੱਧ ਹੈ ਨਹੀਂ ਜਾਂ ਬ੍ਰੈਡ ਫੜ ਲਿਆ ਉਹਨੂੰ ਕਹਿਣਾ ਠੀਕ ਹੈ ਮੈਂ ਲੈ ਆਉਣਾ ਬਿਲਕੁਲ ਜੀ ਠੀਕ ਹੈ ਤੁਸੀਂ ਕੱਪੜੇ ਧੋਤੇ ਤੁਸੀਂ ਘਰਦਿਆਂ ਨੂੰ ਕਹੋਗੇ ਵੀ ਮੈਂ ਚੱਲਾਂ ਕੱਪੜੇ ਤੁਸੀਂ ਸੁੱਕਣੇ ਪਾ ਦਿਓ ਪਲੀਜ਼ ਪ੍ਰੈਸ ਮੈਂ ਆ ਕੇ ਕਰ ਦੇਣਾ ਉਹਨੇ ਕਹਿਣਾ ਠੀਕ ਹੈ ਹਾਂਜੀ ਬਿਲਕੁਲ ਜੀ ਠੀਕ ਬਸ ਨੋਰਮਲ ਫੰਡੇ ਆ ਜ਼ਿੰਦਗੀ ਦੇ ਕੋਈ ਇੱਦਾਂ ਐਡਾ ਐਡੇ ਫਾਰਮੂਲੇ ਨਹੀਂ ਛੋਟੇ ਛੋਟੇ ਹਿੱਸਿਆਂ 'ਚ ਜੋ ਜੋ ਸਾਹਮਣੇ ਆਉਂਦਾ ਇੰਜੋਏ ਕਰੋ ਉਹਨੂੰ ਸਾਰਾ ਕੁਛ ਠੀਕ ਹੋ ਜਾਣਾ ਠੀਕ ਹੈ ਜੀ ਠੀਕ ਹੈ ਮਤਲਬ ਹਾਂਜੀ ਹੁਣ ਤੁਹਾਨੂੰ ਇਹ ਹੈ ਨਾ ਹੋ ਗਿਆ ਵੀ ਜੀਣਾ ਹੀ ਲੌਜੀਕਲੀ ਹੈ ਉਹਦਾ ਹੈ ਨਾ ਇਮੋਸ਼ਨਲ ਨਹੀਂ ਜੀਣਾ ਉਹ ਤਾਂ ਨਹੀਂ ਇਮੋਸ਼ਨਲ ਇਮੋਸ਼ਨ ਜਿਹੜੇ ਦੇਖੋ ਦੋ ਚੀਜ਼ਾਂ ਆ ਹਾਂਜੀ ਇੱਕ ਹੈਗੀ ਆ
ਦਇਆ, ਹਾਂਜੀ, ਇੱਕ ਹੈਗਾ ਸੰਤੋਖ। ਹਾਂਜੀ, ਹੁਣ ਦਇਆ ਦਾ ਮਤਲਬ ਸਮਝਦੇ ਹਾਂ, ਕਾਇੰਡਨੈਸ। ਬਿਲਕੁਲ ਜੀ, ਬਿਲਕੁਲ। ਹਾਂਜੀ, ਜਿਹੜੀ ਦਇਆ ਹੈ ਨਾ ਉਹ ਕਰੀਦੀ ਦੂਜੇ 'ਤੇ, ਹਾਂਜੀ, ਸੰਤੋਖ ਰੱਖੀ ਦਾ ਆਪਣੇ ਲਈ। ਠੀਕ ਹੈ ਜੀ, ਠੀਕ ਹੈ। ਜਦੋਂ ਦੂਜੇ ਲਈ ਕੁਛ ਕਰਨ ਦਾ ਟਾਈਮ ਆਇਆ ਨਾ, ਹਾਂਜੀ, ਜੇ ਇੱਦਾਂ ਤੁਹਾਡੀ ਮਾਤਾ ਨੇ ਕਿਹਾ ਭਈ ਮੈਂ ਥੱਕ ਗਈ, ਮੇਰੇ ਪੈਰ ਘੁੱਟ ਦੇ, ਹਾਂਜੀ, ਤੇ ਰੱਜ ਕੇ ਇਮੋਸ਼ਨਲ ਹੋ ਲਿਓ। ਬਿਲਕੁਲ ਜੀ, ਠੀਕ ਹੈ। ਜੇ ਤੁਹਾਡੀਆਂ ਲੱਤਾਂ ਦੁਖਦੀਆਂ ਹੋਈਆਂ, ਹਾਂਜੀ, ਉਦੋਂ ਕਿਸੇ ਨੂੰ ਤੁਹਾਡੇ ਦਿਮਾਗ 'ਚ ਆਵੇ ਵੀ ਮੈਂ ਕਹਾਂ ਵੀ ਪਾਪਾ ਨੂੰ ਮੇਰੀਆਂ ਲੱਤਾਂ ਘੁੱਟ ਦੇ ਜਾਂ ਭਰਾ ਨੂੰ ਕਹਾਂ, ਹਾਂਜੀ, ਉਦੋਂ ਇੰਟੈਲੀਜੈਂਟ ਹੋ ਕੇ, ਉਦੋਂ ਲੌਜਿਕ ਨਾਲ ਸੋਚਿਓ। ਠੀਕ, ਠੀਕ ਹੈ ਜੀ, ਠੀਕ ਹੈ। ਵੀ ਮੈਂ ਜੇ ਇੱਦਾਂ ਮੈਂ ਹੁਣ ਜਾਣੀ ਆ ਕੇ ਆਪਣੀ ਮਰਜ਼ੀ ਨਾਲ ਮੈਂ ਬਾਹਰ ਖੇ ਖਾਣ ਗਿਆ, ਹਾਂਜੀ, ਅੱਧੇ ਘੰਟੇ ਦਾ ਕੰਮ ਸੀ, ਢਾਈ ਘੰਟੇ ਮੈਂ ਘੁੰਮਦਾ ਰਿਹਾ, ਹੁਣ ਆ ਕੇ ਹੁਣ ਮੈਂ ਇਹਨਾਂ ਨੂੰ ਕਹਾਂ ਵੀ ਮੇਰੇ ਪੈਰ ਘੁੱਟੋ, ਹਾਂਜੀ, ਜੇ ਮੇਰੇ ਨਾਲ ਕੋਈ ਇੱਦਾਂ ਦਾ ਵਿਹਾਰ ਕਰੇ ਮੈਨੂੰ ਕਿੱਦਾਂ ਲੱਗੂਗਾ। ਬਿਲਕੁਲ ਜੀ, ਫਿਰ ਰੱਜ ਕੇ ਇੰਟੈਲੀਜੈਂਟ ਹੋਇਓ। ਠੀਕ ਹੈ ਜੀ, ਠੀਕ ਹੈ। ਦੂਜੇ ਲਈ ਜਿੰਨਾ ਮਰਜ਼ੀ ਇਮੋਸ਼ਨਲ ਹੋ ਜਾਓ, ਠੀਕ ਹੈ ਜੀ, ਆਪਣਾ ਮਤਲਬ ਲੈਣ ਲਈ ਨਹੀਂ, ਮਤਲਬ ਲੈਣ ਵੇਲੇ ਜੇ ਤੁਸੀਂ ਇਮੋਸ਼ਨਲ ਹੋਵੋਗੇ, ਹਾਂਜੀ, ਸਵਾਰਥੀ ਹੋਵੋਗੇ, ਫਿਰ ਚਾਪਲੂਸ ਬਣੋਗੇ। ਠੀਕ ਹੈ ਜੀ, ਠੀਕ ਹੈ। ਫਿਰ ਪੱਖਪਾਤੀ ਵੀ ਹੋਵੋਗੇ ਤੁਸੀਂ, ਠੀਕ ਹੈ ਜੀ, ਫਿਰ ਕਿਸੇ ਪ੍ਰਿੰਸੀਪਲ 'ਤੇ ਜੀ ਨਹੀਂ ਸਕਣਾ ਤੁਸੀਂ, ਠੀਕ ਹੈ ਜੀ, ਆਪਣੇ ਆਪ ਦੇ ਪ੍ਰਤੀ ਰੱਜ ਕੇ ਸੰਤੋਖੀ ਹੋਣਾ, ਠੀਕ ਹੈ ਜੀ, ਨਹੀਂ ਮੈਂ ਕਿਸੇ ਨੂੰ ਅਬਿਊਜ਼ ਨਹੀਂ ਕਰਨਾ, ਮੈਂ ਕਿਸੇ 'ਚੋਂ ਮਤਲਬ ਨਹੀਂ ਕੱਢਣਾ, ਠੀਕ ਹੈ ਜੀ, ਔਖਾ ਹੋਣਾ ਆ, ਠੀਕ ਹੈ ਜੀ, ਪਰ ਸੈਲਫ ਰਿਸਪੈਕਟ ਬਣੀ ਰਹਿੰਦੀ ਤੁਹਾਡੀ। ਬਿਲਕੁਲ ਜੀ, ਸੈਲਫ ਰਿਸਪੈਕਟ ਹੋਊਗੀ ਅਤੇ ਕੌਨਫੀਡੈਂਸ ਵੀ ਹੋਊਗਾ। ਬਿਲਕੁਲ ਜੀ, ਠੀਕ ਆ, ਬਿਲਕੁਲ ਜੀ, ਚਲੋ ਠੀਕ ਆ, ਹੈ ਨਾ, ਹਾਂਜੀ, ਹਾਂਜੀ, ਠੀਕ ਹੈ, ਥੈਂਕ ਯੂ ਸਰ, ਥੈਂਕ ਯੂ। ਹੈਲੋ ਜੀ, ਨਹੀਂ ਜੀ, ਤੁਹਾਡਾ ਫੋਨ ਕੱਟਿਆ ਗਿਆ ਅਤੇ ਆਪਾਂ ਸੋਰੀ ਜੀ, ਸਰੋਤਿਆਂ ਨੂੰ ਬੇਨਤੀ ਆ ਵੀ ਜਦੋਂ ਕਾਲ ਕੋਈ ਲੰਬੀ ਹੁੰਦੀ ਆ ਉਦੋਂ ਤੁਸੀਂ ਥੋੜ੍ਹਾ ਵੇਟ ਕਰ ਲਿਆ ਕਰੋ। ਹਾਂਜੀ, ਤੁਸੀਂ ਆਉਂਦੇ ਰਹਿਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਵਾਹ ਜੀ, ਅੱਜ ਪ੍ਰੋਗਰਾਮ ਨਹੀਂ ਨਾ ਦੇਖੇ ਤਾਂ ਕਰਕੇ ਪਤਾ ਨਹੀਂ ਲੱਗਦਾ ਸੀ ਹੁਣ ਚੱਲੀ ਜਾਂਦੀ ਗੱਲਬਾਤ ਜਾਂ ਕਿਵੇਂ ਜੀ, ਤਾਂ ਕਰਕੇ। ਸੋਰੀ, ਨਹੀਂ ਕੋਈ ਨਹੀਂ, ਕੋਈ ਨਹੀਂ, ਅਜੇ ਚੱਲਦਾ ਆ, ਫਿਰ ਮੈਂ ਘੰਟਾ ਠਹਿਰ ਕੇ ਕਰ ਲੂੰਗਾ। ਹਾਂਜੀ, ਅਤੇ ਇਹ ਬਸ ਅਸੀਂ ਕਰਨੀ ਗੱਲ, ਇੱਕ ਤਾਂ ਗੱਲ ਉਹ ਪਰਮਜੀਤ ਕਾਲੀ ਵਾਲੀ ਪੋਸਟ ਬਾਬਾ ਜਾਣ ਨੂੰ ਪਾਈ ਸੀ ਜੀ, ਅਤੇ ਜਿਹੜੇ ਵੀ ਆਪਣੇ ਉਲਟ ਵੀ ਚੱਲਦੇ ਆ ਉਹ ਵੀ ਹੱਸ ਕੇ ਟਾਲਦੇ ਸੀ, ਹਾਂ ਅਸੀਂ ਤਾਂ ਕਮਲੇ ਆ, ਇਹ ਐਂ ਕੇ ਟਾਲਦੇ ਸੀ, ਨਾਲੇ ਸੰਗ ਬੰਦ ਨਾਲੇ ਮਹਾਂ ਦੱਸ ਯਾਰ ਕੀ ਹੈ ਨਾਲੇ। ਅਤੇ ਇੱਕ ਉਹ ਗੱਲ ਸਾਨੂੰ ਭੇਜਿਆ ਸੀ ਖਾਰੇ ਵਕੀਲ ਵਾਲੀ, ਕਿਹੜੀ, ਉਹਦੇ ਮੁੰਡੇ ਬਾਰੇ, ਵਕੀਲ ਖਾਰਾ ਨੀ ਜੀ ਤੁਸੀਂ? ਓ ਹਾਂ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਉਹ ਦੋਏ ਪੁੱਤ, ਦੋਏ ਬੜੇ, ਉਹ ਤਾਂ ਪੂਰੇ ਉਹਦੇ ਮੁੰਡੇ ਨੂੰ ਪਰਸਨਲ ਨਹੀਂ ਮਿਲਿਆ ਹੋਇਆ ਜੀ ਬਹੁਤ ਵਾਰੀ ਮੈਂ। ਉਹ ਖਾਰਾ ਵਕੀਲ ਦਾ ਚਲੋ ਸਮਝਦਾ ਰਹੂ ਥੋੜ੍ਹਾ ਜਿਹਾ, ਹੁਣ ਜ਼ਿਆਦਾ ਗਿਆਨ ਵੰਡੀਆਂ ਦਾ ਇੱਕ ਯੂਟਿਊਬਰ ਵੀ ਬਣਿਆ ਹੋਇਆ ਹੁਣ ਨਵਾਂ ਜਿਹਾ, ਅਤੇ ਉਹ ਤਾਂ ਬੇਟਾ ਇਹੋ ਜਿਹਾ, ਮਤਲਬ ਕਿ ਉਹ ਧੱਕੇ ਨਾਲ ਵਜੇ ਨਹੀਂ ਵਕੀਲ ਬਣਾ ਦਿੰਦੇ ਆਪਾਂ ਜਵਾਕਾਂ ਨੂੰ ਵੀ ਉਹ ਵਕੀਲ ਕਹਾਉਣ ਵਾਸਤੇ, ਉਹ ਇਹੋ ਜਿਹਾ ਜੀ ਮੰਦਬੁੱਧੀ ਥੋੜ੍ਹਾ ਜਿਹਾ ਕਮਲਾ ਜਵਾਕ, ਅਤੇ ਉਹ ਤਾਂ ਕਰਕੇ ਉਹਨੂੰ ਐਂ ਹੋਊ ਵੀ ਉਹਦੇ ਕੋਲ ਕਿਸੇ ਨੇ
57 ਦੀ ਜਮਾਨਤ ਨੂੰ ਵੀ ਨਹੀਂ ਆਉਣਾ ਵੀ ਚੱਲ ਮਾੜਾ ਜਿਹਾ ਨਾ ਹੋਈ ਉਹਦਾ ਹਨਾ ਤੇ ਤਾਂ ਕਰਕੇ ਮੈਂ ਵੀ ਇਹਨੇ ਉਹ ਕਰਿਆ ਕਿ ਉਹਨਾਂ ਦਾ ਕਿਹੜਾ ਤੇਲ ਮੱਚਦਾ ਤੇ ਕਾਗਜ਼ੀ ਆ ਫਰੀ ਲੜੀ ਜਾਂਦੇ ਕੇਸ ਹਨਾ ਨਹੀਂ ਨਹੀਂ ਉਹ ਤਾਂ ਬਸ ਆਹੀ ਦੁਕਾਨ ਹੀ ਆ ਜਾਣੀ ਉਹਨਾਂ ਨੂੰ ਇਹ ਲੱਗਦਾ ਵੀ ਜੇ ਇਹਨਾਂ ਦੇ ਫਰੀ ਕੇਸ ਲੜਾਂਗੇ ਤਾਂ ਗਾਹਾਂ ਬਹਿ ਜਾ ਬਹਿ ਜਾ ਬਸ ਨਹੀਂ ਕੇਸ ਦਾ ਕਿਹੜਾ ਖਰਚਾ ਹੁੰਦਾ ਕੋਈ ਜੀ ਬਸ ਕੋਈ ਮੇਲਾ ਛੇਲਾ ਹੀ ਕਰਨਗੇ ਹੋਰ ਇਹਨਾਂ ਨੇ ਤੇਲ ਮੱਚਣਾ ਕੋਈ ਉਹਦੀ ਨਾ ਕਿੱਡਾ ਬਣਾ ਲੈਂਦੇ ਮੁੜ ਕੇ ਬਾਅਦ ਕਿਉਂਕਿ ਸੱਜਾਂ ਵਾਲੇ ਸਿੱਖ ਤੁਰੇ ਆਉਣਗੇ ਮੁੜ ਕੇ ਵੀ ਅਮਰ ਭਾਈ ਸਾਹਿਬ ਦਾ ਇਹਨੇ ਲੜਿਆ ਸੀ ਭਾਈ ਕੇਸ ਬਸ ਤੇ ਚਲੋ ਚਾਲੀ ਆ ਮੁੜ ਕੇ ਕਿਉਂ ਜੀ ਕਿਉਂਕਿ ਇਸ ਕੇਸ ਨਾਲ ਚੱਲੀ ਜਾਣਾ ਇਹਨਾਂ ਦਾ ਕੰਮ ਮੁੜ ਕੇ ਨਾਲੇ ਉਹ ਵੀ ਉਹ ਵੀ ਤਾਂ ਦੁਕਾਨਦਾਰੀ ਵਾਲੀ ਆ ਉਹਨਾਂ ਨੂੰ ਵੀ ਪਤਾ ਪਿਆ ਆਪਣਾ ਕਿਉਂਕਿ ਜਿੱਦਾਂ ਬੰਦਾ ਬੇਈਮਾਨ ਆ ਨਾ ਮੈਨੂੰ ਇੱਥੇ ਆ ਕੇ ਬਹੁਤ ਚਿਰ ਬਾਅਦ ਸਮਝ ਆਈ ਜਦੋਂ ਕਈ ਬੰਦੇ ਹੁੰਦੇ ਸੀ ਜਦੋਂ ਕੋਈ ਗੱਲ ਹੋਣੀ ਤੇ ਉਹ ਕੰਮ ਕਹਿਣਾ ਕਿਸੇ ਨੂੰ ਨਾ ਹਾਂਜੀ ਤੇ ਉਹਨੇ ਫਟਾਫਟ ਬੰਦਿਆਂ ਨੇ ਇਦਾਂ ਕਈਆਂ ਨਾਲ ਮੇਰਾ ਇਦਾਂ ਵਾਹ ਪਿਆ ਵੀ ਨਹੀਂ ਕੋਈ ਨਹੀਂ ਜੀ ਬੰਦਾ ਹੈਗਾ ਵੀ ਅਸੀਂ ਕਰਾ ਲਵਾਂਗੇ ਸਾਡੇ ਨਾਲ ਇੱਕ ਬੰਦਾ ਗੁਰਦੁਆਰੇ 'ਚ ਵੀ ਇੱਦਾਂ ਕਰਦਾ ਰਿਹਾ ਵੀ ਇੱਥੇ ਇੱਥੇ ਇੱਦਾਂ ਬਿਲਡਿੰਗ ਦਾ ਕੰਮ ਹੁੰਦਾ ਸੀ ਉਹ ਬੰਦੇ ਉਹਨੂੰ ਕਹਿਣਾ ਵੀ ਬੰਦੇ ਕਰ ਦੂੰ ਕਹਿ ਦੂੰਗਾ ਮੈਂ ਬੰਦੇ ਆ ਕੇ ਕਰ ਜੂਗੇ ਅੱਛਾ ਜੀ ਉਹਨੇ ਆਉਣਾ ਕੰਮ ਕਰ ਜਾਣਾ ਉਹਨੂੰ ਪੈਸੇ ਦੱਸਣੇ ਅਸੀਂ ਕਮੇਟੀ ਵੱਲੋਂ ਕਰ ਦੇਣੇ ਪੈਸੇ ਦੇ ਤੇ ਲੈ ਗਏ ਪੈਸੇ ਠੀਕ ਹੈ ਜੀ ਤੇ ਆਪ ਉਹਨੂੰ ਲੈ ਜਾਣਾ ਚੈੱਕ ਜਾਂ ਪੈਸੇ ਕਰਕੇ ਵੀ ਮੈਂ ਦੇ ਦੂੰਗਾ ਉਹਨੂੰ ਜਦੋਂ ਨਾ 6 ਮਹੀਨੇ ਲੰਘ ਗਏ ਉਹ ਬੰਦਾ ਜਿਹੜਾ ਕੰਮ ਕਰਨ ਵਾਲਾ ਸੀ ਫੇ ਆਇਆ ਸਾਡੇ ਕੋਲ ਕਹਿੰਦਾ ਮੇਰੇ ਇੰਨੇ ਪੈਸੇ ਰਹਿੰਦੇ ਆ ਕੁਛ ਨਹੀਂ ਕੁਛ ਵੀ ਨਹੀਂ ਮਿਲਿਆ ਉਹਨੂੰ ਠੀਕ ਹੈ ਅਸੀਂ ਕਿਹਾ ਵੀ ਨਹੀਂ ਨਹੀਂ ਪੈਸੇ ਤਾਂ ਅਸੀਂ ਤਾਂ ਸਾਰੇ ਦੇ ਦਿੱਤੇ ਆ ਉਹ ਕਹਿੰਦਾ ਜੀ ਕਿੱਥੇ ਮੈਨੂੰ ਸਾਰੇ ਕਿੱਥੇ ਮਿਲੇ ਆ ਪਹਿਲੀ ਗੱਲ ਤਾਂ ਕਹਿੰਦਾ ਇਹ ਆ ਵੀ ਜਦੋਂ ਵੀ ਤੁਹਾਡੇ ਕੋਲ ਇੱਕ ਜੌਬ ਮੈਂ ਕਰਦਾ ਸੀ ਨਾ ਆ ਕੇ ਮੈਨੂੰ ਉਹ ਬੰਦਾ ਆਪਣੇ ਘਰ 'ਚ ਕਿਸੇ ਕੰਮ ਲਈ ਇੱਦਾਂ ਕਹਿੰਦਾ ਹੁੰਦਾ ਸੀ ਵੀ ਉੱਥੇ ਤੈਨੂੰ ਕੰਮ ਦਵਾਇਆ ਹੁਣ ਮੈਨੂੰ 50% ਡਿਸਕਾਊਂਟ ਦੇ ਹੁਣ ਚਾਹੀਦਾ ਇਹ ਸੀ ਬੰਦੇ ਨੂੰ ਵੀ ਘਰ ਦਾ ਕੰਮ ਪੂਰੇ ਪੈਸਿਆਂ 'ਤੇ ਕਰਵਾਉਂਦਾ ਗੁਰਦੁਆਰੇ 'ਚ ਆ ਕੇ ਕਹਿੰਦਾ ਵੀ ਦੇਖੋ ਜੀ ਵੀ ਇਹ ਬੰਦਾ ਮੇਰਾ ਕੰਮ ਕਰਦਾ ਹੁੰਦਾ ਤੁਹਾਨੂੰ ਇੱਥੇ ਸਸਤੇ 'ਚ ਕਰਕੇ ਦਊਗਾ ਤੈਨੂੰ ਜਾਣੀ ਤਾਂ ਹੀ ਤਾਂ ਸਾਨੂੰ ਕਾਣਤ ਆਉਂਦੀ ਆ ਜਦੋਂ ਇਹ ਕਹਿੰਦੇ ਜਦੋਂ ਸਾਡੇ ਇੱਥੋਂ ਸਰੂਪ ਚੱਕ ਕੇ ਲਗਾਏ ਆ ਵੀ ਉਹ ਜੀ ਗੁਰੂ ਸਾਹਿਬ ਦੇ ਉਹ ਮੈਂ ਕਿਹਾ ਤੁਹਾਡੇ ਤਾਂ ਖਾਨੇ ਗਲੇ ਪਏ ਆ ਕੋਈ ਪਾਸਾ ਤਾਂ ਦੱਸ ਦਿਓ ਜਿੱਥੇ ਤੁਸੀਂ ਗੁਰੂ ਸਾਹਿਬ ਨੂੰ ਦੰਦੀ ਨਾਮ ਵੱਢੀ ਹੋਵੇ ਇਹ ਥੋੜ੍ਹੋ ਪਏ ਅਸੀਂ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਲਾਸ਼ ਖੁਰਦ ਬੁਰਦ ਕਰ ਦਿੱਤੀ ਜਾਂ ਗੁਰੂ ਗੋਬਿੰਦ ਸਿੰਘ ਦੀ ਪੇਠੇ ਛੁਰਾ ਮਾਰ ਕੇ ਹੁਣ ਤੁਸੀਂ ਵਿਹਲੇ ਹੋ ਗਏ ਇੱਦਾਂ ਥੋੜ੍ਹੀ ਆ ਜਾਣੀ ਗੁਰੂ ਮੈਂ ਹਿੰਦੂ ਧਰਮ ਨਾਲ ਉਹ ਕਰਦਾ ਜੀ ਬਿਲੋਂਗ ਕਰਦਾ ਤੁਹਾਨੂੰ ਪਹਿਲਾਂ ਦੱਸਿਆ ਜੀ ਮੈਂ ਉਹ ਜਿਹੜੀ ਤੁਸੀਂ ਤ੍ਰਿਆ ਤਰਾਲੀ ਵੀਡੀਓ ਸ਼ੇਅਰ ਕਰੀ ਸੀ ਨਾ ਤੁਸੀਂ ਉਹ ਬੰਦਬੰਦ ਹੁਣ ਕੀ ਬੋਲ ਗਏ ਇੱਥੇ ਜੀ ਉਹ ਬਹੁਤ ਨੂੰ ਸੈਂਡ ਕਰੀ ਮੈਂ ਉਹ ਹਰੇਕ ਕਹਿੰਦਾ ਜੀ ਫਿਰ ਉਹ ਹੈ ਨਾ ਵਿੱਚ ਮਿਲਾਵਟ ਹੋ ਗਈ ਮੈਂ ਮਿਲਾਵਟ ਕੀ ਨਹੀਂ ਕਰੀ ਹੁਣ ਸਾਡੇ ਪਿੰਡ ਕਰੀ ਤਾਂ ਤੁਸੀਂ ਹੈ ਅੱਗੇ ਹੁਣ ਸਰਕਾਰਾਂ ਵਾਲੀ ਵੀ ਸੁਧਾਰ ਕੌਣ ਕਰੂ ਮੈਂ ਸਬਜ਼ੀ ਬਹੁਤ ਸਵਾਦ ਆ ਤੁਸੀਂ ਅਗਲੇ ਨੇ ਦੋ ਕੜਛੀਆਂ ਪਾਈਆਂ ਤੁਸੀਂ ਚਮਚਾ ਪਾਇਆ ਮੂੰਹ ਚ ਅੱਤ ਦੀ ਮਿਰਚ ਹੋਵੇ ਉਹਦੇ ਚ ਬਹੁਤ ਜ਼ਿਆਦਾ ਲੂਣ ਹੋਵੇ ਥੱਲੇ ਲੱਗੀ ਉਹ ਹੋਵੇ ਤੇ ਤੁਸੀਂ ਕਹੋ ਵੀ ਇਹ ਤਾਂ ਆਹ ਤਾਂ ਮੂੰਹ 'ਚ ਪੈਣੇ ਵਾਲੀ ਨਹੀਂ ਹੈਗੀ ਇਹ ਤਾਂ ਅਗਲਾ ਕਹੇ ਕਿਸੇ ਨੇ ਕੁਛ ਪਾ ਤਾ ਵਿੱਚ ਤੁਸੀਂ ਕਹੋਗੇ ਨਾ ਵੀ ਦੇਖ ਮਿਰਚ ਵੀ ਜ਼ਿਆਦਾ ਆ ਤੁੜਕਾ ਵੀ ਥੱਲੇ ਲੱਗਾ ਆ ਲੂਣ ਵੀ ਜ਼ਿਆਦਾ ਆ ਇਹ ਕਹੋ ਤਾਂ ਵੀ ਸਬਜ਼ੀ ਬਣੀ ਠੀਕ ਨਹੀਂ ਹੈਗੀ ਬਸ
ਉਹ ਤਾਂ ਸਾਰੀ 577 ਪੰਨੇ ਯਾਰ ਗੰਦ ਨਾਲ ਭਰੇ ਹੋਏ, ਮਿਲਾਵਟ ਕਿਹੜੇ ਪੰਨੇ ਦੀ ਗੱਲ ਕਰਦੇ ਆ, ਕਿਹੜੇ ਅੱਖਰ ਦੀ ਗੱਲ ਕਰਦੇ, ਮਿਲਾਵਟ ਹੋਈ ਹੈ ਭਾਈ? ਪਤਾ ਤਾਂ ਸਾਰਾ ਹੀ ਕੁਛ ਹੀ ਹੈ ਜੀ, ਪਰ ਪਤਾ ਨਹੀਂ ਕਿਉਂ ਬਸ। ਨਹੀਂ ਨਹੀਂ ਸਵਾਰਥ ਆ ਵੀਰੇ, ਜਦੋਂ ਅਸੀਂ ਗੱਲ ਕਰਦੇ ਨਾ ਵੀ ਲੁੱਟ ਕੇ, ਕੋਈ ਬੰਦਾ ਕਿਸੇ ਨੂੰ ਲੁੱਟ ਨਹੀਂ ਸਕਦਾ, ਕੋਈ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ। ਨਹੀਂ ਨਹੀਂ ਦੇਦਾ, ਅੱਜ ਦੇ ਸਮੇਂ 'ਚ ਤਾਂ ਦੋ ਪੈਸੇ ਦਾ ਬੰਦਾ ਵਸਾ ਨਹੀਂ ਖਾਂਦਾ। ਫਿਰ ਇੱਕ ਹੋਰ ਗੱਲ ਹੈ ਜੀ, ਮੈਂ ਥੋੜ੍ਹੀ ਜਿਹੀ ਪਿੱਛੋਂ ਉਹ ਵੀ ਕਰਦਾ ਹੁੰਦਾ ਜੀ, ਮਤਲਬ ਮੁਸਲਮਾਨਾਂ ਦਾ ਕੁਰਾਨ ਵੀ ਰਿਹਾ ਜੀ ਉਹ ਟਾਈਮ ਜਦੋਂ ਮਿਲਾਵਟ ਹੋਈ, ਉਹਨਾਂ 'ਚ ਕਿਉਂ ਨਹੀਂ ਹੋਈ ਮੈਨੂੰ ਤਾਂ ਨਹੀਂ ਸਮਝ ਆਉਂਦੀ। ਅੱਜ ਤੱਕ ਕਿਸੇ ਮੁਸਲਮਾਨ ਤੋਂ ਸੁਣਿਆ ਵੀ ਸਾਡੇ ਸਾਡੇ ਕੁਰਾਨ 'ਚ ਭਾਈ ਮਿਲਾਵਟ ਹੋਈ ਜਾਂ ਕੋਈ ਸਾਡਾ ਹੋਰ ਗ੍ਰੰਥ ਉਹਨਾਂ ਦਾ? ਉਹ ਠੀਕ ਹੈ, ਉਹਨਾਂ ਦਾ ਰਾਜ ਵੀ ਰਿਹਾ ਆ, ਗੱਲ ਇਹ ਆ ਵੀ ਉਹਨੀ ਸਾਰਾ ਕੁਛ ਉਹਨਾਂ ਨੇ ਉਹ ਅਸਲ 'ਚ ਬਣਾਇਆ ਸੀ, ਚਾਹੇ ਚਲੋ ਈਸਾਈਆਂ ਨਾਲ ਜਾਂ ਯਹੂਦੀਆਂ ਦਾ ਇਹਨਾਂ ਨਾਲ ਜੋ ਮੇਲ ਰਿਹਾ ਉਸ ਵੇਲੇ, ਉਹਦੇ 'ਚ ਸਾਡਿਆਂ ਨੇ ਜਿਹੜਾ ਸਾਡਾ ਢਾਂਚਾ ਹੈ ਉਹ ਉਹਨਾਂ ਦੇ ਮੁਕਾਬਲੇ ਵਿੱਚ ਕੀਤਾ, ਨਕਲ ਮਾਰ ਕੇ ਕੀਤਾ। ਸਾਡਿਆਂ ਨੂੰ ਜਦੋਂ ਅਸੀਂ ਮਿਸਲਾਂ ਦੀ ਵੀ ਗੱਲ ਆਈ ਆ, ਮਹਾਰਾਜੇ ਦੀ ਗੱਲ ਆਈ ਆ, ਸਰਦਾਰੀਆਂ ਦੀ ਗੱਲ ਆਈ, ਉਹ ਸਾਰਾ ਕੁਛ ਅਸੀਂ ਨਕਲ ਮਾਰੀ ਉਹਨਾਂ ਦੀ। ਮਹਾਰਾਜਾ ਆਲਾ ਸਿੰਘ ਜਦੋਂ ਬੰਦਾ ਸਿੰਘ ਬਹਾਦਰ ਤੋਂ ਬਾਅਦ ਪੈਰਾਂ 'ਤੇ ਹੋਇਆ, ਉਦੋਂ ਪਿੱਟ ਸਿਆਪਾ ਇਹੀ ਪਿਆ ਵੀ ਦੇਖੋ ਇਹ ਉਹਨਾਂ ਦੀ ਅਬਦਾਲੀ ਹੋਣਾ ਦਾ ਜਿਹੜਾ ਉਹਨਾਂ ਦਾ ਲਾਣਾ, ਮੁਗਲਾਂ ਦਾ ਲਾਣਾ ਸੀ, ਵੀ ਉਹਨਾਂ ਦੀ ਨਕਲ ਮਾਰ ਕੇ ਉਹਨਾਂ ਦੀ ਤਰਜ਼ ਦੇ ਉੱਤੇ ਸਾਰਾ ਕੁਛ ਕਰਦਾ ਆ। ਠੀਕ ਹੈ, ਕਿਉਂਕਿ ਇਹਨਾਂ ਨੂੰ ਜਦੋਂ ਥੋੜ੍ਹੇ ਜਿਹੇ ਪੈਰ ਲੱਗੇ, 10-20-50 ਬੰਦੇ ਥੱਲੇ ਆਏ, ਜਦੋਂ ਇੱਦਾਂ ਹੋਇਆ ਵੀ ਲਿਆਓ ਬਈ ਚੱਕੋ ਮਾਰੋ ਚਪੇੜਾਂ ਉਹਦੇ, ਲਿਆਓ ਚੱਕ ਕੇ, ਉਹ 'ਚ ਸਵਾਦ ਆਉਂਦਾ ਬੰਦੇ ਨੂੰ। ਠੀਕ ਹੈ, ਹੁਣ ਜਦੋਂ ਬੰਦਾ ਭਿੰਡਰਾਂ ਵਾਲੇ ਦੀਆਂ ਗੱਲਾਂ ਸੁਣਾਉਂਦਾ ਉਹ ਫੀਲਿੰਗ ਬਣਦੀ ਆ। ਬਸ ਬਸ, ਅਤੇ ਹਰੇਕ ਜਣਾ ਹੁਣ ਤੁਸੀਂ ਦੇਖਦੇ ਨਹੀਂ ਜਦੋਂ ਟਿਕਟੋਕ 'ਤੇ ਕੋਈ ਵੀਡੀਓ ਹੁੰਦੀਆਂ ਗਾਉਣੇ ਵਾਲਾ ਜਾਂ ਕੋਈ ਇੱਦਾਂ ਕਬੱਡੀ ਵਾਲਾ, ਕੋਈ ਬੰਦਾ 4-5 ਅੰਦਰੋਂ ਉਹ ਕਾਲੇ ਕੱਪੜੇ ਪਾ ਕੇ ਬੋਡੀ ਗਾਰਡ ਤੁਰਿਓ ਇੱਦਾਂ ਬਾਹਾਂ ਕਰਕੇ, ਹਾਂਜੀ, ਉਹ ਜਿਹੜੀ ਫੀਲਿੰਗ ਜਿਹੀ ਲੈਂਦੇ ਆ ਨਾ ਬੰਦੇ ਇੱਦਾਂ, ਵੀ ਇੱਦਾਂ ਵੱਡੀ ਸਾਰੀ ਗੱਡੀ ਹੋਵੇ ਡਿਵਾਈਡਰ 'ਤੇ ਚਾੜੀ ਹੋਵੇ, ਮਗਰ ਪੁਲਿਸ ਹੋਵੇ, 4 ਬੰਦੇ ਦਾ ਤਾੜ ਤਾੜ, ਹੈ ਨਾ, ਸਾਡੇ ਨਿਊਜ਼ੀਲੈਂਡ ਤਾਂ ਹੈਗਾ, ਇੱਥੇ ਬੰਟੀ ਹੈਗਾ ਬਾਬਾ, ਜੇ ਉਹ ਕਹਿੰਦਾ ਮੈਂ ਸਾਂਭ ਲਊਂਗਾ। ਅੱਛਾ ਜੀ, ਉਹ ਅਜੇ ਵੀ ਕਹਿੰਦਾ ਮੈਂ ਆ ਜਾਓ ਮੈਂ ਸਾਂਭ ਲਊਂਗਾ ਕਈ ਗੁਰਦੁਆਰੇ ਖੋਲ ਲਿਓ। ਉਹ ਤਾਂ ਆਪਦਾ ਆਪਣੀ ਸਮਝਦਾ ਜੀ, ਚਲੋ ਕੋਈ ਨਹੀਂ ਫਿਰ ਕਰ ਲਓ ਜੀ। ਠੀਕ ਹੈ ਵੀਰੇ, ਧੰਨਵਾਦ ਜੀ, ਥੈਂਕ ਯੂ। ਹੈਲੋ ਜੀ, ਤੁਸੀਂ ਆਉਂਦੇ ਰਹੋ ਜੀ। ਓਕੇ ਵੀਰੇ, ਪਿੱਛੇ ਰੌਲਾ ਤੁਹਾਡੇ ਪਿਆ ਥੋੜ੍ਹਾ ਜਿਹਾ, ਨਹੀਂ ਹੁਣ ਕਿੱਦਾਂ ਹੋਣੀ ਆ। ਹਾਂਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਜਗਵੀਰ ਸਿੰਘ ਬੋਲਦਾ ਜੀ, ਪਿੰਡ ਮੇਰਾ ਖਤਰਾਵਾ ਹੈਗਾ। ਹਾਂਜੀ ਕੀ ਹਾਲ ਜੀ? ਬਹੁਤ ਵਧੀਆ ਬਹੁਤ ਵਧੀਆ ਸਰ ਜੀ, ਤੁਹਾਡਾ ਮੈਨੂੰ ਕਾਫੀ ਟਾਈਮ ਤੋਂ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਜੀ, ਮੈਂ ਪਹਿਲਾਂ ਵੀ ਇੱਕ ਦੋ ਵਾਰ ਕਾਲ ਕਰੀ ਹੈ, ਔਰ ਬਹੁਤ ਮੈਂ ਲਾਈਵ ਤਾਂ ਨਹੀਂ ਦੇਖ ਲਾਈਵ ਨਹੀਂ ਦੇਖ ਸਕਦਾ ਜੀ, ਮੈਂ ਪੁਲਿਸ ਮਹਿਕਮੇ 'ਚ ਨੌਕਰੀ ਕਰਦਾ ਜੀ। ਇਸ ਵੇਲੇ ਲਾਈਵ ਹੀ ਚੱਲਦਾ ਜੀ? ਹਾਂਜੀ, ਇਸ ਕਰਕੇ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਬਾਅਦ ਅਟੈਂਡ ਕਰਦਾ ਜੀ, ਮੈਨੂੰ ਬਹੁਤ ਚੰਗਾ
ਮਹਿਸੂਸ ਹੋ ਰਿਹਾ ਜੀ ਆਪਣੇ ਆਪ ਨੂੰ ਚੰਗੇ ਰਸਤੇ ਤੋਰ ਰਿਹਾ ਜੀ ਤੁਹਾਡੀ ਪ੍ਰੇਰਨਾ ਤੋਂ ਪ੍ਰੇਰਿਤ ਸਰੋਤ ਹੋ ਕੇ ਜੀ। ਥੈਂਕ ਯੂ ਜੀ। ਔਰ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਜੀ ਇਹਨਾਂ ਦੇ ਸੰਬੰਧ ਦੇ ਵਿੱਚ ਜੀ। ਹਾਂਜੀ। ਔਰ ਮੈਂ ਪਹਿਲਾਂ ਜੀ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਜੀ ਸੰਥਿਆ ਵੀ ਲਈ ਸੀ, ਪਾਠ ਵੀ ਕਰਦਾ ਰਿਹਾ ਜੀ, ਗੁਰਸਿੱਖ ਨਾਲ ਥੋੜ੍ਹਾ ਜਿਹਾ ਸੰਬੰਧ ਰੱਖਦਾ ਸੀਗਾ। ਹਾਂਜੀ। ਔਰ ਅੱਜ ਤੋਂ ਤੁਹਾਡੇ ਮਤਲਬ ਪ੍ਰੋਗਰਾਮ ਤੋਂ ਮੈਂ ਟੱਚ ਹੋਇਆ ਨਾ, ਤੁਹਾਡੇ ਨਾਲ ਸੰਪਰਕ ਹੋਇਆ, ਤੁਹਾਡੀਆਂ ਵੀਡੀਓ ਸੁਣਨ ਲੱਗਿਆ। ਹਾਂਜੀ। ਹਾਂ, ਉਸ ਤੋਂ ਬਾਅਦ ਮੈਨੂੰ ਜਿਹੜੀ ਸਾਡੀ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਨਾ ਜੀ, ਉਹ ਮੇਰੇ ਦਿਮਾਗ 'ਚ ਬਣਨ ਲੱਗ ਗਈ, ਸਮਝ ਆਉਣ ਲੱਗ ਗਈ ਜੀ। ਪਹਿਲਾਂ ਮੈਨੂੰ ਵੀ ਐਂ ਲੱਗਦਾ ਸੀ ਵੀ ਕੋਈ ਕਲਪਨਾ ਹੁੰਦੀ ਸੀ ਵੀ ਕੋਈ ਹੋਰ ਸ਼ਕਤੀ ਹੈ ਜਿਹੜੇ ਸਾਡੇ ਸਾਨੂੰ ਚਲਾ ਰਹੀ ਹੈ, ਸਾਨੂੰ ਤੋਰ ਰਹੀ ਹੈ, ਸਾਨੂੰ ਮਤਲਬ ਗਾਈਡ ਕਰ ਰਹੀ ਹੈ ਜੀ ਜਗ੍ਹਾ ਜਗ੍ਹਾ ਤੇ। ਹਾਂਜੀ। ਔਰ ਮੈਂ ਹੁਣ ਤੁਹਾਡੀਆਂ ਮਤਲਬ ਗੱਲਾਂ ਤੋਂ ਪ੍ਰੇਰਿਤ ਹੋ ਕੇ ਜੀ ਆਪਣੇ ਆਪ ਨੂੰ ਬਹੁਤ ਮੋਟਿਵ ਕੀਤਾ ਹੈ। ਔਰ ਮੈਂ ਦਸਮ ਗ੍ਰੰਥ ਦੇ ਜਦੋਂ ਮੈਂ ਖੁਦ ਉਹਨੂੰ ਪੜ੍ਹਿਆ ਜੀ, ਫਿਰ ਮੈਨੂੰ ਆਪਣੇ ਆਪ ਨਾਲ ਮਹਿਸੂਸ ਹੋਇਆ ਵੀ ਹੁਣ ਮੈਂ ਸਾਰਿਆਂ ਦੇ ਸਾਹਮਣੇ ਕਹਿਣਾ ਚਾਹੁੰਦਾ ਵੀ ਅਸੀਂ ਪਹਿਲਾਂ ਇੱਕ ਗਧੇ ਨੂੰ ਹੀ ਪਿਓ ਮੰਨਦੇ ਰਹੇ ਜੀ, ਔਰ ਹੁਣ ਸਾਨੂੰ ਅਹਿਸਾਸ ਹੋ ਗਿਆ ਵੀ ਅਸੀਂ ਹਕੀਕਤ ਦੇ ਵਿੱਚ ਗਲਤ ਰਾਹ ਤੁਰ ਰਹੇ ਸੀਗੇ ਵੀ ਸਾਡਾ ਪਿਓ ਤਾਂ ਕੋਈ ਹੋਰ ਸੀਗਾ ਜੀ। ਨਹੀਂ, ਬਿਲਕੁਲ ਜੀ ਬਿਲਕੁਲ, ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਦੇ ਬਰਾਬਰ ਤਾਂ ਕੱਖ ਵੀ ਨਹੀਂ ਹੈ ਜੋ ਇਹਨੇ ਦਿੱਤਾ ਸਾਨੂੰ, ਨਹੀਂ ਵਡਿਆਈ ਦੇ ਬਰਾਬਰ ਰੋਲਿਆ। ਔਰ ਫੱਤਾ ਮਾਲੋ ਦਾ ਪਿੰਡ ਹੈ ਜੀ ਇੱਥੇ, ਇੱਕ ਫੱਤਾ ਮਾਲੋ ਦਾ ਸਰਸਾ ਆਪਣੇ ਸਰਦੂਰਗੜ ਦੇ ਕੋਲੇ ਜੀ, ਉੱਥੇ ਇੱਕ ਵਿਦਿਆਲਿਆ ਖੁੱਲਿਆ ਹੋਇਆ ਜੀ ਇਹਨਾਂ ਦਾ ਸਕੂਲ, ਕਮ ਸੇ ਕਮ 100 ਸਾਲ ਪੁਰਾਣਾ ਜੀ, ਸਿੱਖ ਇਤਿਹਾਸ ਦੇ ਸੰਬੰਧ ਦੇ ਵਿੱਚ ਪੜ੍ਹਾਈ ਕਰਾਉਂਦੇ ਨੇ। ਉੱਥੋਂ ਦਾ ਇੱਕ ਗੁਰਸਿੱਖ ਮੈਂਬਰ ਮਿਲਿਆ ਜੀ, ਉਹਦੀ 60 ਸਾਲ ਦੀ ਉਮਰ, ਔਰ ਵਧੀਆ ਪੜ੍ਹਿਆ ਲਿਖਿਆ ਜੀ, ਅੰਮ੍ਰਿਤਧਾਰੀ। ਤਾਂ ਉਹ ਗੱਲ ਵਿਸ਼ੇ ਦੀ ਹੋਈ ਸ਼ੁਰੂ ਜੀ ਵੀ ਗੁਰੂ ਬਾਣੀ ਦੇ ਵਿੱਚ ਇੱਕ 947 ਅੰਗ ਤੇ ਜੀ ਉਹ ਵਾਰ ਆਉਂਦੀ ਹੈ ਜੀ, ਰਾਮਕਲੀ ਦੀ ਵਾਰ, ਬਾਬਾ ਸੱਚੇ ਪਾਤਸ਼ਾਹ ਤੋਂ ਸੱਚੇ ਨਾਈ। ਉਹਦੇ ਵਿੱਚ ਉਹ ਇੱਕ ਜਗ੍ਹਾ ਲਿਖਿਆ ਹੋਇਆ ਜੀ ਗੁਰੂ ਸਾਹਿਬ ਨੇ, ਔਰ ਸਾਰੇ ਵਿਦਵਾਨ 18-19 ਵਾਰੀ ਉਹਦੀ ਦੁਕਾਨ ਤੇ ਮੇਲ ਕਰਨ ਖਾਤਰ ਆਪਦੇ ਪੱਲਿਓ ਲਾਉਂਦੇ ਆ ਜੀ, ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਤਾਂ ਮੈਂ ਉਸਨੂੰ ਪੁੱਛਿਆ ਵੀ ਕੀ ਗੁਰੂ ਸਾਹਿਬ ਸਾਡੇ ਮਤਲਬ ਭੁੱਲ ਗਏ ਸੀ ਲਿਖਣਾ ਜੀ, ਤੁਸੀਂ ਪੱਲਿਓ ਕਿਉਂ ਲਾਉਣੇ ਹੋ? ਤਾਂ ਫਿਰ ਉਸਨੇ ਮੈਨੂੰ ਕੀਤਾ ਜੀ, ਕਹਿੰਦਾ ਵੀ ਤੂੰ ਤਾਂ ਗੁਰੂ ਸਾਹਿਬ ਤੇ ਤਰਕ ਕਰਦਾ ਨਾ, ਵਿਸ਼ਵਾਸ ਨੀ ਤੈਨੂੰ ਉਹਦਾ। ਜਾਣੀ ਜਿਹੜੀਆਂ ਕਰਤੂਤਾਂ ਤੁਹਾਡੀਆਂ ਆ ਨਾ ਗੁਰੂ ਸਾਹਿਬ ਦੇ ਮੜਦੇ ਹੋ, ਹਨਾ? ਹਾਂਜੀ ਹਾਂਜੀ। ਫਿਰ ਉਹਦੇ ਬਾਅਦ ਨਾ ਕੀ ਹੋਇਆ ਜੀ, ਜਿਹੜਾ ਉਹ ਜਿਹੜੀ ਪੱਟੀ ਲਿਖੀ ਜੀ ਗੁਰੂ ਸਾਹਿਬ ਨੇ, ਇੱਕ ਤਾਂ ਜੀ ਭਗਤ ਕਬੀਰ ਦੀ ਸ਼ਾਇਦ ਪੱਟੀ ਲਿਖੀ ਹੈ ਜੀ, ਇੱਕ ਗੁਰੂ ਸਾਹਿਬ ਦੀ ਪੱਟੀ ਲਿਖੀ ਜੀ ਗੁਰੂ ਨਾਨਕ ਸਾਹਿਬ ਦੀ। ਹਾਂਜੀ। ਉੱਥੇ ਉਹ ਅਕਸ਼ਰ ਹੈ ਜੀ, ਤੁਹਾਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਨੌਲੇਜ ਹੈ ਜੀ, ਟੈਂਕਾ ਬਿਕਟ ਘਾਟ ਘੱਟ ਮਾਹੀ ਐਵੇਂ ਕਰਕੇ ਨਾ ਜੀ। ਸਾਨੂੰ ਕਹਿੰਦਾ ਵੀ ਇਹ ਜਿਹੜਾ ਤੁਸੀਂ ਟੈਂਕਾ ਬੋਲਦੇ ਹੋ, ਇਹ ਤੁਸੀਂ ਬਾਣੀ ਨੂੰ ਤੋੜ ਮੋੜ ਮਰੋੜ ਕਰ ਰਹੇ ਹੋ ਜੀ। ਤੂੰ ਕੋ ਭਰਾਵਾ, ਤੂੰ ਘਰੇ ਜਾ ਕੇ ਜੋ ਮਰਜ਼ੀ ਬੋਲੀ ਜਾ, ਆਪਣੇ ਘਰਦਿਆਂ ਨਾਲ ਬੋਲ ਲਾ ਸਾਨੂੰ। ਫਿਰ ਮੈਂ ਉਸਨੂੰ ਪੁੱਛਿਆ ਜੀ, ਮੈਂ ਕਿਹਾ ਚਲੋ ਤੁਹਾਡੀ ਗੱਲ ਚੰਗੀ ਹੈ ਵੀ ਗੁਰਬਾਣੀ ਦਾ ਕੋਈ ਵੀ ਅੱਖਰ ਦਿਓ ਵੀ ਮੈਂ 50 ਵਾਰੀ ਉਹਦਾ ਉਚਾਰਨ ਕਰ ਦੂੰ ਸਾਰਿਆਂ ਦੇ ਸਾਹਮਣੇ, ਜਿਹੜਾ ਤੁਸੀਂ ਅਕਸ਼ਰ ਬੋਲਦੇ ਹੋ ਜੀ ਵੀ ਟੈਂਕੇ ਨੂੰ ਤੁਸੀਂ ਸ਼ੁੱਧ ਨੀ ਮੰਨਦੇ, ਤੁਸੀਂ ਜਿਹੜਾ ਅਕਸ਼ਰ ਖੁਦ ਬੋਲਣਾ ਚਾਹੁੰਦੇ ਹੋ ਉਸ ਨੂੰ ਤੁਸੀਂ 5 ਵਾਰੀ ਕਿਸੇ ਸਮਾਗਮ ਦੇ ਵਿੱਚ ਕਹਿ ਦੋਗੇ? ਫਿਰ ਉਹੀ ਗੱਲ ਉਹਦੀ, ਕਹਿੰਦਾ ਵੀ ਤੂੰ ਤਾਂ ਕਿਰਤ ਘਾਣ ਹੈ ਜੀ, ਤੂੰ ਗੁਰੂ ਸਾਹਿਬ ਤੇ ਵਿਸ਼ਵਾਸ ਨੀ ਹੈ ਜੀ। ਫਿਰ ਮੈਂ ਉਸਨੂੰ ਕਿਹਾ ਜੀ, ਇੱਕ ਨਾ ਗੁਰਬਾਣੀ ਦੇ ਵਿੱਚ ਮੈਂ ਉਹ ਤੁੱਕ ਭੁੱਲ ਗਿਆ ਜੀ, ਉਹ ਕੌਰਵਾਂ ਪਾਣਵਾਂ ਦੇ ਸੰਬੰਧ ਦੇ ਵਿੱਚ ਗੁਰੂ ਸਾਹਿਬ ਨੇ ਕੋਈ ਉਦਾਹਰਨ ਦਿੱਤੀ ਹੈ ਜੀ। ਹਾਂਜੀ।
ਉਹਨੂੰ ਅਸੀਂ ਜੇ ਸ਼ੁੱਧ ਪੜੀਏ ਨੀ ਜੀ ਉਹ ਕੁੱਤੀ ਅਕਸ਼ਰ ਬਣਦਾ ਜੀ, ਕੁੱਤੀ ਉੱਤੇ ਬਿੰਦੀ ਨੀ ਲੱਗੀ ਹੈ ਜੀ ਉਹਦੇ, ਤਾਂ ਅਸੀਂ ਉਹ ਗੁਰੂ ਸਾਹਿਬ ਦਾ ਮੰਨ ਲਓ ਜੀ ਸਤਿਕਾਰ ਦੇ ਤਹਿਤ, ਕਿਉਂਕਿ ਉਹ ਕੌਰਵਾਂ ਪਾਂਡਵਾਂ ਨਾਲ ਸੰਬੰਧਿਤ ਹੈ ਜੀ, ਅਸੀਂ ਕੁੰਤੀ ਅਕਸ਼ਰ ਪੜ੍ਹਨੇ ਕੁੰਤੀ, ਤਾਂ ਮੈਂ ਉਹਨੂੰ ਪੁੱਛਿਆ ਵੀ ਇਹ ਜੀ ਅਸੀਂ ਸ਼ੁੱਧ ਪੜ੍ਹੀਏ ਤਾਂ ਕੁੱਤੀ ਪੜ੍ਹਿਆ ਜਾਊ, ਕੀ ਗੁਰੂ ਸਾਹਿਬ ਦੀ ਬੇਇੱਜ਼ਤੀ ਹੈ ਕਿ ਇਹਦੇ ਵਿੱਚ ਇੱਜ਼ਤ ਹੈ ਜੀ। ਤਾਂ ਪਰ ਬਸ ਉਹਨਾਂ ਦੀ ਵਿਚਾਰਧਾਰਾ ਉਹ ਹੈ ਜੀ ਵੀ ਉਹ ਆਪਣੀ ਇੱਕ ਮਤਲਬ ਸਿੰਘ ਫਸਾਏ ਹੋਏ ਆ ਜੀ ਉਹਨਾਂ ਨੇ ਵੀ ਅਸੀਂ ਇਸ ਚੀਜ਼ ਨੂੰ ਸੱਚ ਦੇ ਰਾਹ ਨਹੀਂ ਤੁਰਨਾ ਹੈ, ਅਸੀਂ ਝੂਠ ਨੂੰ ਸਵੀਕਾਰ ਕਰਨਾ ਜੀ। ਨਾਲੇ ਜੀ ਉਹ ਉਹ ਸਾਰਾ ਜ਼ੋਰ ਉਹਨਾਂ ਦਾ ਹੀ ਲੱਗਾ ਆ ਵੀ ਗੁਰੂ ਸਾਹਿਬ ਧਰਤੀ 'ਤੇ ਆਏ ਸੀ ਗ੍ਰੰਥੀ ਬਣਾਉਣ। ਹਾਂਜੀ ਹਾਂਜੀ, ਉਹਨਾਂ ਨੇ ਕਥਾਕਾਰ ਇੱਕ ਟਕਸਾਲ ਬਣਾਤੀ ਆ ਵੀ ਸੰਥ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ ਅਤੇ ਤੁਸੀਂ ਸੰਥਿਆ ਲੈ ਲੈ ਕੇ ਗ੍ਰੰਥੀ ਬਣਾ ਬਣਾ ਕੇ ਕਥਾਕਾਰ ਬਣਾ ਬਣਾ ਕੇ ਗੁੱਟ ਕੇ ਲਿਖੀ ਜਾਓ, ਗ੍ਰੰਥ ਗੁਰੂ ਗ੍ਰੰਥ ਸਾਹਿਬ ਛਪਾਈ ਕਰੀ ਜਾਓ, ਬਿਲਡਿੰਗਾਂ ਬਣਾ ਕੇ ਗੁਰਦੁਆਰੇ ਖੋਲ੍ਹ ਖੋਲ੍ਹ ਕੇ ਇੱਥੋਂ ਗ੍ਰੰਥੀ ਬਣਾ ਕੇ ਬੀਜੇ ਲੱਗਣ, ਟੱਬਰ ਲੈ ਕੇ ਜਾਣ ਆਪਣੇ, ਇਹ ਧਰਤੀ 'ਤੇ ਗੁਰੂ ਸਾਹਿਬ ਕੰਮ ਕਰਨ ਆਏ ਸੀ ਅਤੇ ਟਕਸਾਲ ਉਹ ਕਰ ਰਹੀ ਆ। ਹਾਂਜੀ, ਫਿਰ ਸਾਡੇ ਨਾਲ ਨਾ ਇੱਧਰ ਝੰਡਾ ਸਾਹਿਬ ਗੁਰਦੁਆਰਾ ਜੀ ਸਰਦੂਲਗੜ੍ਹ ਦੇ ਅੱਗੇ, ਉਹ ਇਤਿਹਾਸਕ ਗੁਰਦੁਆਰਾ ਸਾਡੇ ਦਸਵੇਂ ਗੁਰੂ ਦੀ, ਉੱਥੇ ਮਤਲਬ ਜੀ ਪਹੁੰਚੇ ਨੇ ਆਏ ਨੇ, ਤਾਂ ਉੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਇੱਕ ਪੀਰ ਬਣੀ ਹੋਈ ਹੈ ਜੀ, ਜਗ੍ਹਾ ਬਾਬੇ ਦੀ ਪੀਰ ਦੀ ਜਗ੍ਹਾ ਜੀ, ਜਿੰਨੀ ਸਾਡੇ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਜੀ ਉਦੋਂ ਜ਼ਿਆਦਾ ਉੱਥੇ ਉਹ ਪੀਰ ਦੀ ਕਬਰ ਤੇ ਮੱਥਾ ਟੇਕਿਆ ਜਾਂਦਾ ਹੈ। ਔਰ ਸਰੋਤੇ ਸੁਣਦੇ ਹੋਣਗੇ ਜੀ, ਅੱਜ ਤੋਂ 10 ਸਾਲ ਪਹਿਲਾਂ ਕੋਈ ਉਹ ਸਾਡੇ ਏਰੀਏ ਦਾ ਬੰਦਾ ਹੋਵੇ, ਉੱਥੇ ਇੱਕ ਖੂਹ ਹੈ ਜੀ, ਖੂਹ ਉੱਥੇ, ਔਰ ਖੂਹ ਦੇ ਉੱਤੇ ਅੱਗੇ ਬੋਰਡ ਲੱਗਿਆ ਸੀਗਾ ਜੀ ਵੀ ਜਦੋਂ ਇੱਥੇ ਗੁਰੂ ਸਾਹਿਬ ਆਏਗੇ ਤਾਂ ਇੱਥੋਂ ਦਾ ਜਿਹੜਾ ਪਾਣੀ ਸੀਗਾ ਨਾ ਜੀ, ਪਾਣੀ ਮਾੜਾ ਸੀ, ਪੀਣ ਵਾਲਾ ਨੀ ਸੀਗਾ, ਤਾਂ ਗੁਰੂ ਸਾਹਿਬ ਨੇ ਉਹ ਪਾਣੀ ਮਿੱਠਾ ਕਰਤਾ ਜੀ ਖੂਹ ਦਾ। ਅੱਛਾ, ਔਰ ਕੋਈ ਸਰੋਤਾ ਸੁਣਦਾ ਹੋਵੇ ਉਹਨਾਂ ਨੂੰ ਇੱਕ ਮੇਰਾ ਸਵਾਲ ਵੀ ਹੈ ਜੀ, ਇੱਕ ਚੈਲੰਜ ਵੀ ਹੈ, ਅੱਜ ਜੇ ਕੋਈ ਝੰਡਾ ਸਾਹਿਬ ਗੁਰਦੁਆਰੇ ਜਾਵੇ ਤਾਂ ਉੱਥੇ ਜਿਹੜਾ ਪੀਣ ਵਾਲਾ ਪਾਣੀ ਇਹਨਾਂ ਦੀ ਥੱਲੇ ਡੱਗੀ ਬਣੀ ਹੋਈ ਹੈ ਟੈਂਕੀ ਥੱਲੇ ਧਰਤੀ 'ਚ, ਤੇ ਬਾਹਰੋਂ ਕੈਂਟਰਾਂ ਰਾਹੀਂ ਪਾਣੀ ਪਾਉਂਦੇ ਜੀ ਉਹਦੇ ਵਿੱਚ, ਤੇ ਜਿਹੜਾ ਉੱਥੇ ਇੱਕ ਟਿਊਬਵੈਲ ਲੱਗਿਆ ਨਾ ਜੀ ਉੱਥੇ ਖੂਹ ਵਾਲਾ, ਤਾਂ ਚਲੋ ਹੁਣ ਬੰਦ ਹੋ ਗਿਆ ਸਿਸਟਮ ਜੀ, ਖੂਹ ਪਿਆ ਉਹਨੇ ਜਿਵੇਂ, ਲੇਕਿਨ ਉਹਦੀ ਯਾਦਾਸ਼ਤ ਰਹੀ ਹੈ, ਲੇਕਿਨ ਉੱਪਰ ਮੋਟਰ ਲੱਗੀ ਹੋਈ ਹੈ ਜੀ ਪਰਲੇ ਪਾਸੇ, ਟਿਊਬਵੈਲ ਲੱਗਿਆ ਹੋਇਆ ਹੈ, ਉਸ ਪਾਣੀ ਨਾਲ ਸਿਰਫ ਭਾਂਡੇ ਧੋਤੇ ਜਾਂਦੇ ਜਾਂ ਖੇਤਾਂ 'ਚ ਸਪਲਾਈ ਕੀਤੀ ਜਾਂਦੇ, ਜੇ ਤੁਸੀਂ ਉਹਨੂੰ ਲਗਾਤਾਰ 2-3 ਪੀ ਲਓਗੇ ਤਾਂ ਤੁਸੀਂ ਬਿਮਾਰ ਹੋ ਜਾਓਗੇ ਇੰਨਾ ਖਾਰਾ ਪਾਣੀ। ਇਹਨਾਂ ਨੇ ਉਹ ਲਿਖਿਆ ਸਾਡੇ ਇਤਿਹਾਸ ਦੇ ਵਿੱਚ ਵੀ ਗੁਰੂ ਸਾਹਿਬ ਨੇ ਪਾਣੀ ਮਿੱਠਾ ਕਰਤਾ ਸੀ, ਔਰ ਅੱਜ ਵੀ ਉੱਥੋਂ ਪਾਣੀ ਜਿਹੜਾ ਪੀਣ ਵਾਲਾ ਨਾ ਜੀ ਬਾਹਰੋਂ ਆਉਂਦਾ ਹੈਗਾ। ਬਸ ਝੂਠ ਰੀਠੇ ਜਿਹੜੇ ਗੁਰਦੁਆਰੇ ਗੁਰਦੁਆਰਾ ਸਾਹਿਬ ਬਣਿਆ ਰੀਠੇ ਮਿੱਠੇ ਕਰਨ ਵਾਲਾ, ਉਹ ਵੀ ਇੱਦਾਂ ਹੀ ਆ ਨਾ। ਜੇ ਕੋਈ ਮੰਨ ਲਓ ਕਿੰਤੂ ਸ਼ੰਕਾ ਕਰਦਾ ਹੋਵੇ ਨਾ ਜੀ ਉੱਥੇ ਸਾਡੇ ਏਰੀਏ ਦੇ ਵਿੱਚ ਕੋਈ ਜਾ ਕੇ ਉੱਥੇ ਦੇਖ ਸਕਦਾ ਵੀ ਜਿਹੜਾ ਜਿੱਥੇ ਅੰਦਰ ਰੋਟੀ ਲੰਗਰ ਛਕਾਉਂਦੇ ਥੱਲੇ ਟੈਂਕੀ ਬਣੀ ਹੈ ਜੀ ਪਾਣੀ ਵਾਲੀ, ਪੀਣ ਵਾਲਾ ਪਾਣੀ ਉੱਥੋਂ ਵਰਤਿਆ ਜਾਂਦਾ ਹੈ। ਔਰ ਸਾਡੇ ਮੈਂ ਸਰ ਇੱਕ ਸਾਡੇ ਇਤਿਹਾਸ ਬਾਰੇ ਤੁਹਾਨੂੰ ਹੋਰ ਚਾਨਣਾ ਪਾਉਣਾ ਜੀ, ਸਾਡਾ ਇਤਿਹਾਸ ਕਿਵੇਂ ਬਣਿਆ। ਇੱਕ ਤਲੋਕੇ ਵਾਲੇ ਗੁਰਦੁਆਰਾ ਜੀ ਬਹੁਤ ਜ਼ਿਆਦਾ, 30 ਸਾਲ ਪਹਿਲਾਂ ਇੱਕ ਸੰਤ ਮੋਹਨ ਸਿੰਘ ਸੀ ਮਤਵਾਲਾ ਜੀ, ਉਹ ਗੁਜ਼ਰ ਜਾਂਦੇ ਨੇ ਉੱਥੇ, ਉਹਨਾਂ ਦੀ ਯਾਦਾਸ਼ਤ ਦੇ ਵਿੱਚ ਹੁਣ ਹਰ ਸਾਲ ਬਰਸੀ ਬਣਦੀ ਹੈ ਜੀ ਉੱਥੇ। ਗੁਰੂ ਗੋਬਿੰਦ ਸਿੰਘ ਤਲਵੰਡੀ ਤੋਂ ਚੱਲਦੇ ਹੋਏ ਜਦੋਂ ਇੱਧਰ ਝੰਡਾ ਸਾਹਿਬ ਪਿੰਡ ਝੋੜ ਉੱਥੋਂ ਆਉਂਦੇ ਹੋਏ ਅੱਗੇ ਟੱਪੇ ਨੇ ਜੀ, ਤਾਂ ਉਹ ਤਲੋਕੇ ਵਾਲਾ ਪਿੰਡ ਰਸਤੇ 'ਚ ਆਉਂਦਾ ਹੈਗਾ। ਔਰ ਅੱਜ ਤੋਂ 3 ਸਾਲ ਪਹਿਲਾਂ ਜੀ, ਕਿ ਉਹ ਮੇਰੇ ਪਿੰਡ ਤੋਂ 2 ਕਿਲੋਮੀਟਰ ਦੂਰ, 3 ਕਿਲੋਮੀਟਰ ਦੂਰ ਹੈ ਜੀ ਉਹ ਗੁਰਦੁਆਰਾ,
ਅੱਜ ਤੋਂ 3 ਸਾਲ ਪਹਿਲਾਂ ਉਹ ਬੋਰਡ ਨਹੀਂ ਸੀਗਾ ਜੀ, ਹੁਣ ਉੱਥੇ ਇੱਕ ਬੋਰਡ ਲਾਤਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਇੱਥੋਂ ਜਾਂਦੇ ਸੀਗੇ ਤਾਂ ਇਸ ਪਿੰਡ ਦੇ ਵਿੱਚ ਰੁਕੇ ਉਹ ਤਾਂ ਉੱਥੇ ਇੱਕ ਛਪੜੀ ਸੀਗੀ ਜੀ, ਉਹਦੇ ਵਿੱਚ ਪਾਣੀ ਸੀਗਾ ਜੀ, ਤੇ ਗੁਰੂ ਸਾਹਿਬ ਨੇ ਘੋੜੇ ਬੰਨ ਲਿਆ ਉਹਦੇ, ਤਾਂ ਜਿਹੜੇ ਗੁਰੂ ਸਾਹਿਬ ਦੇ ਅਹਿਲਕਾਰ ਸੀ ਉਹ ਗੁਰੂ ਸਾਹਿਬ ਨੂੰ ਕਹਿੰਦੇ ਵੀ ਜੇ ਤਾਂ ਜੀ ਪਾਣੀ ਹੈਗਾ ਜੀ, ਗੁਰੂ ਸਾਹਿਬ ਕਹਿੰਦੇ ਜੀ ਪਾਣੀ ਗੰਦਾ ਨੀ, ਇਹ ਪਾਣੀ ਨਿਰਮਲ ਹੈ ਜੀ। ਅੱਜ ਉੱਥੇ ਗੁਰਦੁਆਰਾ ਸਾਹਿਬ ਹੈ ਜੀ ਨਿਰਮਲ ਸਰ, ਜੇ ਕੋਈ ਉੱਥੋਂ ਦਾ ਸਾਡੇ ਉਸ ਏਰੀਏ ਦਾ ਬੰਦਾ ਹੋਵੇ ਤਾਂ ਉਹ ਸਵਾਲ ਜਵਾਬ ਕਰਕੇ ਪੁੱਛ ਸਕਦਾ ਵੀ ਅੱਜ ਤੋਂ 2 ਸਾਲ ਪਹਿਲਾਂ ਉਹ ਬੋਰਡ ਨਹੀਂ ਸੀ ਜਿਹੜੇ ਦਾ ਇਤਿਹਾਸ ਲਿਖਿਆ ਗਿਆ ਹੈਗਾ, ਔਰ ਸਾਡੇ 10ਵੇਂ ਗ੍ਰੰਥ ਦੇ ਵਿੱਚ ਵੀ ਉਹਦਾ ਇਸ ਟਾਈਮ ਵੇਰਵਾ ਨਹੀਂ ਹੈ ਜੀ ਉਸ ਪਿੰਡ ਦਾ। ਲੇਕਿਨ ਇੱਕ ਮੰਨ ਲਓ ਜੇ ਉਹਨਾਂ ਦੀ ਦੁਕਾਨ ਨਵੀਂ ਖੁੱਲਦੀ ਹੈ ਤਾਂ ਹੋ ਸਕਦਾ ਆਉਣ ਵਾਲੇ 10 ਸਾਲਾਂ ਜਿਹੜਾ 10ਵੇਂ ਗ੍ਰੰਥ ਜਾਂ ਨਹੀਂ ਸੋਰੀ ਉਹ ਲਿਖਿਆ ਜਾਊਗਾ ਜੀ ਇਤਿਹਾਸ, ਉਹਦੇ ਵਿੱਚ ਉਸ ਪਿੰਡ ਦਾ ਵੇਰਵਾ ਵੀ ਪਾਇਆ ਜਾਵੇ ਜੀ। ਨਾ ਨਾ ਪਾ ਦੇਣਾ ਪਾਊਗੇ ਪਾਊਗੇ ਜ਼ਰੂਰ ਪਾਊਗੇ ਜੀ ਉਹ ਤਾਂ। ਔਰ ਮੇਰੇ ਇੱਕ ਗ੍ਰੰਥੀ ਨਾਲ ਮੰਨ ਲਓ ਜੀ ਵਿਚਾਰਾਂ ਹੋਈਆਂ, ਉਹ ਸੁਣਨ ਦੇ ਵਿੱਚ ਆਇਆ ਵੀ ਸਾਡੇ ਨੇੜੇ ਪਿੰਡ ਹੈ ਜੀ, ਉਹਦੇ ਲੜਕੇ ਬੋਲੇ ਗੁੜੀਆ MCOM ਕਰ ਰਹੀ ਹੈ, ਪੜ੍ਹਿਆ ਲਿਖਿਆ ਗ੍ਰੰਥੀ ਹੈ ਜੀ। ਤਾਂ ਮੈਂ ਉਸਨੂੰ ਥੋੜਾ ਕਿੰਤੂ ਪਰੰਤੂ ਕੀਤਾ ਜੀ, ਉਹ ਸਮਝ ਗਿਆ ਵੀ ਮੈਨੂੰ ਕੀ ਕਹਿਣਾ ਚਾਹੁੰਦਾ। ਮੇਰਾ ਕਹਿਣ ਤੋਂ ਭਾਵ ਸੀਗਾ ਜੀ 10ਵੇਂ ਗ੍ਰੰਥ ਦੇ ਵਿੱਚ 3 ਚਰਿੱਤਰ ਲਿਖਿਆ ਹੋਇਆ ਜਿਹੜਾ ਜੀ, ਉਹ ਕਹਿੰਦਾ ਵੀ ਤੁਸੀਂ ਇਸ ਨੂੰ ਨੈਗੇਟਿਵ ਕਿਉਂ ਲੈਂਦੇ ਹੋ, ਕਹਿੰਦਾ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਹਦੇ ਵਿੱਚ, ਸਾਨੂੰ ਸਮਝਾਇਆ ਹੈ। ਤਾਂ ਮੈਂ ਉਸਨੂੰ ਪੁੱਛਿਆ ਵੀ ਕੀ ਤੁਸੀਂ ਆਪਦੇ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ, ਤਾਂ ਉਹ ਫਿਰ ਕਹਿੰਦਾ ਵੀ ਮੈਂ ਉਹਨੂੰ ਸਮਝਾਉਣਾ ਹੁੰਦਾ ਗੱਲਾਂ ਬਾਤਾਂ ਰਾਹੀਂ। ਮੈਂ ਕਿਹਾ ਜੀ ਗੱਲਾਂ ਬਾਤਾਂ ਰਾਹੀਂ ਕੋਈ ਤੁਸੀਂ ਉਹਨੂੰ ਸਾਰਾ ਪੜ੍ਹ ਕੇ ਸਮਝਾਓ ਸਮਝਾਉਣਾ, ਤਾਂ ਨਹੀਂ ਉਹਨਾਂ ਦੇ ਉਹਨਾਂ ਨੂੰ ਦੇ ਦਿਓ ਇਹ ਕਹਿ ਦਿਓ ਗੁਰੂ ਸਾਹਿਬ ਨੇ ਲਿਖਿਆ, ਪੜ੍ਹਤਾ ਉਹਨੂੰ ਆਪੇ ਹੀ ਲੈਣਾ। ਮੈਂ ਕਿਹਾ ਜੀ ਤੁਸੀਂ, ਉਹ ਫਿਰ ਮੈਨੂੰ ਥੋੜੀ ਉਹਨੇ ਗੋਲ ਮੋਲ ਗੱਲ ਕੀਤੀ ਜਿਹੜੇ ਬੱਚੇ ਡਾਕਟਰੀ ਲੈਣ ਦੇ ਵਿੱਚ ਡਾਕਟਰੀ ਕਰਦੇ ਲੈ ਜੱਬਲ ਮਾਰੀ ਜਾਂਦੇ ਆ ਯਾਰ, ਡਾਕਟਰੀ ਚ ਨਾਲਾ ਖੋਲਣਾ ਥੋੜਾ ਸਿਖਾਉਂਦੇ ਆ ਯਾਰ, ਡਾਕਟਰੀ ਚ ਇਹ ਸਿਖਾਉਂਦੇ ਆ ਵੀ ਜੇ ਘਰ ਵਾਲਾ ਆ ਗਿਆ ਤਾਂ ਆਪਣੀ ਬੋਏਫ੍ਰੈਂਡ ਨੂੰ 3ਵੀਂ ਮੰਜੇ ਦੇ ਥੱਲੇ ਲੁਕੋ ਦੇਵੇ। ਫਿਰ ਮੈਂ ਉਹਨੂੰ ਆਖਿਆ, ਮੈਂ ਕਿਹਾ ਸਰ ਜੀ ਮੇਰੇ ਤੇ ਲਾ ਲਓ ਵੀ ਮੇਰਾ ਬੱਚਾ ਨੂੰ ਮੈਂ ਆਪਣੇ ਬੱਚੇ ਨੂੰ ਦਾਰੂ ਤੋਂ ਰੋਕਣਾ ਨਸ਼ੇ ਤੋਂ, ਕੀ ਮੈਂ ਮੰਨ ਲਓ ਦਾਰੂ ਪੀ ਕੇ ਲਿਟ ਕੇ ਲੋਕਾਂ ਨਾਲ ਲੜ ਕੇ ਹਸਪਤਾਲ ਚ ਦਾਖਲ ਹੋ ਕੇ ਦਿਖਾਵਾਂ ਵੀ ਆਹ ਦੇਖੋ ਵੀ ਦਾਰੂ ਦੀ ਵਜ੍ਹਾ ਨਾਲ ਐਂ ਹੁੰਦਾ ਹੈਗਾ। ਤਾਂ ਸਾਡੇ ਲੋਕ ਇੰਨੇ ਕੁ ਬੁੱਧੀਜੀਵੀ ਹੈ ਜੀ। ਔਰ ਸਾਡੇ ਇੱਕ ਹੋਰ ਮੈਂ ਤੁਹਾਨੂੰ ਸੁਣਾਉਣਾ ਜੀ, ਮੇਰੇ ਥੋੜਾ ਜਿਹਾ ਕਾਫੀ ਮੇਰੇ ਸੀਗੀਆਂ ਦਿਮਾਗ ਚ ਗੱਲਾਂ ਜੀ, ਜਿਹੜੇ ਸਿੰਘ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਥੋੜਾ ਜਿਹਾ ਜੀ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦਾ। 2019 ਦੇ ਵਿੱਚ ਸਰ ਮੇਰੇ ਨਾ ਘਰੋਂ ਐਕਸਪਾਇਰ ਹੋ ਗਈ ਸੀ, ਉਹਨਾਂ ਨੂੰ ਜੀ ਕੈਂਸਰ ਦੀ ਸ਼ਿਕਾਇਤ ਸੀਗੀ, ਕਾਫੀ ਇਲਾਜ ਕਰਾਇਆ ਨਹੀਂ ਠੀਕ ਹੋਇਆ ਜੀ। ਉੱਥੋਂ ਅਸੀਂ ਇੱਕ ਜਿਹੜੇ ਆਮ ਚਲੋ ਪਿੰਡਾਂ ਦੇ ਵਿੱਚ ਰਵਾਇਤ ਬਣੀ ਹੋਈ ਹੈ ਵੀ ਪਾਠ ਕਰਾਇਆ ਸੀ, ਇੱਕ ਰਾਗੀ ਸਿੰਘ ਸੱਦਿਆ ਜੀ, ਉਹ ਦੋਨੋਂ ਪਿਓ ਪੁੱਤ ਮੰਨ ਲਓ ਜੀ ਕਥਾ ਰਾਗੀ ਦੀ ਸੇਵਾ ਕਰਦੇ ਸੀ। ਤਾਂ ਉਸ ਬੰਦੇ ਨੇ ਉਹੀ ਕਹਾਣੀ ਸੁਣਾਈ ਵੀ ਐਂ ਕਰਕੇ ਜੀ ਮੇਰੇ ਚਾਚਾ ਸੀਗਾ, ਚਾਚੇ ਦਾ ਲੜਕਾ ਜੀ ਉਹਦੀ ਮੌਤ ਹੋ ਗਈ ਸੀ ਕੈਂਸਰ ਨਾਲ, ਸਾਨੂੰ ਐਂ ਕਰਨਾ ਪਿਆ ਐਂ ਕਰਨਾ ਪਿਆ। ਤਾਂ ਉਹੀ ਕਥਾ ਜੀ ਮੰਨ ਲਓ ਚਲੋ ਸਾਡੇ ਜਦੋਂ ਮੇਰੇ ਘਰੋਂ ਗੁਜਰੀ ਆ ਉਹਦੇ ਭੋਗ ਤੇ ਸੁਣਾਈ ਉਸਨੇ। ਉਦੋਂ ਬਾਅਦ ਜੀ ਪੇਰੋਂ ਮੇਰੇ ਨਾਨਕੇ ਨੇ, ਮੈਂ ਪੇਰੋਂ ਗਿਆ ਤੇ 6-7 ਮਹੀਨੇ ਬਾਅਦ ਉਹੀ ਕਥਾ ਉਹਨੇ ਉੱਥੇ ਸੁਣਾਈ ਜੀ। ਔਰ ਮੌੜਾਂ ਦੇ ਕੋਲ ਇੱਧਰ ਇੱਕ ਤਲਵੰਡੀ ਅਕਲੀਆ ਪਿੰਡ ਹੈ ਜੀ, ਉੱਥੇ ਗਾਂਹ ਦੀ ਗਾਂਹ ਸਾਡੀ ਲੰਬੀ ਰਿਸ਼ਤੇਦਾਰੀ ਸੀ, ਕਮ ਸੇ ਕਮ 1 ਸਾਲ ਬਾਅਦ ਉਹੀ ਕਥਾ ਮੈਂ
ਤਿੰਨ ਵਾਰੀ ਉਸ ਬੰਦੇ ਤੋਂ ਉਹੀ ਕਥਾ ਸੁਣ ਲਈ ਜੀ ਮੈਂ। ਤਾਂ ਉਹ ਜਿਵੇਂ ਹੁਣ ਉਹ ਗਿਆਨੀ ਟਿੰਦਰਪਾਲ ਸਿੰਘ ਹੈ ਜੀ, ਉਹ ਬਾਹਰ ਗੱਲਾਂ ਹੋਰ ਕਰਦੇ ਨੇ, ਜਦੋਂ ਉਹ ਕੀਰਤਨ ਕਰਦੇ ਨੇ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਨ ਖਾਤਰ, ਉਵੇਂ ਦੀ ਆਵਾਜ਼ ਕੱਢਦੇ ਜੀ ਰੋਣ ਵਾਲੀ ਜਾਂ ਕਿਵੇਂ ਦੀ ਹਮਦਰਦੀ ਭਰੀ ਜੀ। ਤਾਂ ਫਿਰ ਮੈਂ ਉਹਨਾਂ ਨੂੰ ਕਹਿਣਾ ਵੀ ਜਿਹੜੇ ਸਵਾਰਥੀ ਬੰਦੇ ਨੇ ਜੀ, ਉਹਨਾਂ ਦਾ ਇੱਕ ਸਾਨੂੰ ਸਿੱਖਿਆ ਦੇਣ ਤੋਂ ਜ਼ਿਆਦਾ ਵੱਡਾ ਉਹਨਾਂ ਦਾ ਮੋਟਿਵ ਇਹ ਹੈ ਵੀ ਅਸੀਂ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਆਪਣਾ ਥੈਲਾ ਜਿਵੇਂ ਪੈਸਿਆਂ ਵਾਲਾ ਉਹ ਵੱਡਾ ਕਿਵੇਂ ਕਰਨਾ ਜੀ। ਬਿਲਕੁਲ ਬਿਲਕੁਲ ਉੱਥੇ ਖੜੀ ਆ ਗੱਲ ਸਾਰੀ। ਫਿਰ ਮੈਂ ਜੀ ਸਾਡੇ ਉੱਥੋਂ ਦਾ ਉਸ ਪਿੰਡ ਦਾ ਇੱਕ ਮੁਲਾਜ਼ਮ ਹੈਗਾ, ਮੈਂ ਨੌਕਰੀ ਕਰਦਾ ਜੀ ਹਰਿਆਣਾ ਪੁਲਿਸ ਦੇ ਵਿੱਚ, ਉੱਥੋਂ ਦਾ ਇੱਕ ਮੁਲਾਜ਼ਮ ਹੈ ਜੀ। ਮੈਂ ਉਹਨੂੰ ਪੁੱਛਿਆ ਵੀ ਐਂ ਕਰਕੇ ਯਾਰ ਵੀ ਤੇਰੇ ਪਿੰਡ ਫਲਾਨਾ ਬਾਬਾ ਵੀ ਉਹਦੇ ਕੋਈ ਚਾਚੇ ਦਾ ਲੜਕਾ ਐਕਸਪਾਇਰ ਹੋ ਗਿਆ ਸੀ ਕੈਂਸਰ ਨਾਲ, ਕਹਿੰਦਾ ਨਾ ਯਾਰ ਚਾਚੇ ਦਾ ਲੜਕਾ ਤਾਂ ਕੋਈ ਨੀ ਹੈ। ਫਿਰ ਹੌਲੀ ਹੌਲੀ ਬਿੜਕ ਲੱਗੀ। ਹੁਣ ਪਿੰਡ ਦੇ ਵਿੱਚ ਦੇਖੋ ਜੀ, ਮੇਰੇ ਪਿੰਡ ਦੇ ਵਿੱਚ 2015-1800 ਵੋਟ ਹੈ, 1500 ਵੋਟ। ਹੁਣ ਜਿਹੜੇ ਸਾਡੇ ਮੰਨ ਲਓ ਜੀ ਚੌਥੀ ਪੰਜਵੀਂ ਪੱਤੀ ਵਾਲੇ ਦੂਰ ਹੈ, ਉਹ ਤਾਂ ਤੁਹਾਨੂੰ ਮੇਰੇ ਪਿੰਡਾਂ ਦੇ ਵਿੱਚ ਰਿਸ਼ਤੇ ਨਾਤੇ ਹੁੰਦੇ, ਮੇਰੇ ਚਾਚੇ ਲੱਗਦੇ ਜੀ ਉਹ। ਅਤੇ ਜੇ ਚਲੋ ਰੱਬ ਨਾ ਕਰੇ ਉਹਦੀ ਕਿਸੇ ਹਾਦਸੇ ਨਾਲ ਮੌਤ ਹੋ ਜੇ, ਅਤੇ ਮੈਂ ਕਹਾਣੀ ਪੜ੍ਹਨ ਲੱਗਿਆ ਤੁਹਾਨੂੰ ਲੋਕਾਂ ਨੂੰ ਇਮੋਸ਼ਨਲੀ ਸੁਣਾਵਾਂ ਵੀ ਮੇਰਾ ਵੀ ਚਾਚਾ ਭਾਈ ਐਂ ਹੋ ਗਿਆ ਸੀਗਾ ਵਿਚਾਰਾ, ਕੈਂਸਰ ਨਾਲ ਦੁਖੀ ਹੋਇਆ ਫਲਾਨਾ। ਤਾਂ ਉਹਨਾਂ ਦਾ ਮਕਸਦ ਉਹ ਹੈ ਜੀ ਦੇਖੋ। ਪਰ ਜ਼ਿੰਮੇਵਾਰੀਆਂ ਤੋਂ ਸਰ ਭੱਜੇ ਹੋਏ ਲੋਕ ਇਸ ਚੀਜ਼ ਦੇ ਵਿੱਚ ਬੜੇ ਹੋਏ ਹੈ ਜੀ। ਆਮ ਅਸੀਂ ਸਾਡੇ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਾਈ ਜਾਂਦੀ ਹੈ ਵੀ ਪੁੱਤਰ ਦੀ ਦਾਤ ਦੀ ਅਰਦਾਸ ਕੀਤੀ ਜਾਂਦੀ ਹੈ ਜੀ ਫਲਾਨੇ ਦੀ, ਅਗਰ ਜੇ ਹੋ ਗਿਆ ਤਾਂ ਉਹਦੀ ਬੱਲੇ ਬੱਲੇ ਜੇ ਉਹਨੇ 10 ਬੰਦੇ ਨੂੰ ਦੱਸ ਦੇਣਾ ਜਾ ਕੇ ਅੱਗੇ। ਬਿਲਕੁਲ ਬਿਲਕੁਲ। ਜੇ ਨਾ ਹੋ ਗਿਆ ਜੀ ਉਹਨੇ ਚੁੱਪ ਕਰ ਜਾਣਾ ਹੈ, ਕੋਈ ਸ਼ੱਕ ਨਹੀਂ ਜੀ। ਨਾਲੇ ਉਹ ਚੀਜ਼ਾਂ ਤੁਹਾਡੇ ਕੰਟਰੋਲ 'ਚ ਨਹੀਂ ਨਾ ਹੈ, ਉਹ ਤਾਂ ਕਨਸੀਵ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਉਹਨਾਂ। ਅੱਜ ਦੇ ਜੇ 20 ਸਾਲ ਪਹਿਲਾਂ ਜਾਣਾ ਫਿਰ ਤਾਂ ਅਲਟਰਾਸਾਊਂਡ ਵੀ ਕੋਈ ਨਹੀਂ ਸੀਗਾ, ਫਿਰ ਤਾਂ ਉਦੋਂ ਬੱਚਾ ਹੋਏ ਤਾਂ ਪਤਾ ਲੱਗਦਾ ਸੀ। ਔਰ ਫਿਰ ਮੈਂ ਇੱਕ ਸਰ ਉਸ ਬੰਦੇ ਨੂੰ ਜਿਹੜਾ ਉਹ ਕਹਿੰਦੇ ਸੀ ਨਾ ਵੱਧ ਵਿਦਵਾਨ ਪੜ੍ਹਿਆ ਲਿਖਿਆ, ਉਹ ਕਹਿੰਦਾ ਗੁਰੂ ਸਾਹਿਬ ਨੂੰ ਤੁਸੀਂ ਗੁਰੂ ਨਹੀਂ ਮੰਨਦੇ। ਤਾਂ ਮੈਂ ਉਸ ਨੂੰ ਇੱਕ ਸਵਾਲ ਕੀਤਾ ਜੀ, ਸਾਡੇ 328 ਮੰਨ ਲਓ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਏ ਸੀ, ਜੋ 4 ਸਾਲ ਪੁਰਾਣੀ ਗੱਲ ਹੈ ਜਿਹੜੀ। ਤਾਂ ਉਹ ਗੱਲ ਚੱਲੀ ਸੀ ਅਰਦਾਸ ਤੋਂ ਜੀ, ਅਰਦਾਸ ਵੀ ਸਾਨੂੰ ਕਰਨੀ ਚਾਹੀਦੀ ਹੈ। ਮੈਂ ਕਿਹਾ ਜੀ ਉਹ ਗੁਰੂ ਸਾਹਿਬ ਦੀ ਜਿਹੜੇ 328 ਸਰੂਪ ਚੋਰੀ ਹੋਏ ਸੀ, ਜੇ ਅਸੀਂ ਉਹਦੀ ਅਰਦਾਸ ਕਰਨੀ ਹੋਵੇ ਮਤਲਬ ਕਿਹੜੇ ਗ੍ਰੰਥ ਸਾਹਿਬ ਕੋਲੇ ਕਰਾਂਗੇ ਜੀ। ਆ ਤੁਸੀਂ ਕਹਿਣਾ ਨਾ ਵੀ ਅਰਦਾਸ ਕਰਨ ਨਾਲ ਸਾਡੇ ਮਸਲੇ ਹੱਲ ਹੁੰਦੇ ਨੇ, ਵੀ ਜਿਹੜੇ ਚੋਰੀ ਹੋਏ ਉਹਨਾਂ ਅੱਗੇ ਕਰਨੀ ਹੈ, ਜਿਹੜਾ ਤੁਹਾਡੇ ਕੋਲੇ ਪਿਆ ਉਹਦੇ ਅੱਗੇ ਕਰਨੀ ਹੈ ਜੀ। ਔਰ ਫਿਰ ਸਰ ਦੇਖੋ ਹੁਣ ਆਹ 1984 ਵਾਲਾ ਚੱਲ ਰਿਹਾ ਜੀ, ਉਹ ਗੁਰੂ ਸਾਹਿਬ ਦੀਆਂ ਆ ਰਹੀਆਂ ਫੋਟੋਆਂ ਲਾ ਰੱਖੀਆਂ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਗੋਲੀ ਲੱਗ ਗਈ ਸੀ ਜੀ। ਤਾਂ ਉਹ ਪੁਰਾਣੀ ਜਿਹੜੀ ਇੱਕ ਤਸਵੀਰ ਹੈ ਜੀ ਉਹ ਲਿਆ ਰੱਖੀ ਆ ਉੱਥੇ, ਉਹ ਦਿਖਾ ਰਹੇ ਨੇਗੇ ਮੇਰੇ ਤੇ ਲਾਓ ਜੀ, ਮੇਰਾ ਕੋਈ ਚਾਚਾ ਤਾਇਆ ਮੇਰਾ ਦਾਦਾ ਕਿਸੇ ਕਾਰਨ ਕਿਸੇ ਦੁਸ਼ਮਣ ਰਾਹੀਂ ਉਹਦੀ ਕੋਈ ਲੱਤ ਵੱਢੀ ਜਾਵੇ ਬਾਂਹ ਵੱਢੀ ਜਾਵੇ, ਤਾਂ ਮੈਂ ਕੀ ਉਹਨੂੰ ਘਰੇ ਰੱਖ ਲੂੰਗਾ ਵੀ ਭਾਈ ਜਦੋਂ ਇਹਦੀ ਜਿਹੜੀ ਬਰਸੀ ਆਇਆ ਤੂੰ ਅੱਗੇ ਮੈਂ ਲੋਕਾਂ ਨੂੰ ਦਿਖਾਇਆ ਕਰਾਂ, ਦੇਖੋ ਵੀ ਫਲਾਣੇ ਦੇ ਚਾਚੇ ਨੇ ਮੇਰੇ ਚਾਚੇ ਦੀ ਲੱਤ ਵੱਢੀ ਸੀ, ਆਹ ਦੇਖੋ ਜੀ ਉਹਨੇ ਪਈ ਹੈ। ਨਹੀਂ ਬਣਦੀ ਸੀ, ਨਹੀਂ ਬਣਦੀ ਹੈ ਜੀ। ਹੁਣ ਜਦੋਂ ਅਸੀਂ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਜਦੋਂ ਬਿਰਧ ਕਹਿ ਕੇ ਅਸੀਂ ਉਹਦਾ ਸੰਸਕਾਰ ਕਰ ਦਿੰਦੇ ਹਾਂ ਜੀ, ਕੀ ਜਿਹੜੇ ਸਾਡੇ ਗੁਰੂ ਸਾਹਿਬ ਦੇ ਗੋਲੀ ਲੱਗੀ ਸੀ ਉਹ ਅੱਜ ਜਿਉਂਦੇ ਨੇ ਉਸ ਹਿਸਾਬ ਨਾਲ ਫਿਰਨ ਦੇ?
ਨਹੀਂ ਜਦੋਂ ਜਾਗਤ ਜੋਤ ਕਹਿੰਦੇ ਫਿਰ ਤਾਂ ਸੈਂਸੇ ਨਹੀਂ ਬਣਦੀ, ਗੱਲ ਖਤਮ ਆ, ਤੁਸੀਂ ਉਹਨੂੰ ਉਸੇ ਹਿਸਾਬ ਨਾਲ ਪ੍ਰੋਸੈਸ ਕਰੋ। ਪਰ ਗੱਲ ਇਹ ਨਾ, ਦੁਕਾਨ ਜਦੋਂ ਵੈਸੇ ਵੀ ਜੇ ਤੁਹਾਡੇ ਮਾਂ ਪੇ ਬੇਸ਼ੱਕ ਰਗੜ ਵੀ ਲੱਗੀ ਹੋਵੇ, ਮੰਨ ਲਓ ਸਾਡੇ ਮਾਤਾ ਪਿਤਾ ਕੋਈ ਜਣਾ ਘਰ ਦਾ ਮੈਂਬਰ ਇੱਦਾਂ ਤਿਲਕ ਕੇ ਡਿੱਗ ਗਿਆ, ਮੂੰਹ 'ਚ ਆ ਗਿਆ, ਹਾਂਜੀ, ਅਸੀਂ ਇਲਾਜ ਕਰਾਉਣੇ ਲੱਗਦੀ ਵਾ ਕੋਸ਼ਿਸ਼ ਕਰਦੇ ਹਾਂ ਵੀ ਹਮਦਰਦੀ ਲੈਣ ਲਈ ਲੋਕਾਂ ਕੋਲ ਰੌਲਾ ਨਾ ਪਾਈਏ। ਹਾਂਜੀ ਹਾਂਜੀ, ਸਾਈਕੋਲੋਜੀਕਲੀ ਚੰਗਾ ਨਹੀਂ ਹੁੰਦਾ, ਅਗਲੇ ਨੂੰ ਭੈੜਾ ਫੀਲ ਹੁੰਦਾ ਆ ਜਿਹਦੇ, ਕਿਉਂਕਿ ਹਰੇਕ ਨੇ ਆਉਣਾ, ਹੁਣ ਆਪਣੀ ਮੱਤ ਦੇਣੀ, ਅਕਲ ਦੇਣੀ ਆ, ਇਸ ਕਰਕੇ ਠੀਕ ਹੈ, ਰਹਿਣ ਦਿਓ, ਠੀਕ ਹੋ ਲੈਣ ਦਿਓ, ਪਤਾ ਲੱਗ ਜਾਊਗਾ, ਹੈ ਨਾ। ਹਾਂਜੀ ਹਾਂਜੀ, ਇਹ ਥੋੜ੍ਹੋ ਕਰਦੇ ਹਾਂ ਵੀ ਇੱਦਾਂ ਥਾਂ ਥਾਂ ਰਿਸ਼ਤੇਦਾਰਾਂ ਦੇ ਬੈੱਡ 'ਤੇ ਪਾ ਕੇ ਲੈ ਜਾ ਰਹੇ ਪਿਆ, ਦੇਖੋ ਸਾਡੀ ਮਾਤਾ ਦਾ ਗਿੱਟਾ ਉਤਰ ਗਿਆ, ਇੱਦਾਂ 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 ਥੋੜ੍ਹੀ ਕਰਦੇ, ਹੈ ਨਾ। ਉਹਨਾਂ ਦਾ ਦੁਕਾਨ ਹੈ ਸਰ ਜੀ, ਉਹਨਾਂ ਦੀ ਦੁਕਾਨ ਹੈ ਇੱਕ, ਬਸ ਉਹ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਕੀਤਾ ਨਾ, ਗੁਰਦੁਆਰਾ ਬਣਿਆ ਆ, ਇਹਨਾਂ ਨੇ ਮੰਗ ਖਾਣਿਆਂ ਨੇ ਬਣਾਇਆ ਹੀ ਇਸ ਕਰਕੇ ਆ ਵੀ ਉਹਦੇ ਸਿਰ 'ਤੇ ਰੋਟੀ ਖਾਣੇ। ਬਸ ਸਹੀ ਗੱਲ ਹੈ, ਸਹੀ ਗੱਲ ਹੈ ਜੀ। ਹੁਣ ਚਾਹੇ ਵਡਿਆਈ ਕਰਕੇ ਇਹਨਾਂ ਨੂੰ ਮਿਲਦੇ ਆ ਚਾਰ ਟੁੱਕੜ, ਚਾਹੇ ਸੋਹਲੇ ਗਾ ਕੇ, ਚਾਹੇ ਕਿਸ ਦਾ ਕੋਈ ਆ ਕੇ ਕਹਿੰਦਾ ਵੀ ਦੇਖੋ ਜੀ ਵੀ ਮੈਂ ਵਿਆਹ ਕਰਨਾ ਵੀ ਰਿਸ਼ਤੇਦਾਰਾਂ ਦੀ ਸਾਡੀ ਕੁੜੀ ਆ ਵੀ ਇੱਦਾਂ ਦਾ ਸਾਨੂੰ ਇਮੀਗ੍ਰੇਸ਼ਨ ਲਈ ਜ਼ਰੂਰੀ ਆ, ਵੀ ਦਿਨ ਨੂੰ ਤਾਂ ਹੋ ਨਹੀਂ ਸਕਦਾ, ਇਹ ਕਹਿੰਦੇ ਰਾਤ ਨੂੰ ਕਰ ਦਿਆਂਗੇ ਅਸੀਂ। ਹਾਂਜੀ ਹਾਂਜੀ, ਠੀਕ ਹੈ, ਜਿੱਦਾਂ ਦਾ ਮਰਜ਼ੀ ਇਹਨਾਂ ਤੋਂ ਜੋ ਮਰਜ਼ੀ ਕਰਵਾ ਲਓ ਇਹਨਾਂ ਤੋਂ, ਆਪਣਿਆਂ ਲਈ ਕੋਈ ਕੋਈ ਸਜ਼ਾ ਨਹੀਂ ਇਹਨਾਂ ਦੇ ਕੋਲ, ਬਾਕੀਆਂ ਦੂਜਿਆਂ ਨੂੰ ਛੇਕਣ ਦੀਆਂ ਗੱਲਾਂ, ਜਿਹੜੇ ਬੰਦੇ ਆਪਣੇ ਗਲਤੀ ਕਰਦੇ ਆ ਉਹਨਾਂ ਲਈ ਕੋਈ ਹੁਕਮਨਾਮਾ ਜਾਰੀ ਨਹੀਂ ਹੈਗਾ। ਨਹੀਂ ਬਿਲਕੁਲ ਨਹੀਂ ਹੈ ਜੀ, ਠੀਕ ਆ। ਔਰ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਲੋਕ ਹੈ ਨਾ ਜੀ, ਉਹ ਜੇ ਮੈਂ ਮੇਰੇ ਤੇ ਲਾ ਲਓ ਜੀ, ਮੈਂ ਥੋੜਾ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜ ਕੇ ਕੁਛ ਉਦਾਹਰਨ ਦਿੰਦਾ ਜੀ ਪਿੰਡ ਦੇ ਵਿੱਚ, ਤਾਂ ਪਿੰਡ ਦੇ ਲੋਕ ਮੈਨੂੰ ਉਸ ਬਾਰੇ ਕਹਿੰਦੇ ਨੇ ਵੀ ਤੂੰ ਤਾਂ ਨਾਸਤਿਕ ਹੈ, ਉਹ ਮੈਨੂੰ ਇਹ ਕਹਿੰਦੇ ਵੀ ਤੂੰ ਨਾਸਤਿਕ ਹੈਗਾ, ਵੀ ਤੂੰ ਤਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦਾ ਨੀ। ਮੈਂ ਇਹਨਾਂ ਨੂੰ ਕਈ ਵਾਰ ਕਿਹਾ ਵੀ ਤੁਸੀਂ 6 ਮਹੀਨੇ ਗੁਰੂ ਸਾਹਿਬ ਨੂੰ ਇੱਕ ਗੁਰੂ ਰੱਬ ਨਾ ਮੰਨ ਕੇ ਨਾ, ਇੱਕ ਮਾਸਟਰ ਮੰਨ ਕੇ ਤੁਸੀਂ ਇਹਨੂੰ ਪੜ੍ਹ ਕੇ ਦੇਖ ਲਓ, ਇਹ ਤੁਹਾਨੂੰ ਵੀ ਨਾਸਤਿਕ ਹੀ ਬਣਾ ਦਊਗਾ ਜੀ। ਕਿਉਂਕਿ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਪੁਜਾਰੀ ਵਰਗ ਕਰਮ ਕਾਂਡ ਕਰਦਾ ਸੀ ਸਾਨੂੰ ਆਪਣੇ ਝਾਂਸੇ 'ਚ ਦੇਣ ਲਈ, ਉਹ ਗੁਰੂ ਸਾਹਿਬ ਨੇ ਸਾਰੇ ਕਾਟੀ ਮਾਰਤੀ ਉਹਦੇ ਸਾਰੇ, ਜੇ ਵੀ ਹੈ ਹੀ ਨਹੀਂ ਇਹ। ਨਹੀਂ, ਜਿਹੜਾ ਨਾਸਤਿਕ ਸ਼ਬਦ ਵੀ ਹੈ ਜੀ, ਉਹਦੇ ਅਰਥ ਜਿਸ ਥਾਂ 'ਤੇ ਤੁਸੀਂ ਹੈਗੇ ਆ ਉਹਦੇ ਸੰਦਰਭ 'ਚ ਹੀ ਆ। ਹਾਂਜੀ ਹਾਂਜੀ, ਹਿੰਦੂ ਧਰਮ ਵਿੱਚ ਗੁਰੂ ਸਾਹਿਬ ਦੇ ਵੇਲੇ ਜਿਹੜਾ ਬੰਦਾ ਵੈਦਿਕ ਪਰੰਪਰਾ ਨੂੰ ਨਹੀਂ ਸੀ ਮੰਨਦਾ, ਹਾਂਜੀ, ਉਹਨੂੰ ਨਾਸਤਿਕ ਕਿਹਾ ਜਾਂਦਾ ਸੀ। ਹਾਂਜੀ ਹਾਂਜੀ, ਮਤਲਬ ਸੀ ਵੀ ਇਹ ਆਹ ਜਿਹੜੀ ਵਿਧੀ ਆ, ਆਹ ਜਿਹੜੀ ਮਰਿਆਦਾ ਚੱਲੀ ਆ ਰਹੀ ਆ, ਇਹ ਤੋਂ ਮੁਨਕਰ ਆ ਇਹ। ਹਾਂਜੀ ਹਾਂਜੀ, ਉਹ ਚਾਹੇ ਮਹਾਤਮਾ ਬੁੱਧ ਹੋਇਆ, ਉਹ ਚਾਹੇ ਕੋਈ ਜੈਨੀ ਹੋਇਆ, ਉਹ ਚਾਹੇ ਗੁਰੂ ਨਾਨਕ ਪਾਤਸ਼ਾਹ ਹੋਏ ਆ। ਹਾਂਜੀ ਹਾਂਜੀ, ਬਹੁਤ ਵਧੀਆ, ਠੀਕ ਹੈ। ਉਹ ਜਿਹੜਾ ਆਸਤਿਕ ਨਾਸਤਿਕ ਅਰਥ ਅਸੀਂ ਕਰਦੇ ਨੇ ਵੀ ਰੱਬ ਵਿੱਚ ਵਿਸ਼ਵਾਸ ਕਰਦਾ ਹੈ ਨਹੀਂ ਕਰਦਾ, ਦੇਖੋ ਹੁਣ ਮੁਸਲਮਾਨ ਧਰਮ ਇੱਕ ਖਾਸ ਤਰ੍ਹਾਂ ਦੇ ਪ੍ਰੋਸੈਸ ਵਿੱਚ ਵਿਸ਼ਵਾਸ ਕਰਦਾ। ਹਾਂਜੀ, ਜਿਹੜਾ ਜੇ ਮੈਂ ਮੁਸਲਮਾਨ ਨਹੀਂ ਹੈਗਾ, ਹਾਂਜੀ, ਮੈਂ ਉਹਨਾਂ ਦੇ ਰੱਬ ਵਿੱਚ ਵਿਸ਼ਵਾਸ ਥੋੜੀ ਕਰੂੰਗਾ। ਠੀਕ ਹੈ, ਬਿਲਕੁਲ ਸਹੀ ਗੱਲ। ਉਹ ਤਾਂ ਮੈਨੂੰ ਨਾਸਤਿਕ, ਉਹ ਮੈਨੂੰ ਨਾਸਤਿਕ ਹੀ ਕਹਿਣਗੇ, ਉਹ ਮੈਨੂੰ ਕਾਫਰ ਕਹਿੰਦੇ ਆ। ਉਹ ਨਾਸਤਿਕ ਕਹੂਗਾ ਜੀ, ਨਾਸਤਿਕ ਜੀ, ਉਹ ਮੈਨੂੰ ਕਾਫਰ ਕਹਿੰਦੇ ਆ ਉਹ,
ਹਾਂਜੀ ਹਾਂਜੀ ਉਹਨਾਂ ਲਈ ਕਾਫਰ ਦਾ ਮਤਲਬ ਇਹ ਆ ਵੀ ਜਿਹੜੀ ਸਾਡੀ ਪਰੰਪਰਾ ਆ ਇਹ ਉਹਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਹਾਂਜੀ ਠੀਕ ਹੈ। ਨਹੀਂ ਤਾਂ ਜਿਹੜਾ ਦੇਖੋ ਜਦੋਂ ਨਾ ਗੁਰਬਾਣੀ ਨੇ ਇਹ ਕਿਹਾ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹਾਂਜੀ ਹਾਂਜੀ ਐਸੀ ਤੈਸੀ ਕਿਸੇ ਦੀ ਠੀਕ ਹੈ ਜੀ। ਜਿਹੜਾ ਜਿਹੜਾ ਨਾ ਗੁਰੂ ਨਾਨਕ ਪਾਤਸ਼ਾਹ ਨੇ ਜਿਹਨੂੰ ਰੱਬ ਕਿਹਾ ਹਾਂਜੀ ਉਹ ਤੋਂ ਮੁਨਕਰ ਹੋ ਹੀ ਨਹੀਂ ਸਕਦਾ ਕੋਈ। ਠੀਕ ਹੈ ਜੀ। ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਨੇ ਨਾ ਇੱਕ ਨਿਯਮ ਬਣਾ ਦਿੱਤਾ ਵੀ ਬੰਦਿਆ ਤੇਰੇ ਕੋਲ ਬੋਲਣ ਦੀ ਸ਼ਕਤੀ ਹੈਗੀ ਆ ਹਾਂਜੀ ਪਰ ਬੋਲਿਆ ਮੂੰਹ ਰਾਹੀਂ ਜਾਣਾ ਆ। ਹਾਂਜੀ ਹੁਣ ਮੂੰਹ ਦੇ ਵਿੱਚ ਕੁਛ ਪਾ ਲਓ ਮੂੰਹ 'ਤੇ ਟੇਪ ਲਾ ਲਓ ਤੂੰ ਸਾਰੀ ਦੁਨੀਆ ਦਾ ਨਾਮ ਜਪ ਲਈ ਤੂੰ ਕਹੀਂ ਮੈਂ ਕੰਨਾਂ ਰਾਹੀਂ ਬੋਲ ਲੈਣਾ ਮੈਂ ਅੱਖਾਂ ਰਾਹੀਂ ਬੋਲ ਲੈਣਾ ਮੇਰੀ ਭਤੀਜੀ ਡਾਕਟਰ ਆ ਮੈਂ ਮੋਢੇ 'ਤੇ ਛੇਕ ਕਰ ਲਊਂਗਾ ਜੀਭ ਉੱਥੇ ਲਾ ਲਊਂ ਉੱਥੋਂ ਬੋਲ ਲੈਣਾ ਨਹੀਂ ਬੋਲਿਆ ਜਾਣਾ। ਨਹੀਂ ਨਹੀਂ ਬੋਲਿਆ ਜਾਂਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹਾਂਜੀ ਠੀਕ ਹੈ। ਜੇ ਜੇ ਭੜਕ ਨੂੰ ਕੋਈ ਚੀਜ਼ ਲੱਭੇ ਆਊਗੀ ਹਾਂਜੀ ਦੇਖਿਆ ਅੱਖਾਂ ਰਾਹੀਂ ਜਾ ਸਕਦਾ ਆ। ਹਾਂਜੀ ਹਾਂਜੀ ਹੋ ਸਕਦਾ ਭੜਕੇ ਨੂੰ ਉਹਦੀ ਰਿਪਲੇਸਮੈਂਟ ਕੋ ਲੱਭ ਲਵੇ ਪਰ ਜੋ ਹੋਊਗਾ ਹੁਕਮ ਦੇ ਅੰਦਰ ਹੋਊਗਾ ਉਹ। ਹਾਂਜੀ ਫਿਰ ਦੱਸੋ ਨਾਸਤਕ ਦੇ ਅਰਥ ਕੀ ਰਹਿ ਗਏ? ਬਸ ਉਹਨਾਂ ਦੇ ਜੀ ਨਾ ਇੱਕ ਜਿਹੜੀ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਜੀ ਇੱਕ ਪੜਿਆ ਹੋਇਆ ਨਾ ਕੂੜਾ ਪੜ ਗਿਆ ਜੀ ਉਹ ਨਿਕਲਣਾ ਔਖਾ ਹੈ ਉਹਨਾਂ ਲਈ ਜੀ। ਨਹੀਂ ਇਹਨਾਂ ਲਈ ਵੀ ਇਹੀ ਅਰਥ ਆ ਵੀ ਜਿਹੜਾ ਬੰਦਾ ਇਹਨਾਂ ਦੇ ਬਣਾਏ ਹੋਏ ਢਾਂਚੇ ਨੂੰ ਨਹੀਂ ਮੰਨਦਾ ਨਾ ਉਹ ਨਾਸਤਕ ਆ ਉਹ ਕਾਮਰੇਡ ਆ। ਸਾਡੇ ਪਿੰਡ ਦੇ ਵਿੱਚ ਨਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਟਾਈਮ ਗ੍ਰੰਥੀ ਹੈ ਜੀ ਇੱਕ ਉਹ ਘਰੋਂ ਮਤਲਬ ਜੀ ਚਲੋ ਗਰੀਬ ਸੀ ਜਾਂ ਕਿਵੇਂ ਸੀ ਉਹਦੇ ਮਾਂ ਬਾਪ ਨੇ ਉਹਨੂੰ ਗੁਰੂ ਘਰ ਹੀ ਸਮਰਪਿਤ ਕਰ ਰੱਖਿਆ ਸੀ। ਅਸਲ ਦੇ ਵਿੱਚ ਤਾਂ ਨਹੀਂ ਮੈਂ ਤਾਂ ਇਹ ਮੰਨਦਾ ਗਾ ਵੀ ਮੈਂ ਇੱਕ ਪੁਲਿਸ ਮਹਿਕਮੇ ਦੇ ਵਿੱਚ ਨੌਕਰੀ ਕਰਦਾ ਜੀ ਮੇਰੇ ਚਲੋ ਆਰਥਿਕ ਹਾਲਾਤ ਚੰਗੇ ਆ ਮੰਦੇ ਆ ਮੇਰੇ ਕੋਲ ਏਸੀ ਨਹੀਂ ਹੈ ਜੀ ਇਸ ਟਾਈਮ ਘਰੇ ਔਰ ਜਿਹੜੇ ਗੁਰਦੁਆਰਿਆਂ ਦੇ ਵਿੱਚ ਮੰਨ ਲਓ ਜੀ ਏਸੀ ਲੱਗੇ ਨੇ ਚਾਰ ਚਾਰ ਉਹ ਮੁੰਡਾ ਘਰੋਂ ਗਰੀਬ ਹੈਗਾ ਉਹਦੇ ਘਰੇ ਪੱਖਾ ਤੱਕ ਨਹੀਂ ਹੈ ਤੇ ਜਦੋਂ ਏਸੀ ਚ ਰਹਿੰਦਾ ਉਹਨੂੰ ਉਸਨੂੰ ਐਂ ਲੱਗਦਾ ਵੀ ਆਹ ਬਹੁਤ ਵਧੀਆ ਸਿਸਟਮ ਹੈ ਯਾਰ। ਬਿਲਕੁਲ ਬਿਲਕੁਲ ਹਾਂ ਵੀ ਇਹ ਸੇਵਾ ਕਰਨ 'ਚ ਫਾਇਦਾ ਹੈਗਾ ਉਹ ਸਾਡੇ ਹੁਣ ਨਾ ਜੀ ਗੁਰਦੁਆਰੇ ਸੇਵਾ ਕਰਦਾ ਉਹ ਪੈਸੇ ਨਹੀਂ ਲੈ ਰਿਹਾ ਜੀ ਫਰੀ ਕਰ ਰਿਹਾ ਫਰੀ ਆਫ ਕੋਸਟ ਤੁਸੀਂ ਪੁੱਛ ਕੇ ਦੇਖੋ ਵੀ ਤੈਂ ਕਦੇ ਪੈਸੇ ਲਏ ਆ ਉਹ ਕਹਿੰਦਾ ਨਾ ਸਾਬਤ ਕਰ ਦਿਓ ਨਹੀਂ ਲਏ ਜੀ। ਹਾਂਜੀ ਧੁੰਦੇ ਹੁਣਾਂ ਨੂੰ ਪੁੱਛ ਲਓ ਧੁੰਦੇ ਹੁਣੀ ਕਹਿੰਦੇ ਇੱਕ ਵੀ ਬੰਦਾ ਲਿਆ ਦਿਓ ਜੇ ਕੋਈ ਇਹ ਸਾਬਤ ਕਰਦਾ ਸੀ ਮੰਗਿਆ ਕਿਸੇ ਕੋਲੋਂ ਪੈਸੇ। ਹਾਂਜੀ ਪੈਸੇ ਤਾਂ ਲੈਂਦੇ ਹੀ ਨਹੀਂ ਇਹ ਇੱਦਾਂ ਹੀ ਬਣ ਗਿਆ ਸਾਰੇ ਇੱਦਾਂ ਬਣੀ ਜਾਂਦੇ ਆ। ਤਾਂ ਫਿਰ ਮੈਂ ਉਸਨੂੰ ਪਿੰਡ ਦੇ ਵਿੱਚ ਮੈਂ ਸਵਾਲ ਕਰਦਾ ਵੀ ਸਾਨੂੰ ਇਹ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੋੜ ਨਹੀਂ ਰਿਹਾ ਹੋਰ ਸਾਨੂੰ ਕਹਾਣੀਆਂ ਸੁਣਾਤੀਆਂ ਕੱਚੀਆਂ ਪਿੱਲੀਆਂ ਗੁਰੂ ਸਾਹਿਬ ਨੇ ਉੱਥੇ ਤੀਰ ਮਾਰਿਆ ਉੱਥੇ ਉਹਨੇ ਡਲੇ ਮਾਰੇ ਮੰਨ ਲਓ ਉਹਦੇ ਨਾਲ ਬੰਬ ਬਣ ਗਏ ਜੀ ਬੰਦੇ ਮਰ ਗਏ ਉਹੀ ਜਿਹੀਆਂ ਕਹਾਣੀਆਂ ਸੁਣਾ ਰਿਹਾ ਉਹ ਕਹਿੰਦੇ ਵੀ ਸਾਨੂੰ ਇਹ ਆਪਾਂ ਤੋਂ ਪੈਸੇ ਤਾਂ ਨਹੀਂ ਲੈਂਦਾ ਹੈ ਜੋ ਗੇ ਸਵਾ ਮਰਜ਼ੀ ਦੇ ਦੇਵੇ
ਫਿਰ ਮੈਂ ਸਰ ਉਹਨਾਂ ਨੂੰ ਕਿਹਾ ਵੀ ਆਪਣਾ ਸਕੂਲ ਹੈਗਾ, ਆਪਣੇ ਸਕੂਲ ਦੇ ਵਿੱਚ ਆਪਾਂ ਇੱਕ ਬੰਦਾ ਰੱਖ ਲਈਏ ਵੀ ਉਹ ਆਪਾਂ ਤੋਂ ਪੈਸਿਆਂ ਲੈਂਦਾ ਵੀ ਪਰ ਜਵਾਕਾਂ ਨੂੰ ਪੜ੍ਹਾਉਂਦਾ ਵੀ ਨਾ ਹੋਵੇ ਸਹੀ, ਤਾਂ ਤੁਸੀਂ ਉੱਥੇ ਬੱਚਿਆਂ ਦਾ ਐਡਮਿਸ਼ਨ ਕਰਾਓਗੇ ਵੀ ਯਾਰ ਇਹ ਪੈਸੇ ਤਾਂ ਲੈਂਦਾ ਨੀ, ਠੀਕ ਹੈ ਵੀ ਪੜ੍ਹਾਵੇ ਚਾਹੇ ਨਾ ਪੜ੍ਹਾਵੇ ਪੈਸੇ ਨਹੀਂ ਲੈਂਦਾ। ਨਹੀਂ ਹੋਰ ਮੈਨੂੰ ਦੱਸੋ, ਜੇ ਕੋਈ ਬੰਦਾ ਤੁਹਾਨੂੰ ਇੱਦਾਂ ਘਰੋਂ ਸ਼ਹਿਰ ਲਿਜਾ ਕੇ ਬਿਨਾਂ ਪੈਸਿਆਂ ਤੋਂ, ਹਾਂਜੀ, 5 ਦਿਨ ਉੱਥੇ ਇੱਦਾਂ ਵਧੀਆ ਵਧੀਆ ਥਾਂ ਤੇ ਬੈੱਡ ਵੀ ਦੇ ਦੇਵੇ, ਸੌਣ ਨੂੰ ਦੇ ਦੇਵੇ, ਪਰ 3 ਟਾਈਮ ਸੁਆਹ ਖਿਲਾਵੇ, ਹਾਂਜੀ, ਵੀ ਐਨ ਢੇਰ ਤੋਂ ਲਿਆ ਕੇ ਕੂੜਾ ਖਿਲਾਵੇ ਤੁਹਾਨੂੰ, ਵੀ ਨਾਲ ਤੁਹਾਨੂੰ ਕਹੇ ਵੀ ਪੈਸੇ ਥੋੜੋ ਲੈਂਦਾ ਮੈਂ, ਹਾਂਜੀ ਹਾਂਜੀ, ਤੇ ਤੁਹਾਨੂੰ ਬੱਸੇ ਲਿਆਇਆ ਚਾੜ ਕੇ ਮੈਂ ਇੱਦਾਂ ਦੇ ਸੋਹਣੇ ਘਰ ਚ ਰੱਖਿਆ ਆ ਵੀ ਤੁਸੀਂ ਖਾਓ ਹੁਣ ਸੁਆਹ, ਮੈਂ ਕਿਹੜਾ ਪੈਸੇ ਲੈਂਦਾ, ਆ ਪੈਸੇ ਮੈਂ ਲੈਂਦਾ ਨਹੀਂ, ਹਾਂਜੀ, ਹਨਾ ਵੀ ਅਸੀਂ ਅਸੀਂ ਜਦੋਂ ਆਪਣੇ ਸਰੀਰ ਦੀ ਗੱਲ ਆਉਂਦੀ ਅਸੀਂ ਫੱਟ ਕਹਿੰਦੇ ਵੀ ਨਹੀਂ ਯਾਰ ਇੱਦਾਂ ਨਹੀਂ, ਹਨਾ ਵੀ ਹੁਣ ਜੋ ਦਿਮਾਗ ਦੇ ਵਿੱਚ ਸਾਡੇ ਪਾਇਆ ਜਾ ਰਿਹਾ ਹੈ ਗੁਰੂ ਸਾਹਿਬ ਦੇ ਨਾਂ ਤੇ ਪਾਇਆ ਜਾ ਰਿਹਾ ਹੈ, ਹਾਂਜੀ ਹਾਂਜੀ ਬਿਲਕੁਲ ਜੀ, ਨਹੀਂ ਨਹੀਂ। ਔਰ ਫਿਰ ਸਰ ਤੁਹਾਡੇ 2 ਮਿੰਟ ਮੈਂ ਹੋ ਲੈਣਾ ਜੀ, ਹਾਂਜੀ, ਆਹ ਹੁਣ ਪਿੱਛੇ ਜੇ ਚੱਲਿਆ ਸੀ ਵਿਵਾਦ ਇੱਕ ਮੱਠ ਸ਼ੇਰੋ ਵਾਲਾ, ਤਾਂ ਉਹਨੂੰ ਮਾਫ਼ੀ ਮੰਗਾਈ ਗਈ ਜੀ ਉੱਥੇ ਖੜ ਕੇ ਕੁਛ ਬੰਦਿਆਂ ਨੇ ਜਿਹੜਿਆਂ ਨੇ ਆਪਦੀ ਮਸ਼ਹੂਰੀ ਕਰਨੀ ਹੈ ਜੀ, ਫੋਟੋਆਂ ਪਾਉਣੀਆਂ ਅੱਗੇ ਜਾ ਕੇ 10 ਰੁਪਏ ਕਮਾਉਣੇ ਗਾਹਾਂ ਜਾ ਕੇ, ਤਾਂ ਸਾਡੇ ਭੈਣ ਨੌਕਰੀ ਕਰਦੀ ਹੈ ਜੀ ਪਹਿਲਾਂ, ਹੁਣ ਤਾਂ ਚਲੋ ਨੇੜੇ ਬਦਲੀ ਹੋ ਗਈ, ਸ਼ਾਦੀ ਵੀ ਕਰਤੀ ਅਸੀਂ, ਪਟੌਦੀ ਸਟੇਸ਼ਨ ਮਿਲਿਆ ਸੀਗਾ ਜੀ, ਰਵਾੜੀ ਤੇ ਗੁੜਗਾਵਾਂ ਦੇ ਵਿਚਾਲੇ ਦਿੱਲੀ ਦੇ ਕੋਲੇ ਹੈ ਜੀ ਹਰਿਆਣੇ ਚ, ਪੰਜਾਬੀ ਟੀਚਰ ਦੀ ਸਿਲੈਕਸ਼ਨ ਹੋਈ ਸੀ ਉੱਥੇ ਨਾ ਜੀ, ਪਿੰਡ ਦੇ ਛੋਟਾ ਜਿਹਾ ਕਸਬਾ ਹੈ ਪਟੌਦੀ ਜਿਹੜਾ ਆਪਣਾ ਨਵਾਬ ਪਟੌਦੀ ਹੈ, ਉਹ ਜਿਹੜਾ ਕਲਾ ਹੈਗਾ ਫਿਲਮੀ ਕਲਾਕਾਰ ਉਹਦਾ ਸ਼ਹਿਰ ਹੈ ਜੀ ਉਹ ਸੈਫ ਹੋਣਾ ਦਾ, ਹਾਂਜੀ ਹਾਂਜੀ ਠੀਕ ਹੈ, ਤਾਂ ਉੱਥੇ ਸਟੇਸ਼ਨ ਮਿਲਿਆ ਸੀ ਸਾਨੂੰ ਸਕੂਲ, ਉਹ ਸ਼ੁਰੂ ਸ਼ੁਰੂ ਦੇ ਵਿੱਚ ਚਲੋ ਸਾਨੂੰ ਥੋੜੀ ਮੁਸ਼ਕਲਾਂ ਆਉਣੀਆਂ ਜੀ, ਸਾਨੂੰ ਕਮਰਾ ਕੁਮਰਾ ਲੈਣ ਚ 15-20 ਦਿਨ ਲੱਗ ਗਏ ਉੱਥੇ, ਤਾਂ ਉੱਥੇ ਅਸੀਂ ਗੁਰਦੁਆਰਾ ਸਾਹਿਬ ਰਹਿੰਦੇ ਰਹੇ ਜੀ, ਛੋਟਾ ਜਿਹਾ ਗੁਰਦੁਆਰਾ ਜੀ, 3-4 ਕਮਰੇ ਨੇ, ਤੇ ਉਹ ਵੀ ਉਹ 84 ਤੋਂ ਪਹਿਲਾਂ ਦਾ ਬਣਾਇਆ ਹੋਇਆ ਜੀ, ਉਹ ਜਿਹੜੇ ਗੁਰਸਿੱਖ ਤਾਂ ਹੈ ਨੀ ਉੱਥੇ, ਪੰਜਾਬੀ ਰਿਫੂਜੀ ਰੋੜੇ ਹੈ ਜੀ, ਹਾਂ ਉਹਨਾਂ ਦੀਆਂ ਕੁਛ ਰਿਸ਼ਤੇਦਾਰੀਆਂ ਵੱਲੋਂ ਜੀ ਦਾੜੀ ਕੇਸ ਰੱਖਦੇ ਨੇ, ਕੁਛ ਕਲੀਨ ਸ਼ੇਵ ਰਹਿੰਦੇ ਨੇ, ਲੇਕਿਨ ਉਹਨੇ ਚਲੋ ਸ਼ਰਧਾ ਹੈ ਜੀ, ਗੁੰਜਾਇਸ਼ ਵਾਲੇ ਬੰਦਿਆਂ ਨੂੰ ਛੋਟਾ ਜਿਹਾ ਗੁਰਦੁਆਰਾ ਬਣਾ ਲਿਆ, ਤਾਂ ਉੱਥੇ ਮੈਂ ਪਿੰਡ ਦੇ ਬੰਦਿਆਂ ਨੂੰ ਕਈ ਵਾਰ ਵਿਚਾਰ ਕਰਦਾ ਹਾਂ ਨਾਲਦਿਆਂ ਨੂੰ ਵੀ, ਹੁਣ ਸਾਡਾ ਗ੍ਰੰਥੀ ਸਿੰਘ ਉੱਥੇ ਆਸੇ ਪਾਸੇ ਸਾਰੇ ਮੁਸਲਮਾਨਾਂ ਦੇ ਘਰ ਹੈ ਜੀ, ਹਿੰਦੂਆਂ ਦੇ ਮੁਸਲਮਾਨਾਂ ਦੇ, ਵੀ ਸਾਡੇ ਗੁਰੂ ਸਾਹਿਬ ਦਾ ਪਾਠ ਕਰ ਰਹੇ ਹਨ, ਅਖੰਡ ਪਾਠ ਹੈ, ਗ੍ਰੰਥ ਸਾਹਿਬ ਦਾ ਚੱਲ ਰਿਹਾ ਹੈਗਾ, ਗ੍ਰੰਥੀ ਸਿੰਘ ਪਾਠ ਕਰ ਰਿਹਾ ਹੈ ਵੀ ਅੱਲਾ ਏਕ ਮਸੀਤ ਵਸਤ ਹੈ ਅਵਰ ਮੁਲਕ ਕਿਸਕੇਰਾ, ਜਾਂ ਲਿਖਤਾ ਜੀ ਮੰਨ ਲਓ ਉਹਨਾਂ ਨੇ ਸੁਨਤ ਕੀ ਹੈ, ਤੁਰਕ ਜੇ ਹੋਏਗਾ ਔਰਤ ਕਾ ਕਾ ਕੀਜਾ ਹੈ, ਉੱਥੇ ਮੁਸਲਮਾਨਾਂ ਦੇ ਘਰ ਹੈ ਜੀ, ਤੇ ਗੰਡਾਸੇ ਲੈ ਕੇ ਲੱਤਾਂ ਵੱਢਦੇ ਹਨ ਗ੍ਰੰਥੀ ਦੀਆਂ ਵੀ ਅੱਜ ਸਾਡੀ ਬੇਇੱਜ਼ਤੀ ਕਰਦਾ ਹੈਗਾ ਜੀ, ਸਾਡੇ ਧਰਮ ਦੇ ਖਿਲਾਫ਼ ਬੋਲਦਾ ਹੈ, ਜਾਂ ਹਿੰਦੂ ਕਮਿਊਨਿਟੀ ਵਾਲੇ ਹੈ ਜੀ, ਹਿੰਦੂ ਮੰਨ ਲਓ ਸਾਡੇ ਗੁਰੂ ਸਾਹਿਬ ਨੇ ਹਿੰਦੂ ਦੇ ਵਿੱਚ ਜਿਹੜੇ ਵੀ ਕਰਮ ਕਾਂਡ ਹੋਏ ਸੀ ਉਹਨਾਂ ਦਾ ਸ਼ਰਿਆਮ ਮੰਨ ਲਓ ਜੀ ਗੱਲਾਂ ਲਿਖੀਆਂ ਨੇ, ਖੰਡਨ ਕੀਤਾ ਉਹਨਾਂ ਦਾ ਕੋਈ ਸ਼ੱਕ ਨਹੀਂ, ਹਾਂਜੀ ਖੰਡਨ ਕੀਤਾ ਵੀ ਜੇ ਉਹ ਆ ਕੇ ਸਾਡੇ ਗੁਰੂ ਸਾਹਿਬ ਦੇ ਜਾਂ ਸਾਡੇ ਗ੍ਰੰਥੀ ਦੀਆਂ ਲੱਤਾਂ ਮਹਾਂ ਵੜਦੇ ਨੇ ਵੀ ਸਾਡੀ ਤਾਂ ਬੇਇੱਜ਼ਤੀ ਕੀਤੀ ਨੇ, ਸਾਡੇ ਧਰਮ ਦੇ ਖਿਲਾਫ਼ ਬੋਲਦਾ ਜੀ, ਸਾਡੇ ਕੋਲੇ ਕੋਈ ਸਵਾਲ ਹੈ ਜਦੋਂ ਅਸੀਂ ਉਹਦੀ ਬੇਇੱਜ਼ਤੀ ਕਿਸੇ ਦੀ ਜਿਹੜਾ ਸੱਚ ਬੋਲ ਰਿਹਾ ਉਹਨੂੰ ਅਸੀਂ ਗਲਤ ਸਾਬਤ ਕਰ ਰਹੇ ਹਾਂ, ਤੇ ਸਾਡੇ ਕੋਲੇ ਕੀ ਸਵਾਲ ਹੈ ਜੀ ਦੱਸੋ, ਨਹੀਂ ਨਹੀਂ ਉਹੀ ਇਹਨੂੰ ਸਮੁੱਚਤਾ ਕਹਿੰਦੇ ਨਾ, ਜਦੋਂ ਤੁਸੀਂ ਇੱਦਾਂ ਸਮੁੱਚਤਾ ਨੂੰ ਵਿਚਾਰਨ ਲੱਗੋ ਨਾ ਫਿਰ ਤੁਸੀਂ ਦੇਖਦੇ ਆ ਵੀ ਭਾਈ ਜੇ ਮੈਂ ਇਹ ਕਰੂੰਗਾ ਜੇ ਭੜਕ ਨੂੰ ਮੇਰੇ ਨਾਲ ਇਹੋ ਜਿਹਾ ਵਿਹਾਰ ਹੋਵੇ
ਤਾਂ ਫਿਰ ਇਹ ਸਾਡੇ ਉਹ ਤਾਂ ਨਹੀਂ ਮੰਨਦੇ ਹਨ, ਜਿੱਥੇ ਸਾਡੀ ਬਹੁਤਾਤ ਹੈ, ਸਾਡੀ ਬਹੁਗਿਣਤੀ, ਉੱਥੇ ਅਸੀਂ ਮੰਨ ਲਓ ਜੀ ਸ਼ੇਰਾਂਗੇ, ਜਿਹੜੇ ਸਾਡੇ ਭਰਾ ਯੂਪੀ ਦੇ ਵਿੱਚ ਐਮਪੀ ਦੇ ਵਿੱਚ ਛੋਟੇ ਛੋਟੇ ਘਰ ਬੈਠੇ ਨੇਗੇ, ਚਲੋ ਉਹਨਾਂ ਕੋਲੇ ਆਰਥਿਕ ਪੱਖੋਂ ਗੁੰਜਾਇਸ਼ ਹੈ, ਇਕੱਲੇ ਇਕੱਲੇ ਘਰ ਦੇ ਮੈਂਬਰ, ਉਹ ਉੱਥੇ ਉਹਨਾਂ ਦਾ ਕੀ ਬਣੂਗਾ ਸਾਡੇ ਜੇ ਅਸੀਂ ਐਵੇਂ ਕਰਨ ਲੱਗ ਗਏ ਇਹਦੇ ਨਾਲ? ਨਹੀਂ ਨਹੀਂ, ਜੇ ਕੌਮੀ ਸੋਚ, ਜੇ ਕੌਮੀ ਸੋਚ ਹੁੰਦੀ ਨਾ, ਫਿਰ ਅਸੀਂ, ਜਿਹੜਾ ਬੰਦਾ ਨਿੱਜ ਬਾਰੇ ਸੋਚਦਾ ਉਹ ਸਮੁੱਚਤਾ ਬਾਰੇ ਨਹੀਂ ਸੋਚ ਸਕਦਾ। ਸਾਡੇ ਨਾਲੋਂ ਜੀ ਸਿੱਖ ਕਮਿਊਨਿਟੀ ਨਾਲੋਂ ਹਜ਼ਾਰ ਗੁਣਾ ਉਹ ਲੋਕਾਂ ਦੇ ਵਿੱਚ ਸਹਿਣ ਸ਼ਕਤੀ ਹੈ। ਜੇਕਰ ਉਹ ਲੋਕ ਚਾਹੁਣ ਉੱਥੇ ਪਟੌਦੀ ਦੇ ਵਿੱਚ ਆਖਣੇ, ਅਸੀਂ ਤਾਂ ਪਾਠ ਨਹੀਂ ਕਰਦੇ ਕਿਉਂਕਿ ਸਾਡੇ ਗੁਰੂ ਸਾਹਿਬ ਦੇ ਖਿਲਾਫ਼ ਬੋਲਦੇ ਤੁਹਾਡੀ ਬਾਣੀ, ਤਾਂ ਉਹਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਸਹਿਣ ਸ਼ਕਤੀ ਹੈ ਜੀ। ਕੋਈ ਔਰ ਇੱਕ ਮੈਂ ਉਹ ਗੱਲ ਗੱਲ ਕਰਨੀ ਜੀ, ਨਾਨਕ ਮਤੇ ਜਿਹੜਾ ਗੁਰਦੁਆਰੇ ਦੇ ਵਿੱਚ ਕਾਂਡ ਹੋਇਆ ਸੀਗਾ, ਉਸ ਬੰਦੇ ਨੂੰ, ਸੇਵਾਦਾਰ ਨੂੰ ਤਰਸੇਮ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਜੀ। ਹਾਂਜੀ, ਉਹ ਜਿਹੜਾ ਪ੍ਰੋਗਰਾਮ ਸੀਗਾ ਨਾ ਜੀ, ਉਹਦੇ ਵਿੱਚ ਜਿਹੜਾ ਉਹ ਕਹਿੰਦੇ ਨੇ ਜੀ ਲੜਕੀਆਂ ਨੂੰ ਨਚਾਇਆ ਉੱਥੇ, ਉਦੋਂ ਕੋਰੋਨਾ ਕਾਲ ਦੇ ਵਿੱਚ ਨਹੀਂ, ਸੋਰੀ, ਆ ਕਿਸਾਨ ਅੰਦੋਲਨ ਦਾ ਵਿਰੋਧ ਸੀਗਾ ਜੀ, ਉਹ ਕਿਸੇ ਕਿਸੇ ਹੋਰ ਪ੍ਰਾਈਵੇਟ ਸਮਾਗਮ ਕੀਤਾ ਸੀ, ਉੱਥੇ ਜਦੋਂ ਉੱਥੋਂ ਦੇ ਕਿਸਾਨ ਉਹਦੇ ਖਿਲਾਫ਼ ਬੋਲਣ ਲੱਗ ਪਏ, ਤਾਂ ਉਹਨਾਂ ਨੇ ਬੋਲਿਆ ਵੀ ਸਾਡਾ ਕਿਤੇ ਮਾਹੌਲ ਨਾ ਖਰਾਬ ਕਰ ਦੇਣ। ਉੱਥੋਂ ਦੇ ਜਿਹੜਾ ਐਮ ਪੀ ਸੀਗਾ ਜੀ, ਉਹ ਸੋਰੀ ਮੁੱਖ ਮੰਤਰੀ ਸੀ, ਉਹਦਾ ਗੁਰਦੁਆਰੇ ਮੱਥਾ ਟੇਕਣ ਦਾ ਵਿਚਾਰ ਸੀਗਾ ਜੀ ਨਾਨਕ ਮਤੇ, ਤਾਂ ਜਦੋਂ ਉੱਥੋਂ ਵਿਰੋਧ ਹੋਣ ਲੱਗ ਗਿਆ ਜੀ, ਉਹਨਾਂ ਨੇ ਚੱਕ ਕੇ ਆਪਦੀ ਸਾਰਾ ਸਿਸਟਮ ਗੁਰਦੁਆਰੇ ਚ ਰੱਖ ਲਿਆ ਜੀ, ਚਲੋ ਅਸੀਂ ਉਧਰਲਾ ਕੰਮ ਕੈਂਸਲ ਕਰਤਾ, ਜਿਹੜੀ ਕਾਨਫਰੰਸ ਕਰਨੀ ਸੀ ਜਾਂ ਜਿਹੜਾ ਕੋਈ ਪ੍ਰੋਗਰਾਮ ਸੀ, ਤਾਂ ਉੱਥੋਂ ਦਾ ਜਿਹੜਾ ਐਮ ਐਲ ਏ ਨੇ, ਮੰਨ ਲਓ ਜੀ ਉਹਨੂੰ ਇਨਵਾਈਟ ਕੀਤਾ ਸੀ ਨਾ, ਉਹਨੇ ਕੀ ਕੀਤਾ, ਉੱਥੇ ਗੁਰਦੁਆਰਾ ਸਾਹਿਬ ਜਾ ਕੇ ਜਿਹੜਾ ਉਹਨੇ ਮੁੱਕ ਦੇਣਾ ਸੀ ਉਹ ਬਾਬਾ ਤਰਸੇਮ ਸਿੰਘ ਤੋਂ ਦਵਾਤਾ ਜੀ ਉਸਨੂੰ ਗੁਰਦੁਆਰਾ ਸਾਹਿਬ ਦੇ ਵਿੱਚ। ਤਾਂ ਸਾਡੇ ਜਿਹੜੀ ਸਿੱਖ ਕਮਿਊਨਿਟੀ ਹੈ ਜੀ, ਜਿਹੜੇ ਥੋੜੇ ਸਵਾਰਥੀ ਲੋਕ, ਉਹਨਾਂ ਨੇ ਇਹਦਾ ਇਸ਼ੂ ਬਣਾਤਾ ਵੀ ਆਹ ਦੇਖੋ ਜੀ ਮੁਕਤ ਦਿੱਤਾ ਉਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਤਰਸੇਮ ਸਿੰਘ ਨੇ। ਔਰ ਜਿਹੜੇ ਬੱਚਿਆਂ ਦੀ, ਛੋਟੇ ਬੱਚੇ ਸੀਗੇ ਜੀ ਉਹ 6ਵੇਂ 7ਵੇਂ ਵਾਲੇ, ਉਹਨਾਂ ਨੇ ਇੱਕ ਨ੍ਰਿਤਿਆ ਵਗੈਰਾ ਕਰਨਾ ਸੀਗਾ ਜੀ, ਉਹਨੂੰ ਇੱਕ ਜਿਵੇਂ ਸਾਡੇ ਕੋਈ ਸਾਡਾ ਵੀ ਆਈ ਪੀ ਆਉਂਦਾ ਜੀ, ਉਹਨਾਂ ਦੀ ਰੀਤੀ ਅਨੁਸਾਰ ਕੋਈ ਨ੍ਰਿਤਿਆ ਕਰਤਾ, ਕੋਈ ਪੰਜਾਬੀ ਦੇ ਵਿੱਚ ਗੀਤ ਲਾਤਾ ਜੀ ਜਾਂ ਕਿਵੇਂ ਵੀ ਲਾਉਂਸ ਤਾਂ ਕਰਦਾ ਜਿਹੜਾ, ਤਾਂ ਉਹ ਬੱਚੇ ਜਾ ਕੇ ਉਹਨਾਂ ਨੇ ਉਹਨਾਂ ਦੇ ਸਾਹਮਣੇ ਨੀ ਕੀਤਾ ਜੀ, ਇੱਕ ਹਾਲ ਦੇ ਵਿੱਚ ਉਹ ਬੱਚਿਆਂ ਤੋਂ ਨ੍ਰਿਤ ਕਰਾ ਕੇ, ਉੱਥੋਂ ਦੇ ਕਿਸੇ ਬੰਦੇ ਨੂੰ ਪਤਾ ਲੱਗ ਗਿਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਬੱਚੇ ਸਕੂਲ ਦੇ ਆ ਕੇ ਐਵੇਂ ਕਰਕੇ ਨ੍ਰਿਤਿਆ ਕਰ ਰਹੇ ਨਾ, ਉਹਦੀ ਵੀਡੀਓ ਬਣੀ ਸੀ ਜੀ 18 ਸਕਿੰਟਾਂ ਦੀ, ਪਤਾ ਨੀ 20 ਸਕਿੰਟਾਂ ਦੀ, ਉਹ ਬੰਦ ਕਰਾਤੀ ਉਹਨਾਂ ਨੇ ਜੀ। ਲੇਕਿਨ ਸਾਡੇ ਜਿਹੜੇ ਸਵਾਰਥੀ ਲੋਕ ਹੈ ਜੀ, ਉਹਨਾਂ ਨੇ ਉਹ ਨ੍ਰਿਤਿਆ ਵਾਲੀ ਔਰ ਮੁਕਤ ਵਾਲੀ ਖਬਰ ਜੋੜ ਕੇ ਉਹ ਦੱਸਤਾ ਵੀ ਬਾਬਾ ਤਰਸੇਮ ਸਿੰਘ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਮੱਸੇ ਰੰਗੜ ਮੰਗੂ ਬੋਲਿਆ ਉੱਥੇ ਜਨਾਨੀਆਂ ਨੂੰ ਨਚਾਇਆ ਜੀ। ਸਾਡੀ ਸੋਚ ਇਹ ਬਣ ਗਈ ਜੀ, ਉਹ 8ਵੀਂ ਕਲਾਸ ਦੀਆਂ ਬੱਚੀਆਂ ਸੀਗੀਆਂ, ਜਿਹੜੀ ਕੋਈ 12 ਸਾਲ ਦੀ ਸੀ, ਕੋਈ 14 ਸਾਲ ਦੀ, ਉਹਨੂੰ ਪਰਿਭਾਸ਼ਾ ਦਿੱਤੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਨਾਨੀਆਂ ਦਾ ਨਾਚ ਕੀਤਾ ਗਿਆ। ਤਾਂ ਉਸ ਦੋ ਬੰਦਿਆਂ ਨੇ ਉਹਨਾਂ ਤੇ ਹਮਲਾ ਕੀਤਾ ਜੀ, ਉਹਦੇ ਵਿੱਚੋਂ ਇੱਕ ਤਾਂ ਹਰਿਦੁਆਰ ਪੁਲਿਸ ਨੇ, ਮੰਨ ਲਓ ਇਨਕਾਊਂਟਰ ਹੋ ਗਿਆ ਜੀ, ਔਰ ਉਹ ਮੇਰੇ ਉਹਦੇ ਐਗਜੈਕਟਲੀ ਨਾਂ ਨੀ ਪਤਾ ਉਹਨਾਂ ਬੰਦਿਆਂ ਦਾ, ਇੱਕ ਬੰਦੇ ਦੇ ਨਾਂ ਪੰਜਾਬ ਪੁਲਿਸ ਦੇ ਰਿਕਾਰਡ ਦੇ ਵਿੱਚ 16 ਮੁਕੱਦਮੇ ਦਰਜ ਹੈ ਜੀ। ਤਾਂ ਤੁਸੀਂ ਸੋਚੋ ਜਿਹੜੇ ਦੇ ਘਰੋਂ 16 ਮੁਕੱਦਮੇ ਦਰਜ ਹੋਣ, ਤਾਂ ਪੁਲਿਸ ਘਰਦੇ ਨੂੰ ਵਿੱਚ ਆਉਣ ਦਿੰਦੀ, ਉਹ ਫਿਰ ਉਹੋ ਜਿਹੇ ਬੰਦੇ ਉੱਥੇ ਜਾ ਕੇ ਉਹਨਾਂ ਬੰਦਿਆਂ ਦੀ ਸ਼ਰਨ ਲੈ ਲੈਂਦੇ ਵੀ ਜਿੱਥੇ ਪੁਲਿਸ ਬੜਨ ਲੱਗੀ 100 ਵਾਰੀ ਸੋਚਦੀ ਹੈ। ਬਸ ਬਸ ਨਿਹੰਗਾਂ ਦੇ ਵਿੱਚ ਹੀ ਸਾਡੇ ਇੱਥੇ ਹਰੀਆਂ ਬੇਲਾਂ ਇੱਕ ਡੇਰਾ ਆਇਆ ਹੁਸ਼ਿਆਰਪੁਰ ਜ਼ਿਲ੍ਹੇ 'ਚ,
ਅਸੀਂ ਜਦੋਂ ਆਏ ਹਾਂ ਜਾਣੀ ਮੈਨੂੰ 37 ਸਾਲ ਹੋ ਗਏ ਇੱਥੇ ਆਈ ਨੂੰ, ਵੀ ਜੇ 40-45 ਸਾਲ ਪਹਿਲਾਂ ਛੋਟੇ ਹੁੰਦੇ ਅਸੀਂ ਬਚਪਨ ਤੋਂ ਦੇਖਦੇ ਹਾਂ, ਸਾਡੇ ਪਿੰਡ ਦਾ ਹੀ ਇੱਕ ਪਰਿਵਾਰ ਸੀ, ਉਹਦੇ ਉਹਨਾਂ ਦਾ ਝਗੜਾ ਵੀ ਸੀਗਾ, ਹਰੇਕ ਸਾਲ ਬਰਸਾਤਾਂ ਦੇ ਦਿਨਾਂ 'ਚ ਉਹ ਸਾਡੇ ਪਿੰਡ ਇੱਕ ਪਾਸੇ ਸਾਡੇ ਪਿੰਡ ਦੇ ਅੰਬਾਂ ਦੇ ਬਾਗ ਬਹੁਤ ਜ਼ਿਆਦਾ ਆ, ਉਹ ਉੱਥੇ ਇੱਕ ਮੁੰਡਾ ਪਰਿਵਾਰ ਦਾ ਸੀ, ਉਹ ਘਰਦਿਆਂ ਨਾਲ ਲੜ ਕੇ ਉੱਥੇ ਉਹਨਾਂ 'ਚ ਰਲ ਗਿਆ, ਅਤੇ ਉਹ ਸ਼ਰੀਕਾਚਾਰੀ ਸੀ, ਉਹ ਉਹਨਾਂ ਨੂੰ ਦੁਖੀ ਕਰਨ ਲਈ ਜਾਣੀ ਲੈ ਆਉਂਦਾ ਹੁੰਦਾ ਸੀ ਇਹਨਾਂ ਨੂੰ ਹਰੀਆਂ ਨਿਹੰਗਾਂ ਨੂੰ ਨਾ, ਉਹਨੇ ਫਿਰ ਬਸ ਉੱਥੇ ਪਿੰਡ ਦਾ ਉਹ ਪਾਸਾ ਜਿਹੜਾ ਲਤਾੜਨਾ ਪੂਰਾ ਐਨ ਬਾਗਾਂ ਨੂੰ ਇੱਦਾਂ ਕਰਕੇ ਪੂਰੀ ਗੁੰਡਾਗਰਦੀ ਜਿਹੜੀ ਆ, ਬੜਾ ਸਾਡਾ ਤਜਰਬਾ ਰਿਹਾ ਉਹਨਾਂ ਦੇ ਨਾਲ, ਪਈ ਇਲਾਕੇ 'ਚ ਜਿਹੜਾ ਕੋਈ ਬੰਦਾ ਘਰੇ ਜ਼ਿੰਮੇਵਾਰੀ ਨਹੀਂ ਸੀ ਬੱਚਾ ਨਿਭਾਉਣਾ ਚਾਹੁੰਦਾ, ਜਿਹਦਾ ਕਲੇਸ਼ ਹੋ ਜਾਂਦਾ ਸੀ, ਕੋਈ ਬੰਦਾ ਗੁੱਸੇ 'ਚ ਘਰਦਿਆਂ ਦਾ ਕਤਲ, ਕਿਸੇ ਨੇ ਬਜ਼ੁਰਗ ਦੇ ਕਹੀ ਮਾਰੀ ਸਿਰ ਪਟ ਗਿਆ, ਉਹ ਬਸ ਭੱਜ ਕੇ ਜਾ ਕੇ ਉੱਥੇ ਜਾ ਕੇ ਬਾਣਾ ਪਾ ਲੈਂਦਾ ਸੀ। ਹਾਂਜੀ ਹਾਂਜੀ ਠੀਕ ਆ। ਹੁਣ ਉਹਨੇ ਅੰਗਾਂ ਨੂੰ ਫਿਰ ਬਸ ਉਹ ਪੁਲਿਸ ਵਾਲੇ ਵੀ ਇੱਦਾਂ ਉਹਨਾਂ ਦਿਨਾਂ 'ਚ ਇੱਦਾਂ ਵੀ ਰਲ ਮਿਲ ਕੇ ਥੋੜ੍ਹਾ ਡਰੱਗ ਦਾ ਧੰਦਾ ਜਿਹੜਾ ਇੱਦਾਂ ਦਾ ਕੰਮ ਆ ਕਰਦੇ ਆ, ਡੋਡੇ ਡੂਡੇ ਵੇਚਣ ਦਾ ਕੰਮ ਇਹ ਆਪ ਕਰਦੇ ਸੀ, ਰਲ ਮਿਲ ਕੇ ਹੋਈ ਜਾਂਦਾ ਵੀ ਉਹ ਜੋ ਰਿਹਾ ਖੋਇਆ ਬੰਦਾ ਆ ਜਾ ਕੇ ਉੱਥੇ ਸ਼ਾਮਿਲ ਹੁੰਦਾ। ਠੀਕ ਆ। ਉਹਨਾਂ ਦੀ ਜਿਹੜੀ ਕਾਮਨ ਸੈਂਸ ਦੀ ਗੱਲ ਦੱਸਦਾ ਜੀ, ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਉਹ ਬੁੱਢਾ ਦਲ ਦੇ ਵਿੱਚ ਮੰਨ ਲਓ ਜੀ ਹੈਗਾ, ਜ਼ਮੀਨ ਜਾਇਦਾਦ ਵੀ ਹੈ ਬੰਦੇ ਕੋਲ, ਤਾਂ ਉਹ ਪਿੱਛੇ ਜੇ ਕਿਤੇ ਵਿਆਹ ਸੀਗਾ ਜੀ ਸਾਡੀ, ਮੇਰੀਆਂ ਸਾਲੀਆਂ ਦਾ ਰਿਸ਼ਤਾ ਕਰਾਇਆ ਸੀਗਾ ਜੀ ਅਸੀਂ, ਤਾਂ ਉਹ ਜਿਹੜਾ ਮੇਰਾ ਸਾਧੂ ਆ ਨਾ ਜੀ, ਉਹਦਾ ਭਣੋਈਆ ਜੀ, ਉਹ ਗੁਰਸਿੱਖ ਹੈਗਾ, ਅੰਮ੍ਰਿਤ ਛਕਿਆ ਬੁੱਢੇ ਦਲਾਂ ਦਾ ਜੀ, ਤਾਂ ਉਹ ਬਰਾਤ ਗਏ ਜੀ, ਬਰਾਤ ਦੇ ਵਿੱਚ ਵੀ ਉਹ ਆਪਦਾ ਬੁੱਢੇ ਦਲ ਵਾਲਾ ਬਾਣਾ ਪਾਈ ਫਿਰੇ, ਇੱਕ ਤਾਂ ਕਿਰਪਾਨ ਮੰਨ ਲਓ ਲੱਕ ਨਾਮਰ ਰੱਖੀ ਜੀ, ਇੱਕ ਵਰਸ਼ਾ ਲਈ ਫਿਰ ਉੱਥੇ। ਉਹਨਾਂ ਦੀ ਕਾਮਨ ਸੈਂਸ ਦੀ ਗੱਲ ਦੇਖਦੇ ਜੀ ਵੀ ਅਸੀਂ ਜਾਣਾ ਕਿਹੜੇ ਸਮਾਗਮ ਦੇ ਵਿੱਚ ਹੈ, ਤਾਂ ਤੂੰ ਯਾਰ ਦੋ ਤਾਂ ਵਰਸ਼ੇ ਲਈ ਫਿਰਦਾ, ਜੇ ਕਿਤੇ ਤੇਰਾ ਪੈਰ ਅੜ ਗਿਆ ਕਿਸੇ ਦਾ, ਆਪ ਹੀ ਤੂੰ ਲੱਤ ਬਾਂਹ ਵਢਵਾ ਲੈਂਦਾ। ਹਾਂ, ਇਹਨਾਂ ਦੀ ਕਾਮਨ ਸੈਂਸ ਇਸ ਤਰ੍ਹਾਂ ਦੀ ਹੈ ਜੀ। ਮੰਨ ਲਓ ਦੇਖੋ ਸਾਡੇ ਗੁਰੂ ਸਾਹਿਬ ਤਾਂ ਜੀ ਸਾਨੂੰ ਬਹੁਤ ਅੱਗੇ ਲਿਜਾਣਾ ਚਾਹੁੰਦੇ ਸੀਗੇ ਜੀ, ਸਾਨੂੰ ਵਿਚਾਲੇ ਜੇ ਰੋਕ ਲਿਆ ਜੀ ਉਰੇ ਉਰੇ ਕਰਕੇ। ਨਹੀਂ ਨਹੀਂ ਕੋਈ ਸ਼ੱਕ ਨਹੀਂ ਜੀ ਇਹਦੇ ਵਿੱਚ, ਕੋਈ ਸ਼ੱਕ ਨਹੀਂ। ਚਲੋ ਠੀਕ ਹੈ ਵੀਰੇ, ਅਸੀਂ ਦੇਖ ਲਈਏ। ਔਰ ਮੈਂ ਤੁਹਾਡਾ ਜੀ ਮੰਨ ਲਓ ਧੰਨਵਾਦ ਹੈ ਜੀ, ਗਿਆਨੀ ਲਖਵੀਰ ਸਿੰਘ ਜੀ ਹੈ, ਸਤਨਾਮ ਸਿੰਘ ਜੀ ਹੈ, ਹੋਰ ਬਹੁਤ ਵਧੀਆ ਪੜ੍ਹੇ ਲਿਖੇ ਸਰੋਤੇ ਆਉਂਦੇ ਜਿਹਨਾਂ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹਾਂਜੀ, ਚਲੋ ਜੀ, ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਯਾਰ ਤੁਹਾਡਾ ਆਹ ਮੇਰਾ ਨੰਬਰ ਹੈ, ਉਹ ਕਰ ਲਿਆ ਕਰੋ ਜੀ, ਕਿਉਂ ਮੈਂ ਥੋੜ੍ਹਾ ਜਿਹਾ ਮੇਰਾ ਸ਼ਡਿਊਲ ਬਿਜ਼ੀ ਹੈ ਜੀ, ਮੈਂ ਜਦੋਂ ਵੀ ਮੌਕਾ ਮੇਲ ਮਿਲਦਾ ਤੁਹਾਡੇ ਨਾਲ ਮੈਂ ਕੰਟੈਕਟ ਕਰ ਲਿਆ ਕਰੂੰਗਾ ਜੀ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਹਾਂ ਠੀਕ ਹੈ ਜੀ, ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਅਤੇ ਹੁਣ ਸਾਡੇ ਨਾਲ ਇੱਕ ਸਰੋਤੇ ਹੋ ਰਿਹਾ ਜੀ, ਅਸੀਂ ਹੈਲੋ ਜੀ, ਤੁਸੀਂ ਆਉਂਦੇ ਰਹੋ ਜੀ, ਮਿਊਟ ਕੀਤਾ ਆ ਤੁਸੀਂ ਆਪਣਾ। ਵੀਰ ਹਰਨੇਕ ਸਿੰਘ ਜੀ, ਹਾਂਜੀ ਹਾਂਜੀ, ਕੀ ਹਾਲ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਹਾਂਜੀ, ਗੁਰੂ ਫਤਿਹ ਜੀ। ਵੀਰ ਜੀ ਆਵਾਜ਼ ਆਉਂਦੀ ਹੈ ਜੀ ਪੂਰੀ? ਆਉਂਦੀ ਆ ਜੀ, ਆਉਂਦੀ। ਬਹੁਤ ਧੰਨਵਾਦ ਜੀ ਤੁਹਾਡਾ, ਜਿਹੜਾ ਸਾਨੂੰ ਵੀ ਥੋੜਾ ਜਿਹਾ ਟਾਈਮ ਦੇ ਦਿੱਤਾ ਜੀ ਵਿੱਚ ਆਪਣੀ ਗੱਲ ਰੱਖਣ ਦਾ। ਹਾਂਜੀ, ਉਧਰੋਂ ਭਾਈ ਸਾਹਿਬ ਹੋਣਾ ਦਾ ਪ੍ਰੋਗਰਾਮ, ਭਾਈ ਸਾਹਿਬ ਹੋਣਾ ਦਾ ਦੀਵਾਨ ਚੱਲ ਪਿਆ ਹੈ ਜੀ। ਜੀ 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 ਵੀਰ ਜੀ, ਅੱਜ ਮੇਰੇ ਤੋਂ ਨਹੀਂ ਪਹੁੰਚ ਹੋਇਆ, ਮੇਰੇ ਨਾਲ ਦੇ ਸਿੰਘ ਪਹੁੰਚ ਗਏ, ਮੈਂ ਅੱਜ ਕੰਮ 'ਚ ਰੁੱਝਿਆ ਸੀ। ਨਹੀਂ, ਪਰ ਮੈਂ ਕਿਹਾ ਲਾਈਵ ਚੱਲ ਰਿਹਾ ਆ ਉਹਨਾਂ ਦਾ। ਹਾਂਜੀ
ਅਗਲੀ ਵਾਰੀ ਬਾਕੀ ਵੀ ਸਰੋਤਿਆਂ ਨੂੰ ਬੇਨਤੀ ਆ, ਪ੍ਰੋਗਰਾਮ ਸ਼ੁਰੂ ਹੁੰਦਾ 1 ਵਜੇ, ਥੋੜਾ ਜਿਹਾ ਜਦੋਂ ਨਾ ਜਿਹਨੇ ਕਾਲ ਕਰਨੀ ਹੁੰਦੀ ਆ। ਹਾਂ ਠੀਕ ਆ, ਥੋੜਾ ਜਿਹਾ ਕਸ਼ਟ ਹੋਊਗਾ ਸਵੇਰੇ, ਥੋੜਾ ਜਿਹਾ ਪਹਿਲਾਂ ਉੱਠ ਕੇ ਪਲੀਜ਼। ਅੱਜ ਹੁਣ ਇੱਦਾਂ ਹੋਇਆ ਬਈ ਪਹਿਲਾਂ ਘੰਟਾ ਤਾਂ ਮੈਨੂੰ ਜ਼ਬਰਦਸਤੀ ਮੈਨੂੰ ਬੋਲਣਾ ਪਿਆ, ਜਾਣੀ ਆਪਣੀ ਗੱਲ ਕਰਨੀ ਪਈ, ਜਦਕਿ ਅਸੀਂ ਚਾਹੁੰਦੇ ਸੀ ਵੀ ਕਾਲਾਂ ਆ ਜਾਣ, ਹਨਾ। ਉਹ ਚੱਕਰ ਇੱਦਾਂ ਸੀ, ਪਹਿਲਾਂ ਤੁਹਾਡੀਆਂ ਵੀ ਕਾਲਾਂ ਸੁਣਨ ਲਈ ਸਾਡੇ ਜ਼ਰੂਰੀ ਹੁੰਦੀਆਂ ਭਾਜੀ, ਬਹੁਤ ਵਧੀਆ। ਉਹ ਨਹੀਂ ਜਿਹੜਾ ਜਿਹੜਾ ਇਹ ਇੱਕ ਪ੍ਰੋਗਰਾਮ ਜਿਹੜਾ ਨਾ ਸਰੋਤਿਆਂ ਦੀ ਵਿਚਾਰ ਆ ਉਹ ਆਪਾਂ ਰੱਖੀਦਾ ਇਸ ਕਰਕੇ ਆ ਵੀ ਸ਼ੁਰੂ 'ਚ ਕਾਲ ਆ ਜਾਏ ਤਾਂ ਕਿ ਸਾਰਿਆਂ ਨੂੰ ਗੱਲ ਕਰਨ ਦਾ ਮੌਕਾ ਮਿਲ ਜਾਏ। ਬਹੁਤ ਵਧੀਆ ਜੀ। ਇੱਕ ਪ੍ਰੋਗਰਾਮ ਜਦੋਂ ਗਿਆਨੀ ਜੀ ਹੁਣੀ ਹੋਣਾ ਹੁੰਦਾ ਉਹਦੇ 'ਚ ਮੈਂ ਲਾ ਲੈਂਦਾ ਹੁੰਦਾ ਅੱਧਾ ਪੌਣਾ ਘੰਟਾ ਜਿੰਨਾ ਵੀ ਟਾਈਮ ਲੱਗਦਾ ਆ, ਹੈ ਨਾ। ਬਾਕੀ ਮੇਰੇ ਕੋਲ ਵੀ ਗੱਲਾਂ ਮੁੱਕ ਜਾਂਦੀਆਂ, ਫਿਰ ਮੇਰੇ ਕੋਲ ਇੰਨਾ ਕੁਛ ਹੁੰਦਾ ਨਹੀਂ ਜੇ ਸਰੋਤੇ ਉਸ ਵੇਲੇ ਟਾਈਮ ਨਾਲ ਕਾਲ ਕਰ ਲੈਣ ਸਾਰੇ ਜਣੇ। ਇੱਕ 2 ਮਿੰਟ ਦਿਓ ਵੀ ਜੀ ਜੇ ਹੈ ਟਾਈਮ। ਹਾਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, 1-2 ਮਿੰਟ ਤਾਂ ਕੋਈ ਨਹੀਂ। ਹਾਂਜੀ ਦੱਸੋ। ਮੈਂ ਜੀ ਨਵਾਂਸ਼ਹਿਰ ਡਿਸਟ੍ਰਿਕਟ ਤੋਂ ਬੋਲ ਰਿਹਾ। ਆਪਣੇ ਦੁਆਬੇ ਤੋਂ ਜਿੱਥੇ ਖਾਲਿਸਤਾਨ ਦੀ ਸਥਾਪਨਾ ਹੋਣੀ ਹੈ ਜੀ, ਜਿਸ ਏਰੀਏ 'ਚ ਸਾਡਾ ਦੁਆਬਾ ਪਹਿਲਾਂ ਵੀ ਅੱਗੇ ਰਿਹਾ। ਅੱਛਾ ਹੋ ਚੱਲਾ, ਠੀਕ ਹੈ ਠੀਕ ਹੈ, ਦੱਸ ਦਿਓ ਸਾਨੂੰ ਵੀ ਭਰਾਵੋ, ਅਸੀਂ ਵੀ ਇੱਕ ਅੱਧਾ ਜ਼ਿਲ੍ਹਾ ਲੈਣਾ। ਹਾਂਜੀ ਤੇ ਗੱਲ ਚੱਲਦੀ ਸੀ, ਗੱਲਾਂ ਤਾਂ ਬਹੁਤ ਸੀਗੀਆਂ, ਬਹੁਤ ਸਾਰੇ ਸਰੋਤਿਆਂ ਨੇ ਕਲੀਅਰ ਹੀ ਕਰ ਦਿੱਤੀਆਂ ਤਕਰੀਬਨ ਜੋ ਮੇਰੇ ਸਵਾਲ ਸੀ ਮਨ 'ਚ ਚੱਲਦੇ। ਇੱਕ ਮੈਂ ਛੋਟੀ ਜਿਹੀ ਗੱਲ ਕਰਕੇ ਖਤਮ ਕਰਦੇ ਜੀ ਭਾਜੀ, ਜਿਹੜਾ ਚਮਕੀਲੇ ਨੂੰ ਮਾਰਨ ਵਾਲੀ ਗੱਲ ਚੱਲਦੀ ਸੀ ਉਸ ਦਿਨ, ਭਾਈ ਸਤਨਾਮ ਸਿੰਘ ਹੋਣਾ ਨਾਲ ਵੀ ਗੱਲ ਵਿਚਾਰ ਚੱਲਦੀ ਸੀ ਤੁਹਾਡੀ, ਉਹਦੇ ਵਿੱਚ ਇਨਵੋਲਵ ਜਿਹੜੇ ਸੀ ਉਹ ਯੋਧੇ ਸਾਡੇ ਏਰੀਏ ਦੇ ਸੀਗੇ ਜੀ। ਚਮਕੀਲੇ ਦਾ ਪਿੰਡ ਕਿੱਥੇ ਗਿਆ ਭਲਾ? ਡੁਗਰੀ, ਡੁਗਰੀ ਹੈ ਭਾਜੀ, ਇਹਦੇ ਨਾਲ ਪੈ ਜਾਂਦਾ ਲੁਧਿਆਣੇ ਦੇ। ਅੱਛਾ ਉਹ ਉਹ ਮਾਲਵੇ ਦਾ ਆ, ਠੀਕ ਆ। ਹਾਂਜੀ ਉਹ ਲੁਧਿਆਣੇ ਦੇ ਨਾਲ ਪਿੰਡ ਪੈਂਦਾ ਡੁਗਰੀ, ਆਪਣੇ ਲੁਧਿਆਣੇ ਤੇ ਵਿੱਚੇ ਪੈ ਜਾਂਦਾ ਭਾਜੀ, ਹੁਣ ਤਾਂ ਨੇੜੇ ਹੀ ਆ ਗਿਆ ਉਹ ਵੀ ਲੁਧਿਆਣੇ ਦੇ। ਤੇ ਇਹਨੂੰ ਜਦ ਫਿਰ ਮਾਰਿਆ ਸੀ ਉਹਦੇ ਵਿੱਚ ਸੀਗੇ 2 ਮੁੰਡੇ, ਇੱਕ ਤਾਂ ਦੀਪਾ ਹੇਰਾਂ ਵਾਲਾ ਸੀ, ਇੱਕ ਕੁਲਵੀਰਾ ਬੜੇ ਪਿੰਡੀਆ ਸੀ। 2 ਮੁੰਡੇ ਇਹ ਸੀ, ਇਹ ਸਾਡੇ ਇਸ ਡਿਸਟ੍ਰਿਕਟ ਦੇ ਵਿੱਚ ਬਹੁਤ ਦੂਜਾ ਸੀਗਾ ਇਹਨਾਂ ਦਾ ਪ੍ਰਭਾਵ ਸੀਗਾ। ਉਸ ਵੇਲੇ ਨਵਾਂਸ਼ਹਿਰ ਜ਼ਿਲ੍ਹਾ ਨਹੀਂ ਸੀ ਬਣਿਆ ਭਾਜੀ, ਜਲੰਧਰ ਹੀ ਸੀਗਾ। ਤੇ ਇਹ ਬੰਦੇ ਇੱਧਰ ਆਉਂਦੇ ਜਾਂਦੇ ਸੀ ਸਾਡੇ ਏਰੀਏ ਦੇ ਵਿੱਚ, ਅਸੀਂ ਛੋਟੇ ਸੀ ਇਹਨਾਂ ਨੂੰ, ਇਹ ਸਾਡੇ ਨਾਲ ਸੀਨੀਅਰ ਸੀ ਥੋੜੇ। ਤੇ ਭਾਜੀ ਇਹਨਾਂ ਨੇ ਜਦ ਦੀਪਾ ਜਿਹੜਾ ਸੀ ਉਹ ਰੁਕਦਾ ਹੁੰਦਾ ਸੀ ਫਲੌਰ ਦੇ ਨਾਲ ਪਿੰਡ ਗੜਾ ਪੈਂਦਾ ਭਾਜੀ, ਹਾਂਜੀ ਗੜੇ ਵਾਲੇ ਭਾਗ ਸਰਦਾਰ ਕੋਲ, ਉਹਦਾ ਸੀ ਡੋਡਿਆਂ ਦਾ ਧੰਦਾ, ਤਕੜਾ ਬਲੈਕਰ ਭਾਜੀ, ਇਸ ਏਰੀਏ ਦਾ ਫਲੌਰ ਏਰੀ ਚ ਮੰਨਿਆ ਆ ਉਹਦਾ, ਜਾਣਦੇ ਸਾਰੇ ਸਾਰੇ ਜਾਣਦੇ ਸੀ ਉੱਥੇ ਹੁਣ ਤਾਂ। ਹਾਂਜੀ ਹਾਂਜੀ ਸਾਰੇ ਤਕਰੀਬਨ ਉਹਨਾਂ ਵੇਲੇ ਸਾਰੇ ਜਾਣਦੇ ਸੀ। ਉਹਦੇ ਨਾਲ ਜਿੱਦਾਂ ਏਜੰਟਾਂ ਨੇ ਸਬ ਏਜੰਟ ਰੱਖੇ ਹੁੰਦੇ, ਇੱਦਾਂ ਸਾਡੇ ਪਿੰਡ ਦਾ ਵੀ ਸੀ ਇੱਕ ਟੋਲ, ਉਹ ਵੀ ਉਹਨਾਂ ਦੀਆਂ ਗੱਡੀਆਂ ਗੁੱਡੀਆਂ ਲੈ ਕੇ ਇੱਦਾਂ ਖੜੀਆਂ ਕਰ ਲੈਂਦੇ ਸੀ ਵੇਲੇ ਤੋਂ ਵੇਲੇ ਜਦੋਂ ਕੋਈ ਖਤਰਾ ਹੁੰਦਾ ਸੀ। ਦੀਪਾ ਉਹਨਾਂ ਕੋਲ ਬਹਿੰਦਾ ਉੱਠਦਾ ਸੀ ਜੀ, ਇਸੇ ਧੇਲੇ ਵੀ ਰੱਖ ਲੈਂਦਾ ਸੀ। ਕਮਲ ਜੀ ਸੀਗਾ ਜੀ ਉਸ ਵੇਲੇ ਫਲੋਰ ਆਇਆ ਭਾਜੀ, ਕਮਲਜੀਤ ਨੇ ਆਉਂਦੇ ਨੇ ਚੱਕਿਆ ਸੀ ਵੀ ਮੈਂ ਸਫਾਇਆ ਕਰਨਾ ਹੁਣ ਇੱਥੋਂ ਜਿਹੜਾ ਗੰਦ ਪਾਇਆ ਇਹਨਾਂ। ਇਹਦੀ ਲਪੇਟ ਦੇ ਵਿੱਚ ਮੇਰੇ ਪਿੰਡ ਦਾ ਇੱਕ ਮੁੰਡਾ ਆ ਗਿਆ ਜੀ, ਜਿਹੜਾ ਬਹੁਤ ਪੈਸੇ ਦੇ ਕੇ ਉਸ ਵੇਲੇ ਏਜੰਟਾਂ ਨੇ ਬਾਹਰ ਕੱਲਿਆ ਸੀ,
ਕੈਨੇਡਾ ਉਹਨੂੰ ਮੈਂ ਮਿਲ ਕੇ ਆਇਆ ਪਿੱਛੇ ਭਾਜੀ ਉਹ ਮੁੰਡਾ ਸਿੱਧਾ ਸਾਦਾ ਸੀ ਥੋੜਾ ਜਿਹਾ ਹਾਂਜੀ ਇਹ ਆਉਂਦੇ ਜਾਂਦੇ ਉਹਦੇ ਕੋਲ ਬਹਿੰਦੇ ਹੁੰਦੇ ਸੀ ਸਾਡੇ ਵੀ ਉਸ ਵੇਲੇ ਸੰਪਰਕ ਸੀ ਉਹ ਮੁੰਡਾ ਜਿਹੜਾ ਸਾਡੇ ਪਿੰਡ ਵਾਲਾ ਸਭ ਤੋਂ ਸੀਨੀਅਰ ਸੀ ਚਲੋ ਅਸੀਂ ਉਹਨਾਂ ਨਾਲ ਬਹਿੰਦੇ ਉੱਠਦੇ ਸੀ ਮਾੜਾ ਮੋਟਾ ਭਾਜੀ ਛੋਟੇ ਸੀ ਅਸੀਂ ਕੁਛ ਕਰਦੇ ਤੋਂ ਡਰਦੇ ਬਹੁਤ ਸੀ ਬਾਪੂ ਸਾਡੇ ਦਾ ਛਿੱਤਰ ਬਹੁਤ ਸੀਗਾ ਤੇਜ਼ ਵੀ ਇੱਦਾਂ ਸੀਗਾ ਵੀ ਜੇ ਇਹਨਾਂ ਦੇ ਕੋਲ ਬਹਿੰਦੇ ਉੱਠਦੇ ਬਾਪੂ ਨੂੰ ਪਤਾ ਲੱਗ ਗਿਆ ਸਾਡੇ ਬਜੰਤਰ ਹੋ ਜਾਣਾ ਉਹ ਭਾਜੀ ਦੀਪੇ ਉਹਨਾਂ ਨਾਲ ਫੋਨ ਕਰਕੇ ਉਹ ਮੁੰਡੇ ਨੇ ਇੱਦਾਂ ਇੱਕ ਦੋ ਵਾਰ ਵੜਕ ਮਾਰਤੀ ਇੱਥੇ ਸਾਡੇ ਸ਼ਹਿਰ ਦੇ ਵਿੱਚ ਕਹਿੰਦਾ ਕੋਲੇ ਹੁੰਦਾ ਸਮਾਨ ਮੇਰੇ ਤਾਂ ਮੈਂ ਚੱਕ ਨੂੰ ਜੇ ਕਰ ਦੂੰ ਜਦ ਸਾਨੂੰ ਇੱਦਾਂ ਪਤਾ ਲੱਗਾ ਯਾਰ ਬੰਦਾ ਬੜਾ ਹੀ ਐਡਵਾਂਸ ਹੋ ਗਿਆ ਵੀ ਅਸੀਂ ਤਾਂ ਇਹਨੂੰ ਭੋਲਾ ਭਾਲਾ ਸਮਝਦੇ ਹਾਂ ਕਹਿ ਨਾ ਸੀ ਵਿਚਾਰੇ ਕੋਲ ਮੇਰੇ ਵਰਗੇ ਕੋਈ ਕੁਛ ਉਹ ਤਾਂ ਉਹਦੇ ਡਰਾਵਾ ਹੀ ਦਿੱਤਾ ਸੀ ਭਾਜੀ ਉਹ ਕਮਲਜੀਤ ਨੇ ਚੱਕ ਲਿਆ ਜਿਉਂ ਵਜਾਇਆ ਭਾਜੀ ਰਾਤੋ ਰਾਤ ਪੈਸੇ ਦੇ ਕੇ ਕਮਲਜੀਤ ਕਹਿੰਦਾ ਵੀ ਜਾ ਤਾਂ ਇਹਨੂੰ ਚੜਾ ਦਿਓ ਇੰਨੇ ਪੈਸੇ ਸੌਦਾ ਹੋ ਗਿਆ ਨਹੀਂ ਤਾਂ ਮੈਂ ਮਾਰ ਦੇਣਾ ਇਹਨੂੰ ਭਾਜੀ ਉਸ ਬੰਦੇ ਨੂੰ ਉਹਨਾਂ ਦੇ ਰਿਸ਼ਤੇਦਾਰ ਸੀ ਯੂਪੀ ਉੱਥੇ ਭੇਜ ਤਾ ਕਹਿੰਦਾ ਪੰਜਾਬ ਚ ਮੈਨੂੰ ਦਿਸਣਾ ਨੀ ਚਾਹੀਦਾ ਖਾਸ ਕਰਕੇ ਇਸ ਜ਼ਿਲ੍ਹੇ ਚ ਨਾ ਦਿਸੇ ਮੈਨੂੰ ਭਾਜੀ ਉਹ ਮੰਡਾਲੀ ਵਾਲੇ ਮੇਲੇ ਤੇ ਮੇਲਾ ਦੇਖਣ ਗਏ ਉਹ ਵੀ ਆ ਗਿਆ ਉਹ ਇੱਦਾਂ ਦਾ ਜੀ ਮੇਲੇ ਮੁਲੇ ਨਾ ਸਿਆਰਦਾ ਜਦ ਉੱਥੇ ਆ ਗਿਆ ਉੱਥੇ ਕਮਲ ਜੀ ਨੇ ਕਿਵੇਂ ਉਹਨੂੰ ਦੇਖ ਲਿਆ ਉਹਨੇ ਫਿਰ ਪੱਕਾ ਹੀ ਕਹਿ ਤਾ ਹੁਣ ਤਾਂ ਕਹਿੰਦਾ ਬਚੇ ਨੀ ਸਕਦਾ ਜਿਹੜਾ ਫੇਰ ਮੇਰੇ ਕਹਿਣ ਤੋਂ ਬਾਅਦ ਇੱਧਰ ਫਿਰਦਾ ਏਰੀਏ ਤਾਂ ਕਰਕੇ ਮੈਂ ਤੁਹਾਨੂੰ ਦੱਸਦਾ ਜੀ ਉਹ ਫਿਰ ਬੰਦਾ ਬੇਚਾਰਾ ਰਾਤੋ ਰਾਤ ਏਦਾਂ ਕਰ ਕਰਕੇ ਏਜੰਟਾਂ ਨਾਲ ਗੱਲਬਾਤ ਕਰਕੇ ਚੜਾਇਆ ਬਾਹਰ ਸਿਰ ਜਿਨ੍ਹਾਂ ਕੋਲ ਬੈਠਣ ਉੱਠਣ ਨਾਲ ਭਾਗ ਹੋਣੀ ਦੀਪੇ ਨੂੰ ਤਦ ਮਰਵਾਇਆ ਕਮਲਜੀਤ ਨੇ ਇਹਨਾਂ ਤੇ ਪ੍ਰੈਸ਼ਰ ਪਾਇਆ ਸੀ ਵੀ ਉਹ ਤੁਹਾਡੇ ਕੋਲ ਬਹਿੰਦਾ ਉੱਠਦਾ ਆ ਆਹੋ ਉਹ ਜਿਹੜੇ ਸਮਗਲਰ ਉਹਨਾਂ ਤੇ ਤਾਂ ਧੰਦਾ ਸੀ ਨਾ ਆਪਣਾ ਉਹ ਇਦਾਂ ਉਹਦੀ ਧੰਦੇ ਦੀ ਕੁਰਬਾਨੀ ਥੋੜੋ ਕਰ ਸਕਦੇ ਸੀ ਉਹ ਬਿਲਕੁਲ ਉਹਨੇ ਦੋ ਤਿੰਨ ਵਾਰਾਂ ਤਾਂ ਜੀ ਉਹਨਾਂ ਨੂੰ ਜਵਾਬ ਦੇਤਾ ਕਮਲਜੀਤ ਨੂੰ ਤੀਜੀ ਵਾਰ ਉਹਨੇ ਭਾਗ ਨੂੰ ਚੱਕ ਕੇ ਉਹਦੇ ਚੱਡੇ ਚੁੱਡੇ ਪਾੜੇ ਸੀ ਕਮਲਜੀਤ ਨੂੰ ਫਿਰ ਉਹਨੇ ਇਹਨੂੰ ਫੜਵਾਇਆ ਨਹੀਂ ਨਹੀਂ ਪਤਾ ਹੀ ਆ ਉਹ ਤਾਂ ਕੋਈ ਸ਼ੱਕ ਨਹੀਂ ਜੀ ਇਹਨਾਂ ਦੀ ਅਸੀਂ ਸਾਰਾ ਟਾਈਮ ਜਿਹੜਾ ਕਲਵੀਰਾ ਸੀਗਾ ਜੀ ਸਾਰਾ ਟਾਈਮ ਇਹ ਸਾਰਾ ਟਾਈਮ ਉੱਥੇ ਦੇਖ ਕੇ ਆਏ ਮੈਂ 86 ਵਿੱਚ ਬੰਗੀ ਸੀਗਾ ਜੀ ਭਾਜੀ ਬੀ ਏ ਪਾਰਟ 2 ਮੈਂ ਉੱਥੋਂ ਕੀਤੀ ਆ ਜੀ ਜੀ ਵੀ ਤੁਹਾਡੇ ਇਸ ਏਰੀਏ ਵਾਲੇ ਬੰਦਿਆਂ ਨੂੰ ਥੋੜ੍ਹਾ ਜਿਹਾ ਬਾਹਰ ਰਿਹਾ ਮੇਰਾ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਵੀਰਾ ਅਸਲ 'ਚ ਨਹੀਂ ਪ੍ਰੋਬਲਮ ਕੋਈ ਨਹੀਂ ਹੈਗੀ ਜਿੰਨੇ ਜੇ ਹੁਣ ਬੀਹਾਂ ਦਾ ਨੋਟ ਹੈ ਨਾ ਜੇ ਬੀਹਾਂ 'ਚ ਚਲਾਵਾਂਗੇ ਅਸੀਂ ਜੀ ਭਾਜੀ ਤਾਂ ਮਾਣ ਦੇ ਨਾਲ 50 ਦਾ ਨੋਟ 50 'ਚ ਚਲਾਵਾਂਗੇ ਜਿੱਥੇ ਮਰਜ਼ੀ ਦੁਕਾਨ 'ਤੇ ਹਿੱਕ ਠੋਕ ਕੇ ਕਹੋ ਅਗਲੇ ਨੂੰ ਨਾ ਘੱਟ ਨਾ ਵੱਧ ਚਲਾ ਸਕਦੇ ਅਗਲਾ ਕਹੂਗਾ 50 ਅਸੀਂ ਕਹਿਣਾ ਨਹੀਂ ਜਦੋਂ ਅਸੀਂ 50 ਨਹੀਂ ਮੰਗ ਰਹੇ ਤੂੰ 50 ਕਿਉਂ ਕਰਦਾ ਇਹਦੇ 50 ਕਿਉਂ ਸਾਨੂੰ ਦੇ ਰਿਹਾ ਬਿਲਕੁਲ ਠੀਕ ਹੈ 50 ਦਾ ਹੈਗਾ 50 ਦੇ ਵਿੱਚ ਕਰ ਲਾ ਗੱਲ ਮੁੱਕੀ ਬਸ ਨਾਲੇ ਨੈਗੋਸ਼ੀਏਸ਼ਨ ਕਿਉਂ ਇਹਦੇ ਹੁਣ ਜਦੋਂ ਅਸੀਂ ਆਪਣਿਆਂ ਨੂੰ ਕਹਿੰਦੇ ਹਾਂ ਵੀ ਬੀਹਾਂ ਵਾਲਾ 500 ਚ ਚਲਾਉਣਾ ਅਸੀਂ ਹਾਂਜੀ ਹਾਂਜੀ ਫਿਰ ਅਗਲੇ ਕਹਿੰਦੇ ਹੁਣ ਸਾਡੀ ਵਾਰੀ ਆ ਹੁਣ ਅਸੀਂ ਸਾਡਾ ਜੀ ਕਰੂ ਸਾਡਾ ਵੀ ਚੱਲ ਲੈਂਦੇ ਹੈ ਨਾ ਜਦੋਂ ਅਸੀਂ ਤੁਹਾਡੇ ਕੋਲ ਆਏ ਸੀ ਉਦੋਂ ਤੁਸੀਂ ਬੀਹਾਂ ਵਾਲਾ 500 ਚ ਚਲਾਇਆ ਹੁਣ ਸਾਡੀ ਲੱਤ ਥੱਲੇ ਆਏ ਆ ਹੁਣ ਤੁਹਾਡਾ ਤਾਂ 500 ਦਾ ਬੀਹਾਂ ਚ ਵੀ ਕਿਉਂ ਰੱਖੀਏ ਅਸੀਂ ਨਹੀਂ ਰੱਖਣਾ ਬਿਲਕੁਲ ਠੀਕ ਹੈ ਭਾਈ ਉਹ ਤਾਂ ਵਾਰੀ ਦਾ ਬੱਟਾ ਹੀ ਆ ਚੱਲਦਾ ਹੈ ਨਾ ਬਿਲਕੁਲ ਜਮੇ ਹੋ ਇੱਦਾਂ ਆ ਨਾ ਸਾਨੂੰ ਸਾਡੇ ਨਿਹੰਗਾ ਵਾਲਾ ਜਿਹੜਾ ਹੈਗਾ ਆ
ਮਾਇੰਡ ਸੈੱਟ ਸਾਰਿਆਂ ਦਾ ਬਣਿਆ ਆ ਕਿ ਸਾਨੂੰ ਸਾਡੇ ਵਾਲਾ ਰੱਬ ਤਾਂ ਬਹੁਤ ਖਾਸ ਆ ਕਿ ਉਹ ਰੱਬ ਬੰਦੇ ਬਣਾਉਂਦਾ ਆ, ਉਹ ਬਣਾਉਂਦਾ ਦਾੜੀ ਕੇਸਾਂ ਵਾਲੇ, ਅਸੀਂ ਰੱਖੀ ਫਿਰਦੇ ਹਾਂ, ਸਾਡੇ ਤੋਂ ਬਿਨਾਂ ਬਾਕੀਆਂ ਨੂੰ ਤਾਂ ਜੀਣ ਦਾ ਹੀ ਹੱਕ ਨਹੀਂ ਹੈਗਾ, ਕਿਸੇ ਨੂੰ ਗੱਲ ਕਰਨ ਦਾ ਹੱਕ ਨਹੀਂ, ਹੈ ਨਾ, ਵੀ ਅਸੀਂ ਸਾਰੀ ਧਰਤੀ ਤਾਂ ਬਣੀ ਸਾਡੇ ਲਈ ਆ। ਬਿਲਕੁਲ ਭਾਜੀ, ਹੈ ਨਾ, ਵੀ ਅਸੀਂ ਬਹੁਤ ਬਹੁਤ ਮੋਰਲਟੀ ਦੇ ਪੱਖੋਂ ਬਹੁਤ ਭੈੜੇ ਹਾਂ, ਉਹਦਾ ਕਸੂਰ ਜਿਹੜਾ ਆ ਸਾਡੇ ਵੱਡੇ ਵਡੇਰੇ ਜਿਹੜੇ ਬ੍ਰਹਮ ਗਿਆਨੀਕ ਹੁੰਦੇ ਆ ਨਾ, ਜਿਹਨਾਂ ਨੇ ਐਡੇ ਐਡੇ ਗ੍ਰੰਥ ਲਿਖ ਕੇ ਰੱਖ ਦਿੱਤੇ ਵੀ ਭਾਈ ਆਕੀ ਖੁਆਰ ਹੋਏ ਸਭ ਮਿਲੇਂਗੇ, ਆਕੀ ਰਹੇ ਨਾ ਕੋਈ, ਅਰਥ ਕਰਨ ਲੱਗਿਆ ਨੇ, ਸਾਡੀਆਂ ਜੜ੍ਹਾਂ 'ਚ ਤੇਲ ਦਿੱਤਾ ਉਹਨੇ, ਸਾਨੂੰ ਬੰਦੇ ਨਹੀਂ ਬਣ ਦਿੱਤਾ, ਔਕਾਤ ਨਹੀਂ ਪਛਾਣੀ ਗਈ ਸਾਤੋਂ। ਇੱਕ ਗੱਲ ਕਰਕੇ ਮੈਂ ਸਮਾਪਤੀ ਕਰਦਾ ਭਾਜੀ, ਟ੍ਰੇਨ ਤੁਹਾਡਾ ਵੀ ਕੀਮਤੀ ਆ, ਥੋੜ੍ਹਾ ਲੇਟ ਹੋ ਜਾਣਾ, ਤੁਸੀਂ ਉੱਧਰਲਾ ਵਿਦਵਾਨ ਸੁਣੋ ਭਾਜੀ, ਹੈ ਨਾ, ਅੱਜ ਗੱਲ ਚੱਲ ਰਹੀ ਸੀ ਭਾਈ ਸਾਹਿਬ ਨਾਲ ਮੇਰੇ ਨਾਲ, ਉਹ ਕਹਿੰਦੇ ਕੁਛ ਬੰਦੇ ਸਰਕਾਰ ਦੇ ਛੱਡੇ ਹੋਏ ਆ ਸਿੱਖਾਂ ਦੇ ਵਿੱਚ, ਮੈਂ ਕਿਹਾ ਭਾਜੀ ਦੱਸੋ ਕੌਣ ਆ, ਕਹਿੰਦੇ ਧੁੰਮਾਂ ਸਰਕਾਰੀ ਆ, ਮੈਂ ਕਿਹਾ ਤੁਹਾਨੂੰ ਪਤਾ ਇਸ ਗੱਲ ਦਾ, ਕਹਿੰਦੇ ਹਾਂਜੀ, ਦਾਦੂ ਵਾਲ ਸਰਕਾਰੀ ਆ, ਠੀਕ ਆ ਮੰਨ ਲਈ ਗੱਲ, ਢਿੰਡਰੇ ਵਾਲਾ ਵੀ ਸਰਕਾਰੀ ਆ, ਰਣਜੀਤ ਸਿੰਘ ਭਾਈ ਸਾਹਿਬ ਦੀ ਗੱਲ ਕਰਦਾ ਸੀ, ਮੈਂ ਕਿਹਾ ਜੀ ਸਾਨੂੰ ਇੱਕ ਗੱਲ ਲੱਗੀ ਆ, ਚਲੋ ਤੁਸੀਂ ਸਰਕਾਰੀ ਕਹਿ ਲਓ ਜਿੱਦਾਂ ਮਰਜ਼ੀ, ਵੀ ਸਾਨੂੰ ਇਹ ਆ ਜਿਹੜੇ ਸਟੈਂਡ ਤੇ ਉਹ ਬੰਦਾ ਖੜਿਆ, ਉਹ ਸਟੈਂਡ ਤੇ ਇਹ ਕਿਉਂ ਨੀ ਖੜੇ ਫਿਰ ਜੇ ਸਰਕਾਰੀ ਆ, ਇਹ ਸਰਕਾਰੀ ਹੋਏ ਉਹ ਇਹਨਾਂ ਨੂੰ ਛੱਡ ਕੇ ਇੱਕ ਪਾਸੇ ਹੋ ਗਿਆ, ਸਾਰੇ ਸਮਾਗਮ ਛੱਡਤੇ ਆ ਤੇ ਇੱਕ ਪਾਸੇ ਹੋ ਕੇ ਬਹਿ ਗਏ ਆ, ਉਹਨਾਂ ਦੇ ਫਿਰ ਚਿਹਰੇ ਤੇ ਨੂਰ ਆ, ਇਹ ਫੇਰ ਕਲਪੇ ਪਏ ਅੱਜ, ਇੱਕ ਪ੍ਰੈਸ ਕਾਨਫਰੰਸ ਭਾਈ ਸਾਹਿਬ ਨੇ ਕਿਹਾ ਸੀ ਬਈ ਅਕਾਲ ਤਖ਼ਤ ਸਾਹਿਬ ਤੇ ਜਾਣ ਦੀ ਵੀ ਜ਼ਰੂਰਤ ਨਹੀਂ, ਜੇ ਧੁੰਮੇ ਕੋਲ ਮੈਂ ਚੱਲ ਜਾਵਾਂ ਮੇਰਾ ਫੈਸਲਾ ਹੀ ਆ, ਕੰਪਰੋਮਾਈਜ਼ਰ ਕਰਨ ਨੂੰ ਨਹੀਂ ਕਹਿਣਾ, ਪਰ ਮੈਂ ਕਰਨਾ ਨਹੀਂ, ਹੈ ਨਾ, ਬਸ ਗੱਲ ਖਤਮ ਕਰਤੀ ਵੀ ਉੱਥੇ ਹਰਗੋਬਿੰਦ ਸਾਹਿਬ ਨਹੀਂ ਬੈਠੇ, ਉੱਥੇ ਪੁਜਾਰੀ ਬੈਠਾ ਜੀ ਹੁਣ ਉਸ ਜਗ੍ਹਾ ਤੇ, ਤਾਂ ਕਰਕੇ ਭਾਈ ਸਾਹਿਬ ਇਹਨਾਂ ਨੂੰ ਪਤਾ ਸਾਰਿਆਂ ਨੂੰ ਹੁਣ ਭਾਜੀ, ਤੇ ਬਾਕੀ ਵਾਹਿਗੁਰੂ ਕਿਰਪਾ ਕਰਨ ਹੌਲੀ ਹੌਲੀ ਅਵੇਅਰਨੈਸ ਆ ਰਹੀ ਹੈ, ਬਹੁਤ ਵਧੀਆ ਚੱਲਦਾ। ਇੱਕ ਸਾਡੇ ਨਿਹੰਗ ਸਿੰਘ ਨਵੇਂ ਆਏ ਆ ਜੀ, ਉਹਨੂੰ ਸੋਸ਼ਲ ਮੀਡੀਆ ਵਾਲਿਆਂ ਨੇ ਲਿਖ ਗਲਤ ਦਿੱਤਾ, ਗਲੀ ਚੋਂ ਚੋਂ ਲਿਖਤਾ ਜੀ, ਦੱਸੋ ਉਹ ਤੂਫਾਨ ਸਿੰਘ ਉਹਦਾ ਨਾਂ ਹੈ ਜੀ, ਉਹ ਅੱਜ ਕੱਲ ਇੰਗਲੈਂਡ ਆ ਗਿਆ, ਉਹ ਦੁਕਾਨ ਚੱਲ ਗਈ ਉਹਦੀ, ਨਹੀਂ ਨਹੀਂ ਭਾਜੀ, ਨਹੀਂ ਭਾਜੀ ਇੰਗਲੈਂਡ ਨਹੀਂ, ਇੰਗਲੈਂਡ ਕਦ ਗਿਆ ਜੀ? ਅੱਛਾ, ਮੈਨੂੰ ਪਤਾ ਲੱਗਾ ਕਹਿੰਦੇ ਉੱਥੇ ਗਿਆ ਆ, ਨਹੀਂ ਜੀ ਦਰਬਾਰ ਸਾਹਿਬ ਨੂੰ ਜਦ ਆਪਾਂ ਜਾਂਦੇ ਹਾਂ ਮੂਹਰੇ, ਜਿਹੜਾ ਪਹਿਲਾ ਗੇਟ ਆ ਉੱਥੇ ਸ਼ਰਦਾਈ ਵੇਚਦਾ ਭਾਜੀ, ਮੋਰਚੇ ਭਾਜੀ ਬੰਦ ਹੋ ਗਏ ਹੁਣ, ਕਿਸੇ ਪਾਸੇ ਹੈ ਨੀ, ਪਹਿਲਾਂ ਇੱਕ ਨੇ ਉਹਨੂੰ ਘੋੜਾ ਦੁਆ ਕੀਤਾ ਸੀ, ਭੇਂਟ ਕੀਤਾ ਸੀ, ਨਾ ਨਾ ਕੌਮ ਤਾਂ ਹੀ ਤਾਂ ਖੋਸੇ ਹੋਣੀ ਔਖੇ ਆ, ਜੇ ਉਹਨੂੰ ਪੁੱਛੋ ਨਾ ਵੀ ਕਿੱਦਾਂ, ਕਹਿੰਦੇ ਠੀਕ ਆ ਜੀ, ਅੱਜ ਕੱਲ੍ਹ ਬੇਅਦਬੀ ਕੋ ਹੁੰਦੀ ਨੀ ਗੁਰੂ ਗ੍ਰੰਥ ਸਾਹਿਬ ਦੀ, ਕੋਈ ਨੀ ਹੁਣ ਚੱਲੀ ਜਾਂਦਾ। ਮੈਂ ਕਿਹਾ ਜੀ ਮੈਂ ਤਾਂ ਹੈਰਾਨ ਹੋ ਗਿਆ, ਸਾਰੇ ਬੰਦੇ ਬਹਿ ਗਏ ਘਰ ਘਰ, ਕੰਮੇ ਹੈ ਨੀ ਕਿਸੇ ਕੋਲ, ਨਾ ਨਾ ਇਹਨਾਂ ਲਈ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪੰਨੇ ਪਾਟਣ ਨਾਲ, ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾਟਣ ਨਾਲ ਕੋਈ ਤਕਲੀਫ ਥੋੜ੍ਹਾ ਹੁੰਦੀ ਨਾ, ਤਾਂ ਵਿਆਹ ਆ ਜਾਂਦਾ, ਤਕਲੀਫ ਵਿਆਹ ਜਿੰਨਾ ਚਾਹ ਹੋ ਜਾਂਦਾ। ਬਿਲਕੁਲ ਭਾਜੀ ਸਹੀ ਗੱਲ ਹੈ ਤੁਹਾਡੀ, ਪਿੰਡਾਂ ਚ ਪਿੱਛੇ ਮੜ ਜਾ ਫੜਿਆ ਸੀ ਪਿੰਡਾਂ ਚ, ਨਾ ਜੀਰੋ ਵਾਲਾ ਹੀ ਇੱਕ ਦਿਨ ਫੜ ਕੇ ਉਹਦੇ ਕੋਲੋਂ ਫੀਲਿੰਗ ਪੂਰੀ ਕਰ ਲਈ, ਨਾ ਨਾ ਪਿੰਡਾਂ ਚ ਲਾਗੀ ਹੁੰਦੇ ਸੀ ਨਾ, ਲਾਗੀ ਜੀ ਭਾਜੀ, ਜਦੋਂ ਵਿਆਹ ਨਹੀਂ ਸੀ ਆਉਂਦਾ ਨਾ ਕਿਸੇ ਦੇ, ਜਦੋਂ ਮਰ ਜਾਂਦਾ ਸੀ ਕੋਈ, ਉਦੋਂ ਵੀ ਉਹਨਾਂ ਨੂੰ ਇੱਦਾਂ ਹੁੰਦਾ ਸੀ ਕਿਉਂਕਿ ਸੱਦੇ ਦੇਣੇ, ਰੋਟੀ ਬਣਨੀ, ਖਾਣਾ ਭਾਂਡੇ ਧੋਣੇ, ਸਾਰਾ ਸਮੇਟਣਾ, ਹੈ ਨਾ, ਕਰਕੇ ਫਿਰ ਹਾਂਜੀ, ਕਿਉਂਕਿ ਉਹੀ ਤਾਂ ਸੀਜ਼ਨ ਉਹਨਾਂ ਦਾ। ਬਿਲਕੁਲ, ਹੈ ਨਾ, ਹੁਣ ਜੇ ਉਹਨਾਂ ਨੂੰ ਤੁਸੀਂ ਇੱਕ ਮਰਗ ਦੇ ਮਰਗ ਵਾਲੇ ਘਰ 'ਚ ਕੰਮ ਕਰਦਿਆਂ ਨੂੰ
ਦੋ ਵਜੇ ਵਿਹਲੇ ਹੁਣ ਤੁਸੀਂ ਤਿੰਨ ਵਜੇ ਕਹੋ ਵੀ ਵਿਆਹ ਵਾਲੇ 'ਚ ਹੁਣ ਕਰਨਾ, ਇਹ ਥੋੜ੍ਹਾ ਸੀ ਵੀ ਉੱਥੇ ਤਾਂ ਸੈਡ ਹੋ ਕੇ ਜਾਂਦੇ ਸੀ ਉੱਥੇ, ਉਹ ਜਾਂਦਿਆਂ ਨੇ ਲੁੱਡੀਆਂ ਪਾਉਂਦਿਆਂ ਨੇ ਜਾਣਾ ਉੱਧਰੋਂ ਬੰਦੇ ਜਿਹਨਾਂ ਦੇ ਜਿਹਨਾਂ ਮਰਿਆ ਹੁੰਦਾ ਸੀ ਉਹ ਕਹਿੰਦੇ ਹੱਦ ਹੋ ਗਈ ਯਾਰ, ਸਾਡੀ ਜਾਨ ਨਿਕਲੀ ਪਈ ਆ, ਇਹ ਉੱਥੇ ਆ ਕੇ ਲੁੱਡੀਆਂ ਪਾਉਣ ਲੱਗ ਪਏ। ਉਹ ਜੋਬ ਵਿਆਹ ਭਾਈ ਉਹਨਾਂ ਦੀ ਤਾਂ ਇੱਦਾਂ ਹੀ ਹੈ, ਸਾਡੇ ਵਾਲੇ ਲਾਗੀ ਲਾਗੀ ਭਾਟੜਿਆਂ ਵਾਲਾ ਕੰਮ, ਇਹਨਾਂ ਦਾ ਤੋਂ ਵੱਧ ਨਹੀਂ ਕੁਛ ਵੀ ਹੈਗੇ। ਬਿਲਕੁਲ ਬਿਲਕੁਲ ਠੀਕ ਆ, ਰਫਤਾਰ ਰਾਏ ਦੀ ਕਰ ਰਹੇ ਹੋ, ਤੂਫਾਨ ਸਿੰਘ ਦੂਜੇ ਦੀ ਕਰ ਰਹੇ ਆ। ਓ ਸੋਰੀ, ਅੱਛਾ ਅੱਛਾ ਅੱਛਾ, ਭਰੇਖਾ ਪੈ ਗਿਆ। ਹਾਂਜੀ ਹਾਂਜੀ ਹਾਂਜੀ, ਤੇ ਮੈਂ ਨਾ ਤੁਹਾਨੂੰ ਕਾਲ ਕਰ ਰਿਹਾ ਸਾਂ ਬੜੀ ਦੇਰ ਤੋਂ, ਤੇ ਇਹ ਸਵਾਲ ਜਿਹੜਾ ਮੈਂ ਤੁਹਾਨੂੰ ਪੁੱਛਣ ਲੱਗਾ ਵਾ, ਇਹ ਮੈਂ ਪਹਿਲਾਂ ਕਿਸੇ ਨਾਮੀ ਕਥਾਵਾਚਕ ਨੂੰ ਹੀ ਪੁੱਛ ਗਿਆ, ਤੇ ਕੋਈ ਤਸੱਲੀ ਮਤਲਬ ਤਸੱਲੀ ਬਖਸ਼ ਕੋਈ ਜਵਾਬ ਨਹੀਂ ਆਇਆ ਅੱਗੋਂ। ਤੇ ਮੈਂ ਸਵਾਲ ਕਰਨਾ ਸ਼ਬਦ ਕੱਢਿਓ, ਆਵਨ 78 ਹੈ ਜਾਨ 97 ਹੋਰ ਪੀ ਉੱਠੀ ਮਰਦ ਕਾ ਚੇਲਾ। ਇਹ ਵੀਰੇ ਲੰਬਾ ਏਦਾਂ ਲੰਬਾ ਹੋ ਜਾਣਾ, ਤੁਸੀਂ ਅਗਲੀ ਵਾਰ ਨਾ ਥੋੜ੍ਹਾ ਜਿਹਾ ਪਹਿਲਾਂ ਕਰ ਲਿਓ ਕਾਲ, ਜਦੋਂ ਜਿਹੜੀ ਜਦੋਂ ਪਹਿਲਾਂ ਘੰਟਾ ਮੇਰਾ, ਕਿਉਂਕਿ ਜਿੱਦਣ ਲਖਵੀਰ ਸਿੰਘ ਨਹੀਂ ਹੁੰਦੇ, ਜਦੋਂ ਨਾ ਪੋਸਟਰ ਤੇ ਲਖਵੀਰ ਸਿੰਘ ਦੀ ਫੋਟੋ ਹੋਊਗੀ, ਹਾਂਜੀ ਹਾਂਜੀ, ਜਦੋਂ ਲਖਵੀਰ ਭਾਜੀ ਹੋਣਗੇ ਨਾਲ, ਉਦੋਂ ਸਮਝੇ ਉਹ ਨਹੀਂ ਹੋਣਾ, ਜਦੋਂ ਨਹੀਂ ਫੋਟੋ ਪੋਸਟਰ ਤੇ ਹੁੰਦੀ ਫਿਰ ਮੈਂ ਇਕੱਲਾ ਹੋਣਾ, ਸ਼ੁਰੂ 'ਚ ਕਾਲ ਕਰ ਲਿਓ ਉਦਣ, ਠੀਕ ਆ? ਠੀਕ ਆ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ, ਆਪਾਂ ਸਮਾਪਤੀ ਕਰੀਏ ਜੀ। ਹੈਲੋ ਜੀ, ਹੈਲੋ ਹੈਲੋ, ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੇ ਮੌਕ ਚੱਲਿਆ ਨਾ ਤੁਹਾਡਾ, ਮੈਂ ਨਛੱਤਰ ਕੌਰ ਬੋਲਦੀ ਯੂਕੇ ਤੋਂ। ਹਾਂਜੀ ਹਾਂਜੀ ਹਾਂਜੀ, ਕਿੱਦਾਂ ਜੀ, ਕਿੱਦਾਂ ਕੀ ਹਾਲ? ਹਾਂਜੀ ਠੀਕ ਠਾਕ ਆ, ਮੈਂ ਪ੍ਰੋਗਰਾਮ ਤਾਂ ਦੇਦੀ ਰਹਿੰਦੀ ਆ, ਪਰ ਬਹੁਤ ਟਾਈਮ ਹੋ ਗਿਆ ਫੋਨ ਕੀਤੇ ਨੂੰ ਮੈਨੂੰ। ਨਹੀਂ ਕੋਈ ਨਹੀਂ, ਤੇ ਬਹੁਤ ਨਾਈਸ ਆ ਪ੍ਰੋਗਰਾਮ ਤੁਹਾਡਾ, ਪ੍ਰੋਗਰਾਮ ਹੁਣ ਮੁੱਕਣ ਹੀ ਲੱਗਾ ਹਨਾ। ਹਾਂਜੀ, ਉਹ ਤਾਂ ਮੈਂ ਅਸਲ 'ਚ ਉੱਧਰ ਭਾਈ ਸਾਹਿਬ ਹੋਰਾਂ ਦਾ ਦੀਵਾਨ ਹੋ ਗਿਆ ਸ਼ੁਰੂ, ਤਾਂ ਫਿਰ ਅਸੀਂ ਹੁਣ ਤਾਂ ਉੱਧਰ ਤਾਂ ਘੰਟਾ ਵੱਧ ਹੋ ਗਿਆ ਸਾਨੂੰ, ਪਰ ਕੋਈ ਨਹੀਂ ਤੁਸੀਂ ਕਰ ਲਓ ਗੱਲ। ਅੱਛਾ ਅੱਛਾ, ਫਿਰ ਚਲੋ ਫਿਰ ਫੋਨ ਕਰ ਲੂ ਮੈਂ, ਹੈ ਨਾ ਮੁੱਲ ਵੀ ਕੇ, ਕੋਈ ਗੱਲ ਨਹੀਂ ਹੈ ਨਾ। ਠੀਕ ਹੈ ਠੀਕ ਹੈ, ਕੋਈ ਨਹੀਂ ਕੋਈ, ਥੈਂਕ ਯੂ, ਓਕੇ ਜੀ, ਓਕੇ ਓਕੇ, ਸਤਿ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਅਤੇ ਧੰਨਵਾਦ ਸਾਡਾ ਵੀ। ਆਪਾਂ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਫਿਰ ਅਗਲੇ ਵੀਕ ਕਰਾਂਗੇ, ਹੁਣ ਵੀ ਨਹੀਂ, ਸੋਰੀ ਜੀ, ਤਿੰਨਾਂ ਲਾਈਨਾਂ 'ਤੇ ਸਰੋਤੇ, ਪਰ ਅਸੀਂ ਹੁਣ ਕਿਸੇ ਨਾ ਕਿਸੇ ਪੁਆਇੰਟ 'ਤੇ ਸਾਨੂੰ ਕਹਿਣਾ ਪੈਣਾ ਵੀ ਬਸ, ਅਤੇ ਇਹ 'ਤੇ ਹੀ ਆਪਾਂ ਕਹਿ ਦਈਏ ਵੀ ਬਸ। ਚਲੋ ਠੀਕ ਆ, ਧੰਨਵਾਦ, ਮਿਲਾਂਗੇ ਅਗਲੇ।